ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸੋਨ ਬਾਦਵਾ ਮੈਮ, ਪੰਕਜ ਬੱਤਰਾ ਸਰ, ਸਤਿ ਸ਼੍ਰੀ ਅਕਾਲ, ਪੰਜਾਬੀ ਮੀਨੀਆ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਕੀ ਹਾਲ ਚਾਲ ਹੈ? ਬਹੁਤ ਵਧੀਆ, ਬਹੁਤ ਵਧੀਆ ਮੈਮ। ਦਿਨੋ ਦਿਨ ਨਿਖਰਦੇ ਜਾ ਰਹੇ ਹੋ, ਕੀ ਗੱਲ? ਓਹੋ, ਤੁਸੀਂ ਇਹ ਕਿਤੇ ਕੰਟਰੈਕਟ ਤਾਂ ਨਹੀਂ ਕੀਤਾ ਪੰਜਾਬੀ ਮੀਨੀਆ ਨਾਲ ਕਿ ਜਦੋਂ ਮਿਲਣਾ ਆ ਹਰ ਐਕਟ੍ਰੈਸ ਨੂੰ ਕੰਪਲੀਮੈਂਟ ਦੇਣਾ ਆ ਹੈ ਤਾਂ ਹੀ ਇੰਟਰਵਿਊ ਦੀ ਸ਼ੁਰੂਆਤ ਕਰਨੀ ਆ। ਦੇਖੋ, ਐਕਟਰ ਜਦੋਂ ਖੂਬਸੂਰਤ ਹੋਣਾ ਸੀ, ਖੂਬਸੂਰਤ ਲੋਕਾਂ ਨਾਲ ਬਹਿ ਕੇ ਖੂਬਸੂਰਤ ਗੱਲਾਂ ਕਰਦੇ ਆ, ਤੇ ਖੂਬਸੂਰਤੀ ਨੂੰ ਜਦੋਂ ਖੂਬਸੂਰਤੀ ਕਹਿਣਾ ਹੋਵੇ ਤੇ ਉੱਚ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਥੈਂਕ ਯੂ ਸੋ ਮਚ, ਥੈਂਕ ਯੂ। ਭਾਜੀ, ਫਿਲਮ ਆ ਰਹੀ ਹੈ ਜਿੰਦੇ ਮੇਰੀ ਏ ਜੀ, ਕੀ ਹਾਲ, ਕਿੱਦਾਂ ਪ੍ਰਮੋਸ਼ਨ, ਕਿੱਦਾਂ ਚੱਲ ਰਹੀ ਹੈ ਫਿਲਮ ਦੀ? ਬਹੁਤ ਅੱਛੀ, ਤੁਸੀਂ ਸਾਰੇ ਹੈਗੇ ਹੋ ਤਾਂ ਵਧੀਆ ਹੀ ਹੋਊਗੀ। ਮੈਮ, ਤੁਹਾਡੇ ਕਿਹੜੇ ਸੁਪਨੇ ਆ ਜਿਹੜੇ ਯਾਦੀ ਪੂਰੇ ਨਹੀਂ ਕਰ ਰਿਹਾ? ਪੰਜਾਬ ਦਾ ਚੈਂਪੀਅਨ ਪਰਮੇਸ਼ਰ ਵਰਮਾ ਪੂਰਾ ਨਹੀਂ ਕਰ ਰਿਹਾ, ਤੁਹਾਡੇ ਛੋਟੇ ਛੋਟੇ ਸੁਪਨੇ ਆ, ਕਿਹੜੇ ਸੁਪਨੇ ਜਿਹੜੇ ਅਜੇ ਪੂਰੇ ਨਹੀਂ ਕਰ ਰਿਹਾ? ਫਿਲਮ ਦੇ ਸਾਰੇ ਦੇਖਣ ਮਿਲਣਗੇ। ਦੇਖੋ, ਮੈਂ ਹੁਣ ਦੱਸ ਦੂੰਗੀ ਤੇ ਫਿਰ ਤੁਸੀਂ 24 ਤਰੀਕ ਨੂੰ ਕੀ ਕਰੋਗੇ? ਨਹੀਂ, ਕੁਛ ਨਾ ਕੁਛ ਸਾਨੂੰ ਦੱਸੋ ਨਾ, ਵੀ ਅਸੀਂ ਤਾਂ ਹੀ ਫਿਰ ਉਹ ਫਿਲਮ ਹੋਰ ਸਾਡੇ ਤੇ ਚਾਹ ਹੋ ਜਾਏਗਾ ਨਾ, ਅਸੀਂ ਹੋਰ ਘੁੰਮ ਕੇ ਫਿਲਮ ਦੇਖਣ ਆਵਾਂਗੇ ਨਾ। ਦੇਖੋ, ਇੱਕ ਜੋ ਕਿਰਦਾਰ ਹੈ ਰਹਿਮਤ ਦਾ, ਉਹਦੇ ਸਿੰਪਲ ਜਿਹੇ ਸੁਪਨੇ ਆ। ਤੁਸੀਂ ਦੇਖਿਆ ਟ੍ਰੇਲਰ 'ਚੋਂ ਗੱਲ ਕਹਿ ਰਹੀ ਆ ਕਿ ਮੇਰੇ ਥੋੜ੍ਹੇ ਜਿਹੇ ਛੋਟੇ ਛੋਟੇ ਸੁਪਨੇ ਆ ਕਿ ਇੱਕ ਘਰ ਹੋਵੇ, ਦੋ ਬੱਚੇ ਹੋਣ, ਸੋ ਉਹਦੇ ਇੱਦਾਂ ਦੇ ਸੁਪਨੇ ਆ। ਸੋ ਹੁਣ ਤੁਸੀਂ ਇਹ ਦੇਖੋ ਕਿ ਪਰਮੀਸ਼ ਜੋ ਯਾਦੀ ਦਾ ਕਿਰਦਾਰ ਹੈ, ਉਹ ਵਿਆਹ ਕਰ ਵੀ ਰਿਹਾ ਇਹਦੇ ਨਾਲ ਕਿ ਨਹੀਂ ਕਰ ਰਿਹਾ, ਤੇ ਕਿਉਂ ਨਹੀਂ ਕਰ ਰਿਹਾ, ਕਿਉਂ ਨਹੀਂ ਹੋ ਰਿਹਾ, ਜਾਂ ਹੋ ਜਾਂਦਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਆ। ਬਟ ਲੇਕਿਨ ਕੁੜੀ ਦੇ ਸੁਪਨੇ ਬਹੁਤ ਛੋਟੇ ਆ, ਟੂ ਕਿਡਸ, ਗੁੱਡ ਮੈਰਿਜ, ਛੋਟਾ ਜਿਹਾ ਘਰ। ਨਾ, ਬੜੇ ਸੋਹਣੇ ਰੱਖੇ ਡਾਕਟਰ ਸਾਹਿਬ ਤੁਸੀਂ, ਰਹਿਮਤ, ਯਾਦੀ, ਇਹ ਨਾ ਕਿੱਥੋਂ ਤੁਸੀਂ ਸਟੋਰੀ ਦੀ ਜਿਹੜੀ ਹੈਗੀ ਹੈ, ਜਿਹੜੀ ਹੁੱਕ ਹੈ ਜਾਂ ਸਟੋਰੀ ਦੀ ਜਿਹੜੀ ਜਾਨ ਹੈ, ਉਹ ਕਿੱਥੇ ਪਈ ਹੈ ਫਿਲਮ ਦੀ? ਨਹੀਂ, ਸਟੋਰੀ ਤਾਂ ਮੇਰੀ ਹੈ ਪਰ ਨਾਮ ਸੋਨਮ ਦਾ। ਤੁਸੀਂ ਆਪ ਰੱਖਿਆ ਨਾਮ? ਨਹੀਂ, ਆਪਣੇ ਕਿਰਦਾਰ ਦਾ ਨਾਮ ਆਪੇ ਰੱਖਿਆ। ਇਹਨੂੰ ਇਹ ਨਾਮ ਬਹੁਤ ਪਸੰਦ ਸੀਗਾ। ਅੱਛਾ। ਸੋ ਸ਼ੀ ਸੁਜੈਸਟਿਡ ਕਿ ਇਹ ਨਾਮ ਅਗਰ ਹੋਏ ਤਾਂ ਹੋ ਸਕਦਾ ਬੈਟਰ ਤਾਂ ਮੈਨੂੰ ਆਪ ਨੂੰ ਲੱਗਿਆ ਕਿ ਇਹ ਨਾਮ ਇਹਨਾਂ ਦੀ ਪਰਸਨੈਲਿਟੀ ਦੀ ਸੂਟ ਬਹੁਤ ਕਰਦਾ। ਸੇਮ ਵਿਦ ਯਾਦੀ, ਅਸੀਂ ਕੁਛ ਲੱਭ ਰਹੇ ਸੀਗੇ ਜੋ ਮਤਲਬ ਕਨੈਕਟ ਕਰੇ ਪੰਜਾਬ ਦੇ ਹਰ ਮੁੰਡੇ ਨਾਲ। ਇੱਕ ਬੜਾ ਬੋਏ ਨੈਕਸਟ ਡੋਰ ਨਾਮ ਯਾਦੀ ਅਸੀਂ ਬੜਾ ਸੁਣਨ ਨੂੰ ਮਿਲਿਆ। ਯਾਦਵਿੰਦਰ ਸਿੰਘ ਦਾ ਪੂਰਾ ਨਾਮ ਹੈ, ਯਾਦੀ ਕਹਿ ਦਿੰਦੇ ਹਾਂ, ਜਿੱਦਾਂ ਸਾਡੇ ਪੰਜਾਬੀਆਂ 'ਚ ਹੁੰਦਾ ਸ਼ੋਰਟ ਫੋਰਮ, ਲਖਵਿੰਦਰ ਦਾ ਲੱਕੀ ਹੋ ਜਾਂਦਾ, ਹਰਜਿੰਦਰ ਦਾ ਐਰੀ ਹੋ ਜਾਂਦਾ। ਸੋ ਤਾਂ ਕਿ ਉਹ ਕਰੈਕਟਰ ਦਾ ਕਨੈਕਸ਼ਨ ਹੋਵੇ। ਸੋ ਮੈਨੂੰ ਆਪ ਨੂੰ ਰਹਿਮਤ ਨਾਮ ਬੜਾ ਪਸੰਦ ਆਇਆ, ਮਤਲਬ ਇਹਨਾਂ ਦੀ ਪਰਸਨੈਲਿਟੀ ਦੀ ਸੂਟ ਵੀ ਬਹੁਤ ਕਰਦਾ ਟੱਚ। ਮੈਮ, ਰਹਿਮਤ ਬੜੀ ਜਜ਼ਬਾਤੀ ਹੈ, ਜਦੋਂ ਟ੍ਰੇਲਰ ਤਾਂ ਦੇਖਦੇ ਆਪਾਂ, ਜਜ਼ਬਾਤੀ ਹੈ, ਅਸੀਂ ਬੜੇ ਜਜ਼ਬਾਤ ਨੇ, ਬੜੇ ਮਤਲਬ ਹਰ ਚੀਜ਼ ਨੂੰ ਬੜੀ ਸ਼ਿੱਦਤ ਨਾਲ ਦੇਖ ਰਹੀ ਹੈ ਰਹਿਮਤ। ਤੇ ਕੀ ਰਹਿਮਤ, ਜਦੋਂ ਐਡਮ ਮੁਟਿਆਰਾ ਤੋਂ ਬਾਅਦ, ਇੱਕ ਕੜਪ ਜਿਹਾ ਕਿਰਦਾਰ ਕਰਨ ਤੋਂ ਬਾਅਦ, ਜਦੋਂ ਇੱਕ ਇੰਨਾ ਜਜ਼ਬਾਤੀ ਕਰੈਕਟਰ ਕਰਨਾ ਸੀਗਾ, ਉਹ ਕਿੰਨਾ ਕੁ ਸੀਗਾ ਔਖਾ ਜਾਂ ਸੌਖਾ ਸੀਗਾ ਇਸ ਕਰੈਕਟਰ ਨੂੰ ਆਪਣੇ ਲਈ ਢਾਲਣਾ ਜਾਂ ਜ਼ਿੰਦਗੀ ਜਿਉਣੀ ਹੈ ਕਰੈਕਟਰ ਲਈ? ਆਈ ਥਿੰਕ ਹਰ ਕਿਰਦਾਰ ਕਰਨ ਤੋਂ ਪਹਿਲਾਂ ਮੈਨੂੰ ਥੋੜ੍ਹੀ ਨਰਵਸਨੈਸ ਹੁੰਦੀ ਆ, ਇਸ ਫਿਲਮ 'ਚ ਸੀਗੀ, ਹਰ ਫਿਲਮ ਤੋਂ ਪਹਿਲਾਂ ਹੁੰਦੀ ਆ, ਇਹਦੇ 'ਚ ਵੀ ਸੀਗੀ। ਅਤੇ ਬਟ ਕਿਉਂਕਿ ਜਦੋਂ ਸਕ੍ਰਿਪਟ 'ਚ ਇੱਦਾਂ ਦਾ ਲਿਖਿਆ ਹੋਵੇ ਚੀਜ਼ਾਂ, ਅਤੇ ਉਹ ਫਿਰ ਥੋੜ੍ਹੀਆਂ ਤੁਹਾਡੇ ਲਈ ਐਜ਼ ਐਨ ਐਕਟਰ ਥੋੜ੍ਹਾ ਜਿਹਾ ਈਜ਼ੀ ਹੋ ਜਾਂਦੀਆਂ। ਸੋ ਪੰਕਜ ਸ਼ੁਰੂ ਤੋਂ ਹੀ ਕਲੀਅਰ ਸੀਗੀ ਕਿ ਉਹਨਾਂ ਨੂੰ ਕਿੱਦਾਂ ਕੀ ਚਾਹੀਦਾ ਆ। ਉਹਨਾਂ ਨੇ ਓਬਵੀਅਸਲੀ ਮੈਨੂੰ ਦੱਸਿਆ ਕਿ ਰਹਿਮਤ ਇੱਦਾਂ ਆ, ਇੱਦਾਂ ਆ, ਇੱਦਾਂ ਹੋ ਗਈ, ਉਹ ਕੁੜੀ ਇੱਦਾਂ ਦੀ ਉਹਦੇ। ਸੋ ਹੀ ਮੇਡ ਇਟ ਵੈਰੀ ਈਜ਼ੀ। ਅਤੇ ਬਾਕੀ ਜਦੋਂ ਡਾਇਲੋਗਸ ਹੋਣ, ਜਦੋਂ ਇੱਕ ਸੀਨ ਹੋਵੇ, ਜਦੋਂ ਤੁਸੀਂ ਪਰਫੋਰਮ ਕਰਦੇ ਹੋ, ਤਾਂ ਆਈ ਥਿੰਕ ਸੀਨ ਕਰਨ ਤੋਂ ਪਹਿਲਾਂ ਤੱਕ ਮੈਨੂੰ ਨਹੀਂ ਪਤਾ ਹੁੰਦਾ ਕਿ ਕਿੱਦਾਂ ਹੋਊਗਾ। ਮੈਂ ਬਹੁਤ ਜ਼ਿਆਦਾ ਉਹਦੇ 'ਤੇ, ਬਹੁਤ ਜ਼ਰੂਰਤ ਜ਼ਿਆਦਾ ਨਹੀਂ ਉਹਦੇ 'ਤੇ ਰਿਹਰਸਲਸ ਜਾਂ ਉੱਤੇ ਉਹ ਸੋਚਦੀ, ਥੋੜ੍ਹਾ ਜਿਹਾ ਸਪੋਨਟੇਨੀਅਸ ਵੀ ਮੈਨੂੰ ਲੱਗਦਾ ਹੋਣਾ ਚਾਹੀਦਾ। ਮੈਂ ਇੱਥੇ ਵੀ ਪੁੱਛਣਾ ਚਾਹੁੰਦਾ ਵੀ ਜਿੱਦਾਂ ਜਿਹੜੇ ਪੁਰਾਣੇ ਐਕਟਰ ਸੀਗੇ, ਜਿੱਦਾਂ ਬਲਰਾਜ ਸਾਹਨੀ ਹੋ ਗਿਆ, ਜਾਂ ਆਪਾਂ ਅੱਜ ਦੀ ਗੱਲ ਕਰਦੇ ਹਾਂ ਨਵਾਜ਼ੁਦੀਨ ਸਦੀਕੀ ਹੋ ਗਿਆ ਜਾਂ ਰਣਵੀਰ ਸਿੰਘ ਹੋ ਗਿਆ, ਉਹ ਕਹਿੰਦੇ ਜਦੋਂ ਅਸੀਂ ਇੱਕ ਕਰੈਕਟਰ ਜੂ ਲੈਂਦੇ ਹਾਂ ਤੇ ਉਸ ਤੋਂ ਬਾਅਦ ਪਹਿਲਾਂ ਸਾਨੂੰ ਕਰੈਕਟਰ ਦੇ ਵਿੱਚ ਐਂਟਰ ਹੋਣ ਨੂੰ, ਕਰੈਕਟਰ ਨੂੰ ਸਮਝਣ ਲਈ ਪਹਿਲਾਂ ਬੜਾ ਟਾਈਮ ਲੱਗਦਾ, ਉਸ ਤੋਂ ਬਾਅਦ ਨਿਕਲ ਲਈ ਕਰੈਕਟਰ ਨੂੰ ਬੜਾ ਟਾਈਮ ਲੱਗਦਾ। ਤੁਹਾਡੇ ਲਈ ਕਦੇ ਹੋਇਆ ਵੀ ਕਿਸੇ ਕਰੈਕਟਰ ਨੂੰ ਲੈ ਕੇ ਤੁਸੀਂ ਪਹਿਲਾਂ ਤਾਂ ਤੁਹਾਨੂੰ ਉਸ ਕਰੈਕਟਰ ਨੂੰ ਜੋਣ ਲਈ ਤੁਹਾਨੂੰ ਬੜਾ ਔਖਾ ਹੋਏ ਹੋ, ਉਸ ਤੋਂ ਬਾਅਦ ਛੱਡਣ ਲਈ ਕਰੈਕਟਰ ਨੂੰ ਤੁਹਾਨੂੰ ਉਹੀ ਜਿਹਾ ਬਿਹੇਵ ਤੁਸੀਂ ਕਰਦੇ ਰਹੇ ਹੋ? ਇਹ ਮੇਰੇ ਨਾਲ ਹੋਇਆ ਸੀਗਾ ਅੜਬ ਮੁਟਿਆਰਾਂ ਦੇ ਟਾਈਮ, ਕਿਉਂਕਿ ਉਹ ਬੋਲੀ, ਉਹ ਬੋਡੀ ਲੈਂਗੁਏਜ, ਤੇ ਉਹਦੇ ਬਾਅਦ ਜਦੋਂ ਮੈਂ ਜਦੋਂ ਕੋਈ ਫਿਲਮ ਸੈੱਟ, ਜਾਂ ਇਨਫੈਕਟ ਮੇਰੇ ਇੱਕ ਡਾਇਰੈਕਟਰ ਹੈਗੇ ਸਿਮਰ, ਜਿਨ੍ਹਾਂ ਨੇ ਮੁਕਲਾਵਾ, ਨਿੱਕਾ ਜੈਲਦਾਰ ਵਗੈਰਾ ਕੀਤੀਆਂ, ਉਹਨਾਂ ਨੇ ਮੈਨੂੰ ਮਿਲ ਕੇ ਵੀ ਕਿਹਾ ਕਿ ਯਾਰ ਤੂੰ ਹੁਣ ਓਦਾਂ ਹੀ ਗੱਲ ਕਰਨ ਲੱਗ ਪਈ ਆ, ਤੂੰ ਓਦਾਂ ਹੀ ਬੋਲਦੀ ਆ, ਤੂੰ ਸਰ ਮੈਨੂੰ ਆਪਣੇ ਆਪ ਨੂੰ ਥੋੜ੍ਹਾ ਰਿਮਾਇੰਡ ਕਰਨਾ ਪੈਂਦਾ ਸੀ, ਸਪੈਸ਼ਲੀ ਬੋਡੀ ਲੈਂਗੁਏਜ ਜਾਂ ਲੈਂਗੁਏਜ ਜਿੱਦਾਂ ਹੁਣ ਵੀ ਆ। ਮੇ ਬੀ ਬਿਕੋਜ਼ ਇੰਨਾ ਜ਼ਿਆਦਾ ਕੰਮ ਪਹਿਲਾਂ ਨਹੀਂ ਸੀ, ਕਦੇ ਜ਼ੋਰ ਨਹੀਂ ਸੀ ਲੱਗਾ ਕਿਸੇ ਕਿਰਦਾਰ ਤੇ, ਹਲੇ ਵੀ ਜੇ ਤੁਸੀਂ ਮੈਨੂੰ ਇੰਪਰੋਵਾਈਜ਼ ਕਰਨ ਨੂੰ ਕਹਿ ਦੋ, ਜੇ ਲੜਾਈ ਝਗੜਾ, ਤੇ ਮੈਂ ਉਸੇ ਟੋਨ 'ਚ ਸ਼ੁਰੂ ਹੋ ਜਾਂਦੀ ਹਾਂ। ਸੋ ਵਿਚ ਇਹ ਟ੍ਰੇਲਰ 'ਚ ਵੀ ਸਾਨੂੰ ਦੇਖਣ ਨੂੰ ਮਿਲਿਆ ਕਿਤੇ ਨਾ ਕਿਤੇ। ਅੱਛਾ, ਜਦੋਂ ਕਿਤੇ ਇਹ ਕਿਤੇ ਬੋਲੀ ਨਹੀਂ, ਥੋੜਾ ਜਿਹਾ ਮੈਨੂੰ ਲੱਗਿਆ, ਮੈਨੂੰ ਲੱਗਿਆ ਜਦੋਂ ਤੁਸੀਂ ਦੋਜੀ ਤੁਸੀਂ ਸਾਡਾ ਸੈਕਿੰਡ ਡਾਇਲੋਗ ਆਂਦਾ ਨਾ, ਫਿਰ ਉਹਦੇ ਵਿੱਚ ਆਦਾ ਜਦੋਂ ਕੀ ਸੀਗਾ ਉਹ
देखो हुण पंजाबी हैगी आ किते और मेरे मम्मी अमृतसर तो ने मेरे बहुत सारे रिश्तेदार हैगे जिहड़े इदां ही बोलदे आ सो बचपन च भी मैं बोली हुई आ बट इक उह कहिंदे आ ना कि उह जिन्ना फ्रीली जो मैडम मुटियारा के सैट से कर रही थी जो मैंने इंप्रोवाइज करन नू आज कह दो कि एक पंजाबी कुड़ी उहदा लड़ाई हो रही है एक मुंडे दे नाल या बॉयफ्रेंड दे नाल लड़ाई हो रही है तो मैं सच्ची मेरी टोन जिहड़ी है ना या वो कि मैं जुत्ती चक लैनी है या यू नो कल भी एक सैट से इदा ही होया सो वो आ जाता है सो उस किरदार चो निकलना वापस टू बी सोनम was little this thing to oh actually jinu kehnda na ki oh kirdar de kuch kuch cheeza mere andar reh gayi so oh us film ch hoya chalo oh ta umar tade naal judiyan reh gayi eh jehdi tusi boli di gal kiti eh khoon ch ravi hoyi hai kithe nahi jandi hai na so appa thodi ji game kheliye thoda funny ja kariye interview ji 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 aa hai board appa har wari main thode naal kalle khedi hai game mere liye kalla aaya hai it kalla tade liye hai eh 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 jaj sahab ne झूठ बोलिया हो कि मेरे को टाइम नहीं मैं इस वेले अवेलेबल नहीं डायरेक्टर साहब ने तो नहीं बोले पंकज भी फिल्म बना रहे सी ते ओदो मेरी मुलाकात हुई सी कदों दी गल है मैम Yeah, 2013 or 11-12 the aspas 11th I was working I think 12 end or 13 beginning edda hi si ho koi gal kya baat hai navi gal mil gayi sanu so never have I ever kade kisi di dress inni zyada vadhiya lagi hove ke utto mangi hove yaar mainu de de dress हाँ मैं तो मंगी है मैनू जो मेरी किसी फ्रेंड की कोई मिल जाती है कि ना वो ड्रेस वधिया ला दी मंग लेंदी अज शर्ट मैं कोको दी पाई हुई है सो कोको थैंक यू फॉर गिविंग मी योर शर्ट ते मैं मंग के कपड़े पा लेनी है आई वांटेड टू वेयर डेनिम ते मैं भुल गई लेके आना बॉम्बे तो सो मैनू पता है कि कोको दे कोल होगी सो मैं उन्हां दी शर्ट बोरो कीती हुई है जी मैं थोड़े चंगे लगदे ने इदां दे कपड़े अच्छा हां थैंक यू So never have I ever कदे किसे मुंडे नू किसे कुड़ी नू इंप्रेस करने टिप देते हो? I have बहुत बार ये तो बहुत बार होया अपने दोस्तां दे विच कुड़ियां नू भी टिप्स दित्ते आ अच्छा So never have I ever स्टार बनन तो बाद पहचान छुपाके किते गए होवो? हाँ I have बहुत बार साझा कर सकदे हो फिल्म एक अद्धी बार इदा होया कि पंजाब च फिल्म जो देखनी आ उदों फुल कवर करके मैं एक बारी बहुत अर्जेंटली मैनू हेयर जो इनफैक्ट अड़ब मुटियारा की शूट कर रहे थे तो जो तुम देखे जो पेस बदल के जाती है वो तो वह लास्ट मिनट रिक्वायरमेंट दी मेरे डायरेक्टर ने कि हूँ इदा आपां नूं एक विग चाहिए आ सो हूँ बॉम्बे च काफ़ी कुछ चीज़ा अवेलेबल हो जाए बहुत शॉर्ट नोटिस से तो वह नहीं सी तो मैं किसी ने सुजैसट किया एक मार्केट आई डोंट रिमैंबर ਇਹਨੂੰ ਪਤਾ ਹੋਣਾ ਜੋ ਵੀ ਮਾਰਕੀਟ ਆ ਤੇ ਇੰਨਾ ਟਾਈਮ ਨਹੀਂ ਸੀ ਕਿ ਮੈਂ ਕਿਸੇ ਨੂੰ ਬੁਲਾਵਾਂ ਕੀ ਕਰਾਂ ਉਹ ਤੇ ਮੈਂ ਕਿਸੇ ਦੇ ਨਾਲ ਇੱਕ ਸਾਲਾਂ ਚ ਸੀਗੀ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੋ ਮੈਂ ਪੂਰਾ ਮੂੰਹ ਬੰਨ ਕੇ ਤੇ ਬਿਲਕੁਲ ਏਦਾਂ ਕਰਕੇ ਪੂਰੀ ਉਹ ਮਾਰਕੀਟ ਉੱਤੇ ਚੜ ਕੇ ਗੋਡਾਊਨ ਟਾਈਪ ਜੋ ਵੀ ਉਹ ਸੀਗਾ ਉੱਥੇ ਜਾ ਕੇ ਸ਼ੋਪਿੰਗ ਕਰਕੇ ਵਾਪਸ ਆ ਗਏ ਚਾ ਕਿਆ ਬਾਤ ਹੈ ਸੋ ਨੈਵਰ ਹੈਵ ਆਈ ਐਵਰ ਕਦੇ ਕਿਸੇ ਮਾੜੀ ਫਿਲਮ ਦੀ ਪ੍ਰਮੋਸ਼ਨ ਮਿਲੇ ਤੁਹਾਨੂੰ ਲੱਗਿਆ ਹੋਵੇ ਵੀ ਫਿਲਮ ਵਧੀਆ ਕਹੀ ਹੈ ਹੋਵੇ ਵੀ ਮੈਂ ਫਿਲਮ ਫਿਲਮ ਚੰਗੀ ਨਾ ਹੋਵੇ ਤਾਂ ਲੱਗਿਆ ਵੀ ਫਿਲਮ ਚੰਗੀ ਨਹੀਂ ਹੈ ਪਰ ਉਹਨੂੰ ਚੰਗਾ ਕਹਿਣਾ ਪੈ ਰਿਹਾ ਮਜਬੂਰੀ ਦੇ ਵਿੱਚ ਬੋਰਡ 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 ਨਹੀਂ ਨਹੀਂ ਮੈਂ ਸੋਚ ਰਹੀ ਹਾਂ ਮਤਲਬ ਇੱਦਾਂ ਦੇਖੋ ਚੰਗੀ ਦੇਖੋ ਇਹ ਗੱਲ ਹੈ ਕਿ ਭਾਵੇਂ ਕੋਈ ਵੀ ਹੋਵੇ ਫਿਲਮ ਕੋਈ ਵੀ ਬੰਦਾ ਇਸ ਕਰਕੇ ਨਹੀਂ ਬਣਾਉਂਦਾ ਕਿ ਚੰਗੀ ਨਹੀਂ ਆਪਾਂ ਬਣਾ ਦਈਏ ਆਪਣੇ ਵੱਲੋਂ ਹਰ ਕੋਈ ਬਣਾਉਂਦਾ ਆਪਣੀਆਂ 20 ਫਿਲਮਾਂ ਆਪਣੀਆਂ 20 ਸੀਨਸ ਦੇਖਣ ਤੋਂ ਬਾਅਦ ਕਈ ਵਾਰੀ ਲੱਗਦਾ ਯਾਰ ਆਹ ਕੀ ਕਰ ਰਹੇ ਹਾਂ ਆਹ ਮੈਂ ਕਿਉਂ ਕੀਤਾ ਆਹ ਮੈਂ ਕਿਉਂ ਕਰ ਰਿਹਾ ਈਵਨ ਪਰਸਨਲੀ ਵੀ ਬਟ ਪਰ ਠੀਕ ਆ
ਇਹ ਆਪਣੇ ਲਈ ਬੰਦਾ ਬਹੁਤ ਕ੍ਰਿਟੀਕਲ ਹੁੰਦਾ ਹੈ, ਬਾਹਰਲੇ ਦਾ ਓਪੀਨੀਅਨ ਮੈਟਰ ਕਰਦਾ, ਆਡੀਅੰਸ ਦਾ ਫਾਈਨਲ ਓਪੀਨੀਅਨ ਹੈ। ਸੋ ਕਈ ਵਾਰੀ ਪ੍ਰੋਜੈਕਟ ਹੋਣ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ ਯਾਰ ਨਹੀਂ ਆਹ ਨਹੀਂ ਸੀ ਮੈਨੂੰ ਕਰਨਾ ਚਾਹੀਦਾ, ਐਂਡ ਆਈ ਹੈਵ ਪ੍ਰਮੋਟਿਡ ਦੈਟ ਫਿਲਮ ਐਂਡ ਆਈ ਸ਼ੁੱਡ ਪ੍ਰਮੋਟ ਦੈਟ ਫਿਲਮ, ਕਿਉਂਕਿ ਮੈਂ ਉਸ ਪ੍ਰੋਜੈਕਟ ਨਾਲ ਉਦੋਂ ਤੱਕ ਕਮਿਟਿਡ ਹਾਂ ਜਦੋਂ ਤੱਕ ਉਹ ਫਿਲਮ ਰਿਲੀਜ਼ ਨਹੀਂ ਹੁੰਦੀ, ਤੇ ਉਹ ਮੇਰਾ ਕੰਮ ਹੈ। ਸੋ ਇੱਕ ਅੱਧੀ ਵਾਰ ਹੋ ਚੁੱਕਾ, ਚਲੋ ਮਾਫੀ ਇਹਨਾਂ ਨੂੰ। ਨੈਵਰ ਹੈਵ ਆਈ ਐਵਰ ਕਦੇ ਕਿਸੇ ਯਾਰ ਮਿੱਤਰ ਦੇ ਜਿਹੜਾ ਕੋਈ ਕੰਜੂਸ ਹੋਵੇ ਪੈਸੇ ਕਢਵਾਉਣ ਲਈ, ਆਪਾਂ ਕਹਦੇ ਹੋਵੇ ਯਾਰ ਅੱਜ ਪੈਸੇ ਤੇ ਏਟੀਐਮ ਦਾ ਮੈਂ ਘਰੇ ਭੁੱਲ ਗਈ ਯਾਰ ਮੇਰੇ ਕੋਲ ਹੈਂਗ ਨਹੀਂ, ਆ ਤਾਂ ਨਹੀਂ ਕੀਤਾ ਯਾਰ। ਮੇਰੇ ਫਰੈਂਡਸ ਲਈ ਬਹੁਤ ਸਵੀਟ ਆ, ਪੈਸੇ ਦੇਣ ਨਹੀਂ ਦਿੰਦੇ। ਅੱਛਾ, ਸੋ ਨੈਵਰ ਹੈਵ ਆਈ ਐਵਰ ਕਦੇ ਕਿਸੇ ਦੋਸਤ ਮਿੱਤਰ ਦੀ ਇੰਡਸਟਰੀ ਦੇ ਵਿੱਚੋਂ ਫਿਲਮ ਵਧੀਆ ਨਾ ਲੱਗੀ ਹੋਵੇ ਤੇ ਉਹਨੂੰ ਫੋਨ ਕਰਕੇ ਕਿਹਾ ਹੋਵੇ ਕਿ ਤੇਰੀ ਫਿਲਮ ਵਧੀਆ ਲੱਗੀ ਯਾਰ, ਜਾਂ ਇਹ ਚੀਜ਼ ਵਧੀਆ ਸੀ ਇਹ ਚੀਜ਼ ਵਧੀਆ ਲੱਗੀ। ਹਾਂ ਹਾਂ ਹਾਂ, ਮੈਂ ਕਿਹਾ ਹੋਇਆ ਫਰੈਂਡਸ ਦੇ ਨਾਲ, ਮੈਂ ਕਿਹਾ ਹੋਇਆ ਕਿ ਨਹੀਂ ਤੇਰੀ ਫਿਲਮ ਨਹੀਂ ਚੰਗੀ ਲੱਗੀ, ਹੁਣ ਇਹ ਨਾ ਪੁੱਛੋ ਕਿਹਨੂੰ ਕਿਹਾ ਸੀ। ਠੀਕ ਹੈ, ਚਲੋ ਇਹ ਗੇਮ ਆਪਾਂ ਇੱਥੇ ਖਤਮ ਕਰਦੇ ਹਾਂ। ਤੁਸੀਂ ਤਾਂ ਇੰਨੇ ਸੌਖੇ ਸੌਖੇ ਸਵਾਲ ਰੱਖੇ, ਮੈਂ ਕਿਹਾ ਪਤਾ ਨਹੀਂ ਕੀ ਪੁੱਛੋਗੇ, ਆਪਾਂ ਅਗਲੇ ਵਾਰ ਥੋੜ੍ਹੇ ਔਖੇ ਰੱਖਾਂਗੇ ਤੁਹਾਡੇ ਲਈ। ਠੀਕ ਹੈ, ਪੱਕੀ ਗੱਲ ਹੈ। ਤੇ ਤੁਸੀਂ ਹੁਣ ਸਾਡਾ ਕੰਮ ਸਾਂਭ ਰਹੇ ਹੋ। ਅਰੇ ਨਹੀਂ, ਇੰਨੀ ਹਿੰਮਤ ਨਹੀਂ ਆ, ਮੈਂ ਤੇ ਬਸ ਉਹਨਾਂ ਵੱਲ ਦੇਖਦੀ ਗਈ ਦੇਖਦੀ ਗਈ, ਕਿਉਂਕਿ ਉਹ ਇੰਨੇ ਸੋਹਣੇ ਆ। ਮੈਂ ਕਿਹਾ ਮੈਂ ਕੁੜੀ ਹੋ ਕੇ ਅਗਲੇ ਦਿਨ ਤੱਕ ਉਹਦੇ ਫੇਸ ਤੇ ਫੀਚਰਸ ਹੀ ਸੋਚੀ ਜਾ ਰਹੀ ਹਾਂ, ਐਂਡ ਮੁੰਡਿਆਂ ਵਿਚਾਰੇ ਦਾ ਕੀ ਹੁੰਦਾ ਹੋਣਾ। ਸੋ ਸ਼ੀ ਇਜ਼ ਰੀਲੀ ਗੋਰਜੀਅਸ। ਸੋ ਤਿੰਨ ਚੀਜ਼ਾਂ ਸੋਨਮ ਬਾਜਵਾ ਦੀਆਂ ਜਿਹਨੂੰ ਕੋਈ ਨਹੀਂ ਜਾਣਦਾ, ਤੇ ਮੈਂ ਇੱਥੇ ਕਿਉਂ ਦੱਸੂੰਗੀ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਫਿਰ ਮੈਮ ਮੈਨੂੰ ਇਹ ਲੱਗਦਾ ਵੀ ਸਾਨੂੰ ਐਂਕਰ ਦਾ ਆਪਣਾ ਕੰਮ ਬੰਦ ਕਰ ਦੇਣਾ ਚਾਹੀਦਾ ਜੀ। ਨਹੀਂ ਨਹੀਂ, ਕਿਉਂ? ਇੱਕ ਅੱਧੀ ਵਾਰੀ ਬਸ। ਕਿਉਂ? ਹਾਂਜੀ ਹਾਂਜੀ, ਪਤਾ ਮੈਨੂੰ ਪਤਾ ਲੱਗ ਗਿਆ ਨਾ, ਤੇ ਤੁਸੀਂ ਹੁਣ ਸਾਡਾ ਕੰਮ ਸਾਂਭ ਰਹੇ ਹੋ। ਅਰੇ ਨਹੀਂ, ਇੰਨੀ ਹਿੰਮਤ ਨਹੀਂ ਆ, ਲੇਕਿਨ ਉਹ ਇੱਕ ਸਪੈਸ਼ਲ ਰਿਕੁਐਸਟ ਤੇ ਮੈਨੂੰ ਕਿਹਾ ਗਿਆ ਸੀ, ਸੋ ਮੈਂ ਉਹ ਕੀਤਾ, ਬਾਕੀ ਤੁਹਾਡਾ ਕੰਮ ਹੈ। ਸੋ ਦੱਸੋ, ਦੀਪਿਕਾ ਪਾਡੂਕੋਨ ਨਾਲ ਤੁਹਾਡੀ ਮੁਲਾਕਾਤ ਹੋਈ, ਤੁਸੀਂ ਇੰਟਰਵਿਊ ਕੀਤਾ, ਕਿਵੇਂ ਦਾ ਲੱਗਿਆ ਉਹਨਾਂ ਨਾਲ ਇੰਟਰਵਿਊ ਕਰਕੇ? ਬਹੁਤ ਵਧੀਆ, ਮੈਂ ਤੇ ਬਸ ਉਹਨਾਂ ਵੱਲ ਦੇਖਦੀ ਗਈ ਦੇਖਦੀ ਗਈ, ਕਿਉਂਕਿ ਉਹ ਇੰਨੇ ਸੋਹਣੇ ਆ। ਸੋ ਮੈਂ ਬਸ ਉਹਨਾਂ ਦੇ ਫੇਸ ਨੂੰ ਹੀ ਦੇਖੀ ਜਾ ਰਹੀ ਸੀ, ਆਈ ਵਾਸ ਮੈਸਮਰਾਈਜ਼ਡ ਓਨੈਸਟਲੀ ਆਈ ਵਾਸ, ਤੇ ਮੈਂ ਬਲਕਿ ਆ ਕੇ ਨਾ ਆਪਣੇ ਇੱਕ ਦੋ ਦੋਸਤਾਂ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਸ਼ੀ ਇਜ਼ ਹਰ ਫੇਸ ਇਜ਼ ਟੂ ਪ੍ਰੀਟੀ, ਮੈਂ ਕਿਹਾ ਮੈਂ ਕੁੜੀ ਹੋ ਕੇ ਅਗਲੇ ਦਿਨ ਤੱਕ ਉਹਦੇ ਫੇਸ ਤੇ ਫੀਚਰਸ ਹੀ ਸੋਚੀ ਜਾ ਰਹੀ ਹਾਂ, ਐਂਡ ਮੁੰਡਿਆਂ ਵਿਚਾਰੇ ਦਾ ਕੀ ਹੁੰਦਾ ਹੋਣਾ। ਸੋ ਸ਼ੀ ਇਜ਼ ਰੀਲੀ ਗੋਰਜੀਅਸ, ਔਰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ, ਐਂਡ ਆਈ ਵਾਸ ਵੈਰੀ ਹੈਪੀ ਕਿ ਆਈ ਵਾਸ ਸੋਰਟ ਆਫ ਰਿਪ੍ਰੈਜੈਂਟਿੰਗ ਪੰਜਾਬ ਓਵਰ ਦੇਅਰ, ਕਿਉਂਕਿ ਉਹ ਪੂਰੇ ਪੰਜਾਬ ਰੀਜਨ ਚ ਜਾਣਾ ਸੀਗਾ, ਸੋ ਦੇ ਵਾਂਟਡ ਮੀ ਟੂ ਡੂ ਇਟ ਜੀ, ਸੋ ਆਈ ਵਾਸ ਵੈਰੀ। ਸੋ ਹੁਣ ਆਪਾਂ ਰੈਪਿਡ ਫਾਇਰ ਖੇਲਦੇ ਹਾਂ, ਪਹਿਲਾਂ ਦੋ ਤਿੰਨ ਸਵਾਲ ਤੁਹਾਨੂੰ ਪੁੱਛਦੇ ਆ, ਫਿਰ ਭਾਈ ਨੂੰ ਪੁੱਛਦੇ ਆ ਸਵਾਲ। ਠੀਕ ਹੈ ਜੀ, ਮੈਂ ਕਰੈਕਟਰ ਬੋਲੂੰਗਾ, ਇਹਨਾਂ ਨੂੰ ਤੁਸੀਂ ਰੈਂਕ ਕਰਨਾ ਹੈ ਤੁਹਾਡੇ ਜਿਹੜੇ ਆਪਣੇ ਫੇਵਰੇਟ ਦੇ ਹਿਸਾਬ ਨਾਲ, ਤੁਹਾਡੇ ਆਪਣੇ ਕਰੈਕਟਰ ਨੇ, ਸਾਰੇ ਇਸੇ ਤੇ ਪੁੱਛਣੇ, ਮੈਂ ਤਾਂ ਪੁੱਛਣਾ ਹੀ ਨਹੀਂ ਜੀ। ਸੋ ਇਹਨਾਂ ਦੇ ਕਰੈਕਟਰ ਨੇ ਨਾ, ਸੋ ਬੱਬੂ ਫਰੋਮ ਅੜਬ ਮੁਟਿਆਰਾ, ਤੇ ਦੂਜਾ ਹੈਗਾ ਕੈਸ਼ ਫੋਰ ਗੁੱਡੀਆ ਪਟੋਲੇ, ਜਿੱਤੀ ਫਰੋਮ ਪੰਜਾਬ 1984, ਮਨਰਾਜ ਫਰੋਮ ਨਿੱਕਾ ਜਲਦਾਰ। ਇਹ ਜਿੰਨੇ ਤੁਸੀਂ ਨਾਂ ਲਏ ਆ ਨਾ, ਇਹ ਹੀ ਮੇਰੀਆਂ ਸਭ ਤੋਂ ਮੋਸਟ ਫੇਵਰੇਟ ਫਿਲਮਸ ਤੇ ਮੇਰੇ ਕਿਰਦਾਰ ਰਹੇ ਆ, ਜਿੰਨਾ ਚੋਂ ਮੈਂ ਕੱਲ ਪਰਸੋਂ ਹੀ ਕਿਸੇ ਨਾਲ ਗੱਲ ਕਰੀ ਸੀ ਕਿ ਨਿੱਕਾ ਜਲਦਾਰ 1 ਮੇਰੀ ਮੋਸਟ ਫੇਵਰੇਟ ਕਾਮੇਡੀ ਫਿਲਮਾਂ, ਮਤਲਬ ਮੈਂ ਉਹਨੂੰ ਕਿੰਨੀ ਵਾਰੀ ਵੀ ਦੇਖ ਲਾਂ, ਹਾਲਾਂਕਿ ਮੈਂ ਆਪਣੀ ਹਰ ਫਿਲਮ ਬਾਰ ਬਾਰ ਨਹੀਂ ਦੇਖ ਸਕਦੀ, ਬਟ ਉਹ ਇੱਕ ਇੱਦਾਂ ਦੀ ਫਿਲਮ ਆ ਕਿ ਮੈਂ ਕਿੰਨੀ ਵੀ ਵਾਰੀ ਦੇਖ ਲੈਂਦੀ ਹਾਂ। ਸੋ ਉਹ ਫਿਲਮ ਜੀਤੀ ਅਫਕੋਰਸ ਉਹ ਮੇਰੇ ਦਿਲ ਦੇ ਬਹੁਤ ਕਰੀਬ ਆ, ਗੁੱਡੀਆਂ ਪਟੋਲੇ ਐਂਡ ਅੜਬ ਮੁਟਿਆਰਾਂ ਨੂੰ ਕਿਵੇਂ ਮੈਂ ਰੇਟ ਕਰਾਂ, ਬਿਕੋਜ਼ ਇੱਥੋਂ ਇੱਕ ਅਲੱਗ ਪਲੇਸਿੰਗ ਮਿਲੀ ਪੰਜਾਬੀ ਸਿਨੇਮਾ 'ਚ, ਇਹ ਰੇਟ ਕਰਨ ਨੂੰ ਨਾ ਕਹੋ ਤੁਸੀਂ। ਸੋ ਕਰਦੇ ਹੁਣ ਤੁਸੀਂ ਕਹਿੰਦੇ ਸੌਖੇ ਸਵਾਲ ਸੀ, ਹੁਣ ਥੋੜ੍ਹਾ ਜਿਹਾ ਔਖਾ ਪੁੱਛ ਲੈਂਦੇ ਆਪਾਂ, 1-2-3-4 ਕਰਨਾ। ਅੱਛਾ ਇਦਾਂ ਆਰਡਰ 'ਚ ਮੋਸਟ ਫੇਵਰਿਟ ਦੇ 'ਚ ਇਸੇ ਕਰਕੇ ਤੁਹਾਡੀ ਰੱਖੀ, ਅੜਬ ਮੁਟਿਆਰਾ, ਬਾਬੂ ਬੈਂਸ, ਦੈਨ ਕੈਸ਼, ਗੁੱਡੀਆਂ ਪਟੋਲੇ, ਜੀਤੀ ਪੰਜਾਬ 1984, ਮਨਰਾਜ, ਨਿੱਕਾ ਜੋ, ਮੈਂ ਇਦਾਂ ਹੀ ਲਿਖੀ ਸੀ। ਅੱਛਾ, ਸੋ ਭਗਲਾ ਸਵਾਲ ਪੁੱਛਦੇ ਆ, ਇਦਾਂ ਹੀ ਤੁਸੀਂ ਇੱਕ ਹੋਰ ਕਰਨਾ ਰੈਂਕ ਕਰਨਾ, ਜਿਹੜੇ ਨਵੇਂ ਪੂਰ ਦੇ ਅੱਜ ਕੱਲ੍ਹ ਨਵੇਂ ਐਕਟਰ ਨੇ, ਉਹਨਾਂ ਨੂੰ ਉਹਨਾਂ ਦੀ ਐਕਟਿੰਗ ਅਬਿਲਿਟੀ ਦੇ ਉੱਤੇ ਤੁਸੀਂ ਉਹਨਾਂ ਨੂੰ ਨੰਬਰ ਵਾਈਜ਼, ਇਹ ਤਾਂ ਡਾਇਰੈਕਟਰ ਸਾਹਿਬ ਦੱਸਣਗੇ ਨਾ ਐਕਟਿੰਗ, ਇਹਨਾਂ ਨੂੰ ਕਹਿੰਦਾ ਇਧਰ ਪੁੱਛਾਂਗੇ ਇਧਰ ਪੁੱਛਾਂਗੇ, 1-2-3-4, ਗੁਰਨਾਮ ਭੁੱਲਰ, ਪਰਮੇਸ਼ ਵਰਮਾ, ਅਜੇ ਸਰਕਾਰੀਆ, ਦੇਵ ਕਰੋੜ। ਯਾਰ ਦਿਸ ਇਜ਼ ਸੋ ਮੀਨ, ਹਾਊ ਕੈਨ ਆਈ ਰੈਂਕ, ਅੱਛਾ ਤੁਸੀਂ ਬੜਾ ਕਾਫੀ ਵਿਦ ਕਰਨ ਲਾਇਆ ਹੈ, ਫੁੱਲ ਔਨ ਕੰਟਰੋਵਰਸੀ। ਨਹੀਂ ਦੇਖੋ, ਨਹੀਂ ਦੇਖੋ, ਹੁਣ ਤੁਸੀਂ ਕਿਹੜਾ ਜੀ ਸੌਖੇ ਸਾਲ ਪੁੱਛੇ, ਥੋੜੇ ਔਖੇ, ਮੈਂ ਹੁਣ ਔਖੇ ਵੀ ਪੁੱਛ ਲਏ ਸੀ। ਯੂਸਫ ਗੁਰਨਾਮ, ਕਿਹੜੇ ਕਿਹੜੇ ਆਪਸ਼ਨ, ਗੁਰਨਾਮ ਭੁੱਲਰ, ਪਰਮੇਸ਼ ਵਰਮਾ, ਅਜੇ ਸਰਕਾਰੀਆ, ਦੇਵ ਕਰੋੜ। ਮੈਂ ਦੀਪ ਕਰੋੜ ਨਾਲ ਕੰਮ ਨਹੀਂ ਨਾ ਕੀਤਾ, ਮੈਂ ਉਹਨਾਂ ਦਾ ਕੰਮ ਨਹੀਂ ਦੇਖਿਆ ਸੀਰੀਅਸਲੀ। ਅੱਛਾ,
अच्छा सो व्हाट आई विल डू इज आई विल मेंशन माय मोस्ट फेवरेट आउट ऑफ दीज है ना मैं रेट नहीं कर रही तो फिर मेरे जे तो फिर यार वो ना करो दिस इज सो डिफिकल्ट आई थिंक इन टर्म्स ऑफ रेंज एज एन एक्टर आई थिंक अजय सरकारिया इज वेरी गुड उन्हां नूं इन्ना मौका नहीं मिलिया अड़म मुटियारा दे विच दिखाउण दा बट क्योंकि मैं उन्हां दे नाल काम कीता होया आ ही हैज अ लॉट ऑफ रेंज एज एन एक्टर ते एंड गुरनाम इज वेरी एफर्टलैस सो मैनूं लगदा ओके एवरीवन इज एक्चुअली जिदां हुण परमीश नूं कोई एक्शन च नहीं बीट कर सकदा ये सो ही एवरीवन इज डिफरेंट जी सो भाई तुहानूं पुछदे आ इह सवाल ਹਾਂਜੀ ਤੁਸੀਂ ਕਰੋ ਤੁਰ ਚਲੋ ਆਪਾਂ ਤੁਹਾਡੀ ਫਿਲਮਾਂ ਦਾ ਪੁੱਛ ਰਹੇ ਨੇ ਅਲਟੀਮੇਟ ਟੈਸਟ ਠੀਕ ਹੈ ਤੇ ਰਣਜੀਤ ਬਾਬਾ ਨਿੰਜਾ ਦਿਲਜੀਤ ਦੋਸਾਂਝ ਤੇ ਪਰਮੇਸ਼ ਸ਼ਰਮਾ ਸੀ ਪਤਾ ਕੀ ਹੈ ਮੈਂ ਕਰ ਦੂੰਗਾ ਰੈਂਕਿੰਗ ਕਰਨ ਨੂੰ ਕੋਈ ਨਹੀਂ ਹੈ ਬਟ ਹਮੇਸ਼ਾ ਜਿਹੜੀ ਐਕਟਰ ਦਾ ਪੋਟੈਂਸ਼ੀਅਲ ਹੈ ਨਾ ਉਹ ਜਾਂਦਾ ਹੁੰਦਾ ਸਕ੍ਰਿਪਟ ਔਰ ਕੈਰੈਕਟਰਸ ਦੀ ਪ੍ਰੋਜੈਕਸ਼ਨ ਨਾਲ ਸੋ ਇਹ ਜਿੰਨਿਆਂ ਨੇ ਵੀ ਮੇਰੇ ਨਾਲ ਕੰਮ ਕੀਤਾ ਉਹ ਉਸ ਟਾਈਮ ਤੇ ਇਸ ਲਈ ਮੇਰੀ ਫਿਲਮ ਸੋ ਕਾਲਡ ਕਰੈਕਟ ਸੀਗੇ ਕਿਉਂਕਿ ਉਹ ਉਸ ਕਰੈਕਟਰਸ ਨੂੰ ਬੜਾ ਸੂਟ ਕਰਦੇ ਸੀ ਬਟ ਅਨਡਾਊਟਲੀ ਇਹਨਾਂ ਚੋਂ ਇੱਕ ਬੰਦੇ ਦਾ ਮੈਂ ਨਾਮ ਲੈ ਸਕਦਾ ਜੋ ਕਿ ਅਨਡਾਊਟਲੀ ਹੈ ਕਿ ਉਹ ਇੱਕ ਪੂਰੇ ਪੈਕੇਜ ਹੈ ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਵੀ ਹੈ ਅੱਜ ਪਰਮੇਸ਼ ਵਰਮਾ ਦੀਆਂ ਸਿਰਫ 2-3 ਫਿਲਮਾਂ ਹੋਈਆਂ ਬਾਬਾ ਭਾਜੀ ਦੀਆਂ ਵੀ ਕੋਈ ਖਾਸ ਫਿਲਮਾਂ ਨਹੀਂ ਹੋਈਆਂ ਨਾ ਦਿਲਜੀਤ ਕੋਲ ਉਹ ਭਾਜੀ ਕੋਲ ਇੱਕ ਐਕਸਪੀਰੀਅੰਸ ਹੈਗਾ ਕੁਛ ਚੀਜ਼ਾਂ ਅੱਜ ਤੁਸੀਂ ਕਹੋ ਜੀ ਡਾਇਰੈਕਟਰ ਰੈਂਕ ਕਰ ਲਓ ਅੱਜ ਇੱਕ ਨਵਾਂ ਡਾਇਰੈਕਟਰ ਹੋਵੇ ਚਾਹੇ ਜਿੱਦਾਂ ਅਡਮ ਮੁਟਿਆਰਾ ਡਾਇਰੈਕਟਰ ਹੈ ਉਹਨੇ ਵਧੀਆ ਕੰਮ ਕੀਤਾ ਬਟ ਅੱਜ ਮੇਰੀ ਰੇਂਜ ਹੈ ਜੀ ਮੈਂ 10 ਸਾਲਾਂ ਤੋਂ ਕੰਮ ਕਰ ਰਿਹਾ ਉਹ ਸ਼ਾਇਦ ਉਸ ਗੱਲ ਦਾ ਇੱਕ ਫਰਕ ਪੈ ਸਕਦਾ ਕਿਉਂਕਿ 10 ਸਾਲਾਂ ਤੋਂ ਤੁਸੀਂ 10-12 ਫਿਲਮਾਂ ਬਣਾਈਆਂ ਅਗਲੇ ਦੀ ਪਹਿਲੀ ਦੂਜੀ ਫਿਲਮ ਹੈ ਪਹਿਲੀ ਦੂਜੀ ਫਿਲਮ ਦੇ ਅਕੋਰਡਿੰਗਲੀ ਮਾਇੰਡ ਬਲੋਇੰਗ ਕੰਮ ਕਰ ਰਹੇ ਉਹਨਾਂ ਦੇ ਉਹਨਾਂ ਕਿਉਂਕਿ ਉਹਨਾਂ ਦੀ ਹਜੇ ਰੇਂਜ ਹੈ ਜਿੱਦਾਂ ਪਰਮੇਸ਼ ਵਰਮਾ ਨੂੰ ਤੁਸੀਂ ਐਕਸ਼ਨ ਫਿਲਮ ਦਿਓਗੇ ਯੂ ਕਾਂਟ ਸੇ ਕਿ ਉਸ ਤੋਂ ਬੈਟਰ ਗੁਰਨਾਮ ਭੁੱਲਰ ਕਰ ਸਕਦਾ ਸਵੀਟ ਫਿਲਮ ਕੋਈ ਗੁਰਨਾਮ ਭੁੱਲਰ ਨੂੰ ਦਿਓਗੇ ਯੂ ਕਾਂਟ ਸੇ ਕਿ ਗੁਰਨਾਮ ਭੁੱਲਰ ਦਾ ਬੈਟਰ ਕੰਮ ਅਮਰਿੰਦਰ ਗਿੱਲ ਕਰਦਾ ਸੀਗਾ ਯੂ ਨੋ ਸੋ ਉਹ ਇੱਕ ਅੱਜ ਹੁਣ ਅਮਰਿੰਦਰ ਭਾਜੀ ਕੋਲ ਇੱਕ ਰੇਂਜ ਆ ਗਈ ਹੈ ਕਿ ਉਹ ਕਾਫੀ ਚੀਜ਼ਾਂ ਨੂੰ ਕੈਰੀ ਕਰ ਸਕਦੇ ਆ ਨਹੀਂ ਤਾਂ ਸਟਾਰਟਿੰਗ 'ਚ ਕੀ ਹੁੰਦਾ ਸੀਗਾ ਅਮਰਿੰਦਰ ਗਿੱਲ ਨੂੰ ਕਹਿੰਦੇ ਸੀ ਸਵੀਟ ਜਿਹਾ ਕਰੈਕਟਰ ਕਰਾ ਲਓ ਯਾਰ ਬੜਾ ਸੋਬਰ ਜਿਹਾ ਲੱਗਦਾ ਸਹੀ ਬੰਦਾ ਉਹ ਗੋਰਿਆਂ ਨੂੰ ਦਫਾ ਕਰੋ ਤੋਂ ਬਾਅਦ ਚੇਂਜ ਕੀਤਾ ਉਹਨਾਂ ਨੇ ਹੋਰ ਅੱਗੇ ਚੇਂਜ ਕੀਤਾ ਐਕਸਪੀਰੀਅੰਸ ਵਾਲੀ ਗੱਲ ਹੈ ਬਟ ਇਹਨਾਂ 'ਚੋਂ ਜੇ ਵੈਸੇ ਕਿਉਂਕਿ ਚਲੋ ਤੁਹਾਡਾ ਸਵਾਲ ਹੈ ਤੁਸੀਂ ਤਾਂ ਇਹਨਾਂ 'ਚੋਂ ਡੈਫੀਨੇਟਲੀ ਮਤਲਬ ਦਿਲਜੀਤ ਦੋਸਾਂਝ ਜੀ ਇੱਕ ਇੱਦਾਂ ਦਾ ਨਾਮ ਹੈ ਜਿਹਨਾਂ ਕੋਲ ਆਲਮੋਸਟ ਸਾਰੀ ਰੇਂਜ ਹੈਗੀ ਹੈ ਜੀ ਉਹ ਸਭ ਕੁਝ ਕੈਰੀ ਕਰ ਸਕਦੇ ਜੀ ਆਪਾਂ ਨਾ ਤੁਹਾਨੂੰ ਨਾਮ ਦੇਵਾਂਗੇ ਤੁਸੀਂ ਉਹਨਾਂ ਨੂੰ ਇੱਕ ਵਰਡ 'ਚ ਡਿਫਾਈਨ ਕਰਨਾ ਠੀਕ ਹੈ ਉਹ ਮੈਡਮ ਨੂੰ ਪੁੱਛੋ ਨਹੀਂ ਦੋਨੋਂ ਕਰ ਲੈਂਦੇ ਹੋ ਇਹ ਤਾਂ ਤੁਸੀਂ ਵੀ ਕਰੋ ਨਾ ਨਾਲ ਸਾਡੇ ਸਾਥ ਦਿਓ ਜੈਸਮਿਨ ਸੈਂਡਲਸ ਇੱਕ ਵਰਡ ਨਾ ਡਿਫਾਈਨ ਕਰਨਾ ਬੌਮ ਸੋ ਪਰਮੇਸ਼ ਵਰਮਾ ਪਰਮੇਸ਼ ਵਰਮਾ ਫੁੱਲ ਆਫ ਲਾਈਫ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਮਾਈ ਫੇਵਰੇਟ ਐਜ਼ ਐਨ ਆਰਟਿਸਟ ਦਿਲਜੀਤ ਦੋਸਾਂਝ ਪਾਵਰ ਪੈਕ ਅਲਟੀਮੇਟ ਤੁਸੀਂ ਕਿਹੋ ਦਿਲਜੀਤ ਦੋਸਾਂਝ ਫਨੀ ਦਿਲਜੀਤ ਬਹੁਤ ਫਨੀ ਆ ਸੋਨਮ ਬਾਜਵਾ ਇਹ ਮੈਂ ਥੋੜੀ ਕਰੂੰਗੀ ਯਾਰ ਮੈਂ ਆਪਣੇ ਆਪ ਨੂੰ ਬੰਦਾ ਕੋਈ ਨਾ ਕੋਈ ਤਾਂ ਟੈਗ ਦੇ ਹੀ ਦਿੰਦਾ ਹੁੰਦਾ ਯਾ ਹੱਦ ਮੈਂ ਤੁਸੀਂ ਨਹੀਂ ਇੱਕ ਮਿੰਟ ਜੇ ਸ਼ੀਸ਼ੇ ਮੂਰੇ ਖੜਦੇ ਹੋ ਤੁਸੀਂ ਕੀ ਕਰਦੇ ਹੋ ਆਪਣੇ ਆਪਣੇ ਗੱਲਾਂ ਹੀ ਕਰਦੇ ਯਾਰ ਲੇਕਿਨ ਜੇ ਬੰਦਾ ਚੰਗਾ ਨਹੀਂ ਲੱਗਦਾ ਨਾ ਆਪਣੇ ਬਾਰੇ ਜ਼ਿਆਦਾ ਬੋਲਦੇ ਚਲੋ ਡਾਕਟਰ ਸਾਹਿਬ ਤੁਸੀਂ ਕਰਦੇ ਫਿਰ ਕੰਪਲੀਟ ਪੈਕੇਜ ਕੰਪਲੀਟ ਪੈਕੇਜ ਚਲੋ ਐਮੀ ਵਿਰਕ ਦਾ ਕਰਦੇ ਫਿਰ ਐਮੀ ਵਿਰਕ ਫਰੈਂਡ ਸੋ ਇੱਕ ਵੀਡੀਓ ਜਿਹੜੀ ਤੁਹਾਨੂੰ ਲੱਗੀ ਹੋਵੇ ਜਿਸ 'ਚ ਤੁਸੀਂ ਸਭ ਤੋਂ ਵੱਧ ਇੰਜੋਏ ਕੀਤਾ ਹੋਵੇ ਜੱਟੀ ਜੂਣੇ ਮੋੜ ਵਰਗੀ ਟਾਈਟਲ ਟਰੈਕ ਜੀ ਸੋ ਅਗਲਾ ਸਵਾਲ ਟਿਕਟੋਕ ਤੇ ਕਿਹੜੀ ਵੀਡੀਓ ਹੈ ਜਿਹੜੀ ਤੁਸੀਂ ਸਭ ਤੋਂ ਵੱਧ ਇੰਜੋਏ ਕਰਦੇ ਹੋ ਟਿਕਟੋਕ ਤੇ ਹੈ ਹੀ ਇੰਜੋਇਮੈਂਟ ਵਾਲਾ ਕਿਹੋ ਜੀ ਵੀਡੀਓ ਇੰਜੋਏ ਕਰਦੇ ਹੋ ਤੁਸੀਂ ਫਨੀ ਵੀਡੀਓਜ਼ ਮੈਨੂੰ ਇੰਜੋਏ ਕਰਦੇ ਜਿਹੜੇ ਆਮ ਲੋਕੀ ਜੋ ਬਣਾਉਂਦੇ ਆ ਨਾ ਨਾਟ ਇਨਫਲੂਐਂਸਰਸ ਜਿਹੜੇ ਆਬਵੀਅਸਲੀ ਇਨਫਲੂਐਂਸਰਸ ਬਹੁਤ ਐਕਸਪੀਰੀਅੰਸਡ ਆ ਬਹੁਤ ਜ਼ਿਆਦਾ ਕ੍ਰੀਏਟੀਵਿਟੀ ਲਾਉਂਦੇ ਆ ਬਟ ਇੱਕ ਆਮ ਜਨਤਾ ਜਦੋਂ ਬਣਾਉਂਦੀ ਆ ਨਾ ਘਰਾਂ 'ਚ ਬੈਠੀ ਜਿਹੜੀ ਹਾਊਸ ਵਾਈਫਸ ਆ ਜਾਂ ਪਿੰਡਾਂ 'ਚ ਜਿਹੜੇ ਲੋਕ ਆ ਉਹ ਮੈਂ ਇੰਜੋਏ ਕਰਦੀ ਹਾਂ ਭਾਈ ਤੁਸੀਂ ਦੇਖਦੇ ਹੋ ਟਿਕਟੋਕ ਮੈਂ ਦੇਖਦਾ ਤੇ ਮੈਨੂੰ ਵੀ ਸੇਮ ਇਹ ਹੈ ਕਿ ਜਿਹੜੇ ਆਮ ਲੋਕ ਹੈ ਉਹਨਾਂ ਦੀ ਕਿਊਟਨੈਸ ਬੜੀ ਵਧੀਆ ਲੱਗਦੀ ਹੈ ਅਮਚੂਰ ਜੇ ਹੁੰਦੇ ਆ ਕੁਝ ਚੀਜ਼ਾਂ ਚੰਗੀਆਂ ਕਰਦੇ ਆ ਕੁਝ ਚੀਜ਼ਾਂ ਮਾੜੀਆਂ ਕਰਦੇ ਆ ਕੋਈ ਗਾਣਿਆਂ ਦੇ ਲਿਪਸਿੰਗ ਪੜ ਰਹੇ ਹੁੰਦੇ ਕੋਈ ਡਾਇਲਾਗਾਂ ਦੇ ਲਿਪਸਿੰਗ ਪੜ ਰਹੇ ਹੁੰਦੇ ਆ ਸੋ ਐਂਟਰਟੇਨਿੰਗ ਹੈ ਜੀ ਨੈਕਸਟ ਕੋ ਸਟਾਰ ਜਿਹਦੇ ਨਾਲ ਤੁਸੀਂ ਕੰਮ ਕਰਨਾ ਚਾਹੋ ਮੈਂ ਆਪਸ਼ਨ ਦੇ ਦੇਣਾ ਜੱਸੀ ਗਿੱਲ ਸਿੱਧੂ ਮੂਸੇਵਾਲਾ ਦੇਵ ਕਰੋੜ ਜਿਮੀ ਸ਼ੇਰਗਿੱਲ ਸਾਰੇ
ਸਾਰਿਆਂ ਨਾਲ ਕੰਮ ਕਰਨਾ ਚਾਹੂੰਗਾ, ਸਰਕਾਰੀ ਜੌਬ ਨਾ ਦਿਓ। ਨਹੀਂ ਨਹੀਂ ਮੈਂ ਸੱਚੀ ਮੈਂ ਐਕਚੁਅਲੀ ਐਕਸਾਈਟਿਡ ਆ ਜੀ। ਜਿੰਮੀ ਬਹੁਤ ਹੀ ਵਧੀਆ ਐਕਟਰ ਨੇ, ਮੈਂ ਇਸ ਕਰਕੇ ਉਹਨਾਂ ਨਾਲ ਕੰਮ ਕਰਨਾ ਚਾਹੂੰਗੀ। ਸਿੱਧੂ ਆਈ ਐਮ ਐਕਸਾਈਟਿਡ ਟੂ ਸੀ ਹਾਊ ਇਜ਼ ਹੀ ਐਜ਼ ਐਨ ਐਕਟਰ, ਬਿਕਾਜ਼ ਐਜ਼ ਅ ਪਰਸਨ ਹੀ ਇਜ਼ ਵੈਰੀ ਯੂਨੀਕ। ਮਤਲਬ ਉਹਨਾਂ ਜਦੋਂ ਸਟਾਈਲ ਹੈ, ਜੋ ਆਪਣੇ ਬਾਰੇ ਸੋਚਦੇ ਆ, ਜਿੱਦਾਂ ਉਹ ਗੱਲ ਕਰਦੇ ਆ, ਹੀ ਇਜ਼ ਵਨ ਆਫ ਅ ਕਾਇੰਡ। ਸੋ ਮੈਂ ਚਾਹੂੰਗੀ ਕਿ ਮੈਂ ਇੱਕ ਵਾਰੀ ਜ਼ਰੂਰ ਉਹਨਾਂ ਦੇ ਨਾਲ ਕੰਮ ਕਰਾਂ। ਇਟ ਵਿਲ ਬੀ ਅ ਫਨ ਐਕਸਪੀਰੀਅੰਸ। ਮੈਂ ਦੇਖੂੰਗੀ ਨਾ ਜਿਹੜਾ ਇਨ ਪਰਸਨ ਇੰਨੇ ਵੱਖਰੇ ਸੁਭਾਅ ਦਾ, ਉਹ ਐਕਟਿੰਗ ਕਿਵੇਂ ਕਰਦਾ ਆ, ਕਿਵੇਂ ਡਿਫਰੈਂਟ ਕਿਰਦਾਰ ਕਰਦਾ। ਸੋ ਡੈਫੀਨੇਟਲੀ ਹਿਮ। ਔਰ ਹੋਰ ਤੁਸੀਂ ਕੀ ਕਿਹਨਾਂ ਨੂੰ ਨਾਲ ਹੈ? ਜੱਸੀ ਗਿੱਲ, ਦੇਵ ਕਰੋੜ। ਜੱਸੀ ਗਿੱਲ ਵੀ ਓਬਵੀਅਸਲੀ, ਜੱਸੀ ਗਿੱਲ ਦਾ ਜਿਹੜਾ ਨਵਾਂ ਟ੍ਰੇਲਰ ਆਇਆ ਹਿੰਦੀ ਫਿਲਮ, ਆਈ ਥਿੰਕ ਹੀ ਇਜ਼ ਮੇਕਿੰਗ ਆਲ ਆਫ ਅਸ ਪ੍ਰਾਊਡ। ਪੰਗਾ, ਹੀ ਇਜ਼ ਵੈਰੀ ਗੁੱਡ ਐਂਡ ਐਫਰਟਲੈਸ ਇਨ ਦੈਟ। ਡੈਫੀਨੇਟਲੀ ਜੀ। ਸੋ ਤਿੰਨ ਚੀਜ਼ਾਂ ਸੋਨਮ ਬਾਜਵਾ ਦੀਆਂ ਜਿਹਨੂੰ ਕੋਈ ਨਹੀਂ ਜਾਣਦਾ, ਤੇ ਮੈਂ ਇੱਥੇ ਕਿਉਂ ਦੱਸੂਗੀ? ਜਾਣਾਂਗੇ ਤਾਂ ਤਾਂ ਹੀ ਜਾਣਾਂਗੇ ਤਾਂ। ਇਹ ਲੋਕੀ ਸ਼ਾਇਦ ਇਹ ਨਹੀਂ ਜਾਣਦੇ ਕਿ ਮੈਂ ਬਹੁਤ ਜ਼ਿਆਦਾ ਖਾਂਦੀ ਹਾਂ, ਔਰ ਮੈਨੂੰ ਜੰਕ ਫੂਡ ਬਹੁਤ ਪਸੰਦ ਆ, ਅਤੇ ਮੈਂ ਅਕਸਰ ਖਾਂਦੀ ਹਾਂ ਜੋ ਕਿ ਨਹੀਂ ਖਾਣਾ ਚਾਹੀਦਾ। ਇੱਕ ਸਾਲ ਤੋਂ ਮੈਂ ਵਰਕਆਊਟ ਨਹੀਂ ਕੀਤਾ, ਲੋਕੀ ਸ਼ਾਇਦ ਇਹ ਨਹੀਂ ਜਾਣਦੇ। ਹੋਰ ਕੀ, ਅਤੇ ਮੈਂ ਸੋਨਮ ਬਾਜਵਾ ਚਾਹੁੰਦੀ ਹਾਂ ਕਿ ਉਹ ਲਿਖੇ, ਲੇਕਿਨ ਨਹੀਂ ਹੋ ਪਾਉਂਦਾ। ਲਿਖੇ ਐਜ਼ ਇਨ ਆਈ ਵਾਂਟ ਟੂ ਰਾਈਟ ਪੋਇਟਰੀ, ਆਈ ਵਾਂਟ ਟੂ ਰਾਈਟ ਸਮਥਿੰਗ ਗੁੱਡ, ਉਹ ਮੇਰੇ ਤੋਂ ਹਲੇ ਤੱਕ ਨਹੀਂ ਹੋ ਪਾ ਰਿਹਾ। ਬਟ ਕੋਸ਼ਿਸ਼ ਕਰਨ ਵਾਲੇ ਕਿ ਕਦੀ ਹਾਰ ਨਹੀਂ ਹੋਤੀ। ਸੋ ਪਹਿਲੀ ਦੋ ਚੀਜ਼ਾਂ ਤਾਂ ਸਾਡੇ ਲਈ ਵੀ ਔਖੀਆਂ ਨੇ, ਹੈ ਨਾ, ਸੁਣਨੀਆਂ ਵੀ। ਸੋਨਮ ਬਾਜਵਾ ਜੰਕ ਫੂਡ ਖਾਂਦੀ ਹੈ ਜਾਂ ਜਿਮ ਨਹੀਂ ਜਾਂਦੀ? ਨਹੀਂ, ਹੁਣੇ ਅੱਜ ਹੀ ਖਾਏ ਮੈਂ ਆਲੂ ਦੇ। ਨਹੀਂ, ਜਿਮ ਜਾਂਦੀ ਹਾਂ, ਇੱਕ ਸਾਲ ਹੋ ਗਿਆ ਮੈਂ ਨਹੀਂ ਕੀਤਾ ਵਰਕਆਊਟ, ਬਟ ਆਈ ਵਿਲ ਸਟਾਰਟ ਵਰਕਿੰਗ ਆਊਟ। ਕੀ ਬਾਤ ਹੈ। ਕੋਈ ਚੀਜ਼ ਜਿਹੜੀ ਸੋਨਮ ਬਾਜਵਾ ਨੂੰ ਜ਼ਿਆਦਾ ਖਿੱਚ ਚੜ ਜਾਂਦੀ ਹੈ ਜਿਸ ਤੋਂ? ਜਦੋਂ ਝੂਠ ਬੋਲਦੇ ਲੋਕ। ਚਲੋ, ਸੋ ਯੈਸ ਯਾਰ ਨੋ ਦੇ ਜਵਾਬ ਦੇਣਾ, ਤੂੰ ਦੋਵਾਂ ਨੇ ਦੇਣਾ ਜਵਾਬ, ਹਾਂ ਜਾਂ ਨਾ ਦੇ ਵਿੱਚ। ਆਪਣੀ ਫਿਲਮਾਂ ਦੇ ਰਿਵਿਊ ਪੜ੍ਹਦੇ ਹੋ? ਯੈਸ। ਨੈਗੇਟਿਵ ਰਿਵਿਊਜ਼ ਨੂੰ ਕਿਵੇਂ ਲੈਂਦੇ ਹੋ? ਯਾ ਨੈਗੇਟਿਵ ਰਿਵਿਊਜ਼ ਨੂੰ ਬੁਰਾ ਲੱਗਦਾ ਆ ਕਦੇ ਕਦੇ, ਜਦੋਂ ਪਰਸਨਲੀ ਮੈਂ ਐਗਰੀ ਨਾ ਕਰਾਂ, ਲੇਕਿਨ ਜਦੋਂ ਪਤਾ ਹੀ ਹੁੰਦਾ ਆ, ਦੈਨ ਆਫ ਕੋਰਸ ਆਈ ਐਗਰੀ, ਔਰ ਇੰਟੈਂਸ਼ਨ ਨਹੀਂ ਹੁੰਦਾ ਕਿ ਨੈਕਸਟ ਟਾਈਮ ਉਹਦੇ ਤੇ ਕੰਮ ਕੀਤਾ। ਰਿਐਕਟ ਕਰਦੇ ਹੋ? ਰਿਐਕਟ ਨਹੀਂ, ਨੋ ਰਿਪਲਾਈ, ਨਥਿੰਗ। ਤੁਸੀਂ ਭਾਜੀ? ਓਕੇ, ਦੈਟਸ ਫਾਈਨ, ਕਿਉਂਕਿ ਤੁਸੀਂ ਫਿਲਮ ਬਣਾਈ ਹੈ, ਤੁਸੀਂ ਇੱਕ ਪਬਲਿਕ ਪਲੇਟਫਾਰਮ ਤੇ ਆਪਣੀ ਕੋਈ ਚੀਜ਼ ਰੱਖੀ ਹੈ ਔਰ ਲੋਕਾਂ ਵਾਸਤੇ ਬਣਾਈ ਹੈ, ਲੋਕਾਂ ਦਾ ਹੱਕ ਹੈ ਉਸ ਤੇ ਬੋਲਣਾ, ਚੰਗਾ ਮਾੜਾ। ਜੀ, ਹਾਂ ਜਾਂ ਨਾ ਦੇ ਜਵਾਬ, ਕਦੇ ਆਪਣੇ ਕੋ-ਸਟਾਰ ਨਾਲ ਗੁੱਸੇ ਹੋਏ ਹੋ? ਹਾਂ। ਤੁਸੀਂ ਗੁੱਸੇ ਨਹੀਂ, ਇਰੀਟੇਟ ਹੋਈ ਹਾਂ, ਮਤਲਬ। ਜੀ, ਤੁਸੀਂ ਆਪਣੇ ਸਟਾਰ ਦੇ ਨਾਲ? ਬਿਲਕੁਲ, ਉਹ ਤਾਂ ਸ਼ੂਟਿੰਗ ਹੈ, ਜਦੋਂ ਤੁਸੀਂ 30-40 ਦਿਨ ਇਕੱਠੇ ਰਹਿੰਦੇ ਹੋ, ਸਾਡੇ ਖੜਕਦੇ। ਕਿਸੇ ਫਿਲਮ ਦਾ ਰਿਗਰੈਟ ਹੋਵੇ ਵੀ ਚੱਲੀ ਨਾ ਹੋਵੇ? ਹੈ ਕਿਸੇ ਫਿਲਮ ਦਾ ਰਿਗਰੈਟ? ਨਹੀਂ, ਹਾਂ, ਮੈਨੂੰ ਇੱਕ ਦੋ ਫਿਲਮ ਦਾ ਰਿਗਰੈਟ ਹੈ ਕਿ ਮੈਂ ਕਿਉਂ ਕੀਤਾ ਆ, ਉਹ ਚੱਲੇ ਭਾਵੇਂ ਨਾ ਚੱਲੇ, ਬਟ ਆਈ ਪਹਿਲਾਂ ਤੋਂ ਹੀ ਮੈਨੂੰ ਰਿਗਰੈਟ ਸੀ ਕਿ ਮੈਨੂੰ ਨਹੀਂ ਕਰਨੀ ਚਾਹੀਦੀ ਸੀ। ਸੋ ਭਾਈ, ਤੁਹਾਨੂੰ ਨਹੀਂ ਹੈ? ਨਹੀਂ ਰਿਗਰੈਟ? ਨਾ, ਮੈਨੂੰ ਆਪਣੀ ਕਿਸੇ ਵੀ ਫਿਲਮ ਦਾ ਰਿਗਰੈਟ ਨਹੀਂ। ਸੋ ਚੱਕ ਦੇ ਫੱਟੇ ਹੈ। ਸੋਨਮ ਬਾਜਵਾ, ਮੈਂ ਜਾਂਦੇ ਹੋਏ ਦਰਸ਼ਕਾਂ ਨੂੰ ਕੀ ਕਹਿਣਾ ਚਾਹੂੰਗੀ ਤੇ ਆਉਣ ਵਾਲੇ ਆਪਣੇ ਨਵੀਆਂ ਫਿਲਮਾਂ ਪ੍ਰੋਜੈਕਟਸ ਬਾਰੇ, ਕੋਈ ਗਾਣੇ ਬਾਰੇ ਸਾਨੂੰ ਜ਼ਰੂਰ ਦੱਸ ਕੇ ਜਾਓ? ਦੇਖੋ, 2020 ਚ ਬਹੁਤ ਕੁਛ ਆਊਗਾ, ਐਂਡ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਅਤੇ ਜਿੰਨਾ ਪਿਆਰ ਤੁਸੀਂ ਸਾਰਿਆਂ ਨੇ ਮੈਨੂੰ ਦਿੱਤਾ ਆ 2019 ਚ, ਉਹਦੇ ਲਈ ਮੈਂ ਦਿਲੋਂ ਬਹੁਤ 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 ਜ਼ਿਆਦਾ ਸ਼ੁਕਰ ਗੁਜ਼ਾਰ ਹਾਂ। ਬਟ ਮੁੱਦੇ ਦੀ ਗੱਲ ਇਹ ਆ ਕਿ 24 ਜਨਵਰੀ ਨੂੰ ਜਿੰਦੇ ਮੇਰੀ ਆ ਰਹੀ ਆ, ਤੁਸੀਂ ਪਲੀਜ਼ ਆਪਣੇ ਪੂਰੇ ਪਰਿਵਾਰ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸਾਡੀ ਫਿਲਮ ਦੇਖਣ ਜਾਇਓ ਸਿਨੇਮਾ ਦੇ ਵਿੱਚ, 24 ਜਨਵਰੀ ਜਿੰਦੇ ਮੇਰੀ ਆ। ਸੋ ਧੰਨਵਾਦ, ਥੈਂਕ ਯੂ ਸੋ ਮਚ, ਸਾਨੂੰ ਸਮਾਂ ਦਿੱਤਾ, ਸ਼ੁਕਰੀਆ। ਥੈਂਕ ਯੂ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਡੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਕਲਿੱਕ ਕਰੋ ਬੈਲ ਆਈਕਨ। ਪੰਜਾਬੀ ਮੀਡੀਆ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਦੇ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਦੋਸਤੋ, ਕਿਸੇ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ, ਇਹ ਕਿਸੇ ਸਿਨੇਮਾ ਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ, ਅਤੇ ਪੰਜਾਬੀ ਸਿਨੇਮਾ ਨੂੰ ਹਾਲ ਹੀ ਦੇ ਵਿੱਚ ਹਰਜੀਤਾ ਫਿਲਮ ਦੇ ਲਈ ਅਵਾਰਡ ਮਿਲਿਆ, ਅਤੇ ਹਰਜੀਤਾ ਫਿਲਮ ਦੇ ਪ੍ਰੋਡਿਊਸਰ ਉਹ ਮਨੀਸ਼ ਸਾਹਨੀ ਜੀ ਸਾਡੇ ਨਾਲ ਨੇ। ਮਨੀਸ਼ ਸਾਹਨੀ ਜੀ ਤੋਂ ਆਪਾਂ ਜਾਣਾਂਗੇ ਕਿ ਫਿਲਮ ਨੂੰ ਜਦੋਂ ਅਵਾਰਡ ਮਿਲਿਆ ਅਤੇ ਫਿਲਮ ਦਾ ਕੀ ਰਿਸਪੋਂਸ ਸੀਗਾ ਅਤੇ ਉਹਨਾਂ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਸੀ? ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ ਪੰਜਾਬੀ ਮੀਡੀਆ ਦੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਰ, ਅਸੀਂ ਤੁਹਾਡੇ ਪੁੱਛਣਾ ਚਾਹਾਂਗੇ ਕਿ ਐਜ਼ ਏ ਪ੍ਰੋਡਿਊਸਰ ਹਰਜੀਤਾ ਤੁਹਾਡੀ ਪਹਿਲੀ ਫਿਲਮ ਸੀਗੀ, ਜਦੋਂ ਆਪਾਂ ਹਰਜੀਤਾ ਦੀ ਗੱਲ ਕਰਦੇ ਹਾਂ, ਹਰਜੀਤਾ ਫਿਲਮ ਆਪਾਂ ਕਹਿੰਦੇ ਓਡੀਅਨ ਦੇ ਹਿਸਾਬ ਨਾਲ ਓਨੀ ਜ਼ਿਆਦਾ ਪੰਜਾਬ ਦੇ ਵਿੱਚ ਬੋਕਸ ਆਫਿਸ ਕਲੈਕਸ਼ਨ ਤੋਂ ਨਹੀਂ ਚੱਲੀ, ਪਰ ਜਦੋਂ ਨੈਸ਼ਨਲ ਅਵਾਰਡ ਮਿਲਦਾ ਤਾਂ ਸਾਰੇ ਜਿਹੜੇ ਓਡੀਅਨਸ ਸੀਗੀ, ਸਾਰਿਆਂ ਦਾ ਰਿਐਕਸ਼ਨ ਬਦਲ ਜਾਂਦਾ, ਚੇਂਜ ਹੋ ਜਾਂਦਾ ਵੀ ਯਾਰ ਅਸੀਂ ਕਿਉਂ ਨਹੀਂ ਦੇਖੀਏ ਫਿਲਮ ਜਾਂ ਸਾਨੂੰ ਦੇਖਣੀ ਚਾਹੀਦੀ ਸੀ, ਓਡੀਅਨਸ ਦਾ ਇੱਕ ਰਿਐਕਸ਼ਨ ਬਦਲ ਗਿਆ। ਕੀ ਕਹਿਣਾ ਚਾਹੋਗੇ ਹਰਜੀਤਾ ਨੂੰ ਜਦੋਂ ਨੈਸ਼ਨਲ ਅਵਾਰਡ ਲਈ ਤੁਹਾਨੂੰ ਪਤਾ ਲੱਗਿਆ ਵੀ ਨੈਸ਼ਨਲ ਅਵਾਰਡ ਵਾਸਤੇ ਫਿਲਮ ਸਿਲੈਕਟ ਹੋਈ ਹੈ, ਅਤੇ ਕੀ ਸੀਗਾ ਉਹਦੇ ਮਨ ਦੇ ਵਿੱਚ?
ਯਾ ਡੈਫੀਨੇਟਲੀ ਕੋਈ ਵੀ ਕੰਮ ਆਪਾਂ ਲਾਈਫ 'ਚ ਜਦੋਂ ਆਫ ਬੀਟ ਕਰਦੇ ਹਾਂ ਨਾ ਉਹਦੇ ਡੈਫੀਨੇਟਲੀ ਚੈਲੇਂਜਸ ਹੁੰਦੇ ਨੇ ਔਰ ਚੈਲੇਂਜਸ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਕਈ ਵਾਰ ਬਹੁਤ ਸਕਸੈਸਫੁਲ ਹੋ ਜਾਂਦੇ ਨੇ ਕਈ ਵਾਰ ਆਦਮੀ ਫੇਲਿਅਰ ਹੋ ਜਾਂਦਾ ਸੋ ਹਰਜੀਤਾ ਜਦੋਂ ਪਲਾਨ ਕੀਤੀ ਗਈ ਸੀ ਹਰਜੀਤਾ ਇਸ ਤਰ੍ਹਾਂ ਪਲਾਨ ਨਹੀਂ ਸੀ ਕੀਤੀ ਗਈ ਕਿ ਯਾਰ ਬਾਕਸ ਆਫਿਸ ਕੀ ਹੋਏਗਾ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਯਾਰ ਇੱਕ ਆਊਟ ਆਫ ਦਾ ਬਾਕਸ ਫਿਲਮ ਬਣਾਉਣੀ ਹੈ ਜਿਹਦੇ 'ਤੇ ਹਰ ਨੋਟ ਪੰਜਾਬੀ ਹਰ ਇੰਡੀਅਨ ਫਿਲਮ ਦੇਖਣ ਵਾਲੇ ਨੂੰ ਇੱਕ ਵਾਰ ਪ੍ਰਾਊਡ ਫੀਲ ਹੋਏ ਅਤੇ ਉਹ ਅਸੀਂ ਕੀਤਾ ਹੈ ਨਾ ਸੋ ਉਹ ਕਰਨ ਕਰਕੇ ਹੀ ਫਿਲਮ ਨੂੰ ਅੱਜ ਨੈਸ਼ਨਲ ਅਵਾਰਡ ਮਿਲਿਆ ਸੋ ਅਸੀਂ ਉਸ ਚੀਜ਼ ਲਈ ਬਹੁਤ ਬਹੁਤ ਖੁਸ਼ ਹਾਂ ਕਿ ਯਾਰ ਇੱਕ ਫਿਲਮ ਇਸ ਲੈਵਲ 'ਤੇ ਰੈਕਗਨਾਈਜ਼ ਹੋਈ ਤਾਂ ਮੈਨੂੰ ਲੱਗਦਾ ਕਿ ਉਹ ਫਿਲਮ ਦਾ ਉਹ ਲੈਵਲ ਅਚੀਵ ਕਰਨਾ ਉਹ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਸਾਡੇ ਸਾਰਿਆਂ ਲਈ ਅਚੀਵਮੈਂਟ ਹੈ ਨਾ ਪੰਜਾਬੀ ਸਿਨੇਮਾ ਲਈ ਅਚੀਵਮੈਂਟ ਹੈ ਜਿਸ ਤਰ੍ਹਾਂ ਆਪਾਂ ਗੱਲ ਕਰੀ ਸੀ ਕਿ ਸਮੀਪ ਸਿੰਘ ਨੂੰ ਬੈਸਟ ਚਾਈਲਡ ਅਵਾਰਡ ਚਾਈਲਡ ਆਰਟਿਸਟ ਦਾ ਅਵਾਰਡ ਮਿਲਿਆ ਹੈ ਨਾ ਸੋ ਪਹਿਲੀ ਵਾਰ ਹੋਇਆ ਥਰੂ ਆਊਟ ਪੰਜਾਬੀ ਇਨ ਪੰਜਾਬੀ ਹਿਸਟਰੀ ਸੋ ਉਹ ਮੈਨੂੰ ਲੱਗਦਾ ਕਿ ਬੀਂਗ ਏ ਫਿਲਮ ਮੇਕਰ ਉਹ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਕਿ ਤੁਸੀਂ ਜਦੋਂ ਇਸ ਲੈਵਲ 'ਤੇ ਰੈਕਗਨਾਈਜ਼ ਹੁੰਦੇ ਹੋ ਜੀ ਭਾਅ ਜੀ ਮੈਂ ਜਿੱਦਾਂ ਗੱਲ ਕੀਤੀ ਵੀ ਤੁਹਾਡੀ ਪ੍ਰੋਡਿਊਸਰ ਪਹਿਲੀ ਫਿਲਮ ਸੀ ਜੇ ਤਾਂ ਪ੍ਰੋਡਿਊਸਰ ਪਹਿਲੀ ਫਿਲਮ ਹੋਵੇ ਕਿਉਂਕਿ ਪ੍ਰੋਡਿਊਸਰ ਨੇ ਸੋਚਣਾ ਹੁੰਦਾ ਵੀ ਜੇ ਮੈਂ ਚਾਰ ਪੈਸੇ ਲਾ ਰਿਹਾ ਅਤੇ ਚਾਰ ਪੈਸੇ ਮੈਨੂੰ ਮੁੜਨ ਦੀ ਉਮੀਦ ਹੋਵੇ ਜਦੋਂ ਪਹਿਲੀ ਫਿਲਮ 'ਤੇ ਨਾਕਾਮਯਾਬੀ ਹੋਈ ਅਸਫਲਤਾ ਹੱਥ ਲੱਗੀ ਅਤੇ ਕੀ ਸੀਗਾ ਉਹਦੇ ਮਨ ਦੇ ਵਿੱਚ ਇਹ ਨਹੀਂ ਹੋਇਆ ਵੀ ਯਾਰ ਮੈਂ ਕਿਉਂ ਬਣਾਈ ਇਹੋ ਜਿਹੀ ਫਿਲਮ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਬਿਕੋਜ਼ ਕੀ ਹੁੰਦਾ ਕਿ ਤੁਹਾਨੂੰ ਆਪਣੀ ਕ੍ਰੈਡੀਬਿਲਿਟੀ 'ਤੇ ਡਾਊਟ ਨਹੀਂ ਹੋਣਾ ਚਾਹੀਦਾ ਕਿ ਮੇਰਾ ਡਿਸੀਜ਼ਨ ਠੀਕ ਸੀ ਇੱਕ ਹੁੰਦਾ ਕਿ ਤੁਹਾਡਾ ਡਿਸੀਜ਼ਨ ਰੋਂਗ ਸੀ ਫਿਲਮ ਦਾ ਕਮਰਸ਼ੀਅਲੀ ਪਲੱਸ ਮਾਈਨਸ ਹੋਣਾ ਉਹ ਡਜ਼ਨਟ ਮੈਟਰ ਹੈ ਨਾ ਕਿ ਤੁਸੀਂ ਜਿਹੜੇ ਫੀਲਡ 'ਚੋਂ ਜਿਹੜੇ ਟ੍ਰੇਡ 'ਚੋਂ ਉੱਥੇ ਇਹ ਇੰਸੀਡੈਂਟ ਹੁੰਦੇ ਨੇ ਸੋ ਜਦੋਂ ਤੁਸੀਂ ਇਨਵੈਸਟਮੈਂਟ ਕਰਦੇ ਹੋ ਤੁਹਾਨੂੰ ਇਹ ਲੱਗਦਾ ਕਿ ਯਾਰ ਮੇਰੀ ਇਨਵੈਸਟਮੈਂਟ ਜਿਹੜੀ ਹੈ ਉਹ ਵੇਸਟ ਨਹੀਂ ਹੋਈ ਇਨਵੈਸਟਮੈਂਟ ਵੇਸਟ ਉਦੋਂ ਹੁੰਦੀ ਹੈ ਜਦੋਂ ਤੁਸੀਂ ਇੱਕ ਗਲਤ ਪ੍ਰੋਜੈਕਟ 'ਚ ਪੈਸਾ ਲਗਾ ਦਿੰਦੇ ਹੋ ਤਾਂ ਪ੍ਰੋਜੈਕਟ ਤਾਂ ਰਾਈਟ ਸੀ ਵਾਟ ਮੇ ਬੀ ਦਾ ਬਾਕਸ ਆਫਿਸ ਸਰ ਭਾਅ ਜੀ ਪੁੱਛਣਾ ਚਾਹਾਂਗੇ ਕਿ ਜਦੋਂ ਨੈਸ਼ਨਲ ਅਵਾਰਡ ਲਈ ਤੁਹਾਨੂੰ ਪਤਾ ਲੱਗਿਆ ਵੀ ਨੈਸ਼ਨਲ ਅਵਾਰਡ ਦਾ ਲਈ ਫਿਲਮ ਸਿਲੈਕਟ ਹੋ ਗਈ ਉਦੋਂ ਕੀ ਸੀਗਾ ਮਨ ਦੇ ਵਿੱਚ ਉਦੋਂ ਕੀ ਕਿਹੋ ਜਿਹੀ ਖੁਸ਼ੀ ਸੀਗੀ ਕਿਹਨੂੰ ਫੋਨ ਕੀਤਾ ਸੀਗਾ ਕੀ ਸੀਗਾ ਉਦੋਂ ਉਦੋਂ ਲੱਗਾ ਸੀਗਾ ਕਿ ਯਾਰ ਵਾਕਈ ਸਾਡਾ ਡਿਸੀਜ਼ਨ ਠੀਕ ਸੀ ਹੈ ਨਾ ਸੋ ਉਹ ਸਾਰੀ ਜਿਹੜੀ ਇੱਕ ਮਿੰਟ ਲਈ ਜਿਹੜਾ ਉਹ ਮਨ 'ਚ ਕਦੀ ਆਉਂਦਾ ਸੀਗਾ ਹਰਜੀਤਾਂ ਨੂੰ ਲੈ ਕੇ ਹੈ ਨਾ ਸੋ ਮੈਨੂੰ ਲੱਗਦਾ ਉਹ ਸਾਰੀਆਂ ਚੀਜ਼ਾਂ ਲਾਈਫ ਟਾਈਮ ਜੋ ਅਸੀਂ ਅੱਗੇ ਇੰਨੀਆਂ ਫਿਲਮਸ ਅਸੀਂ ਬਣਾ ਰਹੇ ਹਾਂ ਇੰਨੀਆਂ ਫਿਲਮਸ ਉਸ ਤੋਂ ਬਾਅਦ ਵੀ ਬਣਾਈਆਂ ਬਟ ਜੋ ਫਲੇਵਰ ਹਰਜੀਤਾਂ ਨੇ ਜੋ ਰੈਕਗਨਾਈਜੇਸ਼ਨ ਹਰਜੀਤਾਂ ਨਾਲ ਮਿਲੀ ਮੈਨੂੰ ਨਹੀਂ ਲੱਗਦਾ ਜਲਦੀ ਕਿਸੇ ਹੋਰ ਫਿਲਮ ਨਾਲ ਮਿਲੇਗੀ ਕਿਹਨੂੰ ਫੋਨ ਕੀਤਾ ਸੀਗਾ ਉਹ ਤੋਂ ਬਾਅਦ ਵੀ ਸਾਨੂੰ ਨੈਸ਼ਨਲ ਅਵਾਰਡ ਲਈ ਸਾਡੀ ਫਿਲਮ ਸਿਲੈਕਟ ਹੋ ਗਈ ਨਹੀਂ ਸਾਰਿਆਂ ਨੂੰ ਪਹਿਲੇ ਤਾਂ ਮੈਂ ਆਪਣੀ ਹਰਜੀਤਾਂ ਦੀ ਟੀਮ ਨੂੰ ਹੀ ਕੀਤਾ ਸੀਗਾ ਜੀ ਬਿਕੋਜ਼ ਉਹ ਸਾਰਿਆਂ ਦੇ ਮੇਰੇ ਨਾਲ ਜਿਹੜੇ ਮੇਰੇ ਪਾਰਟਨਰ ਸੀਗੇ ਮੇਰੇ ਕਲੀਗ ਸੀਗੇ ਉਹ ਸਾਰੇ ਡਿਜ਼ਰਵ ਕਰਦੇ ਸੀ ਦੈਨ ਫਿਰ ਆਪਣੇ ਪੇਰੈਂਟਸ ਨੂੰ ਜੀ ਸੋ ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਨੈਸ਼ਨਲ ਅਵਾਰਡ ਲਈ ਆਪਾਂ ਸਟੇਜ 'ਤੇ ਚੜ੍ਹਦੇ ਹਾਂ ਉਦੋਂ ਕਿਹੋ ਜਿਹੀ ਫੀਲਿੰਗ ਸੀਗੀ ਜਦੋਂ ਕਿੰਨਾ ਮਾਣ ਹੁੰਦਾ ਕਿਉਂਕਿ ਲੱਖਾਂ ਦੁਨੀਆ ਤੁਹਾਨੂੰ ਦੇਖ ਰਹੀ ਹੁੰਦੀ ਹੈ ਟੈਲੀਵਿਜ਼ਨ 'ਤੇ ਸਾਹਮਣੇ ਦੇਖ ਰਹੀ ਹੁੰਦੀ ਹੈ ਉਦੋਂ ਕਿਹੋ ਜਿਹਾ ਮਾਣ ਮਹਿਸੂਸ ਹੁੰਦਾ ਉਦੋਂ ਮੈਨੂੰ ਇਹ ਲੱਗਦਾ ਕਿ ਵਰਡਸ ਕਾਂਟ ਐਕਸਪਲੇਨ ਹੈ ਨਾ ਉਹਦੇ ਲਈ ਸ਼ਬਦ ਹੀ ਨਹੀਂ ਬਣੇ ਕਿ ਜੋ ਉਸ ਟਾਈਮ ਦਾ ਤੁਹਾਨੂੰ ਫੀਲ ਸੀਗਾ ਜਿਹੜਾ ਤੁਸੀਂ ਕਿਸੇ ਨੂੰ ਕਦੀ ਟੀਵੀ 'ਤੇ ਦੇਖਦੇ ਸੀ ਅਵਾਰਡ ਲੈਂਦੇ ਹੋ ਤੁਸੀਂ ਖੁਦ ਜਦੋਂ ਲੈਣਗੇ ਸੋ ਮੈਨੂੰ ਲੱਗਦਾ ਕਿ ਉਹ ਨੈਕਸਟ ਲੈਵਲ ਸੀ ਭਾਅ ਜੀ ਜਦੋਂ ਇਹ ਅਵਾਰਡ ਹੁੰਦਾ ਆਪਾਂ ਕਿਸੇ ਨੂੰ ਡੈਡੀਕੇਟ ਕਰਦੇ ਆਪਾਂ ਕਿਸੇ ਨੂੰ ਅਵਾਰਡ ਕਹਿ ਦਿੰਦੇ ਹਾਂ ਵੀ ਅਵਾਰਡ ਆਪਾਂ ਉਹਦੇ ਨਾਲ ਕਰ ਦਿੰਦੇ ਹਾਂ ਕਿਹਦੇ ਕਿਹਦੇ ਨਾਲ ਕਰਦੇ ਹੋਏ ਅਵਾਰਡ ਮੇਰੇ ਫਾਦਰ ਦੇ ਨਾਮ ਯੈਸ ਜੀ ਸੋ ਇਹੋ ਜਿਹੀਆਂ ਫਿਲਮਾਂ ਜਦੋਂ ਤੁਸੀਂ ਲੈ ਕੇ ਆਏ ਹਰਜੀਤਾ ਅਤੇ ਉਸ ਤੋਂ ਬਾਅਦ ਵੀ ਤੁਸੀਂ ਚੱਲ ਮੇਰਾ ਪੁੱਤ ਹੋ ਗਿਆ ਜਾਂ ਰੱਬ ਦਾ ਰੇਡੀ ਹੋ ਗਿਆ ਤੁਸੀਂ ਕਿੰਨੀਆਂ ਫਿਲਮਾਂ ਹਿੱਟ ਤੋਂ ਹਿੱਟ ਫਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਨੇ ਅਸੀਂ ਇਹ ਜਾਣਨਾ ਚਾਹਾਂਗੇ ਕਿ ਜਦੋਂ ਆਪਾਂ ਦੇਖਦੇ ਹਾਂ ਕਿਸੇ ਫਿਲਮ ਦੇ ਵਿੱਚ ਇੱਕ ਹੀਰੋ ਹੁੰਦਾ ਹੀਰੋਇਨ ਹੁੰਦੀ ਡਾਇਰੈਕਟਰ ਹੁੰਦਾ ਰਾਈਟਰ ਹੁੰਦਾ ਕਿਉਂਕਿ ਜਿਹੜਾ ਓਮ ਜੀ ਦਾ ਓਮ ਜੀ ਗਰੁੱਪ ਹੋ ਗਿਆ ਆਪਾਂ ਦੇਖਦੇ ਹਾਂ ਆਪਾਂ ਉਹਦੇ ਛੱਡ ਦਿੰਦੇ ਹਾਂ ਵੀ ਇਹ ਕੀ ਹੁੰਦਾ ਪਰ ਤੁਹਾਡਾ ਹੱਥ ਉਹ ਦੁੱਗਣਾ ਹੁੰਦਾ ਫਿਲਮ ਨੂੰ ਉੱਥੇ ਤੱਕ ਲੈ ਕੇ ਜਾਣ ਨੂੰ ਸਿਨੇਮਾ ਘਰਾਂ ਤੱਕ ਲੈ ਕੇ ਜਾਣ ਨੂੰ ਸਾਨੂੰ ਥੋੜ੍ਹਾ ਜਿਹਾ ਸਮਝਾਓ ਵੀ ਉਹ ਕਿੱਥੇ ਹੁੰਦਾ ਕੀ ਕੰਮ ਹੁੰਦਾ ਤੁਹਾਡਾ ਕਿਉਂਕਿ ਦਰਸ਼ਕਾਂ ਨੂੰ ਜ਼ਿਆਦਾਤਰ ਨਹੀਂ ਪਤਾ ਹੁੰਦਾ ਉਸ ਚੀਜ਼ ਦਾ ਤੁਸੀਂ ਉਹਦੇ ਬਾਰੇ ਦੱਸੋ ਆਈ ਥਿੰਕ ਜਦੋਂ ਇੱਕ ਪ੍ਰੋਜੈਕਟ ਬਣਦਾ ਪ੍ਰੋਜੈਕਟ ਤੋਂ ਬਾਅਦ ਉਹਦੀ ਰਾਈਟ ਡਿਸਟ੍ਰੀਬਿਊਸ਼ਨ ਸਾਰਿਆਂ ਨੂੰ ਇੰਪੋਰਟੈਂਟ ਪਾਰਟ ਹੁੰਦਾ ਸੋ ਪ੍ਰੋਜੈਕਟ ਵਧੀਆ ਬਣਿਆ ਜਾਂ ਤਾਂ ਉਹਦੀ ਤੁਸੀਂ ਕੇਕ ਬਹੁਤ ਵਧੀਆ ਬਣਾਇਆ ਅਗਰ ਉਹਦੀ ਗਾਰਨਿਸ਼ਿੰਗ ਪ੍ਰੋਪਰ ਨਹੀਂ ਹੈ ਤਾਂ ਤਾਂ ਵੀ ਕੇਕ ਦੀ ਪ੍ਰੈਜੈਂਟੇਸ਼ਨ ਠੀਕ ਨਹੀਂ ਲੱਗਣੀ ਬਿਲਕੁਲ ਸੋ ਇਸ ਤਰ੍ਹਾਂ ਹੀ ਫਿਲਮਸ ਨੇ ਕਿ ਰਾਈਟ ਫਿਲਮ ਬਣਾਉਣਾ ਇੱਕ ਟਾਸਕ ਹੈ ਉਹਨੂੰ ਰਾਈਟ ਤਰੀਕੇ ਨਾਲ ਰਿਲੀਜ਼ ਕਰਨਾ ਉਸ ਤੋਂ ਡਿਫੀਕਲਟ ਟਾਸਕ ਹੈ ਸੋ ਸਾਡਾ ਉਹ ਟਾਸਕ ਹੈ ਕਿ ਫਿਲਮ ਨੂੰ ਗਲੋਬਲੀ ਜਿੱਥੇ ਫਿਲਮ ਨਹੀਂ ਜਾਂਦੀ ਜਿਸ ਤਰ੍ਹਾਂ ਮੈਂ ਤੁਸੀਂ ਗੱਲ ਕਰਦੇ ਹੋ ਕਿ ਅੱਜ ਤੋਂ ਪਹਿਲੇ ਪੰਜਾਬੀ ਫਿਲਮਾਂ ਦਾ ਇੰਟਰਨੈਸ਼ਨਲ ਮਾਰਕੀਟ ਇੰਨਾ ਵੱਡਾ ਨਹੀਂ ਸੀ ਵੈਨ ਵੀ ਸਟਾਰਟ ਡਿਸਟ੍ਰੀਬਿਊਸ਼ਨ ਤੋਂ ਅਸੀਂ ਇਹ ਕੋਸ਼ਿਸ਼ ਕੀਤੀ ਕਿ ਯਾਰ ਵਰਲਡ 'ਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉੱਥੇ ਫਿਲਮ ਨੂੰ ਲੈ ਕੇ ਜਾਈਏ ਸੋ ਹਰਜੀਤਾ ਤੋਂ ਬਾਅਦ ਹਰਜੀਤਾ ਕਿਹੜੇ ਤੁਸੀਂ ਕਈ ਵਾਰੀ ਹੁੰਦਾ ਨਾ ਵੀ ਇੱਕ ਫਿਲਮ ਸੀਗੀ ਜਦੋਂ ਦੁਬਾਰਾ ਸਿਨੇਮਾ ਘਰਾਂ ਦੇ ਵਿੱਚ ਲੱਗੀ ਆ ਜਾਂ ਕੁਛ ਹੋਰ ਤੁਸੀਂ ਸੋਚਿਆ ਵੀ ਹਰਜੀਤਾ ਲਈ ਤੁਸੀਂ ਕੁਝ ਹੋਰ ਪਲਾਨ ਕਰ ਰਹੇ ਹੋ ਕਿ ਹਰਜੀਤਾ 2 ਵਗੈਰਾ ਜਾਂ ਕੁਛ ਹੋਰ ਪਲਾਨ ਇੱਦਾਂ ਕੁਛ ਨਹੀਂ ਬਾਇਓਪਿਕ ਸੀਗਾ ਜੀ ਆਈ ਥਿੰਕ 2 ਉੱਤੇ ਪੋਸੀਬਲ ਨਹੀਂ ਹੈ ਬਟ ਵੀ ਆਰ ਥਿੰਕਿੰਗ ਕਿ ਜਿਹੜੇ ਕੰਟਰੀਜ਼ ਮਤਲਬ
ਆਡੀਅੰਸ ਡੈਫੀਨੇਟਲੀ ਵਧਦੀ ਹੈ ਜੀ. ਅੱਜ ਜੇ ਤੁਸੀਂ ਗੱਲ ਕਰਦੇ ਹੋ ਆਪਾਂ ਜਿਸ ਤਰ੍ਹਾਂ ਮੈਂ ਚਾਈਨਾ ਦੀ ਗੱਲ ਕਰ ਰਿਹਾ, ਦੰਗਲ ਚਾਈਨਾ 'ਚ ਰਿਲੀਜ਼ ਹੋਈ, ਉਹਦਾ ਉਹਦਾ ਬੋਕਸ ਆਫਿਸ ਜੋ ਇੰਡੀਆ ਦਾ ਬੋਕਸ ਆਫਿਸ ਹੁੰਦਾ 10 ਗੁਣਾ ਬੋਕਸ ਆਫਿਸ ਸਿਰਫ ਚਾਈਨਾ 'ਚ. ਔਰ ਸੈਕਿੰਡ ਗੱਲ ਕੀ ਹੈ ਕਿ ਤੁਹਾਡਾ ਇੰਡੀਅਨ ਕੰਟੈਂਟ ਜਿਹੜਾ ਬਹੁਤ ਰਿਚ ਲੱਗਦਾ, ਕਿ ਤੁਹਾਡੀ ਗਲੋਬਲੀ ਪ੍ਰੈਜੈਂਸ ਹੁੰਦੀ ਹੈ ਤੁਹਾਡੇ ਕੰਟੈਂਟ ਦੀ. ਸਰ ਭਾਅ ਜੀ, ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡੀ ਆਉਣ ਵਾਲੀਆਂ ਨਵੀਆਂ ਫਿਲਮਾਂ ਬਾਰੇ ਕਿਹੜੀਆਂ ਹੁਣ ਲਾਈਨ ਅਪ ਦੇ ਨੇ, ਕਿਉਂਕਿ ਮਨੀਸ਼ ਸਾਹਨੀ ਹੁਣ ਬਹੁਤ ਵੱਡਾ ਨਾਮ ਹੋ ਗਿਆ ਪੰਜਾਬੀ ਸਿਨੇਮਾ ਦੇ ਵਿੱਚ. ਕੋਈ ਸਾਨੂੰ ਦੱਸ ਕੇ ਜਾਓ, ਤੁਹਾਨੂੰ ਥੋੜ੍ਹਾ ਹਿੰਟ ਦੇ ਕੇ ਜਾਓ, ਕਿਹੜੀਆਂ ਫਿਲਮਾਂ ਇਸ ਸਾਲ 2020 ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੀਆਂ? 2020 'ਚ ਮੈਨੂੰ ਲੱਗਦਾ ਮੋਸਟ ਲਾਈਕਲੀ ਹਰ ਫਰਾਈਡੇ ਸਾਡੀ ਇੱਕ ਫਿਲਮ ਹੋਏਗੀ. 24th January ਤੋਂ ਸਟਾਰਟ ਹੈ ਜੀ, ਜਿੰਦੇ ਮੇਰੀ ਹੈ, ਜ਼ਖਮੀ, ਸ਼ੂਟਰ, ਦੈਨ ਫਿਰ ਗਲਵਕੜੀ, ਟੈਲੀਵਿਜ਼ਨ, ਬਿਊਟੀਫੁਲ ਬਿਲੋਸ, ਮਲਟੀਪਲ ਫਿਲਮ. ਸੋ ਹੁਣ ਕਿੰਨਾ ਮਾਣ ਹੋ ਗਿਆ, ਹੁਣ ਕਿੰਨਾ ਭਰੋਸਾ ਹੋ ਗਿਆ ਵੀ ਹੁਣ ਮਨੀਸ਼ ਸਾਹਨੀ ਨੂੰ ਕਿੰਨਾ ਭਰੋਸਾ ਹੋ ਗਿਆ ਵੀ ਕੋਈ ਚੱਕਰ ਨਹੀਂ ਜੇ ਫਿਲਮ ਨਾ ਚੱਲੀ ਤਾਂ ਅਸੀਂ ਵਧੀਆ ਫਿਲਮਾਂ ਬਣਾਵਾਂਗੇ, ਇਹ ਕਿੱਦਾਂ ਹੁੰਦਾ, ਕਿੰਨਾ ਮਾਣ ਹੋ ਗਿਆ? ਨਹੀਂ ਹੁਣ ਉਹ ਮਾਣ ਵੀ ਹੋ ਗਿਆ ਔਰ ਪੰਗਾ ਲੈਣ ਦੀ ਕਪੈਸਿਟੀ ਵੱਧ ਗਈ, ਹੋਰ ਬਹੁਤ ਪੰਗੇ ਲਾਂਗੇ. ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਇਹ ਗੱਲਬਾਤ ਕੀਤੀ, ਥੈਂਕ ਯੂ ਸੋ ਮਚ. ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਮੇਨੀਆ ਤੇ ਮੈਂ ਹਾਂ ਤੁਹਾਡੀ ਹੋਸਟ ਮੰਨਤ, ਤੇ ਅੱਜ ਮੂਵੀ ਫਰਾਈਡੇ ਤੇ ਅਸੀਂ ਪਹੁੰਚ ਚੁੱਕੇ ਇੱਕ ਬਹੁਤ ਹੀ ਸੋਹਣੀ ਮੂਵੀ ਦੀ ਸਕਰੀਨਿੰਗ ਤੇ. ਜੀ ਹਾਂ, ਅਸੀਂ ਪਹੁੰਚੇ ਹਾਂ ਜਿੰਦੇ ਮੇਰੀਏ ਦੀ ਸਕਰੀਨਿੰਗ ਤੇ, ਜਿਹਦੀ ਲੀਡ ਸਟਾਰ ਕਾਸਟ ਵਿੱਚ ਨਜ਼ਰ ਆਉਣਗੇ ਪਰਮੀਸ਼ ਵਰਮਾ, ਸੋਨਮ ਬਾਜਵਾ ਤੇ ਮੂਵੀ ਨੂੰ ਡਾਇਰੈਕਟ ਕੀਤਾ ਹੈ ਪੰਕਜ ਬੱਤਰਾ ਨੇ. ਆਓ ਚਲੋ ਦੇਖਦੇ ਹਾਂ ਮੂਵੀ ਨੂੰ ਤੇ ਦੁੱਕਾਂ ਨੂੰ ਪੁੱਛਦੇ ਹਾਂ ਉਹਨਾਂ ਨੂੰ ਮੂਵੀ ਕਿੱਦਾਂ ਦੀ ਲੱਗ ਰਹੀ ਹੈ. Good, how are you? ਜਿੰਦੇ ਮੇਰੀ ਦੇ ਸਕਰੀਨਿੰਗ ਤੇ ਪਹੁੰਚੇ ਆ, ਕਿੰਨੀ ਕੁ ਐਕਸਾਈਟਮੈਂਟ ਹੈ ਮੂਵੀ ਨੂੰ ਲੈ ਕੇ? Quite excited. I want to see what is it about. I've heard a lot. I love the songs and of course the star cast. So yeah, excited. So as an audience, what do you expect from the movie? ki tusi jab dekhne aande ho tusi ki expect karde ho ki mainu ki ki milna chahida movie jab main invest kar rahi hu ek movie dekhne ch? Of course it should be entertaining. Jaise aap jaate ho koi bhi movie dekhte ho, it got to be an exciting, you know, when you walk out of the cinema you should feel something and I'm sure this movie will give you that. So we've meet you in interval now to fir assi thode reviews lavange ki thonu movie kidda di lag rahi hai. Done, we'll do. Ta hun mere naal ne jinna ne movie ch bahut paisa invest kita sade producers, sat sri akal sir. sat sri akal ji. Sir, jehde reviews ne oh ta bahut vadhiya aa rahe ne, ki ummeedan ne movie to? Ummeedan definitely bahut positive ne ji, vibes positive ne, film da box office positive hai. ਸੋ ਔਰ ਪਹਿਲੀ ਗੱਲ ਜਨਤਾ ਦਾ ਜਿਹੜੇ ਜਨਤਾ ਦਾ ਰਿਸਪੋਂਸ ਪੋਜ਼ਿਟਿਵ ਹੈ, ਉਹ ਪ੍ਰਾਇਮਰੀ ਹੈ. ਹਾਂਜੀ, ਤੇ ਜਿੱਦਾਂ ਜਿਹੜੀ ਅੱਜ ਇਹ ਮੂਵੀ ਬਣੀ ਹੈ ਜਿੰਦੇ ਮੇਰੀ ਹੈ ਯੂਥ ਦੇ ਉੱਤੇ, ਤਾਂ ਇਹਦੇ ਵਿੱਚ ਕਾਫੀ ਸਾਰੇ ਮੈਸੇਜਸ ਵੀ ਨੇ ਤੇ ਜਿਹੜੀ ਬਹੁਤ ਸਾਰੇ ਲੋਕਾਂ ਨੂੰ ਉਹ ਕਰਦੀ ਹੈ, ਮੋਟੀਵੇਟ ਵੀ ਕਰਦੀ ਹੈ. ਤਾਂ ਜਦ ਤੁਸੀਂ ਇਨਵੈਸਟ ਕਰ ਰਹੇ ਸੀਗੇ ਮੂਵੀ ਦੇ ਵਿੱਚ ਐਜ਼ ਅ ਪ੍ਰੋਡਿਊਸਰਸ, ਤਾਂ ਤੁਹਾਡੇ ਦਿਮਾਗ 'ਚ ਕੀ ਸੀਗੇ ਕਿ ਕਿੰਨਾ ਇਹ ਕਰ ਸਕੂਗੀ, ਕਿੰਨੇ ਕੁ ਲੋਕ ਇਹਨਾਂ ਨੂੰ ਪਸੰਦ ਕਰਨਗੇ? ਦੇਖੋ, ਫਿਲਮ ਬਣਾਉਣ ਲਈ ਡੈਫੀਨੇਟਲੀ ਫਿਲਮ ਦਾ ਬਾਕਸ ਆਫਿਸ ਪ੍ਰਾਇਮਰੀ ਹੁੰਦਾ, ਬਟ ਪਹਿਲੇ ਤਾਂ ਹੁੰਦਾ ਕਿ ਜਿਹੜੀ ਫਿਲਮ ਤੁਸੀਂ ਬਣਾ ਰਹੇ ਹੋ ਉਹ ਫਿਲਮ ਨੂੰ ਕੀ ਤੁਸੀਂ ਐਜ਼ ਆਡੀਅੰਸ ਦੇਖਣ ਜਾਓਗੇ. ਸੋ ਜਦੋਂ ਤੁਸੀਂ ਐਜ਼ ਆਡੀਅੰਸ ਦੇਖਣ ਜਾਂਦੇ ਹੋ ਤਾਂ ਤਾਂ ਹੀ ਲੋਕ ਆਉਂਦੇ ਨੇ. ਸੋ ਮੈਨੂੰ ਲੱਗਦਾ ਕਿ ਜਿੰਦੇ ਮੇਰੀਏ ਵਾਈਲ ਡਿਸਕਸਿੰਗ ਜਿੰਦੇ ਮੇਰੀਏ ਇਹ ਲੱਗਾ ਸੀਗਾ ਕਿ ਹਾਂ ਯਾਰ ਇਹ ਫਿਲਮ ਯੂਥ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀ ਹੈ, ਅਤੇ ਡੈਫੀਨੇਟਲੀ ਉਸ ਤੋਂ ਬਾਅਦ ਇੱਕ ਡਿਸੀਜ਼ਨ ਲਿਆ ਗਿਆ ਕਿ ਹਾਂ ਯਾਰ ਇਹ ਫਿਲਮ ਵਰਥ ਹੈ ਇਨਵੈਸਟ ਕਰਨ ਦਾ. ਨਹੀਂ, ਸਾਨੂੰ ਬਹੁਤ ਉਮੀਦਾਂ ਹੈ, ਅਤੇ ਪਰਮੀਸ਼ ਜੀ ਦਾ ਸਟਾਰਡਮ, ਸੋਨਮ ਦਾ ਸਟਾਰਡਮ, ਅਤੇ ਓਮ ਜੀ ਦਾ ਡਿਸਟ੍ਰੀਬਿਊਸ਼ਨ ਨੈਟਵਰਕ, ਐਂਡ ਹਜੇ ਤੱਕ ਜੋ ਰਿਸਪੋਂਸ ਹੈ ਉਹ ਵੀ ਬਹੁਤ ਬਹੁਤ ਇਨਕਰੇਜਿੰਗ ਹੈ, ਤਾਂ ਅਸੀਂ ਕਾਫੀ ਖੁਸ਼ ਹੈ. ਅਤੇ ਸਰ, ਆਡੀਅੰਸ ਨੂੰ ਕੀ ਮੈਸੇਜ ਰਹੇਗਾ ਜਿੰਦੇ ਮੇਰੀਏ ਲਈ? ਜਿੰਦੇ ਮੇਰੀਏ ਲਈ ਉਹੀ ਜੀ, ਮੈਸੇਜ ਵੀ ਜਾਏਗਾ, ਰਿਕੁਐਸਟ ਵੀ ਜਾਏਗੀ, ਔਰ ਮੈਨੂੰ ਲੱਗਦਾ ਕਿ ਸਿਨੇਮਾ 'ਚ ਫੈਮਿਲੀਜ਼ ਦੇ ਨਾਲ ਆਓ, ਆਪਣਾ ਵੀਕਐਂਡ ਇੰਜੋਏ ਕਰੋ, ਔਰ ਜਿੰਨੇ ਪੈਸੇ ਲਗਾਓਗੇ ਉਹ ਪੈਸੇ ਦੀ ਵੈਲਿਊ ਲੈ ਕੇ ਕਰ ਜਾਓਗੇ. ਹਾਂਜੀ, ਵੈਲਿਊ ਫੋਰ ਮਨੀ ਹੈ ਮੂਵੀ, ਸੋ ਜ਼ਰੂਰ ਲੋਕ ਪਸੰਦ ਕਰਨਗੇ ਜਿਹੜੇ ਵੀ ਦੇਖਣਗੇ ਆਉਣਗੇ. ਸੈਟਰਡੇ ਸੰਡੇ ਸਾਰੇ ਆਓ. ਥੈਂਕ ਯੂ ਸੋ ਮਚ ਸਰ. ਤਾਂ ਹੁਣ ਮੇਰੇ ਨਾਲ ਨੇ ਪੰਕਜ ਬੱਤਰਾ, ਦਾ ਮੂਵੀ ਜਿਨ੍ਹਾਂ ਨੇ ਮੂਵੀ ਨੂੰ ਬਣਾਈ ਹੈ, ਜਿਨ੍ਹਾਂ ਨੇ ਡਾਇਰੈਕਟ ਕੀਤੀ ਹੈ. ਸਤਿ ਸ਼੍ਰੀ ਅਕਾਲ ਸਰ. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ. ਸਕਰੀਨਿੰਗ ਤੇ ਪਹੁੰਚੇ ਆ, ਸਾਰੇ ਬਹੁਤ ਐਕਸਾਈਟਿਡ ਨੇ, ਬਹੁਤ ਵਧੀਆ ਰਿਵਿਊਜ਼ ਆ ਰਹੇ ਨੇ, ਮਤਲਬ ਅੰਦਰ ਕੀ ਫੀਲਿੰਗ ਚੱਲ ਰਹੀ ਹੈ?
नहीं टच वुड आप शाम नू आए हैं, शाम तक रिजल्ट आ चुका है, रिजल्ट बहुत पॉजिटिव आ रहा है, लोगों को बहुत पसंद आ रही है, मैं बहुत फोन आ रहा है, सो आई एम वेरी हैप्पी। जी सा मूवी है उद्देश रोमांस भी है, एक्शन भी है, ड्रामा भी है, तो पूरी एक मतलब फुल पैकेज एंटरटेनमेंट है, तो तुम एज एन लाइक क्या एक्सपैक्ट करते हो ऑडियंस तो भी कि पसंद करेंगे मूवी में? नहीं मैनू लगता भी है तो जो न्यूज़ भी आ रही है टचवुड बहुत अच्छा चल रहा है, सोच के यही बनाया सीगा कि यूथ बेस्ड फिल्म बनानी है, लोगों नाल कनैक्ट होनी चाहिए है मुंडे कुड़िया नाल, जो कि हो रही है, सो आई एम वेरी हैप्पी। तो सर ऑडियंस नू की मैसेज है मूवी वास्ते कि वो क्यों देखना आ जाते मेरी? मैं तो यही कह रहा दिल नाल बनाई हुई फिल्म है, करैक्टर्स बहुत अपने हैं, तुम इन्हों कनैक्ट करोगे, जो भी देखोगे तो लगेगा कि परमीश से सोनम का करैक्टर बड़े आस पास है। थैंक यू सो मच सर, विल मीट यू आफ्टर द मूवी। थैंक यू। तो जी हूँ साढ़े नाल ने सिमरजीत जी, सत श्रीकाल सर। सत श्रीकाल। कितनी एक्साइटमेंट है जिंदे मेरी है, वैसे रिलीज हो चुकी है, स्क्रीनिंग तक पहुंचे हैं, कितना मतलब अंदर जोश से एक्साइटमेंट है मूवी? हर फ्राइडे वास्ते जैसे होंगे ना उन्हें एक्साइटमेंट है हर फिल्म देखने वास्ते, ये तो फिर अपने मित्र परमीश वर्मा, पंकज बत्रा, मनीष सानी सारी साड़ी टीम है, तो जरूर वधिया बेस्ट ऑफ लक इन्हों, तो देखते हैं किस तरह का रिस्पोंस मिले ऑडियंस तो, ते देखना आया पर मैं पता लगे अच्छा जा रहा सारे पास। तो सर एज अ मूवी मेकर ना अंदर साढ़े बहुत सारिया चीज़ा चल रही, जब अभी मूवी देखते भी हाँ जब अभी बनाने भी हाँ तो की एक्सपैक्टेशन होंगी जब तुम मूवी देख जाते हो थिएटर्स? बिल्कुल इस तरह होंगे कि जी कंटेंट है की कंटेंट है, लोग कि इंजॉय करते हैं, तो इस चीज़ का खास ख्याल होंगे क्योंकि साड़ी ऑडियंस है जी पंजाबी, उन्होंने कंटेंट के नाल बहुत प्यार है, जो अच्छा कंटेंट है तो फिल्म उन्होंने बहुत पसंद आती है, तो हिंदी के अलग अलग तरह के सब्जेक्ट भी चले जाते पर साड़ी पंजाबी दे विच कुछ खास तरह फिल्मां चलदियां ने जिहड़ियां रूटेड होंदियां जिहड़ियां साड़ी मिट्टी नाल जुड़ियां, तो इस करके कंटेंट नूं बहुत स्ट्रोंगली ध्यान सोचना पैंदा वी किहड़ा बनाईए, तो वधिया परमीश दे अकॉर्डिंग बहुत सोहना कंटेंट है, टाइटल भी अच्छा है, तो सोनम बाजवा लग रही है वधिया फिल्म दे विच, ते मेरी गल भी हुई है, मैं मुबारकां दित्तियां, बुलाया सी पर आई नहीं बिजी है शूट कर रही है पुहाड़ा दा, तो इस करके आ नहीं सके। चलो सर हुण असीं ना तुहानू इंटरवल च मिलांगे ते तुहानू तद पुछांगे तुहानू मूवी किद्दां दी लग रही है, फिर असीं तुहाडे रिव्यूज़ लेवांगे जांदे जांदे। 100% बिल्कुल। ਤੇ ਹੁਣ ਸਾਡੇ ਨਾਲ ਨੇ ਹੌਬੀ ਸਰ, ਸਤਿ ਸ਼੍ਰੀ ਅਕਾਲ ਸਰ, ਕਿਵੇਂ ਹਾਲ ਚਾਲ? ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਚਾਲ ਨੇ ਮੰਨਤ? ਤੇ ਸਰ ਹੁਣ ਜਿੰਦੇ ਮੇਰੀ ਦੀ ਸਕਰੀਨਿੰਗ ਤੇ ਸਾਰੇ ਬਹੁਤ ਇੰਜੋਏ ਕਰ ਰਹੇ ਨੇ, ਤੇ ਤੁਹਾਡਾ ਹਲੇ ਪਾਰਟ ਆਉਣ ਵਾਲਾ ਜਿਹੜਾ ਸੀ ਗੇਮ ਚੇਂਜਰ ਵੇਖਣਾ, ਪਰ ਹਲੇ ਤੱਕ ਤੁਸੀਂ ਕਿਵੇਂ ਇੰਜੋਏ ਕਰ ਰਹੇ ਮੂਵੀ ਨੂੰ ਐਜ਼ ਅ ਆਡੀਅੰਸ? ਮੈਨੂੰ ਹੁਣ ਤੱਕ ਬਹੁਤ ਸੋਹਣੀ ਲੱਗੀ, ਬਹੁਤ ਸੋਹਣੀ ਲੱਗੀ ਫਿਲਮ ਮੈਨੂੰ, ਹੁਣ ਹਲੇ ਤੱਕ ਅੱਛਾ ਜੋ ਮੈਂ ਸੋਚਿਆ ਸੀ ਕਿ ਜਿੰਦੇ ਮੇਰੀ ਇਹਦਾ ਪਹਿਲਾ ਹਾਫ ਇੱਦਾਂ ਦਾ ਹੋਣਾ ਚਾਹੀਦਾ ਜਾਂ ਇੱਦਾਂ ਦਾ ਹੋਏਗਾ ਉੱਦਾਂ ਦਾ ਹੀ ਹੈ। ਅਤੇ ਸਰ ਜੇ ਸੈਕਿੰਡ ਹਾਫ ਦੀ ਗੱਲ ਕਰੀਏ ਜਦੋਂ ਤੁਸੀਂ ਆਉਣ ਵਾਲੇ ਹੋ ਤਾਂ ਕਿਆ ਕਿਆ ਦੇਖਣ ਨੂੰ ਮਿਲੂਗਾ ਸਾਨੂੰ? ਪਹਿਲਾ ਹਾਫ ਇਸਟੈਬਲਿਸ਼ਮੈਂਟ ਹੈ ਫਿਲਮ ਦੀ ਕਿ ਕੁੜੀ ਮੁੰਡਾ ਪਿਆਰ ਕਰਦੇ ਨੇ, ਪਿਓ ਵੀ ਨਾਲ ਉਹਦਾ ਸਾਥ ਦਿੰਦਾ, ਉਹ ਵਿਛੜ ਕੇ ਹੁਣ ਉਹ ਸਕੋਟਲੈਂਡ ਜਾ ਰਹੇ ਨੇ, ਸੋ ਇਸਟੈਬਲਿਸ਼ਮੈਂਟ ਹੋ ਗਈ, ਹੁਣ ਅੱਗੇ ਫਿਲਮ ਕਹਾਣੀ ਤੁਰੇਗੀ, ਹੁਣ ਤੱਕ ਤਾਂ ਇਸਟੈਬਲਿਸ਼ਮੈਂਟ ਸੀਗੀ ਪਰ ਅੱਛੀ ਸੀ, ਫਰੇਮ ਅੱਛੇ ਸੀ, ਉਹਦੇ ਐਕਟਿੰਗ ਅੱਛੀ ਹੈ ਸਭ ਦੀ, ਕੱਪੜੇ ਬਹੁਤ ਸੋਹਣੇ ਨੇ, ਫਿਲਮ ਕਲੀਨ ਹੈ, ਨੀਟ ਹੈ, ਬਹੁਤ ਸੋਹਣੀ ਲੱਗ ਰਹੀ ਹੈ। ਅਤੇ ਸਰ ਜਦ ਤੁਸੀਂ ਮੂਵੀ ਸਾਈਨ ਕੀਤੀ ਸੀਗੀ ਅਤੇ ਕੀ ਐਕਸਪੈਕਟੇਸ਼ਨ ਸੀ ਮੂਵੀ ਤੋਂ? ਮਤਲਬ ਜਦੋਂ ਆਪਾਂ ਪੜ੍ਹਦੇ ਹਾਂ ਨਾ ਸਾਨੂੰ ਪਤਾ ਲੱਗ ਜਾਂਦਾ ਕਿ ਮੂਵੀ ਹਿੱਟ ਹੈ ਜਾਂ ਇੱਕ ਐਵਰੇਜ ਮੂਵੀ ਰਹੂਗੀ। ਪੰਕਜ ਬੱਤਰਾ ਭਾਅ ਜੀ ਦੇ ਅੱਗੇ ਸਵਾਲੀਆ ਨਿਸ਼ਾਨ ਲਾਉਣਾ ਮੇਰਾ ਖਿਆਲ ਮੇਰੇ ਲਈ ਮੂਰਖਤਾ, ਇੱਕ ਬਹੁਤ ਹੀ ਮੰਝਿਆ ਹੋਇਆ ਇਨਸਾਨ ਹੈ, ਭਾਵੇਂ ਮੇਰਾ ਛੋਟਾ ਵੀਰ ਹੈ ਮੇਰੇ ਤੋਂ ਛੋਟਾ, ਪਰ ਐਜ਼ ਐਨ ਐਜ਼ ਆ ਡਾਇਰੈਕਟਰ ਈਜ਼ ਟੂ ਗੁੱਡ, ਬਹੁਤ ਮੰਝਿਆ ਹੋਇਆ ਔਰ ਬਹੁਤ ਉਹਨੇ ਅੱਛੇ ਪ੍ਰੋਜੈਕਟਸ ਦਿੱਤੇ ਨੇ, ਉਹਨਾਂ ਦੀ ਟੀਮ ਆਪਦੀ ਅੰਮ੍ਰਿਤ ਹੈ ਨਾਲ ਚੀਫ ਅਸਿਸਟੈਂਟ ਡਾਇਰੈਕਟਰ ਔਰ ਮਨਮੀਤ ਬਿੰਦਰਾ ਭਾਅ ਜੀ ਹੈਗੇ ਨੇ, ਬਾਕੀ ਸੋਨਮ ਬਾਜਵਾ, ਪਰਮੀਸ਼ ਵਰਮਾ, ਹਰਦੀਪ ਗਿੱਲ, ਸਟਾਰਕਾਸਟ ਵੀ ਵੱਡੀ ਹੈ। ਸੋ ਮੈਂ ਸਾਈਨ ਕਰਨ ਲੱਗਿਆ ਸਿਰਫ ਪੰਕਜ ਭਾਅ ਜੀ ਦੇਖੇ ਸੀ, ਹੋਰ ਤਾਂ ਕੁਛ ਨਹੀਂ। ਅਤੇ ਸਰ ਰਿਵਿਊਜ਼ ਬਾਕੀ ਵਧੀਆ ਆ ਰਹੇ ਨੇ, ਬਟ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਡੀਅੰਸ ਨੂੰ ਜਿੰਦੇ ਮੇਰੀ ਲਈ? ਦੇਖੋ ਜ਼ਰੂਰ ਦੇਖੋ, ਅੱਛੀ ਫਿਲਮ ਹੈ ਮੇਰੇ, ਮੈਂ ਤਾਂ ਸੋਚਦਾ ਕਿ ਕਿਉਂਕਿ ਹੁਣ ਤੱਕ ਇੰਡੀਆ ਦਿਖਾਇਆ, ਹੁਣ ਇਹਨਾਂ ਨੇ ਸਕੋਟਲੈਂਡ ਦਿਖਾਉਣਾ, ਅਤੇ ਸਕੋਟਲੈਂਡ ਮੇਰੇ ਵਾਸਤੇ ਇੱਕ ਪਹਿਲਾਂ ਨਾ ਪਸੰਦੀਦਾ ਸ਼ਹਿਰ ਸੀਗਾ, ਮੁਲਕ ਸੀਗਾ, ਇੰਗਲੈਂਡ ਮੈਂ ਬਹੁਤਾ ਪਸੰਦ ਨਹੀਂ ਸੀ। ਇਹ ਫਿਲਮ ਇੱਕ ਐਸੀ ਹੈ ਜਿਹਨੇ ਮੇਰੇ ਵਾਸਤੇ ਸੁਪਨਿਆਂ ਦਾ ਦੇਸ਼ ਬਣਾਤਾ, ਮੈਂ ਜਦੋਂ ਵੀ ਚਾਹਾਂਗਾ ਜੇ ਮੈਨੂੰ ਕੋਈ ਮੌਕਾ ਦੇਵੇ ਕਿ ਕਿੱਥੇ ਜਾ ਕੇ ਵਸਣਾ ਚਾਹੁੰਦਾ ਤਾਂ ਮੈਂ ਸਕੋਟਲੈਂਡ ਜਾ ਕੇ ਰਹਿਣਾ ਚਾਹੂੰਗਾ। ਸੋ ਇੱਦਾਂ ਦੀ ਮੇਰੀ ਯਾਦ ਜੁੜੀ ਹੈ ਇਸ ਫਿਲਮ ਦੇ ਨਾਲ, ਜਿੰਦੇ ਮੇਰੀ ਨਾਲ। ਸੋ ਜਿੰਦੇ ਮੇਰੀ ਦੇਖੋ ਤੁਸੀਂ ਸਾਰੇ, ਚੰਗੀ ਫਿਲਮ ਹੈ, ਅੱਛੀ ਫਿਲਮ ਹੈ। ਥੈਂਕ ਯੂ ਸੋ ਮਚ ਸਰ।
ਤੇ ਹੁਣੇ ਸਾਡਾ ਕਲਾਈਮੈਕਸ ਹੋ ਕੇ ਹਟਿਆ ਜਿੰਦੇ ਮੇਰੇ ਦਾ ਸਭ ਬਹੁਤ ਅਪਲੋਜ਼ ਕਰ ਰਹੇ ਨੇ, ਸਭ ਨੂੰ ਬਹੁਤ ਵਧੀਆ ਲੱਗੀ ਹੈ ਮੂਵੀ, ਤੇ ਕਿੱਦਾਂ ਦਾ ਲੱਗ ਰਿਹਾ ਆਡੀਅੰਸ ਦਾ ਲਾਈਵ ਰਿਐਕਸ਼ਨ ਦੇਖ ਕੇ? ਟੱਚ ਵੁੱਡ, ਮੈਂ ਬਹੁਤ ਬਲੈਸਡ ਫੀਲ ਕਰ ਰਿਹਾ ਕਿ ਸਾਡੀ ਸਾਲ ਦੀ ਮਿਹਨਤ ਹੈ ਸਾਰੀ ਟੀਮ ਦੀ, ਸੋ ਕਾਫੀ ਟਾਈਮ ਤੋਂ ਇਹ ਫਿਲਮ ਬਣਾਉਣਾ ਚਾਹ ਰਹੇ ਸੀਗੇ। ਥੈਂਕ ਯੂ ਮਨੀਸ਼ ਜੀ, ਥੈਂਕ ਯੂ ਨਵਨੀਤ, ਥੈਂਕ ਯੂ ਪਰਮੀਸ਼, ਥੈਂਕ ਯੂ ਸੋਨਮ। ਟੱਚ ਵੁੱਡ ਪਿਕਚਰ ਸਭ ਨੂੰ ਅੱਛੀ ਲੱਗ ਰਹੀ ਹੈ, ਸੋ ਆਈ ਫੀਲ ਵੈਰੀ ਬਲੈਸਡ ਐਂਡ ਹੈਪੀ। Well, ਮੈਂ ਇਹ ਕਹੂੰਗੀ ਥੈਂਕ ਯੂ ਪੰਕਜ ਸਰ ਐਂਡ ਫੋਰ ਯੋਰ ਇਨਕਰੇਜਮੈਂਟ, ਐਂਡ ਸੱਚ ਮੈਂ ਬਹੁਤ ਹੀ ਪਿਆਰੀ ਪਿਕਚਰ ਹੈ। ਇਨਫੈਕਟ ਅੱਜ ਮੈਂ ਪਹਿਲੀ ਵਾਰ ਦੇਖੀ, ਸ਼ੁਰੂ ਸੇ ਹੀ ਉਹ ਇੱਕ ਤੋਂ ਜੋ ਇਮੋਸ਼ਨਲ ਟੱਚ ਐਂਡ ਦ ਵੇ ਐਵਰੀਥਿੰਗ ਕਨੈਕਟ, ਹਮ ਨਹੀਂ ਖੋਲ ਸਕਦੇ ਕਿਆ ਹੈ, ਉਸਕੇ ਲਈ ਪਿਕਚਰ ਦੇਖਣੀ ਪੜੇਗੀ ਸਭਕੋ, ਬਟ ਆਈ ਐਮ ਸਟਿਲ ਇਨ ਦੈਟ ਜ਼ੋਨ, ਇਟ ਵਿਲ ਟੇਕ ਸਮ ਟਾਈਮ ਟੂ ਸਿੰਕ ਇਨ। ਸੋ ਕੀ ਅਪੀਲ ਹੈ ਆਡੀਅੰਸ ਨੂੰ ਕਿ ਜਿੰਦੇ ਮੇਰੀ ਅਸੀਂ ਕਿਉਂ ਵੇਖਣ ਆਈਏ, ਸਾਰੇ ਕਿਉਂ ਦੇਖਣ ਆਉਣ ਇੱਥੇ ਸਿਨੇਮਾ 'ਚ? ਆਈ ਥਿੰਕ ਕੰਪਲੀਟ ਪੈਕੇਜ ਹੈ, ਲਵ ਸਟੋਰੀ ਹੈ, ਥ੍ਰਿਲ ਹੈ, ਐਂਡ ਗ੍ਰੇਟ ਮਿਊਜ਼ਿਕ, ਐਂਡ ਔਫਕੋਰਸ ਅਮੇਜ਼ਿੰਗ ਟਵਿਸਟ ਇਨ ਦ ਫਿਲਮ। ਸੋ ਆਈ ਥਿੰਕ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਫਿਲਮ। ਬਿਲਕੁਲ, ਮੈਂ ਬਸ ਇਹੀ ਕਹੂੰਗਾ, ਦਿਲ ਨਾਲ ਬਣਾਈ ਹੈ, ਤੁਸੀਂ ਦਿਲ ਨਾਲ ਇਸ ਫਿਲਮ 'ਚ ਕਨੈਕਟ ਕਰੋਗੇ, ਸਾਰੇ ਕਰੈਕਟਰਸ ਤੁਹਾਨੂੰ ਆਪਣੇ ਲੱਗਣਗੇ, ਸੋ ਪਲੀਜ਼ ਥੀਏਟਰਸ 'ਚ ਫਿਲਮ ਹੈ, ਜਾ ਕੇ ਦੇਖੋ। ਥੈਂਕ ਯੂ। ਅਤੇ ਜੀ ਹੁਣੇ ਅਸੀਂ ਨਿਕਲੇ ਹਾਂ ਜਿੰਦੇ ਮੇਰੀ ਦੇ ਸਕਰੀਨਿੰਗ ਤੋਂ, ਅਤੇ ਲੋਕਾਂ ਨੇ ਬਹੁਤ ਇੰਜੋਏ ਕੀਤੀ ਹੈ ਮੂਵੀ, ਅਤੇ ਤੁਸੀਂ ਵੀ ਆਪਣੇ ਵੀਕਐਂਡ ਜ਼ਰੂਰ ਇੰਜੋਏ ਕਰੋ, ਵੇਖਣ ਜਾਓ ਜਿੰਦੇ ਮੇਰੀਏ। ਸਟਾਰ ਕਾਸਟ ਨੇ ਸੋਨਮ ਬਾਜਵਾ, ਪਰਮੀਸ਼ ਵਰਮਾ, ਅਤੇ ਡਾਇਰੈਕਟ ਕੀਤੀ ਗਈ ਹੈ ਪੰਕਜ ਭਦਰਾ ਤੋਂ, ਅਤੇ ਵੇਖਦੇ ਰਹੋ ਪੰਜਾਬੀ ਮੇਨੀਆ। ਵਿੱਚ ਤਾਂ ਮੈਂ ਐਕਸ਼ਨ ਨਹੀਂ ਕੀਤਾ, ਬਟ ਹੁਣ ਜਦੋਂ ਇਹ ਸਕਸੈਸਫੁਲ ਹੋਊਗੀ ਨਾ, ਫਿਰ ਆਪਾਂ 2 ਬਣਾਵਾਂਗੇ, ਉੱਚ ਜ਼ਿਆਦਾ ਐਕਸ਼ਨ ਨਹੀਂ ਕਰ। ਦੇਖੋ ਮੈਂ ਓਨੈਸਟਲੀ ਮੈਂ ਸਿੰਘਮ ਨਹੀਂ ਦੇਖੀ। ਅੱਛਾ, ਮੈਨੂੰ ਹਾਂ, ਬਟ ਓਬਵੀਅਸਲੀ ਮੈਨੂੰ ਇਹ ਪਤਾ ਕਿ ਸਿੰਘਮ ਇਜ਼ ਵਨ ਆਫ ਦ ਬਿਗੇਸਟ ਹਿਟਸ। ਨਾਓ ਆ ਫਸਟ ਆਲ ਵਾਚ ਮਾਈ ਸਿੰਘਮ, ਦੈਨ ਆਲ ਵਾਚ ਦੋਸ ਟੂ ਸਿੰਘਮ। ਅੱਛਾ, ਦੈਨ ਯੂ ਵਿਲ ਕੰਪੇਅਰ। ਉਹਨੂੰ ਤਾਂ ਇੱਕੋ ਹੀ ਫਿਲਮ ਆਈ ਸੀ ਉਹਨਾਂ ਦੀ, ਉਹ ਮੈਂ ਨਹੀਂ ਸੀ ਦੇਖ ਪਾਈ। ਬਾਕੀ ਆਈ ਨਿਊ ਦੈਟ ਹੀ ਇਜ਼ ਅ ਮਲਟੀ talented person who sings, who writes, who directs, who acts. ਕਿਹੜੀ ਬਾਲੀਵੁੱਡ ਹੀਰੋਇਨ ਪਰਮੀਸ਼ ਵਰਮਾ ਦਾ ਆਲ ਟਾਈਮ ਕ੍ਰੈਸ਼ ਹੈ, ਇਹਦੇ ਬਾਰੇ ਉਹ ਬਹੁਤ ਓਪਨਲੀ ਕਨਫੈਸ ਵੀ ਕਰਦੇ ਆ? ਆ ਕਿਹੜੀ ਹੈ ਯਾਰ, ਤੁਸੀਂ ਇੰਨੇ ਔਕੇ ਕੁਐਸਚਨ। ਇਟਸ ਟੋਟਲੀ ਅਬਾਊਟ ਪਰਮੀਸ਼। ਯਾ, ਸੌਰੀ ਪਰਮੀਸ਼। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਪੰਜਾਬੀ ਮੀਨੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਅੱਜ ਦੇ ਗੈਸਟ ਨਾਲ ਮਿਲਵਾਉਂਦੀ ਹਾਂ। ਬੜੇ ਚਰਚੇ ਚੱਲ ਰਹੇ ਆਉਣ ਵਾਲੀ ਫਿਲਮ ਸਿੰਘਮ ਦੇ, ਅਤੇ ਮੇਰੇ ਨਾਲ ਲੇਡੀ ਸਿੰਘਮ ਸੋਨਮ ਬਾਜਵਾ, ਯਾਨੀ ਕਿ ਫਿਲਮ ਦੀ ਲੀਡ ਸੋਨਮ ਬਾਜਵਾ ਆ ਚੁੱਕੇ, ਅਤੇ ਡਾਇਰੈਕਟਰ ਨਵਨੀਤ ਸਿੰਘ ਜੀ। ਕੀ ਹਾਲ ਚਾਲ ਨੇ ਜੀ? ਕੰਗ੍ਰੈਚੁਲੇਸ਼ਨ ਸਿੰਘਮ ਲਈ, ਪਹਿਲੇ ਲੋਕ ਬਹੁਤ ਐਕਸਾਈਟਡ ਪਏ ਨੇ, ਸੋ ਦ ਵਾਈਬ ਇਜ਼ ਵੈਰੀ ਨਾਈਸ ਫਾਰ ਸਿੰਘਮ। ਸੋ ਸੋਨਮ, ਪਹਿਲਾਂ ਤੁਹਾਡੇ ਤੋਂ ਕੁਐਸਚਨ ਪੁੱਛਾਂਗੀ। ਓਬਵੀਅਸਲੀ ਤੁਹਾਨੂੰ ਆਪਾਂ ਹੁਣ ਲੇਡੀ ਸਿੰਘਮ ਹੀ ਕਵਾਂਗੇ, ਬਿਕੋਜ਼ ਯੂ ਆਰ ਦ ਲੀਡ ਇਨ ਦ ਪਿਕਚਰ ਨਾਓ। ਸੋ ਜਦੋਂ ਤੁਹਾਨੂੰ ਸਿੰਘਮ ਆਫਰ ਹੋਈ ਸੀ, ਇਟਸ ਓਬਵੀਅਸਲੀ ਅ ਵੈਰੀ ਬਿਗ ਹਾਊਸਹੋਲਡ ਬ੍ਰਾਂਡ ਟਾਈਪ ਕਾਈਂਡ ਆਫ ਥਿੰਗ ਇਨ ਬਾਲੀਵੁੱਡ, ਤੁਹਾਨੂੰ ਪਤਾ ਲੱਗਿਆ ਸੀਗਾ ਕਿ ਹੁਣ ਪੰਜਾਬੀ 'ਚ, ਮਤਲਬ ਸਾਡੇ ਬਾਲੀਵੁੱਡ ਇੰਡਸਟਰੀ 'ਚ ਇਹਦਾ ਰੀਮੇਕ ਆ ਰਿਹਾ, ਤਾਂ ਤੁਹਾਨੂੰ ਅਪਰੋਚ ਕੀਤਾ ਗਿਆ, ਮਤਲਬ ਤੁਹਾਡਾ ਫਸਟ ਰਿਐਕਸ਼ਨ ਕੀ ਸੀਗਾ ਜਦੋਂ ਆਫਰ ਹੋਈ ਸੀ? ਆਈ ਵਾਸ ਵੈਰੀ ਹੈਪੀ, ਕਿਉਂਕਿ ਹਮੇਸ਼ਾ ਹੀ ਇੱਕ ਵਧੀਆ ਬ੍ਰਾਂਡ ਦੇ ਨਾਲ ਜੁੜਨਾ, ਇੱਕ ਵਧੀਆ ਪ੍ਰੋਜੈਕਟ ਦੇ ਨਾਲ ਜੁੜਨਾ ਹਰ ਆਰਟਿਸਟ ਦੀ ਇੱਛਾ ਹੁੰਦੀ ਆ। ਸੋ ਵੈਨ ਆਈ ਹਰਡ ਦੈਟ ਦੇ ਆਰ ਮੇਕਿੰਗ ਸਿੰਘਮ ਇਨ ਪੰਜਾਬੀ, ਪਲੱਸ ਦੇ ਆਰ ਮੇਕਿੰਗ ਇਟ ਇਨ ਅ ਵੈਰੀ ਬ੍ਰਾਂਡ ਨਿਊ ਵੇ, ਮਤਲਬ ਫਿਲਮ ਓਫੀਸ਼ਲ ਰੀਮੇਕ ਹੈਗੀ ਆ, ਬਟ ਫਰੇਮ ਟੂ ਫਰੇਮ ਸੇਮ ਨਹੀਂ ਆ। ਇਟਸ ਅ ਫਰੈਸ਼ ਸਟੋਰੀ, ਇਟਸ ਅ ਫਰੈਸ਼ ਸਟਾਰ ਕਾਸਟ, ਸਭ ਕੁਛ ਫਰੈਸ਼ ਹੈ। ਜਸਟ ਦੈਟ ਦ ਕੋਰ essence of the film jada singham bollywood di hindi da oh eda hi hega, so I was very happy and excited, and I think navneet was the first person to approach me, and yeah, I'm very happy to be a part of it. Jadon da call aya siga film layi, tusi sab to pehla kinu dassya si is bare ki I've been approached for the film? ਰੋਹਿਤ ਸ਼ੇਟੀ ਲੈਵਲ ਦੀ ਇੱਕ ਫਿਲਮ ਨੂੰ ਇੰਡਸਟਰੀ 'ਚ ਲੈ ਕੇ ਆਉਣਾ, ਉੱਥੇ ਬਜਟਸ ਵੀ ਐਕਸਟ੍ਰੀਮਲੀ ਜ਼ਿਆਦਾ ਹੁੰਦੇ ਨੇ, ਅਤੇ ਇੱਕ ਰੋਹਿਤ ਸ਼ੇਟੀ ਦੀ ਫਿਲਮਸ ਦੀ ਇੱਕ ਕਰੈਕਟਰਿਸਟਿਕ ਚੀਜ਼ ਹੈ ਜਿਹੜੀ ਗੱਡੀਆਂ ਦੀ ਕਰੈਸ਼ਿੰਗ
ਸੀਨਸ ਐਂਡ ਉਹ ਸਟੰਟ ਸੀਨਸ ਹੁੰਦੇ ਹੈ, ਤੁਹਾਨੂੰ ਪਤਾ ਲੱਗਿਆ ਸੀਗਾ ਕਿ ਮੈਂ ਇਸ ਲੈਵਲ ਨੂੰ ਆਪਣੀ ਪੰਜਾਬੀ ਇੰਡਸਟਰੀ 'ਚ ਲੈ ਕੇ ਆਉਣਾ, ਤੁਹਾਨੂੰ ਕੀ ਚੈਲੰਜ ਲੱਗਿਆ ਸੀ ਸਭ ਤੋਂ ਪਹਿਲਾਂ ਚੈਲੰਜ, ਅਤੇ ਡਰ ਕਿਸ ਚੀਜ਼ ਦਾ ਰਿਹਾ ਸੀ? ਡਰ ਤਾਂ ਲੱਗਣਾ ਚਾਹੀਦਾ ਐਕਚੁਅਲੀ, ਬਿਕੋਜ਼ ਵੈਨ ਯੂ ਆਰ ਅਪਰੋਚਿੰਗ ਸੱਚ ਅ ਬਿਗ ਬ੍ਰਾਂਡ ਹੈ ਨਾ, ਜਿਹੜਾ ਕਿ ਆਈ ਥਿੰਕ ਸਿੰਘਮ ਇਜ਼ ਦ ਮੋਸਟ ਵਾਚਡ ਕੌਪ ਫਿਲਮ ਆਫ ਇੰਡੀਅਨ ਸਿਨੇਮਾ, ਸੋ ਡਰ ਤਾਂ ਬਿਲਕੁਲ ਲੱਗਿਆ ਸੀਗਾ, ਬਟ ਨਾਲ ਦੀ ਨਾਲ ਆ ਸੀਗਾ ਕਿ ਚਲੋ ਪੰਜਾਬੀ 'ਚ ਜਦੋਂ ਆਪਾਂ ਕਰ ਰਹੇ ਹਾਂ ਸੋ ਫਿਲਮ ਨੂੰ ਉਸੇ ਵਰਲਡ ਨੂੰ ਆਪਾਂ ਪੰਜਾਬੀ 'ਚ ਕਿੱਦਾਂ ਕਰ ਸਕਦੇ ਹਾਂ, ਦੈਟ ਵਾਜ਼ ਅ ਬਿਗ ਚੈਲੰਜ, ਵੈਰੀ ਬਿਗ ਚੈਲੰਜ ਫੋਰ ਅਸ, ਅਤੇ ਕਹਾਣੀ ਨੂੰ ਉਸ ਹਿਸਾਬ ਨਾਲ ਲਿਖਿਆ ਗਿਆ, ਕੈਰੈਕਟਰ ਉਸ ਹਿਸਾਬ ਨਾਲ ਡਿਜ਼ਾਈਨ ਕੀਤੇ ਗਏ, ਐਂਡ ਮੇਜਰ ਚੈਲੰਜ ਵਾਜ਼ ਦੈਟ ਅਜੇ ਸਰ ਹੋ ਗਏ ਜਾਂ ਸੂਰਿਆ ਹੋ ਗਏ ਜਿਨ੍ਹਾਂ ਨੇ ਸਿੰਘਮ ਪਲੇ ਕੀਤਾ ਹੈ, ਇਹਨਾਂ ਨੇ ਕਾਫੀ ਆਪਣੀ ਫਿਲਮੋਗ੍ਰਾਫੀ ਤੋਂ ਬਾਅਦ ਆ ਦੋ ਕੈਰੈਕਟਰਸ ਪਲੇ ਕੀਤੇ ਐਂਡ ਪਰਮੀਸ਼ਨ ਜਸਟ ਸਟਾਰਟਡ, ਸੋ ਵੀ ਐਕਚੁਅਲੀ ਡਿਜ਼ਾਈਨ ਦ ਇੰਟਾਇਰ ਕੈਰੈਕਟਰ ਹੈ ਨਾ, ਕਿ ਸਾਡਾ ਜਿਹੜਾ ਕੈਰੈਕਟਰ ਹੀ ਇਜ਼ ਜਸਟ ਪਾਸਡ ਆਊਟ ਫਰੋਮ ਫਿਲੌਰ ਪੁਲਿਸ ਅਕੈਡਮੀ ਐਂਡ ਹੀ ਇਜ਼ ਐਂਟਰਡ ਇਨ ਟੂ ਦਿਸ ਵਰਲਡ ਐਂਡ ਉੱਥੇ ਕੀ ਉਹ ਐਨਕਾਊਂਟਰ ਕਰਦਾ ਹੈ, ਦਿਸ ਇਜ਼ ਦ ਇੰਟਾਇਰ ਸਿੰਘਮ ਆਲ ਅਬਾਊਟ, ਐਂਡ ਬੈਸਟ ਥਿੰਗ ਇਜ਼ ਦੈਟ ਸੋਨਮ ਹੋ ਗਈ ਜਾਂ ਪਰਮੀਸ਼ ਹੋ ਗਿਆ, ਬਿਕੋਜ਼ ਦ ਕੈਰੈਕਟਰਸ ਵਰ ਡਿਜ਼ਾਈਨ ਇਨ ਸੱਚ ਅ ਵੇ ਦੈਟ ਪੰਜਾਬ ਨਾਲ ਕਨੈਕਟੀਵਿਟੀ ਬਹੁਤ ਜ਼ਿਆਦਾ ਹੈ ਨਾ, ਬਿਕੋਜ਼ ਆਈ ਆਲਵੇਜ਼ ਫੀਲ ਕਿ ਜਦੋਂ ਤੁਸੀਂ ਪੰਜਾਬੀ 'ਚ ਫਿਲਮ ਬਣਾ ਰਹੇ ਹੋ ਅਤੇ ਕੈਰੈਕਟਰਸ ਰੂਟਡ ਹੋਣੇ ਬਹੁਤ ਜ਼ਰੂਰੀ ਹੁੰਦੇ, ਐਂਡ ਦੇ ਹੈਵ ਡਨ ਅ ਫੈਬੂਲਸ ਜੋਬ, ਬਾਕੀ ਫਿਲਮ ਲੱਗ ਰਹੀ ਹੈ 9 ਅਗਸਤ ਨੂੰ, ਐਂਡ ਤੇ ਜਿਵੇਂ ਐਕਸ਼ਨ ਸੀਨ ਸਿੰਘਮ 'ਚ ਬਹੁਤ ਦੇਖਣ ਨੂੰ ਮਿਲੇ ਸੀ, ਇਹਦੇ ਵਿੱਚ ਐਕਸ਼ਨ ਲਈ ਕੀ ਸਪੈਸ਼ਲ ਹੈ, ਐਕਸਟਰਾ ਕੀਤਾ ਗਿਆ? ਇਟ ਇਜ਼ ਐਕਸ਼ਨ, ਆਈ ਆਲਵੇਜ਼ ਫੀਲ ਕਿ ਐਕਸ਼ਨ ਸ਼ੁੱਡ ਬੀ ਸਕ੍ਰਿਪਟਡ ਐਕਸ਼ਨ ਹੈ ਨਾ, ਐਕਸ਼ਨ ਸਿਰਫ ਐਕਸ਼ਨ ਕਰਨ ਲਈ ਐਕਸ਼ਨ ਨਹੀਂ ਹੋਣਾ ਚਾਹੀਦਾ, ਅਤੇ ਸਕਰੀਨ ਪਲੇ ਦਾ ਹਿੱਸਾ ਹੈ ਐਕਸ਼ਨ, ਸਟੋਰੀ ਨੂੰ ਅੱਗੇ ਡਰਾਈਵ ਕਰਦਾ, ਐਂਡ ਗੱਡੀਆਂ ਇਹਦੇ 'ਚ ਉਸ ਲੈਵਲ 'ਤੇ ਨਹੀਂ ਹੋ ਰਿਹਾ ਹੈ ਆਫਕੋਰਸ, ਬਟ ਸਾਡਾ ਰੂਟਡ ਐਕਸ਼ਨ ਪੰਜਾਬ ਦੇ ਹਿਸਾਬ ਨਾਲ ਜਿੰਨਾ ਹੋਣਾ ਚਾਹੀਦਾ ਹੈ, ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ, ਬਿਕੋਜ਼ ਦੈਟ ਸਿੰਘਮ ਕੇਮ ਅਰਾਊਂਡ 9 to 10 years ਬੈਕ ਐਂਡ ਓਵਰ ਦ ਪੀਰੀਅਡ ਆਫ ਟਾਈਮ ਸਿਨੇਮਾ ਕਾਫੀ ਚੇਂਜ ਹੋਇਆ, ਸੋ ਕਾਫੀ ਰਿਅਲਿਸਟਿਕ ਐਕਸ਼ਨ ਹੈ, ਓਵਰ ਦ ਟੌਪ ਐਕਸ਼ਨ ਨਹੀਂ ਹੈ ਇਹਦੇ 'ਚ। ਤੇ ਸੋਨਮ, ਤੁਹਾਡੀ ਗੱਲ ਕਰੀਏ, ਤੁਹਾਡੀ ਰੀਸੈਂਟ ਜਿਵੇਂ ਐਕਸ਼ਨ ਦੀ ਗੱਲ ਹੋ ਰਹੀ ਸੀ ਤਾਂ ਮੈਨੂੰ ਸਟ੍ਰਾਈਕ ਕੀਤਾ, ਤੁਹਾਡੀ ਰੀਸੈਂਟ ਇੰਸਟਾਗ੍ਰਾਮ 'ਤੇ ਆਪਾਂ ਨਾ ਇੱਕ ਪੋਸਟ ਦੇਖੀ ਸੀ, ਤੁਸੀਂ ਵੀ ਬੋਕਸਿੰਗ ਕਰ ਰਹੇ ਹੋ, ਤੁਸੀਂ ਵੀ ਕੁਛ ਐਕਸ਼ਨ ਕਰ ਰਹੇ ਹੋ ਫਿਲਮ ਲਈ ਜਾਂ ਕੁਛ ਕੁਛ ਡਿਫਰੈਂਟ ਕਰ ਰਹੇ ਹੋ? ਸੋਨਮ, ਸਾਨੂੰ ਕੁਛ ਡਿਫਰੈਂਟ ਕਰਦੀ ਦੇਖੋਗੇ ਇਸ ਵਾਰ ਫਿਲਮ 'ਚ ਕੁਛ ਐਕਸਟਰਾ? ਫਿਲਮ ਦੇ ਵਿੱਚ ਤਾਂ ਮੈਂ ਐਕਸ਼ਨ ਨਹੀਂ ਕੀਤਾ, ਬਟ ਹੁਣ ਜਦੋਂ ਇਹ ਸਕਸੈਸਫੁਲ ਹੋਊਗੀ ਨਾ, ਫਿਰ ਆਪਾਂ 2 ਬਣਾਵਾਂਗੇ, ਉਹ 'ਚ ਜ਼ਿਆਦਾ ਐਕਸ਼ਨ ਮੈਂ ਹੀ ਕਰੂੰਗੀ। ਤੁਸੀਂ ਕਰੋਗੇ? ਅੱਛਾ, ਇਹਦਾ ਨਹੀਂ ਕੁਛ ਪਲੈਨਿੰਗ ਚੱਲ ਰਹੀ ਹੈ? ਡਾਇਰੈਕਟਰ ਨੇ ਮੈਨੂੰ ਪਹਿਲਾਂ ਕਨਫਰਮ ਕਰਤਾ। ਅੱਛਾ, ਕਨਫਰਮੇਸ਼ਨ ਤਾਂ ਹੋ ਗਈ, ਪਰ ਜਦੋਂ ਸਿੰਘਮ ਦਾ ਆਇਆ ਸੀਗਾ ਕਿ ਹੁਣ ਬਾਲੀਵੁੱਡ 'ਚ ਕਰਨੀ ਹੈ, ਸੋਨਮ ਤੇ ਪਰਮੀਸ਼, ਇਹਨਾਂ ਦੀ ਕਾਸਟਿੰਗ ਕਿਵੇਂ ਹੋਈ ਸੀ? ਮਤਲਬ ਇਹਨਾਂ ਨੂੰ ਇਹ ਕੈਰੈਕਟਰ ਕਿਵੇਂ ਇਹਨਾਂ ਲਈ ਸੋਚੇ ਗਏ ਸੀ? ਸੀ ਪਰਮੀਸ਼, ਬਿਕੋਜ਼ ਆਈ ਫੀਲ ਕਿ ਦ ਕਾਇੰਡ ਆਫ ਰੋ ਐਨਰਜੀ ਜਿੰਨੀ ਪਰਮੀਸ਼ 'ਚ ਹੈਗੀ ਹੈ, ਸੋ ਸਿੰਘਮ ਦੇ ਕੈਰੈਕਟਰ ਲਈ ਓਨੀ ਕੁ ਰੋ ਐਨਰਜੀ ਆਈ ਡੋਂਟ ਸੀ ਐਨੀ ਵਨ ਇਨ ਪੰਜਾਬ ਡੂਇੰਗ ਦੈਟ ਕਾਇੰਡ ਆਫ ਅ ਰੋਲ, ਐਂਡ ਸੋਨਮ ਦਾ ਬੋਡੀ ਆਫ ਵਰਕ ਜਿੱਦਾਂ ਸੋਨਮ ਨੇ ਕੰਮ ਕੀਤਾ ਹੈ, ਸੋ ਸ਼ੀ ਇਜ਼ ਆਲਵੇਜ਼ ਪਰੂਵਡ ਦੈਟ ਲਾਈਕ ਯੂ ਨੋ ਦੀਸ ਕਾਇੰਡ ਆਫ ਕੈਰੈਕਟਰ ਸ਼ੀ ਇਜ਼ ਆਲਵੇਜ਼ ਬੀਨ ਦ ਬੈਸਟ, ਸੋ ਦਿਸ ਵਾਸ ਦ ਰੀਜ਼ਨ, ਐਂਡ ਪੇਅਰਿੰਗ ਵਾਸ ਵੈਰੀ ਫਰੈਸ਼, ਸੋਨਮ ਐਂਡ ਪਰਮੀਸ਼ ਟੂਗੈਦਰ, ਸੋ ਦਿਸ ਵਾਸ ਦ ਰੀਜ਼ਨ ਹੈ ਨਾ ਕਿ ਦੋਵਾਂ ਨੂੰ ਕਾਸਟ ਕੀਤਾ। ਸੋਨਮ, ਤੁਹਾਡੇ ਲਈ ਦਿਸ ਸਾਲ ਜਿਹੜਾ ਇਹ ਸਾਲ ਰਿਹਾ ਬਹੁਤ ਹੀ ਵਧੀਆ ਰਿਹਾ, ਤੁਹਾਡੀ ਮਤਲਬ ਬਹੁਤ ਵਧੀਆ ਵਧੀਆ ਪਿਕਚਰ ਸਾਨੂੰ ਦੇਖਣ ਨੂੰ ਮਿਲੀਆਂ ਨੇ, ਛੋਟਾ ਛੋਟਾ ਏ ਪਲੱਸ, ਮਤਲਬ ਇੱਕਦਮ ਸਪੈਸ਼ਲ ਅਪੀਅਰੈਂਸ ਸੀਗਾ, ਹੁਣ ਸਿੰਘਮ ਆ ਰਹੀ ਹੈ, ਤੁਹਾਡੀ ਹੋਰ ਵੀ ਪਿਕਚਰ ਪਰਮੀਸ਼ ਨਾਲ ਵੀ ਇੱਕ ਹੋਰ ਵੀ ਆਊਗੀ, ਕਿੰਨਾ ਹੈਕਟਿਕ ਰਹਿੰਦਾ ਤੁਸੀਂ, ਇੰਨਾ ਇੰਨੀ ਫਿਲਮਸ ਇਕੱਠੇ ਮੈਨੇਜ ਕਰ ਰਹੇ ਹੁੰਦੇ ਹੋ, ਫਿਰ ਪ੍ਰਮੋਸ਼ਨਸ 'ਤੇ ਵੀ ਆਉਂਦੇ ਹੋ ਸਾਡੇ ਨਾਲ ਗੱਲਾਂ ਬਾਤਾਂ ਕਰਨ, ਕਿ ਤੁਸੀਂ ਕਿਵੇਂ ਮੈਨੇਜ ਕਿਵੇਂ ਕਰਦੇ ਹੋ ਆਪਣਾ ਇੰਨਾ ਹੈਕਟਿਕ ਸ਼ਡਿਊਲ? ਐਕਚੁਅਲੀ ਪਹਿਲੀ ਗੱਲ ਤਾਂ ਇਹ ਹੈ ਕਿ ਆਈ ਲਵ ਵਾਟ ਆਈ ਡੂ, ਅਤੇ ਸੋ ਉਹ ਚੀਜ਼ ਬਹੁਤ ਵੱਡੀ ਆ, ਅਤੇ ਹਰ ਆਮ ਅ ਹਿਊਮਨ ਬੀਂਗ, ਮੈਨੂੰ ਵੀ ਥਕਾਨ ਹੁੰਦੀ ਆ, ਮੈਂ ਵੀ ਥੱਕਦੀ ਹਾਂ, ਮੈਂਟਲੀ ਵੀ ਥੱਕ ਜਾਂਦੀ ਹਾਂ ਟਾਈਮਸ, ਬਿਕੋਜ਼ ਕੋਂਸਟੈਂਟਲੀ ਆਰ ਵਰਕਿੰਗ, ਕਿਉਂਕਿ ਇੱਕ ਫਿਲਮ ਦੀ ਸ਼ੂਟਿੰਗ ਖਤਮ ਹੁੰਦੀ ਆ ਅਤੇ ਦੂਜੀ ਰਿਲੀਜ਼ 'ਤੇ ਤਿਆਰ ਹੁੰਦੀ ਆ, ਅਤੇ ਪਹਿਲੀ ਦੀ ਡਬਿੰਗ ਸ਼ੁਰੂ ਕਰਨੀ ਹੁੰਦੀ ਹੈ, ਐਂਡ ਯੂ ਨੋ ਇਟਸ ਆਲਵੇਜ਼ ਬਿਨ ਲਾਈਕ ਦ ਲਾਸਟ 2 ਈਅਰਸ, ਆਈ ਵੁੱਡ ਸੇ ਵਾਜ਼ ਵੈਰੀ ਹੈਕਟਿਕ, ਬਟ ਦੇ ਇਟਸ ਵਰਥ ਦ ਐਫਰਟ ਐਂਡ ਦ ਟਾਈਮ ਐਂਡ ਦ ਹਾਰਡ ਵਰਕ ਦੈਟ ਵੀ ਆਲ ਹੈਵ ਪੁੱਟ, ਸੋ ਇਟਸ ਗੁੱਡ। ਬਾਕੀ ਮੈਨੂੰ ਪਤਾ ਹੈ ਕਿ ਇਹ ਕੰਮ ਕਰਨ ਦਾ ਟਾਈਮ ਹੈਗਾ ਆ, ਵੀ ਆਲਵੇਜ਼ ਹਰ ਆਰਟਿਸਟ ਦੀ ਇੱਛਾ ਹੁੰਦੀ ਹੈ ਨਾ ਕਿ ਕੰਮ ਕਰੀਏ, ਹੋਰ ਕਰੀਏ, ਵਧੀਆ ਕਰੀਏ, ਸੋ ਹੁਣ ਆਪਣੀ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਆ, ਆਪਣੀ ਕਈ ਹੁਣ ਇੱਦਾਂ ਆ ਕਿ ਕਈ ਆਪਣੀ ਪਸੰਦ ਦੀਆਂ ਸਕ੍ਰਿਪਟਸ ਮੈਂ ਕਰ ਰਹੀ ਹਾਂ, ਸੋ ਇਟਸ ਅ ਵੈਰੀ ਬਿਊਟੀਫੁਲ ਟਾਈਮ। ਥੋੜ੍ਹਾ ਪਰਸਨਲ ਲੈਵਲ 'ਤੇ ਘੱਟ ਮਿਲਦਾ ਹੈ ਟਾਈਮ, ਬਟ ਆਈ ਥਿੰਕ ਇਟਸ ਆਲ ਰਾਈਟ। ਤੁਸੀਂ ਇੰਜੋਏ ਕਰ ਰਹੇ ਹੁੰਦੇ ਹੋ ਮਾਹੌਲ, ਥੋੜਾ ਪ੍ਰੈਸ਼ਰ ਹੋ ਜਾਂਦਾ ਇਟਸ ਦ ਪਾਰਟ ਆਫ ਆਰ ਜੋਬ।
ਐਂਡ ਯੂ ਬੋਥ ਹੈਵ ਬੀਨ ਇਨ ਇੰਡਸਟਰੀ ਫੋਰ ਅ ਵੈਰੀ ਲੌਂਗ ਟਾਈਮ, ਤੁਸੀਂ ਬਹੁਤ ਦੇਰ ਤੋਂ ਦੋਨੋਂ ਇੰਡਸਟਰੀ 'ਚ ਕੰਮ ਕਰ ਰਹੇ ਹੋ, ਬਟ ਤੁਸੀਂ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹੋ, ਕਿਵੇਂ ਲੱਗਿਆ ਇੱਕ ਦੂਜੇ ਨਾਲ ਕੰਮ ਕਰਕੇ? ਤੁਸੀਂ ਇਹਨਾਂ ਤੋਂ ਕੀ ਜ਼ਿਆਦਾ ਸਿੱਖਿਆ? ਮੇਰੇ ਸਾਹਮਣੇ ਤੁਹਾਨੂੰ ਸੋਨਮ ਤੋਂ ਵੀ ਸਿੰਗਮ ਸ਼ੁਰੂ ਵੀ ਹੋਈ ਸੀਗੀ ਐਂਡ ਲਾਈਕ ਯੂ ਨੋ ਜਿੰਨਾ ਵੀ ਮੈਂ ਸੋਨਮ ਦਾ ਕੰਮ ਦੇਖਿਆ ਸੀਗਾ, ਸੋ ਆਈ ਆਲਵੇਸ ਫੈਲ ਲਾਈਕ ਯੂ ਨੋ ਅ ਗੁੱਡ ਲੁਕਿੰਗ ਗਰਲ ਐਂਡ ਲਾਈਕ ਯੂ ਨੋ ਸ਼ੀ ਇਜ਼ ਦੇਅਰ ਇਨ ਦਾ ਇੰਡਸਟਰੀ ਐਂਡ ਆਲ, ਬਟ ਆਫਟਰ ਵਰਕਿੰਗ ਵਿਦ ਹਰ ਲਾਈਕ ਸੋਨਮ ਹੈਜ਼ ਲੇਅਰਸ ਟੂ ਹਰ, ਹੈ ਨਾ? ਲਾਈਕ ਯੂ ਨੋ ਉਹ ਤੁਹਾਡੇ ਤੇ ਤੁਸੀਂ ਉਹਦੇ ਕੋਲੋਂ ਕੀ ਕਰਾ ਸਕਦੇ ਹੋ, ਬਿਕੋਜ਼ ਇੱਕ ਐਕਟਰ ਦੇ ਅੰਦਰ ਲੇਅਰ ਤੇ ਡੈਪਥ ਹੋਣੀ ਬਹੁਤ ਜ਼ਰੂਰੀ ਹੈ, ਸੋ ਆਈ ਥਿੰਕ ਸ਼ੀ ਇਜ਼ ਫੁੱਲ ਆਫ ਦੈਟ, ਹੈ ਨਾ? ਮੈਂ ਮੂੰਹ ਤੇ ਬੈਠੀ ਹੈ, ਸਾਹਮਣੇ ਬੈਠੀ ਹੈ ਇਸ ਕਰਕੇ ਨਹੀਂ ਕਹਿ ਰਹੇ, ਬਟ ਸ਼ੀ ਹੈਜ਼ ਅ ਲੋਟ ਆਫ ਲੇਅਰਸ ਇਨ ਹਰ, ਹੈ ਨਾ? ਤੇ ਉਹ ਤੁਹਾਡੇ ਤੇ ਤੁਸੀਂ ਕਿੰਨਾ ਕੁ ਐਕਸਪਲੋਰ ਕਰ ਸਕਦੇ ਹੋ ਸੋਨਮ ਨੂੰ। Namjeet is one of the easiest person to get along, okay. Easiest person to work with, aur yaar ek ta main na inna nu Namjeet ka naam Navneet hai, but mere moh Navneet hi nikalda kyunki main to bahut saalon se Namjeet keh rahi hai, but har end lagda hai main kisi aur bare gal kar rahi hu Namjeet. So Navneet de naal kaam karna bahut easy hai, he's such a cool and calm person on set jo ki actually bahut faydemand hunda, je director toda hamesha hyper rahe, stressed rahe, gusse ch rahe te actor kuch karna vi chahe na oh kar vi nahi paunda, because director makes you feel comfortable to sometimes do something that you want to do and that you are very confident about, so oh bahut plus point hai. Plus sade jehde dop sir hai ਨਵਨੀਤ ਦੇ ਫਾਦਰ, ਉਹ ਵੀ ਹੀ ਉਹ ਤਾਂ ਉਹਨੂੰ ਕਹਿੰਦੇ ਨੇ ਸਾਡੇ ਸੈੱਟ ਦੀ ਜਾਨ, ਉਹ ਮਤਲਬ ਇੱਦਾਂ ਆ ਉਹਨਾਂ ਦਾ ਨੇਚਰ, ਅਤੇ ਬਹੁਤ ਜ਼ਿਆਦਾ ਮਜ਼ਾ ਆਇਆ. ਆਈ ਯੂਸ ਟੂ ਮੈਂ ਤਾਂ ਬਸ ਬਹੁਤ ਜ਼ਿਆਦਾ ਹੱਸਦੀ ਖੇਡਦੀ, ਮਤਲਬ ਮੈਂ ਤਾਂ ਮੇਰੇ ਲਈ ਨਹੀਂ ਲੱਗਿਆ ਇੱਦਾਂ ਕਿ ਮੈਂ ਕੰਮ ਕਰ ਰਹੀ ਹਾਂ, ਬਿਕੋਜ਼ ਇਟ ਵਾਜ਼ ਵੈਰੀ ਈਜ਼ੀ ਫੋਰ ਮੀ, ਆਈ ਵੁੱਡ ਜਸਟ ਕਮ ਲੁੱਕ ਗੁੱਡ ਔਨ ਸੈੱਟ ਐਂਡ ਈਟ ਚਿਟ ਚੈਟ ਲਾਫ ਐਂਡ ਦੈਟਸ ਇਟ. It was like that. I think because the kind of films I make, you know, which is drama, action, already enna zyada hunda hai. So you have to be very composed, you have to be very calm, because inherent script de andar hi enna kuch hunda hai. ਕਿ ਤੁਸੀਂ ਆਪ ਵੀ ਜੇ ਆਪਣਾ ਟੈਂਪਰ ਲੂਜ਼ ਕਰਨਾ ਸ਼ੁਰੂ ਕਰਤਾ, ਸੋ ਇਹ ਥਿੰਗਸ ਵਿਲ ਗੋ ਹੇਵਾਇਰ, ਸੋ ਦੈਟਸ ਇਟ. ਤੇ ਸੋਨਮ ਜਿਵੇਂ ਸਿੰਗਮ ਬਾਲੀਵੁੱਡ ਵਾਲੀ ਸੀਗੀ, ਉਹਦੇ ਵਿੱਚ ਕਾਵਿਆ ਅਗਰਵਾਲ ਬੜਾ ਸਵੀਟ ਜਿਹਾ ਰੋਲ ਸੀਗਾ ਉਹਨਾਂ ਦਾ. ਹਾਂਜੀ, ਕਾਜਲ ਲੱਗਾ. ਕਾਜਲ ਐਗਜ਼ੈਕਟਲੀ, ਬਹੁਤ ਸਵੀਟ ਜਿਹਾ ਰੋਲ ਸੀ, ਸ਼ੀ ਯੂਜ਼ ਟੂ ਬੀ ਸਾਇਲੈਂਟ, ਜਾਂ ਮਤਲਬ ਬਬਲੀ ਵੀ ਸੀਗੀ ਥੋੜੀ ਜੀ. ਉਹ ਵਾਲੀ ਸਿੰਗਮ ਵਾਲੀ ਹੀਰੋਇਨ ਤੇ ਇਸ ਸਾਡੀ ਪੰਜਾਬੀ ਸਿੰਗਮ 'ਚ ਇਹਨਾਂ 'ਚ ਕੀ ਡਿਫਰੈਂਸ ਰੱਖਿਆ ਗਿਆ ਬੇਸਿਕਲੀ? ਦੇਖੋ ਮੈਂ ਓਨੈਸਟਲੀ ਮੈਂ ਸਿੰਗਮ ਨਹੀਂ ਦੇਖੀ. ਅੱਛਾ, ਮੈਨੂੰ ਹਾਂ, ਬਟ ਓਬਵੀਅਸਲੀ ਮੈਨੂੰ ਇਹ ਪਤਾ ਕਿ ਸਿੰਗਮ ਇਜ਼ ਵਨ ਆਫ ਦਾ ਬਿਗੇਸਟ ਹਿੱਟਸ ਐਂਡ ਕੌਪ ਫਿਲਮਸ ਦਾ ਤਾਂ ਪੂਰਾ ਸਿਨੈਰੀਓ ਚੇਂਜ ਕਰਤਾ ਸਿੰਗਮ ਨੇ, ਬਟ ਆਈ ਹੈਡ ਨੋਟ ਸੀਨ ਇਟ, ਆਈ ਵਾਜ਼ ਇਨ ਸਕੂਲ ਆਈ ਗੈਸ ਵੈਨ ਦਾ ਫਸਟ ਵਨ ਹੈਡ ਕਮ, ਆਈ ਵਾਜ਼ ਨੋਟ ਸਪੋਜ਼ ਟੂ ਵਾਚ ਮੂਵੀਜ਼ ਐਟ ਦੈਟ ਟਾਈਮ, ਦੈਨ ਸੈਕਿੰਡ ਵਨ ਵੈਨ ਖੇਮ, ਆਈ ਵਾਜ਼ ਆਈ ਥਿੰਕ ਵੈਰੀ ਬਿਜ਼ੀ ਸਮਥਿੰਗ ਲੱਗਦਾ, ਬਟ ਜਦੋਂ ਮੈਨੂੰ ਨਵਨੀਤ ਨੇ ਅਪਰੋਚ ਕੀਤਾ ਐਂਡ ਆਈ ਵਾਜ਼ ਲਾਈਕ ਅੱਛਾ ਫਿਰ ਮੈਂ ਦੇਖ ਲੈਂਦੀ ਹਾਂ ਸਿੰਗਮ, ਦੈਨ ਆਈ ਰਿਮੈਂਬਰ ਹੀ ਸੈਡ ਕਿ ਕੁਛ ਵੀ ਸਿਮਿਲੈਰਿਟੀ ਨਹੀਂ ਹੈਗੀ, ਸੋ ਜੇ ਨਾ ਦੇਖੋ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਪਰ ਇੱਦਾਂ ਨਹੀਂ ਹੈਗਾ ਕਿ ਤੁਸੀਂ ਉੱਦਾਂ ਕੁਛ ਕਰਨਾ ਜੋ ਕਾਜਲ ਨੇ ਕੀਤਾ ਜਾਂ ਫਿਰ ਕਰੀਨਾ ਨੇ ਕੀਤਾ, ਸੋ ਆਈ ਵਾਜ਼ ਲਾਈਕ ਓਕੇ ਦੈਨ ਨਾਓ ਆਈ ਫਸਟ ਆਈਲ ਵਾਚ ਮਾਈ ਸਿੰਗਮ, then I'll watch those two singam. Achha, then yeah. You will compare them. Because, and there's no similarity. Hai na, because right from day one, we were very sure ke, jadu scripting bhi chal rahi thi, when Teeraj was writing the script and all, jadu Teeraj ne sare characters bhi likhe, and we were very sure ke, usse duniya ch rehnde hoye, assi apni kahani sunani hai. So the world is same, but jis saab nal characters hege, ya jis saab nal kahani kahi gayi hai, o Punjab de characters, unna de around ਮਤਲਬ ਬੱਚੇ ਨੂੰ he is what he is, hai na? So he was not nervous jidda apa kahiye, but he sadi actually scripting readings bahut zyada ho chukiyan sigiyan,
we did proper rehearsal for action and unhe time bahut zyada ditta apne aap te hai na singham de character te kaam karan layi and mainu idda lagda hai ki je tusi prep zyada kar lo hai na if your homework is strong so shooting vele tuhanu unni zyada problem nahi aandi hai so unne enna zyada prep up kita siga ke shooting vele he was very cool he was very comfortable and jis saab nal he has taken the character or he has portrayed the character I think bahut hi smoothly kita hai unne मल्टी टैलेंटेड पर्सन हू सिंग्स हू राइट्स हू डायरेक्ट्स हू एक्ट्स सो बट ओदा मैं पर्सनली उन्होंने कदे नहीं मिली या जानती नहीं सी ते हुन तो जानना शुरू हो गए फिर अपा बस एंडिंग च ना एक छोटी जी गेम खेलांगे अबाउट परमीश वर्मा थोड़े दोनों नाल ते उदे लई मैं थोनू बजर्स देवांगी ते रूल्स इदा करेंगे एक सेकंड दीज आर योर बजर्स इट्स वेरी इजी रूल्स ए अच्छा साडे कोल एक गिफ्ट भी है या तुसी ओ क्रॉस कैमरा ने दिखा परमीश वर्मा की सब तो पहली म्यूजिक वीडियो केड़ी सी You need options, guys? Music video? Yeah. Okay. A film is everyone knows. Khab? No. Okay. You need options? Akhil wala khab, khab video? No, no, no. Okay. Ek itthe pahunch gaya. No options nahi hai. He did that video. He did that video. Yeah. He was in the video also. Yeah. Options A, Thokda Reha by Ninja. B, Dooja Maafi Nama by Vinepal Butter. And C, Jatta Da Blood by Mankira Tolak. Thokda wala said options to me. Ninja? No sir, it's Dooja Maafi Nama. By Vinepal Butter. Okay, we'll move forward. Okay. Parmeesh Verma da birthday kis din hunda hai? It was very recently. When was it? Yeah, it's just recently. Third of July. Yes sir, yeah, exactly yeah, correct. Yeah. So there's a one point to you. Next question. Kedi Bollywood heroine Parmeesh Verma da all time crush hai? Ede bare wo bahut openly confess bhi kar deya. Kedi hai? I'll give the options. Okay. Jacqueline Fernandez, Kiara Advani, Parimiti Chopra and Priyanka Chopra. Kiara Advani? No, no. You gonna guess? It's Parimiti Chopra. Okay. He's very openly confessed about it in media and everywhere also. Mm-hmm. Okay. So the fourth question. Parmeesh Verma da pehla gana Aale Chak Main Aa Gaya Si kinne likhya siga? I don't think Sonam will know. But still I should give the options. options. Jimmy Kotkapura, Mandeep Mavi, Happy Rai Koti ya Goldie Desi Crew? Mavi. Mandeep Mavi. No. No. It's Jimmy Kotkapura. Okay. Yeah, to say inne okay question. It's totally about Parmeesh. We've kept it Parmeesh centric. Okay. Parmeesh te unna de fans katthe hoke ki paunde ne. This you can answer. A ath b tak ya si ga. Good answer. Yeah, yeah. Okay. Parmeesh di arm te jo tattoo hai ode te ki likhya hai? Sukan. Eh te tusi vi notice kar sakde si you work with. Acha chalo theek. Okay. Te chalo eda answer tusi pehle de sakde ho. I will tell this is the last question. परमीश वर्मा केड़े ब्रांड दे सब तो ज्यादा शौकीन ने एलवी यस यू आर राइट सो यू स्टिल हैव अ पॉइंट ते गिफ्ट जिवें कि साडी पंजाबी च सिंगम आ रही है सी गिफ्ट थोड़ा पंजाबी की रखे है वी गॉट मोतीचूर लड्डू ओह मैन या वी गॉट मोतीचूर लड्डू सो पर हाउ स्वीट नहीं आई लाल लाल लाओ दो मैं बताऊं मैं तो यार उन्हें चॉक पहला मैं खाती बिरयानी फिर मैं खाती चॉकलेट और दूसरी हुन लड्डू सोनम दा बंद है अच्छा तुसी खाओ सोनम दे फेवरेट ने मेरे तो सारा कुछ फेवरेट है ते तुसी जीतते हो कांग्रेचुलेशंस सो वी आर आल्सो हैविंग दिस सेम नाली कांग्रेचुलेट यू यस थैंक यू थैंक यू टू द सक्सेस ऑफ सिंगम या एंड यू आर गोइंग टू हैव द फुल लड्डू सोनम यू हैव टू हैव यू हैव टू एंड सेड सॉरी टू परमेश तो देखेंगे कि सोनम ने कुछ नहीं पता सी मेरे बारे में एलवी तो अलावा परिणीति चोपड़ा इज शॉकिंग बट चलो ठीक है दैट्स आल्सो वेरी शॉकिंग टू मी आई वाज गोना नेम जैकलीन बट या इवन आई थॉट सो सेम है ना तुम इसी से खा सकते हो लड्डू बट यू वर नर्वस यू डिड सो वेल यू आर फास्टिंग आई एम फास्टिंग टुडे
ਚਲੋ ਜਾਣ ਤੋਂ ਪਹਿਲਾਂ ਵੀ ਹੈਡ ਲੋਟ ਆਫ ਫਨ ਵਿਦ ਯੂ ਸਿੰਘਮ ਲਈ ਜਿਹੜਾ ਕਿ ਹੁਣ ਇੱਕ ਬਹੁਤ ਵੱਡਾ ਪ੍ਰੋਜੈਕਟ ਸਾਡੀ ਇੰਡਸਟਰੀ ਲਈ ਹੈ ਕਿ ਅਸੀਂ ਬਾਲੀਵੁੱਡ ਮਤਲਬ ਬਾਲੀਵੁੱਡ ਦੀ ਥੀਮ ਇੱਥੇ ਲੈ ਕੇ ਆ ਰਹੇ ਹਾਂ ਆਲ ਟੁਗੈਦਰ ਇੱਕ ਨਈ ਚੀਜ਼ ਆਖਰੀ ਸਵਾਲ ਮੇਰਾ ਆਹੀ ਹੈ ਇਫ ਦਿਸ ਸਿੰਘਮ ਵਰਕਸ ਵੈਲ ਆਰ ਦੇਅਰ ਪਲਾਨਸ ਕਿ ਸਿੰਘਮ 2 ਵੀ ਆਊਗੀ ਅਪਰੋਚ ਕਿਉਂਕਿ ਯੂਜੂਲੀ ਸੀਕਵਲ ਚੱਲਿਆ ਸੀ ਉੱਥੇ ਦ ਸਟੋਰੀ ਇਜ਼ ਵੀ ਹੈਵ ਲੈਫਟ ਦ ਸਟੋਰੀ ਔਨ ਦੈਟ ਨੋਟ ਅਸੀਂ ਸਕ੍ਰਿਪਟ ਨੂੰ ਅਸੀਂ ਸਕ੍ਰਿਪਟ ਨੂੰ ਉਸ ਨੋਟ ਤੇ ਛੱਡਿਆ ਬਾਕੀ 9 ਅਗਸਤ ਨੂੰ ਡਿਸਾਈਡ ਹੋਊਗਾ ਕਿ ਅੱਗੇ ਜਾ ਅਸੀਂ ਜਾ ਸਕਦੇ ਹਾਂ ਆਡੀਅנס ਨੂੰ ਤੁਸੀਂ ਦੋਨੋਂ ਕੀ ਕਹਿਣਾ ਚਾਹੋਗੇ ਹੁਣ ਸਿੰਘਮ ਲਈ ਬਸ ਅਸੀਂ ਇਹ ਕਹਿਣਾ ਚਾਹਾਂਗੇ ਕਿ ਪੰਜਾਬ ਆਡੀਅੰਸ ਹਮੇਸ਼ਾ ਚਾਹੁੰਦੀ ਹੈ ਕਿ ਕੁਝ ਵੱਖਰਾ ਆਵੇ ਦੇਵ ਸੀਨ ਅ ਲੋਟ ਆਫ ਕਾਮੇਡੀ ਫਿਲਮਸ ਫੋਰ ਮੈਨੀ ਇਅਰਸ ਵੀਵ ਟ੍ਰਾਈਡ ਸਮਥਿੰਗ ਨਿਊ ਅ ਫੁੱਲ ਫਲੈਜਡ ਐਕਸ਼ਨ ਫਿਲਮ ਵਿਚ ਇਜ਼ ਪੈਕਡ ਵਿਦ ਰੋਮੈਂਸ ਡਰਾਮਾ ਥ੍ਰਿਲਰ ਐਂਡ ਐਵਰੀਥਿੰਗ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਬਿਲਕੁਲ ਪਸੰਦ ਆਊਗੀ ਫਿਲਮ ਔਰ 9th ਅਗਸਤ ਗੋ ਵਾਚ ਸਿੰਘਮ ਇਨ ਦ ਸਿਨੇਮਾਜ਼ ਨੀਅਰ ਯੂ 9th ਅਗਸਤ ਚਲੇ ਜਾਇਓ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬੀ ਮੀਨੀਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪੰਜਾਬੀ ਇੰਡਸਟਰੀ ਦਾ ਇੱਕ ਸੁਨਹਿਰਾ ਦੌਰ ਚੱਲ ਰਿਹਾ ਅਤੇ ਇਸ ਸੁਨਹਿਰੇ ਦੌਰ ਵਿੱਚ ਆਪਣੀ ਕੰਟਰੀਬਿਊਸ਼ਨ ਪਾਉਣ ਨੂੰ ਇੱਕ ਹੋਰ ਮੂਵੀ ਸਾਡੇ ਨਾਲ ਜੁੜ ਗਈ ਹੈ ਬਰਾਤ ਬੰਦੀ ਅਤੇ ਆਓ ਹੁਣ ਆਪਾਂ ਗੱਲਾਂ ਕਰਦੇ ਹਾਂ ਹੋਬੀ ਤੋਂ ਧਾਲੀਵਾਲ ਜੀ ਨਾਲ ਜੋ ਕਿ ਇਸ ਮੂਵੀ ਦੇ ਇੱਕ ਪਾਰਟ ਨੇ ਸਤਿ ਸ਼੍ਰੀ ਅਕਾਲ ਸਰ ਸਰ ਬਰਾਤ ਬੰਦੀ ਇੱਕ ਬੜਾ ਅਨੋਖਾ ਜਿਹਾ ਕੰਸੈਪਟ ਲੱਗ ਰਿਹਾ ਕਿ ਦੱਸੋ ਸਾਨੂੰ ਕਿ ਕਿਵੇਂ ਦਾ ਕੰਸੈਪਟ ਹੋਊਗਾ ਮੂਵੀ ਦਾ ਬੱਚੇ ਕਾਫੀ ਪੁਰਾਣਾ ਸਾਡਾ ਇੱਕ ਰਿਵਾਜ਼ ਹੈ ਜਦੋਂ ਬਰਾਤ ਆਉਂਦੀ ਹੁੰਦੀ ਸੀ ਜਿਹਨੂੰ ਅਸੀਂ ਹੁਣ ਮਿਲਣੀ ਆ ਕੰਬਲ ਦੇ ਕੇ ਕਰਦੇ ਉਦੋਂ ਖੇਸ ਹੁੰਦੇ ਸੀ ਦੇਣ ਵਾਸਤੇ ਜਾਂ ਪੈਸੇ ਨਹੀਂ ਸੀ ਹੁੰਦੇ ਗੁੜ ਹੁੰਦਾ ਸੀ ਅਤੇ ਉਸ ਤੋਂ ਬਾਅਦ ਅਸੀਂ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਮਿਲਣੀਆਂ ਤੋਂ ਬਾਅਦ ਅਸੀਂ ਇੱਕ ਬਰਾਤ ਬੰਨਦੇ ਸੀ ਜਿਹੜੇ ਹੋਸਟ ਹੁੰਦੇ ਸੀ ਬਰਾਤ ਗੈਸਟ ਹੁੰਦੀ ਸੀ ਹੋਸਟ ਅਸੀਂ ਬਰਾਤ ਬੰਨਦੇ ਹੁੰਦੇ ਸੀ ਅਤੇ ਗੈਸਟਸ ਦੇ ਵਿੱਚੋਂ ਉਹਦਾ ਜਵਾਬ ਆਉਂਦਾ ਹੁੰਦਾ ਸੀ ਪ੍ਰੋਪਰ ਜੇ ਜਵਾਬ ਆਉਣਾ ਤਾਂ ਬਰਾਤ ਅੰਦਰ ਜਾ ਸਕਦੀ ਸੀ ਜਾਂ ਫਿਰ ਮਾਫ਼ੀ ਮੰਗਦੀ ਸੀ ਉਹ ਫਿਰ ਹੌਲੀ ਹੌਲੀ ਸ਼ਾਇਦ ਮੈਨੂੰ ਪਤਾ ਨਹੀਂ ਉਹ ਲੜਾਈਆਂ 'ਚ ਬਦਲ ਗਿਆ ਹੋਏਗਾ ਗੁੱਸਿਆਂ 'ਚ ਬਦਲ ਗਿਆ ਹੋਏਗਾ ਸੋ ਸਮੇਂ ਦੇ ਨਾਲ ਰਿਵਾਜ਼ ਖਤਮ ਹੁੰਦਾ ਜਾ ਰਿਹਾ ਸੀ ਬਰਾਤ ਬੰਦੀ ਉਸੇ ਇੱਕ ਇਸੇ ਇੱਕ ਰਿਵਾਜ਼ ਦੇ ਉੱਤੇ ਆਧਾਰਿਤ ਫਿਲਮ ਹੈ ਜਿਵੇਂ ਤੁਸੀਂ ਦੱਸਦੇ ਕਿ ਇੱਕ ਪੀਰੀਅਡ ਮੂਵੀ ਹੈ ਅਤੇ ਜਿਵੇਂ ਜ਼ਿਕਰ ਕੀਤਾ ਗਿਆ ਕਿ ਜਿਹੜੇ ਰਾਈਟਰ ਨੇ ਉਹ ਲਾਹੌਰ ਦੇ ਨੇ ਤਾਂ ਇਸ ਮੂਵੀ 'ਚ ਕਿਆ ਦੋਨੋਂ ਪੰਜਾਬਾਂ ਦਾ ਇੱਕ ਮੇਲ ਵੀ ਦਿਖਾਇਆ ਜਾਊਗਾ ਨਹੀਂ ਉਹ ਤਾਂ ਨਹੀਂ ਦਿਖਾਇਆ ਜਾਏਗਾ ਪਰ ਹਾਂ ਮੇਲ ਹੁੰਦਾ ਲੱਗਦਾ ਅਸਲੀਅਤ ਤੌਰ 'ਤੇ ਕਿਉਂਕਿ ਬਦਰ ਖਾਨ ਸਾਹਿਬ ਨੇ ਇਹਦੀ ਸਟੋਰੀ ਲਿਖੀ ਹੈ ਸਾਦਿਕ ਸਾਹਿਬ ਦੇ ਗਾਣੇ ਨੇ ਔਰ ਖਾਨ ਸਾਹਿਬ ਨੇ ਇੱਕ ਗਾਣਾ ਕਿ ਦੋ ਗਾਣੇ ਗਾਏ ਵੀ ਨੇ ਗਾ ਵੀ ਰਹੇ ਨੇ ਅਤੌਲਾ ਖਾਨ ਸਾਹਿਬ ਅਤੇ ਸੋ ਦੇਖਦੇ ਹਾਂ ਕਿ ਕਿੰਨਾ ਕੁ ਨੇੜੇ ਆਉਂਦੀ ਹੈ ਸਾਡੀ ਫਿਲਮ ਪਾਕਿਸਤਾਨ ਦੇ ਕਲਾਕਾਰਾਂ ਦੇ ਨਾਲ ਜਾਂ ਪਾਕਿਸਤਾਨ ਦੇ ਮੁਲਕ ਦੇ ਨਾਲ ਨੇੜੇ ਆਉਂਦੀ ਹੈ ਜਦ ਰਵੀ ਜੀ ਨੇ ਤੁਹਾਨੂੰ ਇਹ ਸਟੋਰੀ ਦੱਸੀ ਸੀ ਸੁਣਾਈ ਸੀਗੀ ਤੁਹਾਡਾ ਕਿੱਦਾਂ ਦਾ ਰਿਐਕਸ਼ਨ ਸੀ ਇਸ ਮੂਵੀ ਨੂੰ ਲੈ ਕੇ ਮੈਂ ਇੱਕਦਮ ਕਹਿਤਾ ਸੀ ਕਿ ਹਾਂ ਮੈਂ ਕਰੂੰਗਾ ਫਿਰ ਮੈਂ ਕੈਨੇਡਾ ਚਲੇ ਗਿਆ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਫਿਲਮ ਨਹੀਂ ਬਣ ਰਹੀ ਮੈਂ ਬੀ ਐਨ ਸ਼ਰਮਾ ਭਾਅ ਜੀ ਨੂੰ ਵੀ ਕਿਹਾ ਸੀਗਾ ਕਿਉਂਕਿ ਅਸੀਂ ਫਿਲਮ ਦੇ ਸੈੱਟ 'ਤੇ ਇਕੱਠੇ ਹੋਏ ਸੀਗੇ ਮੈਂ ਉਹ ਫਿਲਮ ਨਹੀਂ ਬਣ ਰਹੀ ਕਹਿੰਦੇ ਬਣ ਰਹੀ ਹੈ ਫਿਰ ਮੈਂ ਦੁਬਾਰਾ ਮੈਨੂੰ ਇਉਂ ਲੱਗਿਆ ਕਿ ਮੈਂ ਤਾਂ ਇੱਕ ਫਿਲਮ 'ਚੋਂ ਹਟ ਕੇ ਇਸ ਫਿਲਮ ਤੋਂ ਜੇ ਹਟ ਗਿਆ ਨਿਕਲ ਗਿਆ ਤਾਂ ਮੈਨੂੰ ਘਾਟਾ ਬਹੁਤ ਪੈਣਾ ਕਿਉਂਕਿ ਕੁਛ ਇੱਕ ਤੁਹਾਡੀ ਜ਼ਿੰਦਗੀ ਦੀਆਂ ਐਸੀਆਂ ਅਦਾਵਾਂ ਐਸੇ ਡਿਸੀਜਨਸ ਹੁੰਦੇ ਨੇ ਕਿ ਮੈਂ ਜੇ ਉੱਦਾਂ ਨਾ ਕਰਦਾ ਜਾਂ ਮੈਂ ਉੱਦਾਂ ਕਰ ਲੈਂਦਾ ਜੇ ਮੈਂ ਇਸ ਫਿਲਮ 'ਚ ਹਿੱਸਾ ਨਾ ਬਣਦਾ ਦੁਬਾਰਾ ਤੋਂ ਤਾਂ ਮੈਨੂੰ ਲੱਗਣਾ ਸੀ ਮੈਂ ਇੱਕ ਬਹੁਤ ਵੱਡੀ ਚੀਜ਼ ਮਿਸ ਕਰ ਗਿਆ ਮੈਨੂੰ ਭੁਗਤਣੀ ਪੈਣੀ ਸੀ ਤੇ ਕਿੱਦਾਂ ਦਾ ਕਰੈਕਟਰ ਤੁਸੀਂ ਇਸ ਮੂਵੀ 'ਚ ਪਲੇ ਕਰਨ ਜਾ ਰਹੇ ਹੋ ਕੁਛ ਨਵਾਂ ਹਟ ਕੇ ਤੁਹਾਡੀ ਪੁਰਾਣੀ ਮੂਵੀ ਹਾਂ ਯੈਸ ਹਟ ਕੇ ਮੇਰੀ ਥੋੜ੍ਹੀ ਲੁੱਕ ਚੇਂਜ ਹੋਏਗੀ ਪਹਿਲੀ ਵਾਰੀ ਮੈਂ ਮਾਵੇ ਵਾਲੀ ਟੌਰੇ ਵਾਲੀ ਪੱਗ ਬੰਨਣ ਦੀ ਕੋਸ਼ਿਸ਼ ਕਰੂੰਗਾ ਪਹਿਲੀ ਵਾਰ ਮੈਂ ਰੋਬ ਚਲਾਉਂਗਾ ਪਹਿਲੀ ਵਾਰ ਮੈਂ ਫੈਸਲੇ ਦਊਂਗਾ ਪਹਿਲੀ ਵਾਰ ਮੈਂ ਨਿੰਮੋ ਝੂਣਾ ਹੋਊਂਗਾ ਪਹਿਲੀ ਵਾਰ ਮੈਂ ਖੁਸ਼ੀ ਮਹਿਸੂਸ ਕਰੂੰਗਾ ਕੁਛ ਚੰਗਾ ਕਰਨ ਦੀ ਸੋ ਕਾਫੀ ਲੰਬਾ ਕਰੈਕਟਰ ਹੈ ਐਕਚੁਲੀ ਸ਼ੇਰ ਸਿੰਘ ਦੀ ਹਵੇਲੀ ਦੇ ਵਿੱਚ ਹੀ ਵਿਆਹ ਹੁੰਦਾ ਸੋ ਮੈਂ ਸ਼ੇਰ ਸਿੰਘ ਪਲੇ ਕਰ ਰਿਹਾ ਚੌਧਰੀ ਸ਼ੇਰ ਸਿੰਘ ਇਸ ਫਿਲਮ ਦੇ ਤੇ ਜੇ ਆਪਾਂ ਗੱਲ ਕਰੀਏ ਸ਼ੂਟਿੰਗ ਦੀ ਤਾਂ ਕਿਹੜੀ ਕਿਹੜੀ ਜਗ੍ਹਾ ਤੇ ਇਸ ਮੂਵੀ ਦੀ ਸ਼ੂਟ ਕੀਤੀ ਜਾਊਗੀ ਮੈਨੂੰ ਬਹੁਤ ਨਹੀਂ ਪਤਾ ਹੁੰਦਾ ਕਿਸੇ ਕਲਾਕਾਰ ਨੂੰ ਵੀ ਨਹੀਂ ਪਤਾ ਹੁੰਦਾ ਮੈਨੂੰ ਮੇਰਾ ਪਾਠ ਪਤਾ ਕਿ 15 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਮੈਂ ਇਹਨਾਂ ਦੇ ਨਾਲ ਔਰ ਬਾਗੜੀਆਂ ਹਵੇਲੀ ਹੈ ਜਿਹੜੀ
ਭਾਈ ਰੂਪ ਕੌਰ ਹੋਰਾਂ ਦੀ, ਭਾਈ ਸਾਹਿਬ ਹੋਰਾਂ ਦੀ, ਬਾਗੜੀਆ ਪਰਿਵਾਰ ਦੀ, ਉੱਥੇ ਅਸੀਂ ਸ਼ੂਟ ਕਰ ਰਹੇ ਹਾਂ ਇਸ ਫਿਲਮ ਨੂੰ। ਉਹਦੇ 'ਚ ਮੇਰੇ ਕਿੰਨੇ ਦਿਨ ਨੇ ਮੈਨੂੰ ਕੁਛ ਨਹੀਂ ਪਤਾ। ਅਤੇ ਆਪਣੇ ਦਰਸ਼ਕਾਂ ਨੂੰ, ਆਪਣੇ ਜਿਹੜੇ ਸਰੋਤੇ ਨੇ, ਜਿਹੜੇ ਤੁਹਾਡੇ ਫੈਨਸ ਨੇ, ਉਹਨਾਂ ਨੂੰ ਇਸ ਮੂਵੀ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਪਿਆਰ ਕਰਦੇ ਰਹੋ ਪੰਜਾਬੀ ਨੂੰ, ਬਸ ਪੰਜਾਬੀ ਹੈ ਤਾਂ ਫਿਲਮਾਂ ਨੇ, ਫਿਲਮਾਂ ਨੇ ਤਾਂ ਅਸੀਂ ਹਾਂ, ਅਸੀਂ ਹਾਂ ਤੁਸੀਂ ਹੋ ਅਸੀਂ ਹਾਂ, ਪਿਆਰ ਹੈ ਪੰਜਾਬੀ ਹੈ, ਪੰਜਾਬੀ ਨੂੰ ਪਿਆਰ ਕਰੋ ਬਸ, ਪੰਜਾਬੀ ਹੀ ਹੈ ਜੋ ਹੈ, ਮਾਂ ਬੋਲੀ ਹੈ। ਥੈਂਕ ਯੂ ਸਰ। ਸੋ ਦਿਸ ਵਾਸ ਮੰਨਾ ਸ਼ਰਮਾ ਫਰੋਮ ਪੰਜਾਬੀ ਮੇਨੀਆ ਸਾਈਨਿੰਗ ਆਫ। ਸਭ ਤੋਂ ਪਹਿਲਾਂ ਸਾਨੂੰ ਆਲਣਾ ਮੂਵੀ 'ਚ ਆਪਣੇ ਕਰੈਕਟਰ ਬਾਰੇ ਦੱਸੋ। ਪੰਜਾਬੀ ਫਿਲਮ ਆਲਣਾ ਦੀ ਸ਼ੂਟਿੰਗ ਅਸੀਂ ਕਰਦੇ ਹਾਂ, ਇਹਦੇ ਵਿੱਚ ਬਹੁਤ ਸਾਰੇ ਵੱਖੋ ਵੱਖਰੇ ਕਰੈਕਟਰ ਨੇ, ਪਰ ਜਿਹੜਾ ਮੇਰਾ ਕਰੈਕਟਰ ਹੈ ਉਹ ਹੈ ਕਿ ਜਿਸ ਘਰ ਦੀ ਇਹ ਕਹਾਣੀ ਹੈ ਉਸ ਘਰ ਦੇ ਵਿੱਚ ਅਸੀਂ ਤਿੰਨ ਭਰਾ ਹਾਂ। ਮੈਂ ਸਭ ਤੋਂ ਛੋਟਾ ਭਰਾ ਬਲਵੀਰ ਸਿੰਘ ਮੇਰੇ ਕਰੈਕਟਰ ਦਾ ਨਾਂ ਹੈ। ਮੈਂ ਜਿਹੜਾ ਮੇਰਾ ਕਰੈਕਟਰ ਉਹ ਖੇਤੀਬਾੜੀ ਕਰਨ ਵਾਲਾ ਇੱਕ ਇਨਸਾਨ ਹੈ, ਜਿਹਦਾ ਵੱਡਾ ਭਰਾ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਤੋਂ ਵੱਡਾ ਭਰਾ ਜਿਹੜਾ ਫੋਰਨ ਕੰਟਰੀ ਗਿਆ ਹੋਇਆ ਆਪਣੀ ਫੈਮਿਲੀ ਦੇ ਨਾਲ। ਅਤੇ ਇਸ ਤਰ੍ਹਾਂ ਦੀ ਕਹਾਣੀ ਨੂੰ ਅੱਗੇ ਤੋਰਨ ਵਾਲਾ ਕਰੈਕਟਰ ਹੈ ਕਿ ਇਸ ਕਹਾਣੀ ਦੇ ਵਿੱਚ ਜਿਹੜਾ ਮੇਜਰ ਇੰਸੀਡੈਂਟ ਹੈ ਮੇਰੀ ਬੇਟੀ ਦਾ ਵਿਆਹ ਹੈ, ਅਤੇ ਉਸ ਵਿਆਹ ਦੇ ਨਾਲ ਸਾਰੀ ਗੱਲਬਾਤ ਜਿਹੜੀ ਇਸ ਫਿਲਮ ਦੀ ਸ਼ੁਰੂ ਹੁੰਦੀ ਹੈ। ਇਹ ਬਲਵੀਰ ਸਿੰਘ ਨਾਂ ਦਾ ਮੇਰਾ ਕਰੈਕਟਰ। ਤੁਸੀਂ ਹੁਣ ਤੱਕ ਜਿੰਨੇ ਕਰੈਕਟਰ ਕੀਤੇ ਨੇ, ਇਹ ਕਰੈਕਟਰ ਉਹਨਾਂ ਤੋਂ ਕਿੰਨਾ ਕੁ ਡਿਫਰੈਂਟ ਹੈ? ਪੰਜਾਬੀ ਸਿਨੇਮਾ ਦੇ ਵਿੱਚ ਮੇਰਾ ਜਿਹੜਾ ਫਿਲਮੀ ਸਫ਼ਰ ਹੈ ਟੈਲੀਵਿਜ਼ਨ 'ਤੇ ਫਿਲਮਾਂ ਦਾ, ਉਹ ਲਗਭਗ ਪਿਛਲੇ 25 ਸਾਲਾਂ ਦਾ ਸਫ਼ਰ ਹੈ। ਅਤੇ ਇਸ ਸਫ਼ਰ ਦੌਰਾਨ ਮੈਨੂੰ ਬਹੁਤ ਸਾਰੇ ਵੱਖੋ ਵੱਖਰੇ ਕਰੈਕਟਰ ਕਰਨ ਨੂੰ ਮਿਲੇ, ਅਤੇ ਇਸ ਫਿਲਮ ਦਾ ਕਰੈਕਟਰ ਜਿਹੜਾ ਬਾਕੀ ਕਰੈਕਟਰ ਨੂੰ ਇਸ ਤਰ੍ਹਾਂ ਵੱਖ ਹੈ ਕਿ ਇਹ ਜਿਹੜੀ ਕਹਾਣੀ ਹੈ ਇੱਕ ਰਿਸ਼ਤੇ ਨਾਤਿਆਂ ਦੀ ਬਾਤ ਪਾਉਣ ਦੀ ਕਹਾਣੀ ਹੈ, ਮੋਹ ਦੀਆਂ ਤੰਦਾਂ ਦੀ ਕਹਾਣੀ ਹੈ, ਪਰਿਵਾਰ ਦੀ ਕਹਾਣੀ ਹੈ ਕਿ ਪਰਿਵਾਰਕ ਜਿਹੜੇ ਰਿਸ਼ਤੇ ਨੇ ਉਹ ਆਪਸ ਵਿੱਚ ਕਿਵੇਂ ਜੁੜਦੇ ਨੇ, ਉਹਨਾਂ ਵਿੱਚ ਕਿਵੇਂ ਤ੍ਰਿੜਾ ਆਉਣੀ ਹੈ, ਕਿਵੇਂ ਵਿਖੜਦੇ ਨੇ ਰਿਸ਼ਤੇ, ਅਤੇ ਫਿਰ ਜਦੋਂ ਅਹਿਸਾਸ ਹੁੰਦਾ ਫਿਰ ਦੁਬਾਰੇ ਅਹਿਸਾਸਾਂ ਤੋਂ ਬਾਅਦ ਰਿਸ਼ਤੇ ਕਿਵੇਂ ਇੱਕ ਬੌਂਡਿੰਗ ਹੁੰਦੀ ਹੈ, ਕਿਵੇਂ ਇਕੱਠੇ ਹੁੰਦੇ ਨੇ। ਸੋ ਇਹੋ ਜਿਹੜਾ ਕਿਰਦਾਰ ਹੈ ਮੈਨੂੰ ਪਹਿਲੀ ਵਾਰ ਕਰਨ ਦਾ ਮੌਕਾ ਮਿਲਿਆ। ਪੋਜ਼ਿਟਿਵ ਕਰੈਕਟਰ ਮੈਂ ਜ਼ਿੰਦਗੀ 'ਚ ਬਹੁਤ ਸਾਰੇ ਕੀਤੇ ਨੇ ਹੋਰ, ਪਰ ਕਿਤੇ ਨਾ ਕਿਤੇ ਜਿਹੋ ਜਿਹੇ ਸਾਡੇ ਸਮਾਜ ਦੀ ਨੱਠ ਭੱਜ ਹੈ, ਦੌੜ ਹੈ, ਜਿੱਥੇ ਬੰਦਾ ਪੈਸੇ ਪਿੱਛੇ ਮਸ਼ੀਨ ਬਣਦਾ ਜਾ ਰਿਹਾ, ਤਾਂ ਉਹ ਹੀ ਕਰੈਕਟਰ ਇੱਕ ਇਹੋ ਜਿਹੇ ਸ਼ੇਡ ਦਾ ਕਰੈਕਟਰ ਹੈ ਕਿ ਬੰਦਾ ਇੱਕ ਪੋਜ਼ਿਟਿਵ ਕਰੈਕਟਰ ਹੁੰਦੇ ਹੋਏ ਪਤਾ ਨਹੀਂ ਕਦੋਂ ਉਸ ਮਸ਼ੀਨ ਦਾ ਹਿੱਸਾ ਬਣ ਜਾਂਦਾ, ਪੁਰਜਾ ਬਣ ਜਾਂਦਾ ਉਸ ਮਸ਼ੀਨ ਦਾ, ਜਿਹੜਾ ਜਿਹੜੀ ਮਸ਼ੀਨ ਨੱਠੀ ਭੱਜੀ ਕਰਦੀ ਹੈ, ਪੈਸੇ ਲਈ ਨਿਜਲੀ ਦੌੜ ਲਈ ਕੰਮ ਕਰਦੀ ਹੈ। ਸੋ ਇਸ ਬੰਦੇ ਨੂੰ ਫਿਰ ਅਖੀਰ 'ਚ ਆ ਕੇ ਅਹਿਸਾਸ ਹੁੰਦਾ ਕਿ ਨਹੀਂ, ਪਰਿਵਾਰਕ ਰਿਸ਼ਤੇ ਬਹੁਤ ਵੱਡੀ ਚੀਜ਼ ਨੇ, ਉਹਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਸੋ ਮੇਰਾ ਕਿਰਦਾਰ ਇਹ ਸਾਰੇ ਕਿਰਦਾਰ ਨੂੰ ਮੈਂ ਸਮਝਦਾ ਕਿ ਵੱਖ। ਤੁਹਾਨੂੰ ਐਜ਼ ਐਨ ਐਕਟਰ ਬੇਸਿਕਲੀ ਕਿਸ ਤਰ੍ਹਾਂ ਦੇ ਕਰੈਕਟਰ ਕਰਨੇ ਪਸੰਦ ਨੇ? ਦੇਖੋ ਮੇਰਾ ਜਿਹੜਾ ਪਿਛੋਕੜ ਹੈ ਅਦਾਕਾਰੀ ਦੇ ਖੇਤਰ ਦੇ ਵਿੱਚ ਉਹ, ਕਿਉਂਕਿ ਮੈਂ ਰੰਗਮੰਚ ਦੇ ਨਾਲ ਜੁੜਿਆ ਹੋਇਆ ਸੀ, ਮੈਂ ਥੀਏਟਰ ਨਾਲ ਜੁੜਿਆ ਹੋਇਆ ਸੀ, ਅਤੇ ਮੇਰੇ ਲਈ ਤਾਂ ਵੱਖੋ ਵੱਖਰੇ ਕਰੈਕਟਰ ਜਿਹੜੇ ਮੈਨੂੰ ਮਿਲੇ ਮੈਂ ਉਹ ਬਖੂਬੀ ਨਿਭਾਉਂਦਾ ਰਿਹਾ। ਮੈਂ ਇਹੀ ਇੱਛਾ ਹੁੰਦੀ ਮਨ ਦੇ ਵਿੱਚ ਇੱਕ ਐਕਟਰ ਦੇ ਕਿ ਮੈਨੂੰ ਵਰਸਟਾਈਲ ਹੋਣ ਦਾ ਮੌਕਾ ਮਿਲੇ, ਮੈਨੂੰ ਵੱਖੋ ਵੱਖਰੇ ਕਿਸਮ ਦੇ, ਚਾਹੇ ਉਹ ਨੈਗੇਟਿਵ ਹੋਣ, ਪੋਜ਼ਿਟਿਵ ਹੋਣ, ਕਮੇਡੀ ਹੋਣ, ਹਰ ਤਰ੍ਹਾਂ ਦੇ ਕਰੈਕਟਰ ਕਰਨ ਦਾ ਮੌਕਾ ਮਿਲੇ। ਸੋ ਮੇਰੇ ਲਈ ਹਰ ਕਰੈਕਟਰ ਇੱਕ ਚੁਣੌਤੀ ਹੁੰਦਾ, ਮੈਂ ਆਪਣੇ ਕਰੈਕਟਰ ਨੂੰ ਆਪਣੇ ਅਨੁਸਾਰ ਸਮਝਦੇ ਅਨੁਸਾਰ ਨਿਭਾਉਣ ਦੀ ਕੋਸ਼ਿਸ਼ ਕਰਦਾ, ਅਤੇ ਦਰਸ਼ਕਾਂ ਨੇ ਮੈਨੂੰ ਹੁਣ ਤੱਕ ਬਹੁਤ ਸਾਰਾ ਪਿਆਰ ਦਿੱਤਾ, ਇਸ ਗੱਲ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ। ਇਹ ਉਮੀਦ ਕਰਦੇ ਹਾਂ ਕਿ ਅੱਗੇ ਵੀ ਦਰਸ਼ਕ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਗੇ, ਅਸੀਂ ਮਿਹਨਤ ਕਰਦੇ ਰਹਾਂਗੇ। ਅਤੇ ਜਨਜੋਤ ਸਿੰਘ ਐਜ਼ ਏ ਡਾਇਰੈਕਟਰ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਜਨਜੋਤ ਸਿੰਘ ਜਦੋਂ ਤੋਂ ਇਸ ਪੰਜਾਬੀ ਸਿਨੇਮਾ ਦੇ ਫੀਲਡ ਵਿੱਚ ਆਇਆ ਹੈ ਉਦੋਂ ਤੋਂ ਹੀ ਸਾਡਾ ਮਿੱਤਰ ਹੈ, ਕਿਉਂਕਿ ਵਿਰਾਸਤ ਫਿਲਮ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਜਰਨੈਲ ਸਿੰਘ ਹੋਈ ਜਾਂ ਪਹਿਲਾਂ, ਇਹ ਸਾਰੇ ਲੋਕ ਇਹ ਕੰਮ ਕਰਦੇ ਸੀ। ਜਨਜੋਤ ਸਿੰਘ ਇਸ ਟੀਮ ਦਾ ਹਿੱਸਾ ਬਣਿਆ, ਉਦੋਂ ਤੋਂ ਹੀ ਜਨਜੋਤ ਸਿੰਘ ਨੂੰ ਅਸੀਂ ਜਾਣਦੇ ਹਾਂ। ਜਨਜੋਤ ਸਿੰਘ ਇੱਕ ਬਹੁਤ ਹੀ ਸੰਭਾਵਨਾ ਪੂਰਵਕ ਨੌਜਵਾਨ ਹੈ ਜਿਹਦੇ ਵਿੱਚ ਪੰਜਾਬੀ ਸਿਨੇਮਾ ਲਈ ਵੱਡੀਆਂ ਸੰਭਾਵਨਾਵਾਂ ਨੇ। ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਿਹੜੀ ਫਿਲਮ ਮੇਕਿੰਗ ਹੈ ਉਹਨੇ ਵੱਖੋ ਵੱਖਰੇ ਜਿਹੜੇ ਪੰਜਾਬੀ ਸਿਨੇਮਾ ਦੇ ਨਿਰਦੇਸ਼ਕ ਨੇ ਉਹਨਾਂ ਤੋਂ ਜਿਹੜੀਆਂ ਇਹ ਦੇ ਗੁਣ ਨੇ, ਇਹਦੀ ਨਿਰਦੇਸ਼ਕ ਦੀ ਗੁਣ ਹੋਣੇ ਚਾਹੀਦੇ, ਨਿਰਦੇਸ਼ਕੀ ਦੇ ਜਿਹੜੇ ਕਰਤੱਵ ਨੇ ਉਹ ਸਾਰੇ ਸਿੱਖੇ ਨੇ, ਉਹ ਸਿੱਖ ਕੇ ਇਸ ਖੇਤਰ ਵਿੱਚ ਆਇਆ। ਮੈਂ ਸਮਝਦਾ ਕਿ ਉਹ ਜਨਜੋਤ ਸਿੰਘ ਨੂੰ ਵੱਖ ਵੱਖ ਨਿਰਦੇਸ਼ਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸੋ ਨਿਰਦੇਸ਼ਕ ਹੋਣ ਦੇ ਨਾਤੇ ਅੱਜ ਉਹਦੇ ਕੋਲ ਬਹੁਤ ਸਾਰੇ ਤਜਰਬੇ ਨੇ, ਉਹਦੇ ਕੋਲੋਂ ਬਹੁਤ ਸਾਰੇ ਇੱਕ ਮੈਂ ਸਮਝਦਾ ਥੋਟ ਨੇ ਪੰਜਾਬੀ ਸਿਨੇਮਾ ਦੇ ਲਈ। ਜਨਜੋਤ ਸਿੰਘ ਤੋਂ ਪੰਜਾਬੀ ਸਿਨੇਮਾ ਨੂੰ ਵੱਡੀਆਂ ਉਮੀਦਾਂ ਨੇ, ਸਾਨੂੰ ਵੀ ਬਹੁਤ ਸਾਰੀਆਂ ਉਮੀਦਾਂ ਨੇ ਕਿ ਜਨਜੋਤ ਸਿੰਘ
ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟ ਲੈ ਕੇ ਆਊਗਾ, ਵੱਖੋ ਵੱਖਰੇ ਕਿਸਮ ਦੇ ਸਬਜੈਕਟ ਹੋਣਗੇ ਜਿਹਦੇ ਨਾਲ ਪੰਜਾਬੀ ਸਿਨੇਮਾ ਨੂੰ ਇੱਕ ਨਵਾਂ ਮੋੜ ਮਿਲੂਗਾ। ਪੰਜਾਬੀ ਸਿਨੇਮਾ ਦੀ ਬਿਹਤਰੀ ਦੇ ਲਈ ਉਹ ਐਸੇ ਸਬਜੈਕਟ ਲੈ ਕੇ ਆਊਗਾ ਜਿਨ੍ਹਾਂ ਤੋਂ ਅਸੀਂ ਨਵਜੋਤ ਸਿੰਘ ਤੋਂ ਉਮੀਦ ਕਰਦੇ ਹਾਂ। ਸੋ ਮੈਨੂੰ ਤਾਂ ਖਾਸ ਕਰਕੇ ਨਵਜੋਤ ਸਿੰਘ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਕਿ ਪੰਜਾਬੀ ਸਿਨੇਮਾ ਵਿੱਚ ਇੱਕ ਵੱਡਾ ਨਾਮਣਾ ਕੱਟਣ ਵਾਲਾ ਨਿਰਦੇਸ਼ਕ ਬਹੁਤ ਛੇਤੀ ਬਣ ਜਾ ਰਿਹਾ। ਤੁਹਾਡੇ ਹੁਣ ਤੱਕ ਦੇ ਜਿੰਨੇ ਵੀ ਤੁਸੀਂ ਕਰੈਕਟਰ ਕੀਤੇ ਨੇ ਉਹਦੇ ਵਿੱਚੋਂ ਤੁਹਾਡੇ ਸਭ ਤੋਂ ਦਿਲ ਦੇ ਨੇੜੇ ਕਿਹੜੇ ਕਿਹੜੇ ਕਰੈਕਟਰ ਨੇ ਫਿਲਮਾਂ 'ਚ? ਦੇਖੋ ਜੀ, ਕਰੈਕਟਰ ਲਈ ਸਾਰੇ ਕਰੈਕਟਰ ਇਹਨੂੰ ਚੰਗੇ ਲੱਗਦੇ ਹੁੰਦੇ ਜਿਹਨੇ ਨਿਭਾਏ ਹੋਣ, ਪਰ ਮੈਂ ਸਮਝਦਾ ਕਿ ਮੈਨੂੰ ਇੱਕ ਪੰਜਾਬੀ ਸਿਨੇਮਾ ਦੀ ਫਿਲਮ ਕਰਨ ਦਾ ਮੌਕਾ ਮਿਲਿਆ ਜਿਹਦਾ ਨਾਂ ਸੀ ਬੰਬੂ ਪਾਟ। ਉਹਨੂੰ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ। ਉਸ ਕਰੈਕਟਰ ਨੂੰ ਮੈਨੂੰ ਕਰਨ ਦੇ ਵਿੱਚ ਬੜਾ ਆਨੰਦ ਮਹਿਸੂਸ ਹੋਇਆ। ਅਤੇ ਦੂਜਾ ਇੱਕ ਕਰੈਕਟਰ, ਇੱਕ ਸਾਡੀ ਫਿਲਮ ਆਈ ਸੀ ਅਰਦਾਸ, ਉਸ ਫਿਲਮ ਦੇ ਵਿੱਚ ਬੇਸ਼ੱਕ ਜਿਹੜਾ ਮੇਰਾ ਕਰੈਕਟਰ ਸੀ ਉਹ ਸਾਇਲੈਂਟ ਕਰੈਕਟਰ ਸੀ, ਮੈਂ 2 ਜਾਂ 3 ਡਾਇਲੋਗ ਬੋਲਣ ਦਾ ਮੌਕਾ ਮਿਲਿਆ। ਪਰ ਮੈਂ ਸਮਝਿਆ ਕਿਉਂਕਿ ਆਨੰਦ, ਕਈ ਵਾਰ ਅਦਾਕਾਰ ਨੂੰ ਆਨੰਦ ਆਉਂਦਾ ਆਪਣੀ ਅਦਾਕਾਰੀ ਕਰਕੇ, ਆਪ ਜੋ ਇਨਪੁੱਟ ਆਪਣੀ ਦਿੰਦਾ ਹੈ ਉਸ ਕਰੈਕਟਰ ਦੇ ਵਿੱਚ, ਅਤੇ ਅਦਾਕਾਰ ਨੂੰ ਉਸ ਆਨੰਦ ਆਉਣਾ ਸ਼ੁਰੂ ਹੁੰਦਾ। ਤੋ ਮੈਂ ਇਹਦੇ ਲਾਈਫ 'ਚ 2 ਇਹੋ ਜਿਹੇ ਕਰੈਕਟਰ ਨੇ ਜਿਹਨਾਂ ਨੂੰ ਕਰਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ, ਬੜਾ ਚੰਗਾ ਲੱਗਿਆ ਕਿ ਮੈਨੂੰ ਆਪਣੇ ਅਦਾਕਾਰ ਹੋਣ 'ਤੇ ਮਾਣ ਮਹਿਸੂਸ ਹੋਇਆ। ਜਾਂਦੇ ਜਾਂਦੇ ਪੰਜਾਬੀ ਸਿਨੇਮਾ ਦੇ ਫੈਨਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਸਮਝਦਾ ਵੀ ਜਿਹੜਾ ਅੱਜ ਦਾ ਦੌਰ ਹੈ ਪੰਜਾਬੀ ਸਿਨੇਮਾ ਦੇ ਲਈ ਬਹੁਤ ਹੀ ਇੱਕ ਅਹਿਮ ਦੌਰ ਹੈ। ਅਹਿਮ ਤੋਂ ਮੇਰਾ ਭਾਵ ਇਹ ਹੈ ਕਿ ਪੰਜਾਬੀ ਸਿਨੇਮਾ ਅੱਜ ਆਪਣੀਆਂ ਬੁਲੰਦੀਆਂ ਵੱਲ ਵੱਧ ਰਿਹਾ। ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਵੱਡੇ ਵੱਡੇ ਅਤੇ ਚੰਗੇ ਐਕਸਪੈਰੀਮੈਂਟ ਹੋ ਰਹੇ ਨੇ। ਅਸੀਂ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇੱਕ ਜ਼ੋਰਦਾਰ ਅਪੀਲ ਕਰਾਂਗੇ ਕਿ ਪੰਜਾਬੀ ਸਿਨੇਮੇ ਨੂੰ ਤੁਸੀਂ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਦੱਖਣ ਦਾ, ਸਾਊਥ ਦਾ ਸਿਨੇਮਾ ਆਪਣੇ ਸਿਨੇਮੇ ਨੂੰ ਪਿਆਰ ਕਰਦਾ, ਆਪਣੀ ਜ਼ੁਬਾਨ ਨੂੰ ਪਿਆਰ ਕਰਦਾ, ਆਪਣੇ ਕਲਚਰ ਨੂੰ ਪਿਆਰ ਕਰਦਾ। ਅਸੀਂ ਕਦੇ ਨਹੀਂ ਇਸ ਗੱਲ ਤੋਂ ਮੁਨਕਰ ਹੋਏ, ਸਾਨੂੰ ਦੂਜੀਆਂ ਭਾਸ਼ਾਵਾਂ ਨੂੰ ਵੀ ਪਿਆਰ ਦੇਣਾ ਚਾਹੀਦਾ, ਦੂਜੀਆਂ ਭਾਸ਼ਾਵਾਂ ਸਿੱਖਣੀਆਂ ਵੀ ਚਾਹੀਦੀਆਂ ਨੇ। ਪਰ ਅਸੀਂ ਸਮਝਦੇ ਕਿ ਜਿਹੜੀ ਸਾਡੀ ਮਾਂ ਬੋਲੀ ਹੈ, ਜਿਹੜਾ ਸਾਡਾ ਕਲਚਰ ਹੈ, ਉਹਨੂੰ ਸਾਂਭਣ ਦੇ ਲਈ ਸਿਨੇਮਾ ਇੱਕ ਬਹੁਤ ਵੱਡਾ ਸਾਧਨ ਹੈ। ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਸਿਨੇਮਾ ਸਿਰਫ ਅਤੇ ਸਿਰਫ ਮਨੋਰੰਜਨ ਦਾ ਸਾਧਨ ਹੁੰਦਾ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਸਿਨੇਮਾ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਿਨੇਮੇ ਦੇ ਵਿੱਚ ਕਿਸੇ ਯੁੱਗ ਨੂੰ ਬਦਲਣ ਦੀ ਅਥਾਹ ਸ਼ਕਤੀ ਹੁੰਦੀ ਹੈ। ਸੋ ਅਸੀਂ ਇਹ ਉਮੀਦ ਕਰਦੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਕਿ ਸਿਨੇਮਾ ਦੇ ਰਾਹੀਂ ਜਿਹੜਾ ਕਲਚਰ ਉਹ ਕੈਰੀ ਹੁੰਦਾ, ਆਪਣੇ ਕਲਚਰ ਨੂੰ ਆਪਣੀ ਆਉਣ ਵਾਲੀਆਂ ਨਸਲਾਂ ਤੱਕ ਵਧਾਉਣ ਦੇ ਲਈ, ਪਹੁੰਚਾਉਣ ਦੇ ਲਈ, ਆਪਣੀ ਬੋਲੀ ਨੂੰ ਦੂਜੇ ਕਲਚਰ ਤੱਕ ਲਿਜਾਣ ਦੇ ਲਈ, ਆਪਣੀ ਆਉਣ ਵਾਲੀ ਨਸਲਾਂ ਤੱਕ ਲਿਜਾਣ ਦੇ ਲਈ ਇਹ ਬੜਾ ਕਾਰਗਰ ਸਿੱਧ ਹੋ ਸਕਦਾ। ਸੋ ਪੰਜਾਬੀ ਸਿਨੇਮਾ ਦੇ ਵਿੱਚ ਜਦੋਂ ਨਵੇਂ ਐਕਸਪੈਰੀਮੈਂਟ ਹੋ ਰਹੇ ਨੇ, ਸਾਡਾ ਜਿਹੜਾ ਸਾਹਿਤ ਹੈ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ, ਸਾਡੇ ਕੋਲ ਬਹੁਤ ਸਾਹਿਤ ਦਾ ਵੱਡਾ ਖਜ਼ਾਨਾ ਹੈ, ਉਹਦੇ ਵਿੱਚੋਂ ਬਹੁਤ ਸਾਰੀਆਂ ਕਿਰਤਾਂ ਇਹੋ ਜਿਹੀਆਂ ਨੇ ਜਿਹੜੀਆਂ ਅੱਗੇ ਲਿਜਾਣ ਦੀ ਲੋੜ ਹੈ। ਸੋ ਸਿਨੇਮਾ ਉਹਨਾਂ ਕਿਰਤਾਂ ਨੂੰ ਕੈਰੀ ਕਰ ਸਕਦਾ। ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਸਿਨੇਮੇ ਦੇ ਰਾਹੀਂ ਜੋ ਕੋਈ ਚੰਗੀ ਕਿਰਤ ਬਣਦੀ ਹੈ ਉਹ ਬੜੀ ਮਿਹਨਤ ਨਾਲ ਤੁਹਾਡੇ ਸਾਹਮਣੇ ਆਉਂਦੀ ਹੈ, ਅਤੇ ਤੁਸੀਂ ਉਹਦਾ ਜਿਹੜਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ। ਸੋ ਆਪਣੀ ਇੱਕ ਚੰਗੀ ਲਾਇਬ੍ਰੇਰੀ ਹੋਣੀ ਚਾਹੀਦੀ ਸਾਡੇ ਕੋਲ, ਚੰਗੀਆਂ ਫਿਲਮਾਂ ਜਿਹੜੀਆਂ ਬਣਦੀਆਂ ਨੇ ਸਾਡੇ ਸਿਨੇਮਾ ਦੇ ਵਿੱਚ, ਉਹਨਾਂ ਨੂੰ ਪਿਆਰ ਦੇਣਾ ਥੋੜ੍ਹਾ ਨਿੱਜੀ ਫਰਜ਼ ਬਣਦਾ। ਤੁਸੀਂ ਪਰਸਨਲ ਤੌਰ 'ਤੇ ਪੰਜਾਬੀ ਸਿਨੇਮੇ ਦੀਆਂ ਚੰਗੀਆਂ ਫਿਲਮਾਂ ਨੂੰ ਪਿਆਰ ਦਿਓ। ਜਿਹੜੀ ਫਿਲਮ ਤੁਹਾਨੂੰ ਹਲਕੀ ਲੱਗਦੀ ਹੈ ਤੁਸੀਂ ਉਹਦਾ ਕ੍ਰਿਟਿਸਿਜ਼ਮ ਤੁਹਾਨੂੰ ਕਰਨਾ ਚਾਹੀਦਾ। ਹਰ ਸਿਨੇਮੇ ਬਾਰੇ ਤੁਹਾਡਾ ਪ੍ਰਤੀਕਰਮ ਰੱਖਣਾ ਫਰਜ਼ ਬਣਦਾ, ਤੁਸੀਂ ਆਪਣਾ ਪ੍ਰਤੀਕਰਮ ਹਮੇਸ਼ਾ ਨੋਟ ਕਰਦੇ ਰਹੋ ਕਿ ਚੰਗੀ ਫਿਲਮ ਕਿਹੜੀ ਹੈ ਅਤੇ ਮਾੜੀ ਫਿਲਮ ਕਿਹੜੀ ਹੈ। ਸੋ ਇਸੇ ਕਰਕੇ ਜਦੋਂ ਇੱਕ ਚੰਗੀ ਫਿਲਮ ਆਉਂਦੀ ਹੈ ਉਹ ਸਾਡੇ ਦਰਸ਼ਕਾਂ ਨੂੰ ਅੱਗੇ ਲੈ ਕੇ ਜਾਂਦੀ ਹੈ, ਸਾਡੇ ਕਲਚਰ ਨੂੰ ਅੱਗੇ ਲੈ ਕੇ ਜਾਂਦੀ ਹੈ, ਆਉਣ ਵਾਲੇ ਨਸਲਾਂ ਤੱਕ ਪਹੁੰਚਾਉਂਦੀ ਹੈ, ਇਹ ਮੇਰਾ ਸੰਦੇਸ਼ ਹੈ। ਤੋ ਮੈਂ ਸਮਝਦਾ ਕਿ ਤੁਸੀਂ ਇਸ ਅਪੀਲ ਨੂੰ ਜ਼ਰੂਰ ਧਿਆਨ ਰੱਖੋਗੇ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਸ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਅੱਜ ਤੁਹਾਡੀ ਗੱਲ ਕਰਵਾਉਣ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਪੰਕਜ ਬਤਰਾ ਜੀ ਦੇ ਨਾਲ। ਦੱਸਣਾ ਚਾਹਾਂਗਾ ਕਿ ਇਹਨਾਂ ਦੀ ਅਗਲੀ ਫਿਲਮ ਸੱਜਣ ਸਿੰਘ ਰੰਗਰੂਟ 23 ਮਾਰਚ ਯਾਨੀ ਕਿ ਅਗਲੇ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਆ ਰਹੀ ਹੈ। ਚਲੋ ਪਹਿਲਾਂ ਤਾਂ ਭਾਅ ਜੀ ਮੈਂ ਜਾਣਨਾ ਚਾਹਾਂਗਾ ਕਿ ਮਤਲਬ ਵਿਜ਼ਨ ਕੀ ਰਹੀ ਸੀ, ਇਹ ਇੱਕ ਮਤਲਬ ਅਲੱਗ ਜੋਨਰ ਦੀ ਫਿਲਮ ਹੈ, ਜਿਹੜਾ ਤੁਹਾਡਾ ਜੇ ਪੁਰਾਣਾ ਟ੍ਰੈਕ ਰਿਕਾਰਡ ਦੇਖੀਏ ਤਾਂ ਰੋਮਾਂਟਿਕ ਜਾਂ ਕਾਮੇਡੀ ਮੂਵੀਜ਼ ਹੈ, ਪਰ ਇੱਕ ਵਾਰ ਟਾਈਮ ਰੀਅਲ ਲਾਈਫ ਵਾਰ ਟਾਈਮ ਸੀ, ਅਤੇ ਕੀ ਵਿਜ਼ਨ ਰਹੀ ਸੀ ਆ ਫਿਲਮ ਬਣਾਉਣ ਤੋਂ ਪਹਿਲਾਂ? ਯਾਰ ਮੈਂ ਨਾ ਥੋੜ੍ਹੀ ਬਹੁਤ ਅਕਸਰ ਥੋੜ੍ਹੀ ਬਹੁਤ ਹਿਸਟਰੀ ਜਦੋਂ ਪੜ੍ਹੀ, ਮੈਨੂੰ ਲੱਗਿਆ ਕਿ ਇਹ ਅਨਸੰਗ ਹੀਰੋਜ਼ ਹੈਗੇ ਹੈ ਸਾਡੇ ਪੰਜਾਬ ਦੇ, ਔਰ ਇਹਨਾਂ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ, ਔਰ ਅਨਫੋਰਚੁਨੇਟਲੀ ਸਾਡੇ ਯੂਥ ਨੂੰ ਜਾਂ ਜਿਹੜੇ ਅੱਜ ਦੀ ਜਨਰੇਸ਼ਨ ਹੈਗੀ ਹੈ ਉਹਨੂੰ ਇਹਨਾਂ ਦੇ ਬਾਰੇ ਬਿਲਕੁਲ ਪਤਾ ਹੀ ਨਹੀਂ ਹੈ। ਜੀ ਜੀ, ਬੜੇ ਅਨਟੱਚ, ਬੜੇ ਹੀ ਦਬੇ ਜਿਹੇ ਲੋਕ ਹੈਗੇ ਹੈ। ਮਤਲਬ ਇਹ ਉਹ ਹੈ ਜਿਹਨਾਂ ਨੇ ਭਗਤ ਸਿੰਘ ਜਦੋਂ ਵੀ ਪਹਿਲੇ ਵੀ ਸਟਾਰਟ ਕੀਤੀ ਹੋਈ ਹੈ 1912, 1910, 1911 'ਚ, ਹੈ ਨਾ।
ਬਟ ਜਮਾ ਹੀ ਦੇਸੀ ਹੁੰਦੇ ਸੀਗੇ ਜਿਹਨਾਂ ਨੂੰ ਧੱਕੇ ਨਾਲ ਉੱਤੇ ਭੇਜਦਾ। ਹਾਂਜੀ ਹਾਂਜੀ। ਗਏ ਤਾਂ ਕਰਕੇ ਕਿ ਬਈ ਇਹਨਾਂ ਨੂੰ ਝੂਠੇ ਦਲਾਸ਼ੇ ਸੀਗੇ ਕਿ ਤੁਸੀਂ ਸਾਡਾ ਸਾਥ ਦਿਓ, ਤੁਹਾਡਾ ਦੇਸ਼ ਆਜ਼ਾਦ ਪਿਆ। ਬੜੇ ਇਨੋਸੈਂਟ ਜਿਹੇ ਲੋਕ ਸੀਗੇ, ਉਹਨਾਂ ਨਾਲ ਜਾ ਕੇ ਉੱਥੇ ਕਿੱਦਾਂ ਵਿਤਕਰੇ ਹੋਏ, ਉੱਥੇ ਇਹਨਾਂ ਦੀ ਕੀ ਜਰਨੀ ਸੀਗੀ। ਸੋ ਮੈਨੂੰ ਇਹਨਾਂ ਨੇ ਬੜਾ ਇੰਸਪਾਇਰ ਕੀਤਾ। ਫਿਰ ਇਹ ਦਲਜੀਤ ਭਾਜੀ ਦੇ ਵੀ ਮਾਇੰਡ ਚ ਇੱਕ ਗੱਲ ਸੀਗੀ, ਉਹ ਹਰ ਮਤਲਬ ਅੱਜ ਇਸ ਸਾਲ ਇਹਨਾਂ ਦਾ 100 ਸਾਲ ਪੂਰਾ ਹੋ ਰਿਹਾ। ਸੋ ਇਹਨਾਂ ਨੂੰ ਬੈਲਜੀਅਮ ਚ ਹਰ ਸਾਲ ਇੱਕ ਸ਼ਰਧਾਂਜਲੀ ਮਿਲਦੀ ਹੈਗੀ ਹੈ। ਓਕੇ। ਸੋ ਨਾ ਉਹ ਸਾਰੀਆਂ ਚੀਜ਼ਾਂ 1+1 ਫਿਰ ਮੈਨੂੰ ਲੱਗਿਆ ਕਿ ਇਹਨਾਂ ਦੇ ਬਾਰੇ ਕਹਿਣਾ ਚਾਹੀਦਾ। ਪਲਸ ਮੈਂ ਐਜ਼ ਇਨ ਫਿਲਮਮੇਕਰ ਹਮੇਸ਼ਾ ਲੋਟੀ ਜੱਟ ਕਾਮੇਡੀ ਸੀਗੀ, ਗੋਰਿਆਂ ਦਾ ਪੱਕ ਰਿਹਾ ਕਾਮੇਡੀ ਸੀਗੀ, ਪਰ ਚੰਨਾ ਮੇਰਾ ਇੱਕ ਲਵ ਸਟੋਰੀ ਸੀਗੀ, ਬਿਲਕੁਲ ਅਲੱਗ ਜ਼ੋਨ ਦੀ ਫਿਲਮ ਸੀਗੀ। ਜੀ ਜੀ। ਆਈ ਵਾਂਟ ਟੂ ਡੂ ਡਿਫਰੈਂਟ ਕਾਈਂਡ ਆਫ ਜਨਰਸ। ਸੋ ਮੈਨੂੰ ਲੱਗਿਆ ਹਾਂ ਯਾਰ ਇੱਕ ਰਿਸਪੋਂਸਿਬਿਲਿਟੀ ਵੀ ਬਣਦੀ ਹੈ, ਉਹਨੂੰ ਬੜਿਆ ਹਿੰਦੀ ਚ ਬਣਾ ਲਓ। ਬਟ ਇਹ ਮੈਨੂੰ ਲੱਗਿਆ ਪੰਜਾਬ ਦੀ ਰੂਟਡ ਕਹਾਣੀ ਹੈ, ਪੰਜਾਬ ਦੇ ਲੋਕ ਹੈ, ਔਰ ਪੰਜਾਬੀ ਸਿਨੇਮਾ ਦਾ ਜੇ ਲੈਵਲ ਚੱਕਣਾ ਹੈਗਾ, ਜੇ ਲੋਕ ਕਹਿੰਦੇ ਆ ਆਪਾਂ ਦੇਖਦੇ ਆ ਨਾ ਬਾਹੂਬਲੀ, ਆਪਾਂ ਕਹਿੰਦੇ ਤੇਲੁਗੂ ਵਾਲੇ ਵਧੀਆ ਕੰਮ ਕਰ ਰਹੇ ਆ। ਜੀ ਜੀ। ਮੈਨੂੰ ਮੈਨੂੰ ਇਹ ਦਿਲੋਂ ਇੱਛਾ ਸੀਗੀ ਕਿ ਲੋਕ ਕਹਿਣਾ ਪੰਜਾਬ ਵਾਲੇ ਵਧੀਆ ਕੰਮ ਕਰ ਰਹੇ ਆ। ਜੀ ਜੀ। ਤੇ ਭਾਜੀ ਇਹ ਵੀ ਪੁੱਛਣਾ ਚਾਹੂੰਗਾ ਤੁਹਾਡੇ ਤੋਂ ਕਿ ਕਿੰਨੇ ਕੁ ਰਿਸਕ ਇਨਵੋਲਵ ਸੀਗੇ, ਕਿਉਂਕਿ ਬਹੁਤ ਇੱਕ ਵੱਖਰੀ ਫਿਲਮ ਹੈ ਜੇਕਰ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ। ਸ਼ੂਟਿੰਗ ਕਰਨ ਵੇਲੇ ਮਤਲਬ ਕਿੰਨਾ ਰਿਸਕ ਇਨਵੋਲਵ ਸੀਗਾ? ਰਿਸਕ ਕਾਫੀ ਸੀਗਾ, ਇਨ ਦਾ ਸੈਂਸ ਆਫ ਦੋਨੋਂ ਤਿੰਨੋਂ ਪਾਸੇ। ਇੱਕ ਤਾਂ ਤੁਸੀਂ ਵਾਰ ਫਿਲਮ ਬਣਾ ਰਹੇ ਹੋ, ਜੀ ਰਿਸੋਰਸਿਸ ਤੁਹਾਡੇ ਕੋਲ ਘੱਟ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਕਿਸਮ ਦੇ ਪੈਸੇ ਇਹ ਫਿਲਮ ਬਣਾਉਣ ਨੂੰ ਚਾਹੀਦੇ ਆ, ਉਸ ਕਿਸਮ ਦੇ ਪੈਸੇ ਜਨਰੇਟ ਕਰਨਾ ਬੜਾ ਔਖਾ ਕੰਮ ਹੈ। ਜੀ ਬਿਲਕੁਲ। ਮਤਲਬ ਮੇਰਾ ਅੱਜ ਬਹੁਤ ਵਧੀਆ ਨਾਮ ਹੈ, ਦਲਜੀਤ ਭਾਜੀ ਸੁਪਰ ਸਟਾਰ ਹੈ ਪੰਜਾਬ ਦੇ। ਫਿਲਮ ਕਿਸੇ ਨੂੰ ਕਹੀਏ ਜੀ 15-16-17 ਕਰੋੜ ਰੁਪਇਆ ਇੱਕ ਪੰਜਾਬੀ ਪਿਕਚਰ ਤੇ ਲਾਣਾ ਹੈ, ਜੀ ਉਹ ਸੋਚਦਾ ਹੈ ਨਾ 10 ਵਾਰ ਸੋਚਦਾ ਹੈ। ਜ਼ਰੂਰ ਜ਼ਰੂਰ। ਪਰ ਆਪਾਂ ਬਹੁਤ ਅੱਲਾ ਸ਼ੇਰੀ ਮਾਰੀ ਤਾਂ ਮੈਨੂੰ ਥੋੜਾ ਵਕਤ ਵੀ ਲੱਗਿਆ, ਟੁੱਟ ਟੁੱਟ ਕੇ ਸ਼ੂਟ ਹੋਈਆਂ, ਚੈਲੰਜਸ ਬਹੁਤ ਸੀਗੇ, ਪੈਸੇ ਘੱਟ ਸੀਗੇ, ਬਟ ਸਕਰੀਨ ਤੇ ਏਦਾਂ ਨਜ਼ਰ ਨਾ ਆਏ, ਸਕਰੀਨ ਤੇ ਲੋਕਾਂ ਨੂੰ ਕੋਈ ਲੈਣਾ ਦੇਣਾ ਹੁੰਦਾ ਜੀ ਕਿੱਦਾਂ ਬਣਾਈ ਹੈ, ਲੋਕਾਂ ਨੂੰ ਤਾਂ ਯਾਦ ਚੰਗੀ ਲੱਗਦੀ ਹੈ ਮਾੜੀ ਲੱਗਦੀ ਹੈ। ਬਿਲਕੁਲ ਜੀ। ਸੋ ਵੱਡੇ ਚੈਲੰਜਸ ਸੀਗੇ, ਬਟ ਟੱਚ ਵੁੱਡ ਚਲੋ ਅਚੀਵ ਕਰ ਲਿਆ, ਹੁਣ ਤਾਂ 3-4 ਦਿਨ ਰਹਿ ਗਏ ਰੱਬ ਦੀ ਦਿਆ ਨਾਲ ਸਭ ਲੈਣੀ। ਜੀ ਜੀ ਬਿਲਕੁਲ। ਤੇ ਭਾਜੀ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਬਹੁਤ ਚੈਲੰਜਸ ਆਏ, ਤਾਂ ਮਤਲਬ ਟੋਟਲ ਕਿੰਨਾ ਕੁ ਟਾਈਮ ਲੱਗ ਗਿਆ ਤੁਹਾਨੂੰ ਇਹ ਫਿਲਮ ਜੋ ਤੁਸੀਂ ਸਟਾਰਟ ਜਦੋਂ ਵੀ ਕੀਤੀ ਸੀ ਤਾਂ ਐਂਡ ਤੱਕ ਇਸ ਪੁਆਇੰਟ ਤੱਕ ਆਉਂਦੇ ਆਉਂਦੇ? ਸਾਲ ਲੱਗ ਗਿਆ। ਤੂੰ ਦੇਖ ਮੇਰੀ ਪਿਛਲੀ 14 ਜੁਲਾਈ ਦੀ ਚੰਨਾ ਮੇਰਾ ਰਿਲੀਜ਼ ਹੈ। ਹਾਂਜੀ। ਤੇ ਉਸ ਤੋਂ ਪਹਿਲੇ ਮੈਂ ਅਪ੍ਰੈਲ ਚ ਇੱਕ ਸ਼ਡਿਊਲ ਇਹਦਾ ਲਾਇਆ ਸੀਗਾ ਪੰਜਾਬ ਵਾਲਾ। ਓਕੇ। ਪਿਛਲੀ ਅਪ੍ਰੈਲ ਦਾ, ਉਸ ਤੋਂ ਪਹਿਲੇ ਮਾਰਚ ਦਾ ਰਿਸਰਚ ਫੈਬ ਦਾ ਲੱਗਿਆ ਹੋਇਆ। ਜੀ ਜੀ। ਸੋ ਅੱਜ 23 ਮਾਰਚ ਨੂੰ ਜਾ ਕੇ ਪਿਕਚਰ ਰਿਲੀਜ਼ ਹੋ ਰਹੀ ਹੈ 2018 ਚ। ਗੁੱਡ ਸਵਾ ਸਾਲ ਮੈਨੂੰ ਲੱਗ ਗਿਆ। ਬੜੇ ਉਸ ਤਰੀਕੇ ਦੀ ਕਹਾਣੀ ਡਿਮਾਂਡ ਕਰਦੀ ਸੀਗੀ। ਕਿੰਨਾ ਕੁ ਫਰਕ ਸੀਗਾ ਕਿ ਇੱਕ ਫਿਕਸ਼ਨ ਸਟੋਰੀ ਨੂੰ ਸਕਰੀਨ ਤੇ ਦਿਖਾਉਣਾ ਤੇ ਇੱਕ ਰੀਅਲ ਲਾਈਫ ਸਟੋਰੀ ਨੂੰ ਸਕਰੀਨ ਤੇ ਦਿਖਾਉਣ? ਦੇਖੋ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਵੀ ਥੋੜੀਆਂ ਬਹੁਤ ਚੀਜ਼ਾਂ ਮੈਂ ਫਿਕਸ਼ਨਲ ਕ੍ਰੀਏਟ ਕੀਤੀਆਂ। ਮਤਲਬ ਇਹ ਹਾਰਡਕੋਰ ਉਦਾਂ ਨਹੀਂ ਹੈ ਕਿ ਕਿਸੇ ਇੱਕ ਬੰਦੇ ਦੀ ਬਾਇਓਪਿਕ ਹੈ। ਮੈਂ ਇੱਕ ਬੰਦੇ ਦੀ ਇਹ ਕਹਾਣੀ ਕਹਿਣਾ ਵੀ ਨਹੀਂ ਚਾਹੁੰਦਾ ਸੀਗਾ, ਮੈਂ ਇਹ ਕਹਾਣੀ ਉਹ 2.5 ਲੱਖ ਸੋਲਜਰਸ ਦੀ ਕਹਿਣਾ ਚਾਹੁੰਦਾ ਸੀਗਾ, ਜਿਹਨਾਂ ਦੀ ਵਿੱਚ ਕਿੰਨੇ ਸ਼ਹੀਦ ਹੋ ਗਏ, ਕਿੰਨੇ ਬਚ ਕੇ ਆ ਗਏ, ਜਿਹਨਾਂ ਦੀਆਂ ਫੈਮਿਲੀਜ਼ ਅਜੇ ਵੀ ਹੈਗੀਆਂ। ਜੀ ਜੀ। ਸੋ ਸਿਰਫ ਦਲਜੀਤ ਭਾਜੀ ਨੀ, ਹੋਰ ਵੀ 4-5 ਬੰਦੇ ਹੈ ਜਿਹੜੇ ਮੇਨ ਪ੍ਰੋਟੈਗਨਿਸਟ ਹੈਗੇ ਆ ਪਿਕਚਰ ਚ, ਹੈ ਨਾ। ਹਾਂਜੀ। ਯੋਗਰਾਜ ਜੀ ਦਾ ਕੈਰੇਕਟਰ ਹੈ। ਜੀ ਜੀ। 2 ਨਵੇਂ ਮੁੰਡੇ ਹੈ, ਜਗਜੀਤ ਸੰਧੂ, ਧੀਰਜ ਸ਼ਰਮਾ। ਧੀਰਜ, ਹਾਂਜੀ, ਥੀਏਟਰ ਦੇ। ਸੋ ਉਹ ਸਾਰੇ ਰੀਪ੍ਰੈਜੈਂਟ ਕਰਦੇ ਆ ਉਹ 2.5 ਲੱਖ ਲੋਕਾਂ ਨੂੰ। ਸੋ ਬਟ ਹਾਂ, ਇਸ ਜੇ ਟਰੂ ਇਵੈਂਟਸ ਨੂੰ ਬਹੁਤ ਜ਼ਿਆਦਾ ਇਨਵੋਲਵ ਕੀਤਾ ਗਿਆ। ਉਹ ਇੱਕ ਹਲਕੀ ਮਿਕਸ ਮੈਚ ਕੀਤੀ ਹੈ, ਬਟ ਹਾਂ ਡੈਫੀਨੇਟਲੀ ਕਿਸੇ ਦਾ ਬਾਇਓਪਿਕ ਨਹੀਂ ਹੈ। ਜੀ ਜੀ। ਤੇ ਭਾਜੀ ਵਿਜੂਅਲਸ ਦੀ ਗੱਲ ਕਰੀਏ, ਜੇ ਵਿਜੂਅਲਸ ਜਾਂ VFX ਅਸੀਂ ਟ੍ਰੇਲਰ ਚ ਵੇਖੇ ਹੀ ਆ, ਮਤਲਬ ਬਹੁਤ ਹੀ ਵਧੀਆ ਲੱਗ ਰਹੇ ਹੈ ਕਿ ਇਸ ਤਰ੍ਹਾਂ ਦਾ ਕੰਮ ਪੰਜਾਬੀ ਫਿਲਮ ਚ ਪਹਿਲੀ ਵਾਰ ਹੋ ਰਿਹਾ, ਤੇ ਉਹ ਟੈਕਨੀਕਲ ਪੱਖੋਂ ਜੇ ਦੇਖਿਆ ਜਾਵੇ ਤਾਂ ਉਸ ਚ ਕਿੰਨੀ ਮਿਹਨਤ ਮੁਸ਼ਕਤ ਲੱਗੀ ਸੀ ਤੁਹਾਡੀ? ਨਹੀਂ ਉਹ ਤਾਂ ਲੱਗਣੀ ਹੈ, ਮੈਂ ਕਿਹਾ ਹੀ ਹੈ ਕਿ ਬਈ ਮੈਂ ਸਾਲ ਲਾਇਆ, ਮੈਂ ਬੈਸਟ ਆਫ ਦਾ ਬੈਸਟ ਲੋਕ ਹਾਇਰ ਕੀਤੇ ਆ ਇਸ ਚ, ਟੀਮ ਵਰਕ ਹੁੰਦਾ ਹੈ, VFX ਡਿਪਾਰਟਮੈਂਟ ਬਹੁਤ ਸਟਰੋਂਗ ਹਾਇਰ ਕੀਤਾ ਹੈ। ਕਿਉਂਕਿ ਮੈਂ ਪਹਿਲੀ ਗੱਲ ਕਹੀ ਹੈ ਕਿ ਮੈਂ ਇਹ ਠਾਣ ਰੱਖਿਆ ਸੀਗਾ ਕਿ ਲੋਕ
ਜਦੋਂ ਫਿਲਮ ਦੇਖਣ ਤਾਂ ਲੋਕ ਕਹਿਣ ਕਿ ਹਾਂ ਪੰਜਾਬੀ ਸਿਨੇਮਾ ਚ ਵਧੀਆ ਕੰਮ ਹੋ ਰਿਹਾ। ਇਸ ਜਿਹੜਾ ਲੈਂਗੁਏਜ ਅਗਰ ਤੂੰ ਛੋੜ ਦੇ ਹਾਂਜੀ ਤਾਂ ਬਾਕੀ ਸਾਰਾ ਚੰਗੇ ਚੰਗੇ ਹਿੰਦੀ ਵਾਲੇ ਕੰਮ ਨੀ ਕਰ ਸਕਦੇ। ਓਕੇ ਓਕੇ ਵਾਹ। ਬਟ ਮੈਨੂੰ ਇਹ ਬਣਾਉਣੀ ਹੀ ਪੰਜਾਬੀ ਸੀਗੀ। ਓਕੇ ਠੀਕ ਹੈ ਜੀ। ਤੇ ਭਾਜੀ ਜੇਕਰ ਗੱਲ ਕਰੀਏ ਕਾਸਟ ਦੀ ਗੱਲ ਕਰੀਏ ਤੇ ਦਿਲਜੀਤ ਭਾਜੀ ਕਿੱਦਾਂ ਉਹਨਾਂ ਦਾ ਕਿੱਦਾਂ ਸਬੱਬ ਬਣਿਆ ਤੇ ਮਤਲਬ ਤੁਹਾਡੇ ਐਜ਼ ਅ ਡਾਇਰੈਕਟਰ ਤੁਸੀਂ ਕਿੱਦਾਂ ਦੇਖਿਆ ਕਿ ਮਤਲਬ ਦਿਲਜੀਤ ਭਾਜੀ ਹੀ ਤੁਹਾਡੇ ਜੋ ਤੁਸੀਂ ਕੈਰੈਕਟਰ ਚਾਹ ਰਹੇ ਹੋ ਸੂਟ ਕਰਨਗੇ? ਦੇਖੋ ਇਹ ਗੱਲ ਤਾਂ ਸੱਚ ਹੈਗੀ ਹੈ ਕਿ ਪੰਜਾਬ ਚ ਇਸ ਟਾਈਮ ਤੇ ਜਿਹੜੇ ਸੁਪਰ ਸਟਾਰਡਮ ਦਾ ਲੈਵਲ ਦੇਖੀਏ ਤਾਂ ਦਿਲਜੀਤ ਦੇ ਉੱਪਰ ਕੋਈ ਵੀ ਨੀ ਹੈਗਾ ਜੀ ਬਿਲਕੁਲ। ਪਰ ਮੈਂ ਸੁਪਰ ਸਟਾਰਡਮ ਨੂੰ ਨਾ ਦੇਖਦੇ ਹੋਏ ਐਜ਼ ਐਨ ਐਕਟਰ ਦਿਲਜੀਤ ਬਹੁਤ ਵੱਡਾ ਪੋਟੈਂਸ਼ੀਅਲ ਹੈ ਉਹ ਆਪਾਂ 1984 ਚ ਦੇਖ ਚੁੱਕੇ ਹਾਂ। ਐਗਜ਼ੈਕਟਲੀ ਐਗਜ਼ੈਕਟਲੀ ਐਗਰੀਏਬਲ। ਉਹ ਦੋਨਾਂ ਦਾ ਕਿਉਂਕਿ ਇਸ ਪਿਕਚਰ ਤੇ ਇੰਨੇ ਪੈਸੇ ਲੱਗਣ ਵਾਲੇ ਸੀਗੇ ਪਲਸ ਇਹ ਪਿਕਚਰ ਇੱਕ ਲਾਰਜਰ ਸਕੇਲ ਤੇ ਬਣਾਉਣ ਲਈ ਇੱਕ ਇਹੋ ਜਿਹਾ ਆਦਮੀ ਚਾਹੀਦਾ ਸੀਗਾ ਜੋ ਜਿਹਦੀ ਰੀਚ ਵੱਡੀ ਹੋਏ ਤਾਂ ਕਿ ਇਹ ਕਹਾਣੀ ਮੈਕਸੀਮਮ ਲੋਕਾਂ ਤੱਕ ਪਹੁੰਚ ਸਕੇ ਜੀ। ਔਰ ਉਹ ਐਕਟਰ ਬਹੁਤ ਅੱਛਾ ਹੋਏ। ਫਿਰ ਮੈਂ ਦਿਲਜੀਤ ਭਾਜੀ ਵੀ ਇੰਸਪਾਇਰ ਸੀਗੇ ਉਹਨਾਂ ਨੂੰ ਪਤਾ ਸੀਗਾ ਉਹ ਖੁਦ ਕਰਨਾ ਚਾਹੁੰਦੇ ਸੀਗੇ। ਓਕੇ ਫਿਰ ਉਹ ਬੜੇ ਐਕਸਾਈਟਿਡ ਸੀਗੇ। ਫਿਰ ਮੈਂ ਉਹਨਾਂ ਨੂੰ ਇੱਕ ਲੁੱਕ ਬਣਾ ਕੇ ਦਿੱਤਾ ਪਹਿਲੀ ਵਾਰੀ ਉਹਨਾਂ ਨੇ ਆਪ ਦਾੜੀ ਵਧਾਈ। ਓਕੇ ਸੋ ਉਹ ਸਾਰੇ ਕੰਮਾਂ ਚ ਮੈਂ ਦਿਲਜੀਤ ਭਾਜੀ ਦਾ ਵੈਸੇ ਹੀ ਬਹੁਤ ਥੈਂਕਸ ਕਰਦਾ ਕਿ ਉਹਨਾਂ ਨੇ ਆਊਟ ਆਫ ਦਾ ਵੇ ਸਪੋਰਟ ਕੀਤਾ। ਔਰ ਪ੍ਰਮੋਸ਼ਨ ਚ ਵੀ ਜਿੰਨਾ ਦਮ ਇਸ ਟਾਈਮ ਤੇ ਦਿਲਜੀਤ ਭਾਜੀ ਲਾ ਰਹੇ ਹੈ ਇਸ ਪਿਕਚਰ ਦਾ ਮੈਨੂੰ ਨੀ ਲੱਗਦਾ ਇਸ ਤੋਂ ਪਹਿਲੇ ਉਹਨਾਂ ਨੇ ਕਿਸੇ ਪਿਕਚਰ ਤੇ ਲਾਇਆ ਹੋਇਆ ਇੰਨਾ ਦਮ। ਓਕੇ ਓਕੇ ਜੀ। ਤੇ ਭਾਜੀ ਇਹ ਵੀ ਜਾਣਨਾ ਚਾਹੂੰਗਾ ਕਿ ਸੁਨੰਦਾ ਸ਼ਰਮਾ ਜੀ ਵੀ ਡੈਬਿਊ ਕਰ ਰਹੇ ਨੇ ਇਸ ਫਿਲਮ ਦੇ ਨਾਲ ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੱਕ ਥੋੜੇ ਵੱਡੇ ਲੈਵਲ ਦੀ ਫਿਲਮ ਹੈ ਤੇ ਉਹਦੇ ਚ ਮਤਲਬ ਇੱਕ ਫਸਟ ਟਾਈਮ ਐਕਟਰੈਸ ਨੂੰ ਐਜ਼ ਐਨ ਐਕਟਰੈਸ ਉਹਨਾਂ ਨੂੰ ਲੈਣਾ ਕਿ ਉਹ ਡਿਸੀਜਨ ਕਿੱਦਾਂ ਹੋ ਗਿਆ? ਐਕਚੁਅਲੀ ਮੈਂ ਕੁਝ ਇੱਕ ਇਹੋ ਜਿਹੀ ਕੁੜੀ ਦੇਖ ਰਿਹਾ ਸੀਗਾ ਜਿਹਦੀ ਮਾਰਕੀਟ ਚ ਇਮੇਜ ਨਾ ਹੋਏ ਐਜ਼ ਐਨ ਐਕਟਰ। ਓਕੇ ਜੀ। ਔਰ ਪਲਸ ਥੋੜੀ ਫਰੈਸ਼ ਪੇਅਰਿੰਗ ਹੋਏ ਅੱਜ ਵਿਦ ਡਿਊ ਰਿਸਪੈਕਟ ਨੀਰੂ ਬਾਜਵਾ ਜੀ ਨੇ ਦੋ ਤਿੰਨ ਫਿਲਮਾਂ ਕੀਤੀਆਂ ਸੁਪਰ ਹਿੱਟ ਫਿਲਮਾਂ ਕੀਤੀਆਂ ਦਿਲਜੀਤ ਭਾਜੀ ਨਾਲ ਸੋਨਮ ਬਾਜਵਾ ਜੀ ਨੇ ਦੋ ਚਾਰ ਫਿਲਮਾਂ ਕੀਤੀਆਂ ਬਹੁਤ ਅੱਛੀਆਂ ਫਿਲਮਾਂ ਕੀਤੀਆਂ ਪਰ ਉਹ ਲੋਕ ਜੋੜੀ ਦੇਖ ਚੁੱਕੇ ਆ ਮਤਲਬ ਐਕਸਪੈਕਟਡ ਹੈ ਉਹ ਜੋੜੀਆਂ ਹੈ ਨਾ ਦੋ ਕੁੜੀਆਂ ਦੀ ਮੈਂ ਗੱਲ ਕਰਾਂ ਬਟ ਸੁਨੰਦਾ ਸ਼ਰਮਾ ਐਂਡ ਦਿਲਜੀਤ ਦੁਸਾਂਝ ਦੀ ਜਿਹੜੀ ਸਕਰੀਨ ਤੇ ਫਰੈਸ਼ਨੈਸ ਆਣੀ ਹੈ ਮੈਨੂੰ ਉਹ ਫਰੈਸ਼ਨੈਸ ਚਾਹੀਦੀ ਸੀਗੀ। ਮਤਲਬ ਮੈਨੂੰ ਇਹ ਨੀ ਸੀਗਾ ਕਿ ਬਈ ਕੋਈ ਪ੍ਰੋਬਲਮ ਹੈ ਨੀਰੂ ਜੀ ਤੋਂ ਜਾਂ ਸੋਨਮ ਜੀ ਤੋਂ ਜਾਂ ਕਿਸੇ ਵੀ ਐਕਸ ਵਾਈ ਜ਼ੈਡ ਆਪਣੀ ਹੀਰੋਇਨ ਤੋਂ ਬਟ ਆਈ ਨੀਡ ਅ ਫਰੈਸ਼ ਪੇਅਰ ਜੋ ਲੋਕਾਂ ਨੇ ਅਜੇ ਤੱਕ ਦੇਖਿਆ ਨਾ ਹੋਵੇ ਜੀ। ਉਹਦੇ ਵਿੱਚ ਫਿਰ ਸੁਨੰਦਾ ਉਸ ਰੋਲ ਨੂੰ ਮੈਨੂੰ ਐਪਟ ਲੱਗੀ ਔਰ ਟੱਚਵੁੱਡ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਚਾਹੇ ਟ੍ਰੇਲਰ ਚਾਹੇ ਗਾਣੇ। ਜੀ ਜੀ ਮੈਂ ਵੀ ਉਹੀ ਗੱਲ ਕਹਿਣ ਲੱਗਾ ਸੀ ਕਿ ਐਜ਼ ਅ ਵਿਊਅਰ ਦੇਖ ਕੇ ਟ੍ਰੇਲਰ ਚ ਦੋਨਾਂ ਗਾਣੇ ਦੇਖ ਕੇ ਮਤਲਬ ਦੋਨਾਂ ਦੀ ਕੈਮਿਸਟਰੀ ਕਾਫੀ ਵਧੀਆ ਲੱਗ ਰਹੀ ਹੈ ਬਹੁਤ ਅੱਛੀ ਲੱਗ ਰਹੀ ਹੈ। ਸੋ ਇਹ ਇੱਕ ਅਪਰੋਚ ਸੀਗੀ। ਅੱਜ ਸੋਨਮ ਬਾਜਵਾ ਨਾਲ ਆਪਾਂ ਤਿੰਨ ਫਿਲਮਾਂ ਦੇਖੀਆਂ ਭਾਜੀ ਦੀਆਂ ਆਈ ਥਿੰਕ ਸਰਦਾਰ ਜੀ 2 ਸੀਗੀ ਫਿਰ 84 ਸੀਗੀ ਫਿਰ ਇੱਕ ਅੱਧੀ ਪਿਕਚਰ ਸੁਪਰ ਸਿੰਘ ਚ ਸੀਗੇ ਸੁਪਰ ਸਿੰਘ ਚ ਸੀਗੀ ਜੀ। ਸੇਮ ਨੀਰੂ ਬਾਜਵਾ ਜੀ ਨੇ ਤਿੰਨ ਚਾਰ ਫਿਲਮਾਂ ਕੀਤੀਆਂ ਜੀ। ਮਤਲਬ ਕੱਲ ਨੂੰ ਮੈਂ ਵਾਪਸ ਵੀ ਮੈਂ ਅਗੇਨ ਕਹਿ ਰਿਹਾ ਮੈਂ ਕਿਸੇ ਦੇ ਅਗੇਂਸਟ ਨਹੀਂ ਹਾਂਜੀ ਮੈਨੂੰ ਇੱਕ ਫਰੈਸ਼ਨਰ ਚਾਹੀਦੀ ਸੀਗੀ ਮੈਂ ਤਾਂ ਕਰਕੇ ਥੋੜਾ ਜਿਹਾ ਇੱਕ ਟਾਰਗੇਟ ਕੀਤਾ ਜੀ। ਤੇ ਭਾਜੀ ਜੇਕਰ ਤੁਹਾਡੀ ਪਿਛਲੀ ਫਿਲਮ ਦੇ ਵੀ ਦੇਖੇ ਚੰਨਾ ਮੇਰਿਆ ਚ ਯੋਗਰਾਜ ਸਿੰਘ ਸਰ ਦਾ ਬਹੁਤ ਜ਼ਬਰਦਸਤ ਕਰੈਕਟਰ ਸੀਗਾ ਇੱਕ ਤੇ ਇਹਦੇ ਚ ਵੀ ਟ੍ਰੇਲਰ ਚ ਹਜੇ ਵੀ ਬਹੁਤ ਜ਼ਬਰਦਸਤ ਲੱਗ ਰਹੇ ਨੇ ਜੋ ਉਹਨਾਂ ਦਾ ਇੱਕ ਰੋਲ ਹੈਗਾ ਤੇ ਉਹਨਾਂ ਦੀ ਕਿੰਨੀ ਕੰਟਰੀਬਿਊਸ਼ਨ ਰਹਿੰਦੀ ਹੈ ਮਤਲਬ ਇੰਨੇ ਸੀਨੀਅਰ ਐਕਟਰ ਜਦੋਂ ਬਹੁਤ ਵੱਡੇ। ਮੈਂ ਹਮੇਸ਼ਾ ਕਹਿੰਦਾ ਜਿੰਨਾ ਉਹਨਾਂ ਨੇ ਮੈਨੂੰ ਆਊਟ ਆਫ ਦਾ ਵੇ ਸਪੋਰਟ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੇ ਹਮੇਸ਼ਾ ਮੇਰੇ ਤੇ ਇੰਨਾ ਟਰਸਟ ਕਰਦੇ ਆ। ਯੋਗ ਭਾਜੀ ਮੇਰੇ ਤੋਂ ਬਹੁਤ ਜ਼ਿਆਦਾ ਕੁਝ ਸੁਣਦੇ ਨੀ ਜੀ ਸੈੱਟ ਤੇ ਆਉਂਦੇ ਮੈਨੂੰ ਕਹਿੰਦੇ ਬੋਲ ਕਰਨਾ ਕੀ ਹੈ ਕਿਉਂਕਿ ਮੈਂ ਤੇਰੇ ਤੇ ਅੱਖ ਬੰਦ ਕਰਕੇ ਭਰੋਸਾ ਕਰ ਸਕਦਾ ਕੀ ਬਾਤ ਹੈ ਮੇਰੇ ਤੋਂ ਮੇਰਾ ਬੈਸਟ ਕੰਮ ਕਢਾਏਗਾ ਜੀ ਜੀ ਜੀ। ਤੇ ਟੱਚਵੁੱਡ ਉਹਨਾਂ ਦੀ ਬਹੁਤ ਔਰ ਇਹ ਰੋਲ ਆਥਰ ਬੈਕ ਰੋਲ ਹੈ ਉਹ ਫੁੱਲ ਕਰਦੇ ਨੇ ਰੋਲ ਆਲਮੋਸਟ ਸੈਕੰਡ ਲੀਡ ਹੈ ਪਿਕਚਰ ਚ। ਓਕੇ ਓਕੇ ਜੀ ਜੀ। ਤੇ ਭਾਜੀ ਜੇਕਰ ਮਿਊਜ਼ਿਕ ਦੀ ਗੱਲ ਕਰੀਏ ਤਾਂ ਜੇ ਅਸੀਂ ਬੰਬੂ ਕਾਰਡ ਦੇਖੀਆਂ ਈਵਨ ਚੰਨਾ ਮੇਰਿਆ ਦਾ ਮਿਊਜ਼ਿਕ ਤਾਂ ਮਤਲਬ ਬਹੁਤ ਬਾ ਕਮਾਲ ਸੀਗਾ ਤੇ ਐਜ਼ ਅ ਡਾਇਰੈਕਟਰ ਤੁਹਾਨੂੰ ਕੀ ਤੁਹਾਡੀ ਕੀ ਐਕਸਪੈਕਟੇਸ਼ਨ ਰਹਿੰਦੀਆਂ ਕਿ ਤੁਹਾਡੀ ਫਿਲਮ ਦਾ ਮਿਊਜ਼ਿਕ ਮਤਲਬ ਕੀ ਕਿੱਦਾਂ ਦਾ ਹੋਣਾ ਚਾਹੀਦਾ? ਮੈਂ ਚਾਹੁੰਦਾ ਕਿ ਮੇਰੇ ਹਰ ਗਾਣੇ ਲੋਕਾਂ ਨੂੰ ਪਸੰਦ ਆਉਣ ਬਟ ਇਹਦਾ ਮਤਲਬ ਇਹ ਹੈ ਕਿ ਮੈਂ ਥੋੜਾ ਜਿਹਾ ਅਲੱਗ ਵੀ ਕਰਨਾ ਚਾਹੁੰਦਾ ਉਹਨਾਂ ਥੋੜਾ ਜਿਹਾ ਕਈ ਵਾਰੀ ਤੁਸੀਂ ਪਿਕਚਰ ਦੇ ਨਾਲ ਵੀ ਥੋੜੇ ਸਟੱਕ ਹੁੰਦੇ ਹੋ ਕਿ ਬਈ ਜੋ ਐਰਾ ਦੀ ਪਿਕਚਰ ਹੈ ਜਿਸ ਮਾਹੌਲ ਦੀ ਪਿਕਚਰ ਹੈ ਮਿਊਜ਼ਿਕ ਕਿਤੇ ਆਊਟ ਨਾ ਲੱਗੇ ਹੈ ਨਾ ਕਿ ਤੁਸੀਂ ਕੋਈ ਹੋਰ ਗਾਣਾ ਚੱਕ ਦੋ ਉਸ ਫਿਲਮ ਨਾਲ ਸੂਟ ਨਹੀਂ ਕਰਦਾ ਆਊਟ ਆਫ ਕੰਟੈਕਸਟ ਨਾ ਹੋ ਜਿਹੜਾ। ਹਾਂ ਸੋ ਇਹ ਥੋੜੇ ਜਿਹੇ ਓਦਾਂ ਦੇ ਨੰਬਰਸ ਨਹੀਂ ਹੈ ਇਸ ਪਿਕਚਰ ਚ ਜਿੱਦਾਂ ਦੇ
कमर्शियली चल रहे हैं, मैं जान के नहीं रखे, सूदिंग है, थोड़ा जा इंटरेस्टिंग है, बिकॉज़ वो पिक्चर दी रिक्वायरमेंट ऐसा दी थी। जी जी जी। ते पाजी मेरा आखरी सवाल ये है कि क्योंकि मैं पिछले 1.5 साल तो बॉम्बे रह रहा हूं, तो मेनू एक बहुत बड़ी जो प्रॉब्लम है कि बॉम्बे च पंजाबी फिल्म देखना थोड़ा मुश्किल हो जाता है, क्योंकि जेडे मैनू पता है क्वेश्चन एज ए जे कोई प्रोड्यूसर या डिस्ट्रीब्यूटर होंगे तो उन्होंने तो बैटर होना ही, पर एज ए डायरेक्टर मैं मानता कि जो तुहाडा से होएगा तो यह चीज इंप्रूव हो सकती है, क्योंकि इवेंचुअली फिल्म नू या इंडस्ट्री में फायदा होगा जो बहुत फ्रीकुएंटली शोज होंगे तो कन्वीनियंट जगह पर होंगे। नहीं नहीं मैं इस बार पूरी कोशिश कर रहा हूं और टच वुड रब ने चाया ते ए पिछली फिल्मा नालो काफी हद तक बेटर वे नाल प्लेस होएगी बॉम्बे च। जी 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 आप इनू देख रहे हो। हाँ जी, क्योंकि मतलब मैनू ऐसा लगता है कि पर्सनली तो मेरा एक्सपीरियंस है पिछले 1.5 साल का कि मैं देखा लोग आते हैं, गल नहीं है कि बॉम्बे च लोग पंजाबी फिल्मा नहीं देखने आते, देखने आते हैं पर जी लोकेशन कहीं इन्नी मतलब एहो जी होंगी है कि उत्थे जाना ही मुश्किल हो जाता है, क्योंकि बॉम्बे मतलब शहर ही इन्ना वड्डा है तो ट्रैवलिंग इन्नी मुश्किल कई बार हो जाती है। नहीं नहीं मैं आप पर्सनली उस चीज की सारी कोशिश कर रहा हूं। हाँ जी, तो होपफुली आप कुछ हद तक तो इस बार भी अचीव कर जाए। जी जी, चलो थैंक यू सो मच पाजी, मैं थानू ऑल द बेस्ट कहना चाहूंगा फिल्म लई, बहुत वधिया ट्रेलर लग रहा है तो होपफुली फिल्म भी उन्नी ही वधिया होगी, तो थैंक यू सो मच फॉर योर टाइम पाजी। सब्सक्राइब करो साडा YouTube चैनल पंजाबी मेनिया ते अपने फोन ते नवीआं वीडियोस देखने दे लई हिट करो बेल आइकन। आई वुड से कि फिल्म इज अ स्ट्रेस बस्टर, आई मीन या पीपल विल रियली रियली एंजॉय द फिल्म। सी फर्स्ट ऑफ ऑल आई वुड से आई हैवंट रिप्लेस्ड हर, नो वन कैन रिप्लेस एनीवन। इफ टुडे what Sonam Bajwa can add to a character, no one else can add. See, a simple ji gal hai, the more comfortable you are with an actor, the more the better the chemistry is. Yeah, true. So hun do tin film assi kar liya hai, so you know there is that comfort level, and he is a very nice person, very humble person to work with. To hamesha unna de nal kam karna easy hai. Oh main jadon dooro hi unna nu dekh lendi hundi si na, to oh mainu dekh lende si to khade ho jande si, so main unna nu kehndi si ki Sameep seat belt on, don't get up. Belt on. ता केड़ा सुपर हीरो चूज कर? Wonder Woman. Wonder Woman. अच्छा. She's so gorgeous. हाँ जी. मैंने बहुत पसंद है. अच्छा. First thing I noticed in a boy. हाँ जी. I like if someone is. I like guys who have good sense of humor. अच्छा. ठीक है. What is this? जिन्ना ने भी Carry On Jatta 1 देखी है, they have all the reasons to watch it, and थोड़ी demand पे ऐसी 2 बनाई है, so please go. 1st of June and watch Carry On Jatta with all your friends and family. Sashikal ji, Punjabi Mania dekh rahe ho tusi te ajj assi tuhadi jinna naal mulaqat karan ja rahe ha, she is none other than the box office queen of Punjabi cinema, Sonam Bajwa. Sonam, tuhada bahut bahut swagat hai. Thank you very much. Thank you. Sonam, box office queen, kidda da mehsoos hunda jadon eh title tuhanu ditta janda? Bahut vadhiya lag raha hai, and thank you for saying that for me. You guys are very sweet. I think कोई भी फिल्म ऑडियंस तो बिना तो नहीं चल सकती, सो आई हैव टू एंड हैव टू थैंक ऑल माई फैंस। थैंक यू शायद इनफ नहीं होगा, बट आई जस्ट वॉन्ट टेल दैम दैट थैंक यू एंड आई लव यू गाइज। तो सोनम, कैरी ऑन जट्टा 8 डेज के अंदर रिलीज़ होने वाली है, तो जेकर मैं फिल्म के ट्रेलर के रिस्पोंस की गल करा तो 8 मिलियन तो ज़्यादा व्यूज, 1.5 लाख तो ज़्यादा लाइक, तो सिर्फ ही 5,000 तो घट डिसलाइक, मतलब 99% देखने वाले लोगों ने ट्रेलर को अप्रूव किया है। कि इदा का ऑडियंस का रिलीज़ तो पहले ही प्यार थोड़ा प्रैशर नहीं पा देता? नहीं, प्रेशर नहीं हैगा, आई एम वेरी एक्साइटेड, क्योंकि जो मैं फिल्म शूट की है, मैं स्क्रिप्ट सुनी हुई है, आई सॉ कि शूट किदा दा होया, सो आई एम फीलिंग वेरी कॉन्फिडेंट अबाउट इट। और मैनू इदा लगता है कि ऑडियंस नू फिल्म जरूर पसंद आऊगी, बिकॉज एक तुहानू वाइब फिल्म की फील हो जाती है, एंड इट्स रियली फनी, बहुत बहुत हासा है फिल्म दे विच। आई वुड से कि फिल्म इज़ अ स्ट्रेस बस्टर, आई मीन या पीपल विल रियली रियली इंजॉय द फिल्म। स्ट्रेस बस्टर ही है आजकल के टाइम जो लोगों को चाहिए। तो कैरी ऑन जट्टा 2 पार्ट 1 तुसी नहीं से हिस्सा, तो पार्ट 2 तुसी हुण फैमिली मैड फैमिली का हिस्सा हो एक तरह, जे मैं कहां तो किदा दा लग रहा है इस मैड फैमिली का फाइनली हिस्सा बन के? मेरे लिए तो बहुत प्राउड वाली गल है कि इन्नी वड्डी फ्रेंचाइज सी, और उहदे विच यू नो आई एम
featuring in that. हाँ so मेरे producers का thank you है बहुत ज़्यादा and my director also. इन्ने बड़े इन्ने सारे कलाकारों के नाल रहना एक film करना to be a part of this मेरे लिए बहुत मान वाली गल है. तो next मैं पूछना चाहूँगा कि ये film तुसी yes की सुन के की थी, मतलब script तो इन्नी पसंद आई या brand ही इन्ना अच्छा सी carry on jatta 2 कितने तुसी film नू yes का. See brand when I heard carry on jatta 2 of course I felt wow you know this sounds exciting. जदों मैं स्क्रिप्ट सुनी मैनू हले भी याद है कि मैं और समीप वी मैट एट अ कॉफी शॉप और उन्होंने मैनू नरेशन दी. मैं तो बहुत ही ज़्यादा हंसी है. मैं सर समीप दिस लुक्स हिलेरियस, दिस साउंड्स हिलेरियस एंड आई रियली होप विल यू नो आपां एग्जीक्यूट कर सकीए इस चीज़ में. सो आई लाइक्ड इट एंड यू नो कदें कदें ये होंगे कि जरूरी नहीं है कि फिल्म सारी थोड़े बारे हो गए, बट to be a part of a good project also is important. Yeah. So I think this is what this film is about for me. The baki mera kirdaar tusi dekhoge film de vich, it's funny, hilarious. I mean set te vi mainu kade kade lagda si ki really am I shooting, because most of the time I was having fun. Ha tode snapchats vagera si kafi dekhe si. ਅਤੇ ਤੁਸੀਂ ਮੀਤ ਦਾ ਕਰੈਕਟਰ ਪਲੇ ਕਰ ਰਹੇ ਹੋ, ਥੋੜ੍ਹਾ ਆਪਣੇ ਕਰੈਕਟਰ ਬਾਰੇ ਦੱਸੋ ਸਾਨੂੰ. ਮੀਤ ਇਜ਼ ਅ ਯੰਗ ਗਰਲ ਹੂਜ਼ ਜਿਹੜੀ ਕਾਲਜ ਦੇ ਵਿੱਚ ਪੜ੍ਹਾਈ ਕਰ ਰਹੀ ਆ ਪੰਜਾਬ ਦੇ ਵਿੱਚ ਆ, ਬਟ ਸ਼ੀ ਇਜ਼ ਐਨ ਐਨਆਰਆਈ. ਹਾਂ, ਸੋ ਬਾਹਰ ਤੋਂ ਆਈ ਆ ਔਰ ਇੱਥੇ ਪੜ੍ਹਾਈ ਕਰ ਰਹੀ ਆ. ਹਾਂਜੀ. ਐਂਡ ਉਹਦੀ ਬਸ ਲਾਈਫ 'ਚ ਇਹ ਚੋਇਸ ਆ ਕਿ ਉਹਨੂੰ ਯੂ ਨੋ ਉਹ ਜੇ ਕਿਸੇ ਮੁੰਡੇ ਨਾਲ ਵਿਆਹ ਕਰੇ ਉਹਦੀ ਫੈਮਲੀ ਹੋਣੀ ਚਾਹੀਦੀ ਹੈ. ਸ਼ੀ ਇਜ਼ ਵੈਰੀ ਫੈਮਲੀ ਓਰੀਐਂਟਡ. ਸੋ ਉਹਨੂੰ ਕੋਈ ਇੱਦਾਂ ਦਾ ਬੰਦਾ ਨਹੀਂ ਚਾਹੀਦਾ ਕਿ ਜਿਹਦੇ ਅੱਗੇ ਪਿੱਛੇ ਕੋਈ ਨਾ ਹੋਵੇ. ਸੋ ਦੈਟਸ ਸ਼ੀ ਹੈਜ਼ ਦੀ ਸਿੰਪਲ desires in her life. ਉਹਦੇ ਵਿੱਚ ਕੀ madness create ਹੁੰਦੀ ਹੈ, how they take advantage of her this small little desire, ਉਹ ਤੁਸੀਂ ਫਿਲਮ ਦੇ ਵਿੱਚ ਦੇਖੋਗੇ. ਅੱਛਾ, ਤੇ ਮਤਲਬ ਤੁਹਾਡੀ ਫੈਮਿਲੀ ਵਾਰੀ ਗਰਾਰੀ ਕਰਕੇ ਗਿੱਪੀ ਭਾਜੀ ਆਪਦੀ ਫੈਮਿਲੀ ਲੱਭ ਰਹੇ ਹੁੰਦੇ ਆ ਫਿਲਮ ਦੇ ਵਿੱਚ. ਉਹ ਤੁਸੀਂ ਫਿਲਮ ਦੇ ਵਿੱਚ ਦੇਖੋ, ਬਟ ਆਈ ਥਿੰਕ ਕਾਫੀ ਕੁਝ ਟ੍ਰੇਲਰ 'ਚ ਤੁਹਾਨੂੰ ਸਮਝ ਆ ਰਿਹਾ ਆ. ਅਤੇ ਨੈਕਸਟ ਮੈਂ ਪੁੱਛਣਾ ਚਾਹਾਂਗਾ, ਤੁਸੀਂ ਮਾਹੀ ਗਿੱਲ ਨੂੰ ਰਿਪਲੇਸ ਕਰ ਰਹੇ ਹੋ ਪਾਰਟ 2 ਦੇ ਵਿੱਚ, ਹਾਊ ਡਿਫੀਕਲਟ ਵਾਜ਼ ਇਟ ਟੂ ਗੈਟ ਇਨ ਟੂ ਹਰ ਸ਼ੂਜ਼, ਬਿਕੋਜ਼ ਮਾਹੀ ਗਿੱਲ ਇਜ਼ ਅ ਬਿਗ ਨੇਮ ਇਨ ਬਾਲੀਵੁੱਡ ਐਂਡ ਪੰਜਾਬੀ ਸਿਨੇਮਾ. See, first of all, I would say I haven't replaced her. Achha. No one can replace anyone. If today, what Sonam Bajwa can add to a character, no one else can add. Yeah. And what an ex-actress can add to a character, that will be very different to what I can do. So there's no comparison. I think she's busy in a couple of Bollywood projects. So maybe that's why. Or ek hunda na, whoever's meant to be. I was never meant to do maybe 1984, but I ended up doing. Yeah, you ended up doing. Yeah, and that worked for me because that, eventually I was like, from God, I was meant to do. I think shoot shuru hon to baad tusi aayi si. Yeah. Poster de kisi aur da naam si. So, kuch cheezan thode layi baniyan hai, honiyan hi honiyan hai. Haan ji. So I appreciate her work. She's a very good actress. So ਹੁਣ ਇਹ ਤਾਂ ਆਡੀਅੰਸ ਦੇਖ ਕੇ ਦੱਸੂਗੀ ਕਿ ਹਾਊ ਮੱਚ ਜਸਟਿਸ ਹੈਵ ਆਈ ਡਨ, ਬਿਕਾਜ਼ ਆਈ ਐਮ ਦ ਨਿਊ ਐਡੀਸ਼ਨ ਇਨ ਦ ਫਿਲਮ. ਬਾਕੀ ਤਾਂ ਪਹਿਲਾਂ ਸਾਰੇ ਸੀਗੇ. ਸੋ ਲੈਟਸ ਸੀ, ਬਟ ਇਹ ਆ ਕਿ ਹਾਂ ਆਡੀਅੰਸ ਨੇ ਹਮੇਸ਼ਾ ਪਿਆਰ ਦਿੱਤਾ ਆ. ਸੋ ਲੈਟਸ ਸੀ, ਟ੍ਰੇਲਰ ਨੂੰ ਵੀ ਪਿਆਰ ਦੇ ਰਹੇ ਆ, ਗਾਣੇ ਵੀ ਉਹਨਾਂ ਨੂੰ ਪਸੰਦ ਆ ਰਹੇ. ਸੋ ਆਈ ਥਿੰਕ ਦੇ ਆਰ ਲਾਈਕਿੰਗ ਮੀ ਇਨ ਦ ਫਿਲਮ. ਠੀਕ ਹੈ, ਅਤੇ ਗਿੱਪੀ ਭਾਜੀ ਨਾਲ ਥਰਡ ਮੂਵੀ ਕਰ ਰਹੇ ਹੋ, ਅਤੇ ਕੈਮਿਸਟਰੀ ਕਿੱਦਾਂ ਇਵੋਲਵ ਹੋਈ ਹੈ ਓਵਰ ਦੀਸ ਥ੍ਰੀ ਫਿਲਮਸ? See, ਇਹ ਸਿੰਪਲ ਜਿਹੀ ਗੱਲ ਹੈ, ਦ ਮੋਰ ਕੰਫਰਟੇਬਲ ਯੂ ਆਰ ਵਿਦ ਐਨ ਐਕਟਰ, ਦ ਮੋਰ ਦ ਬੈਟਰ ਦ ਕੈਮਿਸਟਰੀ ਇਜ਼. ਸੋ ਹੁਣ ਦੋ ਤਿੰਨ ਫਿਲਮਾਂ ਅਸੀਂ ਕਰ ਲਈਆਂ ਆ, ਸੋ ਯੂ ਨੋ ਦੇਰ ਇਜ਼ ਦੈਟ ਕੰਫਰਟ ਲੈਵਲ, ਐਂਡ ਹੀ ਇਜ਼ ਅ ਵੈਰੀ ਨਾਈਸ ਪਰਸਨ, ਵੈਰੀ ਹੰਬਲ ਪਰਸਨ ਟੂ ਵਰਕ ਵਿਦ. ਤੋ ਹਮੇਸ਼ਾ ਉਹਨਾਂ ਦੇ ਨਾਲ ਕੰਮ ਕਰਨਾ ਈਜ਼ੀ ਹੈ. ਕੁਛ ਹੁੰਦੇ ਲੋਕ ਉਹਨਾਂ ਦੇ ਨਾਲ ਕੰਮ ਕਰਨਾ ਬਹੁਤ ਆਸਾਨ ਹੈ. ਸੋ ਉਹ ਗਿੱਪੀ ਉਹਨਾਂ ਦੇ ਵਿੱਚੋਂ ਇੱਕ ਆ, ਐਂਡ ਹੀ ਇਜ਼ ਟੈਲੈਂਟਡ ਐਂਡ ਹੀ ਵਿਲ ਆਲਵੇਜ਼ ਮੇਕ ਯੂ ਫੀਲ ਕੰਫਰਟੇਬਲ. ਸੋ ਇਟਸ ਆਲਵੇਜ਼ ਅ ਪਲੇਜ਼ਰ ਟੂ ਵਰਕ ਵਿਦ ਹਿਮ. ਸਮੀਪ ਕੰਗ ਜੀ ਦੀ ਮੈਂ ਗੱਲ ਕਰਾਂ, ਡਾਇਰੈਕਟ ਕਰ ਰਹੇ, ਤੁਸੀਂ ਦੱਸਿਆ ਕਿ ਉਹਨਾਂ ਨੇ ਤੁਹਾਨੂੰ ਨਰੇਟ ਕੀਤੀ ਸੀ ਸਕ੍ਰਿਪਟ, ਤੁਹਾਨੂੰ ਫਨੀ ਲੱਗੀ. ਹੀ ਇਜ਼ ਯੂਅਰ 6th ਡਾਇਰੈਕਟਰ ਇਨ ਪੰਜਾਬੀ ਸਿਨੇਮਾ, ਅਤੇ ਹਾਊ ਡਿਫਰੈਂਟ ਇਜ਼ ਹੀ ਫਰੋਮ ਦ ਅਦਰਸ? ਮਤਲਬ ਉਹਨਾਂ 'ਚ ਕੀ ਇਹੋ ਜਿਹੀ ਡਿਫਰੈਂਟ ਗੱਲ ਹੈ ਜੋ ਬਾਕੀਆਂ 'ਚ ਨਹੀਂ ਸੀ? ਸਭ ਤੋਂ ਜ਼ਿਆਦਾ ਉਹਨਾਂ 'ਚ ਜੋ ਡਿਫਰੈਂਟ ਚੀਜ਼ ਹੋਈ ਹੈ ਕਿ ਉਹ ਬਹੁਤ ਹੀ ਜ਼ਿਆਦਾ ਸ਼ਾਂਤ ਔਰ ਉਹ ਬਹੁਤ ਹੀ ਜ਼ਿਆਦਾ ਰਿਲੈਕਸ, ਬਹੁਤ ਹੀ ਜ਼ਿਆਦਾ ਚਿਲਡ ਆਊਟ ਡਾਇਰੈਕਟਰ ਹੈ. ਅੱਛਾ, ਮਤਲਬ ਇਨ ਮੈਨੂੰ ਮੈਂ ਕਦੇ ਕਦੇ ਮੈਨੂੰ ਸਮੀਪ ਨੂੰ ਕਹਿਣਾ ਪੈਂਦਾ, ਸਮੀਪ ਤੁਸੀਂ ਥੋੜ੍ਹਾ ਡਾਂਟੋ ਐਕਟਰਸ ਨੂੰ, ਥੋੜ੍ਹਾ ਡਾਂਟੋ, ਥੋੜ੍ਹਾ ਸਟ੍ਰਿਕਟ ਰਹੋ. ਹੀ ਇਜ਼ ਵੈਰੀ ਕਿਊਟ, ਹੀ ਇਜ਼ ਬਹੁਤ ਜ਼ਿਆਦਾ ਰਿਲੈਕਸ ਹੁੰਦਾ. ਮਤਲਬ ਮੈਂ ਉਹਨਾਂ ਨੂੰ ਕਦੇ
ਐ ਫਰਾਊਨ ਕਰਦੇ ਵੀ ਨਹੀਂ ਦੇਖਿਆ ਹੀ ਇਸ ਆਲਵੇਜ਼ ਸਮਾਈਲਿੰਗ ਔਰ ਹੀ ਇਸ ਸੱਚ ਅ ਜੈਂਟਲਮੈਨ ਕਿ ਉਹ ਕਿਸੇ ਵੀ ਕੁੜੀ ਨੂੰ ਚਾਹੇ ਕੋਈ ਵੀ ਹੋਵੇ ਸੈੱਟ 'ਤੇ ਉਹ ਦੇਖਦੇ ਆ ਕਿ ਕੋਈ ਆ ਰਿਹਾ ਹੀ ਵਿਲ ਗੈਟ ਅਪ ਫਰੋਮ ਹਿਸ ਸੀਟ ਉਹ ਖੜ੍ਹੇ ਹੋ ਜਾਂਦੇ ਮੈਨੂੰ ਮੈਂ ਉਹਨਾਂ ਨੂੰ ਉਹਨਾਂ ਅਸੀਂ ਮਜ਼ਾਕ ਕਰਦੇ ਹੁੰਦੇ ਉਹਨਾਂ ਦੇ ਨਾਲ ਮੈਂ ਉਹ ਮੈਂ ਜਦੋਂ ਦੂਰੋਂ ਹੀ ਉਹਨਾਂ ਨੂੰ ਦੇਖ ਲੈਂਦੀ ਹੁੰਦੀ ਸੀ ਨਾ ਤਾਂ ਉਹ ਮੈਨੂੰ ਦੇਖ ਲੈਂਦੇ ਸੀ ਤਾਂ ਖੜ੍ਹੇ ਹੋ ਜਾਂਦੇ ਸੀ ਸੋ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਸਮੀ ਸੀਟ ਬੈਲਟ ਔਨ ਡੋਂਟ ਗੈਟ ਅਪ ਸੀਟ ਬੈਲਟ ਔਨ ਸੋ ਹੀ ਇਜ਼ ਇਟਸ ਅਮੇਜ਼ਿੰਗ ਟੂ ਵਰਕ ਵਿਦ ਹਿਮ ਅੱਛਾ ਅਤੇ ਮੈਂ ਹੁਣ ਇੰਟਰਵਿਊ ਦੇ ਸ਼ੁਰੂ 'ਚ ਤੁਹਾਨੂੰ ਬੋਕਸ ਆਫਿਸ ਕੁਈਨ ਕਿਹਾ ਸੀ ਅਤੇ ਮੈਂ ਹੁਣ ਉਹਦੇ 'ਤੇ ਅੱਗੇ ਵਧਾਂਗਾ ਕਿ ਤੁਹਾਡੀਆਂ ਜਿੰਨੀਆਂ ਫਿਲਮਾਂ ਨੇ ਸਾਰੀਆਂ ਫਿਲਮਾਂ ਦੀ ਓਪਨਿੰਗ 1 ਕਰੋੜ 1.5 ਕਰੋੜ 2 ਕਰੋੜ 2.5 ਕਰੋੜ ਰਹੀ ਹੈ ਅਤੇ ਕਦੇ ਇਹ ਚੀਜ਼ ਡਰਾਉਂਦੀ ਨਹੀਂ ਕਿ ਰਿਕਾਰਡ ਇੱਕ ਹੁਣ ਮਤਲਬ ਹਰ ਫਿਲਮ ਤੋਂ ਬਾਅਦ ਫਿਲਮ ਹੈਟ੍ਰਿਕ ਹੋ ਗਈ ਡਬਲ ਹੈਟ੍ਰਿਕ ਹੋ ਗਈ ਕਦੇ ਨਰਵਸਨੈਸ ਨਹੀਂ ਆਉਂਦੀ ਕਿ ਕੋਈ ਇੱਕ ਫਿਲਮ ਹੋ ਜੀ ਕਦੇ ਆਵੇ ਤਾਂ ਸੀ ਲੱਕੀ ਆਈ ਮੀਨ ਹਾਲੇ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਆ ਦ ਫਿਲਮ ਵਾਜ਼ ਨੈਵਰ ਜਸਟ ਔਨ ਮਾਈ ਸ਼ੋਲਡਰ ਸੋ ਆਈ ਵਿਲ ਨੋਟ ਇਵਨ ਟੇਕ ਦ ਕ੍ਰੈਡਿਟ ਆਫ ਦੈਟ ਬਟ ਮੈਂ ਇਹ ਜ਼ਰੂਰ ਕਹੂੰਗੀ ਕਿ ਮੈਂ ਬਹੁਤ ਥੈਂਕਫੁਲ ਹਾਂ ਆਈ ਐਮ ਯੂ ਵਰ ਅ ਪਾਰਟ ਯਾ 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 ਸੋ ਆਈ ਐਮ ਜਸਟ ਥੈਂਕਫੁਲ ਐਂਡ ਆਈ ਰੀਲੀ ਹੋਪ ਦੈਟ ਜਿਹੜਾ ਇਹ ਇਹ ਗਰੋਥ ਹੈ ਨਾ ਉਹ ਇਹ ਇੱਦਾਂ 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 ਉੱਪਰ ਹੋਰ ਜ਼ਿਆਦਾ ਵੱਧਦੀ ਰਹੇ ਬਾਕੀ ਲੈਟਸ ਸੀ 31st ਨੂੰ ਸ਼ਾਇਦ ਮੈਨੂੰ ਥੋੜ੍ਹੀ ਥੋੜ੍ਹੀ ਜਿਹੀ ਨਰਵਸਨੈਸ ਜਾਂ ਥੋੜ੍ਹਾ ਜਿਹਾ ਕੁਛ ਹੋਊਗਾ ਬਟ ਹਾਲੇ ਤੱਕ ਤਾਂ ਆਈ ਐਮ ਰਿਲੈਕਸ ਬਿਕਾਜ਼ ਮੈਂ ਕੱਲ੍ਹ ਹੀ ਆਈ ਹਾਂ ਪੰਜਾਬ ਐਂਡ ਪੰਜਾਬ ਇਜ਼ ਮਾਈ ਫੇਵਰੇਟ ਪਲੇਸ ਇਨ ਆਰ ਕੰਟਰੀ ਤੇ ਚੰਡੀਗੜ੍ਹ ਮੇਰੀ ਬਹੁਤ ਫੇਵਰੇਟ ਸਿਟੀ ਤੁਸੀਂ ਹਮੇਸ਼ਾ ਪਾਨੇ ਹੋ ਗੋਇੰਗ ਟੂ ਮਾਈ ਫੇਵਰੇਟ ਸਿਟੀ ਪਤਾ ਨਹੀਂ ਇਦਾਂ ਲੱਗਦਾ ਕਿ ਮੈਂ ਰਿਲੈਕਸ ਹੋ ਗਈ ਜਦੋਂ ਮੈਂ ਚੰਡੀਗੜ੍ਹ ਆਉਂਦੀ ਹਾਂ ਆਈ ਜਸਟ ਫੀਲ ਆਈ ਐਮ ਕਾਮ ਆਈ ਐਮ ਰਿਲੈਕਸਡ ਤੇ ਹਲੇ ਤਾਂ ਮੈਂ ਇੰਜੋਏ ਕਰ ਰਹੀ ਹਾਂ ਸ਼ਾਇਦ 31st ਨੂੰ ਥੋੜ੍ਹਾ ਜਿਹਾ ਅੱਛਾ ਠੀਕ ਹੈ ਅਤੇ ਹੁਣ ਨਾ ਸੋਨਮ ਤੁਹਾਡੇ ਨਾਲ ਗੇਮ ਖੇਡਾਂਗੇ ਛੋਟੀ ਜੀ ਗੇਮ ਦਾ ਨਾਮ ਹੈ ਨੈਵਰ ਹੈਵ ਆਈ ਐਵਰ ਆਈ ਐਮ ਸ਼ੋਰ ਤੁਸੀਂ ਪੈਜਾਂ ਵੀ ਖੇਡੀ ਹੋਈ ਓਕੇ ਇਹ ਤੁਸੀਂ ਭਾਵੇਂ ਮੈਨੂੰ ਫੜਾ ਦਿਓ ਜੀ ਅਤੇ ਇਹ ਬੋਰਡ ਹੈ ਤੁਸੀਂ ਇੱਧਰ ਕੈਮਰੇ ਵੱਲ ਸ਼ੋਅ ਕਰਨਾ ਮੈਂ ਤੁਹਾਨੂੰ ਜੋ ਵੀ ਪੁੱਛੂੰਗਾ ਜੇ ਕੀਤਾ ਹੋਇਆ ਤਾਂ ਆਈ ਹੈਵ ਦਿਖਾ ਦਿਓ ਨਹੀਂ ਤਾਂ ਨੈਵਰ ਦਿਖਾ ਨੈਵਰ ਓਕੇ ਠੀਕ ਹੈ ਕਦੇ ਕਿਸੇ ਵੀ ਮੂਵੀ ਦੇ ਸੈੱਟਸ 'ਤੇ ਲੇਟ ਹੋਏ ਹੋਵੋ ਅਤੇ ਤੁਹਾਡੇ ਕਰਕੇ ਸ਼ੂਟਿੰਗ ਡਿਲੇ ਹੋਈ ਹੋਵੇ ਥੋੜ੍ਹੀ ਜਿਹੀ ਓਕੇ ਇਟਸ ਵੈਰੀ ਜੈਨੂਇਨ ਆਨਸਰ ਇੱਕ ਵਾਰ ਇੱਦਾਂ ਹੋਇਆ ਉਹ ਵੀ ਕੈਰੀ ਔਨ ਜੱਟਾ 2 ਦੇ ਸੈੱਟ ਤੇ ਉਹ ਕੋਸਟਿਊਮ ਦੀ ਪ੍ਰੋਬਲਮ ਹੋ ਗਈ ਸੀ ਉਹ ਪਤਾ ਨਹੀਂ ਸੀ ਕਿ ਅਸੀਂ ਸ਼ੂਟ ਸੀਨ ਕਰ ਉਹ ਸੀਨ ਸ਼ੂਟ ਕਰਨਾ ਆ ਐਂਡ ਮੇਰੇ ਕੱਪੜੇ ਹੋਟੇਲ ਸੀਗੇ ਸੋ ਬਿਕਾਜ਼ ਆਫ ਦੈਟ ਅਸੀਂ ਬਹੁਤ ਲੇਟ ਹੋ ਗਏ ਸੋ ਆਈ ਹੈਵ ਵਾਂਸ ਅੱਛਾ ਠੀਕ ਹੈ ਤੇ ਕਦੇ ਕਿਸੇ ਕੋ ਐਕਟਰ ਦੀ ਮਾੜੀ ਫਿਲਮ ਨੂੰ ਮੂੰਹ ਤੇ ਉਹਦੇ ਚੰਗਾ ਕਿਹਾ ਹੋਵੇ ਕਹਿਣਾ ਪਿਆ ਹੋਵੇ ਮਜਬੂਰੀ ਚ ਤੁਸੀਂ ਕੋਈ ਫਿਲਮ ਦੇਖ ਕੇ ਆਏ ਉਹਨਾਂ ਦੀ ਤੁਹਾਨੂੰ ਅੱਛੀ ਨਹੀਂ ਲੱਗੀ ਨੈਵਰ ਹਾਲੇ ਤੱਕ ਇੱਦਾਂ ਦਾ ਮੌਕਾ ਨਹੀਂ ਆਇਆ ਕਿਉਂਕਿ ਮੈਂ ਜ਼ਿਆਦਾਤਰ ਬੰਬੇ ਰਹਿੰਦੀ ਹਾਂ ਸੋ ਇੱਦਾਂ ਨਹੀਂ ਹੁੰਦਾ ਕਿ ਅਸੀਂ ਹਰ ਫਿਲਮ ਦੇ ਪ੍ਰੀਮੀਅਰ ਤੇ ਜਾਈਏ ਜਾਂ ਸਕਰੀਨਿੰਗ ਤੇ ਜਾਏ ਸੋ ਅ ਲੋਟ ਆਫ ਟਾਈਮਸ ਤੁਸੀਂ ਬਚ ਜਾਂਦੇ ਹੋ ਬਚ ਗਏ ਕੀ ਬਾਤ ਹੈ ਠੀਕ ਹੈ ਤੇ ਕਦੇ ਤੁਸੀਂ ਜਿਵੇਂ ਬੰਬੇ ਦਾ ਆਮ ਸ਼ੋਰ ਤੁਸੀਂ ਜਾਂਦੇ ਹੋ ਕਦੇ ਪੰਜਾਬ ਆ ਕੇ ਕਦੇ ਮਾਰਕੀਟਸ ਚ ਓਪਨ ਸਮਾਨ ਲੈਣ ਜਾਂਦੇ ਹੋ ਜਿਵੇਂ ਬ੍ਰੈਡ ਦੁੱਧ ਵਗੈਰਾ ਲੈਣ ਪੰਜਾਬ ਆ ਕੇ ਮੈਂ ਬ੍ਰੈਡ ਤੇ ਦੁੱਧ ਲੈਣ ਨਹੀਂ ਗਈ ਕਿਉਂਕਿ ਮੈਂ ਤਾਂ ਹੋਟਲ 'ਚ ਰਹਿੰਦੀ ਹਾਂ ਮੇਰਾ ਤਾਂ ਆਪਣਾ ਘਰ ਹੈ ਨਹੀਂ ਇੱਥੇ ਕੋਈ ਵੀ ਨਾਰਮਲ ਜ਼ਰੂਰਤ ਦੀਆਂ ਚੀਜ਼ਾਂ ਮੇਕਅਪ ਦਾ ਸਮਾਨ ਐਂਡ ਆਲ ਯਾ ਮੈਂ ਤਾਂ ਚਲੇ ਜਾਂਦੀ ਹਾਂ ਅੱਛਾ ਇੱਥੇ ਮੌਲ ਵਗੈਰਾ 'ਚ ਓਪਨ ਯੈਸ ਬਟ ਆਈ ਹੈਵ ਅ ਵੇ ਅੱਛਾ ਆਈ ਹੈਵ ਅ ਵੇ ਟੂ ਗੋ ਐਂਡ ਲੈਟ ਨਾਟ ਏਵਰੀਵਨ ਸੀ ਵਾਟ ਆਮ ਡੂਇੰਗ ਅੱਛਾ ਲੋਕਾਂ ਨੂੰ ਪਛਾਣ ਨਹੀਂ ਆਂ ਹਾਂ ਮੋਸਟ ਆਫ ਦ ਟਾਈਮਸ ਆਈ ਮੇਕ ਸ਼ੋਰ ਕਿ ਮੈਂ ਇਦਾਂ ਹੀ ਜਾਵਾਂ ਅੱਛਾ ਜੇ ਕਦੇ ਲੋਕੀ ਵਿੱਚ ਫੈਨਸ ਪਛਾਣ ਨਹੀਂ ਜਾਂਦੇ ਹਾਂ ਸੋ ਦੈਨ ਯਾ ਸੈਲਫੀ ਲੈ ਲੈਂਦੇ ਆ ਯਾ ਆਫ ਕੋਰਸ ਵਾਈ ਨਾਟ ਅੱਛਾ ਠੀਕ ਹੈ ਤੇ ਕਦੇ ਕੋਈ ਫਰੈਂਡਸ ਆਪਸ 'ਚ ਬੈਠੇ ਹੋਣ ਗੱਲਾਂ ਬਾਤਾਂ ਚੱਲ ਗਈਆਂ ਤੁਹਾਡੇ ਦਿਮਾਗ 'ਚ ਕੋਈ ਪੰਚਲਾਈਨ ਆਈ ਹੈ ਤੁਹਾਨੂੰ ਲੱਗਿਆ ਉਹ ਪੰਚਲਾਈਨ ਹੈ ਬਟ ਜਦੋਂ ਤੁਸੀਂ ਉਹ ਮਾਰੀ ਤੇ ਉਹ ਪੰਚਲਾਈਨ ਵੱਜੀ ਨਹੀਂ ਲੋਕਾਂ ਨੂੰ ਜੋਕ ਤੇ ਹਾਸਾ ਨਹੀਂ ਆਇਆ ਇਦਾਂ ਹੁੰਦਾ ਕਦੇ ਨਹੀਂ ਪਤਾ ਐਕਚੁਅਲੀ ਮੇਰੇ ਸਾਰੇ ਫਰੈਂਡਸ ਨੂੰ ਇਹ ਲੱਗਦਾ ਹੈ ਕਿ ਆਈ ਐਮ ਫਨੀ ਬਟ ਕਈ ਕੰਪਲੇਨ ਇਹ ਕਰਦਾ ਕਿ ਆਈ ਡੋਂਟ ਹੈਵ ਅ ਗੁੱਡ ਸੈਂਸ ਆਫ ਹਿਊਮਰ ਸੋ ਮੈਂ ਜੋਕਸ ਨਹੀਂ ਕਰੈਕ ਕਰਦਾ ਅੱਛਾ ਜੋਕਸ ਨਹੀਂ ਕਰੈਕ ਕਰਦੇ ਠੀਕ ਹੈ ਤੇ ਨੈਵਰ ਹੈਵ ਆਈ ਐਵਰ ਮੇਡ ਅ ਫੇਕ ਸੋਸ਼ਲ ਮੀਡੀਆ ਅਕਾਊਂਟ ਨੈਵਰ ਨੋ ਅੱਛਾ ਇੱਕੋ ਹੀ ਨਹੀਂ ਸਾਹਮਣੇ ਜਾਂਦਾ ਜਿਹੜਾ ਹੈ ਉਹਦੇ 'ਤੇ ਕੋਨਸਟੈਂਟ ਪ੍ਰੈਸ਼ਰ ਹੁੰਦਾ ਬਿਕੋਜ਼ ਯੂ ਨੋ ਫੈਨਸ ਰੀਲੀ ਵਾਂਟ ਟੂ ਸੀ ਮੋਰ ਆਫ ਯੂ ਮੋਰ ਆਫ ਯੂ ਸੋ ਮੈਂ ਹੁਣ ਜਿੱਦਾਂ ਹੁਣ ਟਵਿੱਟਰ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਸਨੈਪਚੈਟ ਹੁਣ ਤਿੰਨਾਂ 'ਤੇ ਤਾਂ ਮੇਰੇ ਤੋਂ ਤਾਂ ਹੁੰਦਾ ਹੀ ਨਹੀਂ ਸੀ ਆਈ ਐਮ ਜਸਟ ਮੋਸਟ ਆਫ ਟਾਈਮਸ ਔਨ ਇੰਸਟਾਗ੍ਰਾਮ ਉਹ ਹੀ ਨਹੀਂ ਹੋ ਪਾਉਂਦਾ ਫੇਕ ਤਾਂ ਕਿੱਥੇ ਹੀ ਬਣਾਉਂਦਾ ਅਤੇ ਇਹ ਤਾਂ ਗੇਮ ਆਪਣੀ ਹੋ ਗਈ ਓਕੇ ਹੁਣ ਇੱਕ ਫਟਾਫਟ 2 ਮਿੰਟਾਂ 'ਚ ਰੈਪਿਡ ਫਾਇਰ ਕਰਾਂਗੇ ਪੀ ਆਰ ਵਗੇ ਕਾਗੇ ਪੈ ਰਹੇ ਅੱਛਾ ਅਤੇ ਜੇ ਤੁਹਾਨੂੰ ਹੁਣੇ ਭੁੱਖ ਲੱਗੀ ਹੋਵੇ ਤਾਂ ਕੀ ਔਡਰ ਕਰਨਾ ਚਾਹੋਗੇ ਦੇਖੋ ਜੈਨੂਇਨ ਵਗੀ ਭੁੱਖ ਡਾਈਟ ਵਗੀ ਨਹੀਂ ਜੇ ਮੈਂ ਕੁਛ ਵੀ ਖਾ ਸਕਦੀ ਹਾਂ ਹਾਂ ਕੁਛ ਵੀ ਖਾ ਸਕਦੀ ਆਈਸ ਕ੍ਰੀਮ ਦੈਟਸ ਇਟ ਯਾ ਬਿਕਾਜ਼ ਯੂ ਇੱਕ ਤਾਂ ਗਰਮੀ ਬਹੁਤ ਹੈ ਐਂਡ ਮਿੱਠਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਸੋ ਆਈਸ ਕ੍ਰੀਮ ਅੱਜ ਸਵੇਰੇ ਤੁਸੀਂ ਸਭ ਤੋਂ ਪਹਿਲਾਂ ਉੱਠਦੇ ਹੀ ਕੀ ਕੀਤਾ ਸੀ ਸਭ ਤੋਂ ਪਹਿਲਾਂ ਉੱਠ ਕੇ ਮੈਂ ਜਿਹੜਾ ਮੇਰਾ
I stalk so many designers, makeup artists, because oh, मैंनु देखन दा बहुत मज़ा आता है. I love shopping, so I just keep seeing कपड़े. ये तो ही escape route कह रहे हो? नहीं नहीं नहीं, but honestly, एक conscious, I know लोग की believe नहीं करेंगे, सोचेंगे कि oh, I'm trying to be so nice, but you know, जिधे लोग का नो मैं follow नहीं कर दी, I don't want to, मैं उन्हें pictures देख दी भी नहीं, अगर कोई explore चु देख जाता रहे, because this is something I want to cultivate in my life. True. Like it's true. Jekar tonu mauka de ditta jave ki ek din waste koi superhero banna hai ta keda superhero choose karo? Wonder Woman. Yes. Kya baat hai. She's your favorite? Oh yeah, I'm a huge fan of that film. I'm a huge fan of Gal Gadot. She's so gorgeous. Haan ji. Mainu bahut pasand hai. Acha. Te what is the first thing you notice in a boy? First thing I notice in a boy. Haan ji. See, first thing, I like if someone is, I like guys who have good sense of humor. अच्छा, ठीक है. ते हुन last time गए rapid fire था. One thing you love about being a celebrity? The love of audience. I mean, it is such a blessing, such a blessing. And I actually love everything about being a celebrity. But सब तो ज़्यादा जो मैंने पसंद है is like जो लोग जो ना तो सी one on one मिल भी नहीं कभी पाउंदे ज़्यादा कुछ नहीं तो शायद तुसी कभी मिलते भी नहीं but they still love you they have your wallpapers they have your pictures and ना love दी कोई value नहीं है कि you can't compare it with anything else सोनम तुसी पंजाबी में नहीं आते आए साड़ी वगैरह छोटा जेट ओपन ऑफ how sweet thank you अजी थोड़ी डाइट दा ध्यान रखे हैं what is this dark chow I can't have that though But thank you. Welcome. I'll share it with everyone. Welcome. ते हम जानते जानते सारे fans नो ये दास जाओ कि Carry On Jatta 2 क्यों देखा जा? देखो जिन्ना ने भी Carry On Jatta 1 देखी है, they have all the reasons to watch it, and थोड़ी demand पे ऐसी 2 बनाई है, so please go 1st of June and watch Carry On Jatta with all your friends and family. Sonam, thank you so much for being on Punjabi Mania. Looking forward to all your movies. Thank you. Thank you so much. सब्सक्राइब करो साडा यूट्यूब चैनल पंजाबी मेनिया ते अपने फोन ते नवीं वीडियोस देखने दे लई हिट करो बेल आइकन सोन बाद में मैं पंकज बत्रा सर सत श्री अकाल पंजाबी मेनिया स्वागत है तुम्हारा सत श्री अकाल थैंक यू सो मच की हाल चाल है बहुत बढ़िया मैम दिनों दिन निखरते जा रहे हो की गल ओहो तुसी एक किते कॉन्ट्रैक्ट नहीं कीता पंजाबी मेनिया नाल कि जदों मिलना आ हर एक्ट्रेस नु कॉम्प्लीमेंट देना आ है ताही इंटरव्यू दी शुरुआत करनी है देखो एक्टर जदों खूबसूरत होना सी खूबसूरत लोका नाल बैठ के खूबसूरत गल्ला करदे आ ते खूबसूरती नु जदों खूबसूरती कहना होवे ते उच्च कोई शर्म नहीं करनी चाहिए थैंक यू सो मच थैंक यू भाजी फिल्म आ रही है जिंदे मेरी जी की हाल किदा प्रमोशन किदा चल रही है फिल्म दी ਟੱਚਵਰਡ ਬਹੁਤ ਅੱਛੀ ਤੁਸੀਂ ਸਾਰੇ ਹੈਗੇ ਤਾਂ ਵਧੀਆ ਹੀ ਹੋਊਗੀ ਮੈਮ ਤੁਹਾਡੇ ਤੋਂ ਪੁੱਛਣਾ ਚਾਹਾਂਗੇ 2019 ਦੇ ਵਿੱਚ ਤੁਹਾਡੀਆਂ 4 ਫਿਲਮਾਂ ਆਈਆਂ ਨੇ ਚਾਰੇ ਫਿਲਮਾਂ ਦੇ ਵਿੱਚ ਤੁਹਾਡੇ ਕੈਰੈਕਟਰ ਨਾ ਵੱਖੋ ਵੱਖਰੇ ਸੀਗੇ ਤੁਹਾਡੇ ਲਈ ਕਿਵੇਂ ਰਿਹਾ 2019 ਤੁਸੀਂ ਕਿਵੇਂ ਸੋਚਦੇ ਹੋ 2019 ਨੂੰ ਲੈ ਕੇ ਮੇਰੇ ਲਈ ਬਹੁਤ ਵਧੀਆ ਰਿਹਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਵੱਖਰਾ ਕਰਨ ਨੂੰ ਮਿਲਿਆ ਤੇ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਨਾ ਬਲੇਸਿੰਗਸ ਸੀਗੀਆਂ ਤੇ ਮੇਰੇ ਲਈ ਬਹੁਤ ਵਧੀਆ ਰਿਹਾ 2019 ਤੇ ਕੋਈ ਸ਼ਿਕਾਇਤ ਨਹੀਂ ਆ ਕੋਈ ਰਿਗਰੈਟ ਨਹੀਂ ਆ ਕੋਈ ਕੰਪਲੇਨ ਨਹੀਂ ਆ ਤੇ ਕਿਉਂਕਿ 2019 ਚ ਇੰਨੀ ਸਾਰਾ ਪਿਆਰ ਇੰਨਾ ਸਾਰਾ ਕੁਝ ਮਿਲਿਆ ਤਾਂ ਹੁਣ ਮੈਂ ਐਕਸਾਈਟਿਡ ਆ 2020 ਚ ਹੋਰ ਵੀ ਮਿਹਨਤ ਕਰਨ ਨੂੰ ਤੇ ਕੁਝ ਹੋਰ ਵੱਖਰਾ ਕਰਨ ਨੂੰ ਮੈਮ ਤੁਹਾਡੇ ਕਿਹੜੇ ਸੁਪਨੇ ਆ ਜਿਹੜੇ ਯਾਦੀ ਪੂਰੇ ਨਹੀਂ ਕਰ ਰਹਾ ਪੰਜਾਬ ਦਾ ਚੈਂਪੀਅਨ ਪਰਮੇਸ਼ਰ ਵਰਮਾ ਪੂਰੇ ਨਹੀਂ ਕਰ ਰਹਾ ਤੁਹਾਡੇ ਛੋਟੇ ਛੋਟੇ ਸੁਪਨੇ ਆ ਕਿਹੜੇ ਸੁਪਨੇ ਜਿਹੜੇ ਅਜੇ ਪੂਰੇ ਨਹੀਂ ਕਰ ਰਹਾ ਫਿਰ ਮੈਂ ਸਾਰੇ ਦੇਖਣ ਦੇ ਲਈ ਤੁਹਾਨੂੰ ਹੁਣ ਦੱਸ ਦੂੰਗੀ ਤਾਂ ਫਿਰ ਤੁਸੀਂ 24 ਤਰੀਕ ਨੂੰ ਕੀ ਕਰੋਗੇ ਨਹੀਂ ਕੁਛ ਨਾ ਕੁਛ ਸਾਨੂੰ ਦੱਸੋ ਨਾ ਵੀ ਅਸੀਂ ਤਾਂ ਹੀ ਫਿਰ ਉਹ ਫਿਲਮ ਹੋਰ ਸਾਡੇ ਤੇ ਚਾਹ ਹੋ ਜਾਏਗਾ ਨਾ ਅਸੀਂ ਹੋਰ ਘੁੰਮ ਕੇ ਫਿਲਮ ਦੇਖਣ ਆਵਾਂਗੇ ਨਾ ਦੇਖੋ ਇੱਕ ਜੋ ਕਿਰਦਾਰ ਹੈ ਰਹਿਮਤ ਦਾ ਉਹਦੇ ਸਿੰਪਲ ਜਿਹੇ ਹੀ ਸੁਪਨੇ ਆ ਤੁਸੀਂ ਦੇਖਿਆ ਟ੍ਰੇਲਰ 'ਚੋਂ ਗੱਲ ਕਹਿ ਰਹੀ ਆ ਕਿ ਮੇਰੇ ਥੋੜ੍ਹੇ ਜਿਹੇ ਛੋਟੇ ਛੋਟੇ ਸੁਪਨੇ ਆ ਕਿ ਇੱਕ ਘਰ ਹੋਵੇ ਦੋ ਬੱਚੇ ਹੋਣ ਸੋ ਉਹਦੇ ਇੱਦਾਂ ਦੇ ਸੁਪਨੇ ਆ ਸੋ ਹੁਣ ਤੁਸੀਂ ਇਹ ਦੇਖੋ ਕਿ ਪਰਮੀਸ਼ ਜੋ ਯਾਦੀ ਦਾ ਕਿਰਦਾਰ ਹੈ ਉਹ ਵਿਆਹ ਕਰ ਵੀ ਰਿਹਾ ਇਹਦੇ ਨਾਲ ਕਿ ਨਹੀਂ ਕਰ ਰਿਹਾ ਤੇ ਕਿਉਂ ਨਹੀਂ ਕਰ ਰਿਹਾ ਕਿਉਂ ਨਹੀਂ ਹੋ ਰਿਹਾ ਜਾਂ ਹੋ ਜਾਂਦਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਆ ਤਾਂ ਬਟ ਲੇਕਿਨ ਕੁੜੀ ਦੇ ਸੁਪਨੇ ਬਹੁਤ ਛੋਟੇ ਆ ਟੂ ਕਿਡਸ ਗੁੱਡ ਮੈਰਿਜ ਛੋਟਾ ਜਿਹਾ ਘਰ ਨਾ ਬੜੇ ਸੋਹਣੇ ਰੱਖੇ ਡਾਕਟਰ ਸਾਹਿਬ ਤੁਸੀਂ ਰਹਿਮਤ ਯਾਦੀ ਇਹ ਨਾ ਕਿੱਥੋਂ ਤੁਸੀਂ ਸਟੋਰੀ ਦੀ ਜਿਹੜੀ ਹੈਗੀ ਹੈ ਜਿਹੜੀ ਹੁੱਕ ਹੈ ਜਾਂ ਸਟੋਰੀ ਦੀ ਜਿਹੜੀ ਜਾਨ ਹੈ ਉਹ ਕਿੱਥੇ ਪਈ ਹੈ ਫਿਲਮ ਦੀ
ਨਹੀਂ ਸਟੋਰੀ ਤਾਂ ਮੇਰੀ ਹੈ ਪਰ ਨਾਮ ਸੋਨਮ ਦਾ ਤੁਸੀਂ ਆਪ ਰੱਖਣਾ ਨਾਮ ਮੈਂ ਆਪਣੇ ਕਿਰਦਾਰ ਦਾ ਨਾਮ ਆਪੇ ਰੱਖ ਇਹਨੂੰ ਇਹ ਨਾਮ ਬਹੁਤ ਪਸੰਦ ਸੀਗਾ ਸੋ ਸ਼ੀ ਸੁਜੈਸਟਿਡ ਕਿ ਇਹ ਨਾਮ ਅਗਰ ਹੋਏ ਤਾਂ ਹੋ ਸਕਦਾ ਬੈਟਰ ਤਾਂ ਮੈਨੂੰ ਆਪ ਨੂੰ ਲੱਗਿਆ ਕਿ ਇਹ ਨਾਮ ਇਹਨਾਂ ਦੀ ਪਰਸਨੈਲਿਟੀ 'ਚ ਸੂਟ ਬਹੁਤ ਕਰਦਾ ਸੇਮ ਵਿਦਿਆਦੀ ਅਸੀਂ ਕੁਛ ਲੱਭ ਰਹੇ ਸੀਗੇ ਜੋ ਮਤਲਬ ਕਨੈਕਟ ਕਰੇ ਪੰਜਾਬ ਦੇ ਹਰ ਮੁੰਡੇ ਨਾਲ ਇੱਕ ਬੜਾ ਬੋਏ ਨੈਕਸਟ ਡੋਰ ਨਾਮ ਯਾਦੀ ਅਸੀਂ ਬੜਾ ਸੁਣਨ ਨੂੰ ਮਿਲਿਆ ਯਾਦਵਿੰਦਰ ਸਿੰਘ ਦਾ ਪੂਰਾ ਨਾਮ ਹੈ ਯਾਦੀ ਕਹਿ ਦਿੰਦੇ ਹਾਂ ਜਿੱਦਾਂ ਸਾਡੇ ਪੰਜਾਬੀਆਂ 'ਚ ਹੁੰਦਾ ਸ਼ੋਰਟ ਫੋਰਮ ਲਖਵਿੰਦਰ ਦਾ ਲੱਕੀ ਹੋ ਜਾਂਦਾ ਹਰਜਿੰਦਰ ਦਾ ਐਰੀ ਹੋ ਜਾਂਦਾ ਸੋ ਤਾਂ ਕਿ ਉਹ ਕਰੈਕਟਰ ਦਾ ਕਨੈਕਸ਼ਨ ਹੋਵੇ ਸੋ ਮੈਨੂੰ ਆਪ ਨੂੰ ਰਹਿਮਤ ਨਾਮ ਬੜਾ ਪਸੰਦ ਆਇਆ ਮਤਲਬ ਇਹਨਾਂ ਦੀ ਪਰਸਨੈਲਿਟੀ ਦੀ ਸੂਟ ਵੀ ਬਹੁਤ ਕਰਦਾ ਟੱਚ ਮੈਮ ਰਹਿਮਤ ਬੜੀ ਜਜ਼ਬਾਤੀ ਹੈ ਜੇ ਟ੍ਰੇਲਰ ਤਾਂ ਦੇਖਦੇ ਆਪਾਂ ਜਜ਼ਬਾਤੀ ਹੈ ਉਹ ਬੜੇ ਜਜ਼ਬਾਤ ਨੇ ਬੜੇ ਮਤਲਬ ਹਰ ਚੀਜ਼ ਨੂੰ ਬੜੀ ਸ਼ਿੱਦਤ ਨਾਲ ਦੇਖ ਰਹੀ ਹੈ ਰਹਿਮਤ ਅਤੇ ਕੀ ਰਹਿਮਤ ਜਦੋਂ ਐਡਮ ਮੁਟਿਆਰਾ ਤੋਂ ਬਾਅਦ ਇੱਕ ਕੜਪ ਜਿਹਾ ਕਿਰਦਾਰ ਕਰਨ ਤੋਂ ਬਾਅਦ ਜਦੋਂ ਇੱਕ ਇੰਨਾ ਜਜ਼ਬਾਤੀ ਕਰੈਕਟਰ ਕਰਨਾ ਸੀਗਾ ਉਹ ਕਿੰਨਾ ਕੁ ਸੀਗਾ ਔਖਾ ਜਾਂ ਸੌਖਾ ਸੀਗਾ ਇਸ ਕਰੈਕਟਰ ਨੂੰ ਆਪਣੇ ਲਈ ਢਾਲਣਾ ਜਾਂ ਜ਼ਿੰਦਗੀ ਜਿਉਣੀ ਹੈ ਕਰੈਕਟਰ ਲਈ ਆਈ ਥਿੰਕ ਹਰ ਕਿਰਦਾਰ ਕਰਨ ਤੋਂ ਪਹਿਲਾਂ ਮੈਨੂੰ ਥੋੜ੍ਹੀ ਨਰਵਸਨੈਸ ਹੁੰਦੀ ਆ ਇਸ ਫਿਲਮ 'ਚ ਸੀਗੀ ਹਰ ਫਿਲਮ ਤੋਂ ਪਹਿਲਾਂ ਹੁੰਦੀ ਆ ਇਹਦੇ 'ਚ ਵੀ ਸੀਗੀ ਅਤੇ ਬਟ ਕਿਉਂਕਿ ਜਦੋਂ ਸਕ੍ਰਿਪਟ 'ਚ ਇੱਦਾਂ ਦਾ ਲਿਖਿਆ ਹੋਵੇ ਚੀਜ਼ਾਂ ਅਤੇ ਉਹ ਫਿਰ ਥੋੜ੍ਹੀਆਂ ਤੁਹਾਡੇ ਲਈ ਐਜ਼ ਐਨ ਐਕਟਰ ਥੋੜ੍ਹਾ ਜਿਹਾ ਈਜ਼ੀ ਹੋ ਜਾਂਦੀਆਂ ਸੋ ਪੰਕਜ ਸ਼ੁਰੂ ਤੋਂ ਹੀ ਕਲੀਅਰ ਸੀਗੀ ਕਿ ਉਹਨਾਂ ਨੂੰ ਕਿੱਦਾਂ ਕੀ ਚਾਹੀਦਾ ਆ ਉਹਨਾਂ ਨੇ ਓਬਵੀਅਸਲੀ ਮੈਨੂੰ ਦੱਸਿਆ ਕਿ ਰਹਿਮਤ ਇੱਦਾਂ ਆ ਇੱਦਾਂ ਆ ਇੱਦਾਂ ਹੋ ਗਈ ਉਹ ਕੁੜੀ ਇੱਦਾਂ ਦੀ ਉਹਦੇ ਸੋ ਹੀ ਮੇਡ ਇਟ ਵੈਰੀ ਈਜ਼ੀ ਅਤੇ ਬਾਕੀ ਜਦੋਂ ਡਾਇਲੋਗਸ ਹੋਣ ਜਦੋਂ ਇੱਕ ਸੀਨ ਹੋਵੇ ਜਦੋਂ ਤੁਸੀਂ ਪਰਫੋਰਮ ਕਰਦੇ ਹੋ ਤਾਂ ਆਈ ਥਿੰਕ ਸੀਨ ਕਰਨ ਤੋਂ ਪਹਿਲਾਂ ਤੱਕ ਮੈਨੂੰ ਨਹੀਂ ਪਤਾ ਹੁੰਦਾ ਕਿ ਕਿੱਦਾਂ ਹੋਊਗਾ ਮੈਂ ਬਹੁਤ ਜ਼ਿਆਦਾ ਉਹਦੇ 'ਤੇ ਬਹੁਤ ਜ਼ਰੂਰਤ ਤੋਂ ਜ਼ਿਆਦਾ ਨਹੀਂ ਉਹਦੇ 'ਤੇ ਰਿਹਰਸਲਸ ਜਾਂ ਉੱਤੇ ਉਹ ਸੋਚਦੀ ਥੋੜ੍ਹਾ ਜਿਹਾ ਸਪੋਨਟੇਨੀਅਸ ਵੀ ਮੈਨੂੰ ਲੱਗਦਾ ਹੋਣਾ ਚਾਹੀਦਾ ਅਤੇ ਮਿਹਨਤ ਲੱਗੀ ਔਰ ਨਰਵਸਨੈਸ ਵੀ ਸੀ ਡਰ ਵੀ ਸੀਗਾ ਕਿਉਂਕਿ ਜਿੰਨੇ ਵੀ ਜੇ ਤੁਸੀਂ ਆਪ ਕਿਹਾ ਕਿ ਚਾਰੋਂ ਕਿਰਦਾਰ ਅੱਡ ਸੀਗੇ ਪਿਛਲੇ ਸਾਲ ਜੋ ਕੀਤੇ ਅਤੇ ਇਹਦੇ ਲਈ ਵੀ ਮੈਨੂੰ ਨਰਵਸ ਸੀਗੀ ਔਰ ਨਰਵਸਨੈਸ ਸੀਗੀ ਕਿਉਂਕਿ ਇਹ ਵੀ ਅੱਡ ਸੀਗਾ ਪਹਿਲੀ ਵਾਰ ਮੈਂ ਇੱਦਾਂ ਦਾ ਕੁਛ ਕਰ ਰਹੀ ਸੀ ਸੋ ਬਟ ਹੋਪਫੁਲੀ ਔਡੀਅੰਸ ਨੂੰ ਪਸੰਦ ਆਊਗਾ ਹੁਣ 3-4 ਡੇਜ਼ ਟੂ ਗੋ ਮੈਂ ਇੱਥੇ ਮੈਂ ਪੁੱਛਣਾ ਚਾਹੁੰਦਾ ਵੀ ਜਿੱਦਾਂ ਜਿਹੜੇ ਪੁਰਾਣੇ ਐਕਟਰ ਸੀਗੇ ਜਿੱਦਾਂ ਬਲਰਾਜ ਸਾਹਨੀ ਹੋ ਗਿਆ ਜਾਂ ਆਪਾਂ ਅੱਜ ਦੀ ਗੱਲ ਕਰ ਰਹੇ ਹਾਂ ਨਵਾਜੁਦੀਨ ਸਦੀਕੀ ਹੋ ਗਿਆ ਜਾਂ ਰਣਵੀਰ ਸਿੰਘ ਹੋ ਗਿਆ ਉਹ ਕਹਿੰਦੇ ਜਦੋਂ ਅਸੀਂ ਕਰੈਕਟਰ ਜੂ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਪਹਿਲਾਂ ਸਾਨੂੰ ਕਰੈਕਟਰ ਦੇ ਵਿੱਚ ਐਂਟਰ ਹੋਣ ਨੂੰ ਕਰੈਕਟਰ ਨੂੰ ਸਮਝਣ ਲਈ ਪਹਿਲਾਂ ਬੜਾ ਟਾਈਮ ਲੱਗਦਾ ਉਸ ਤੋਂ ਬਾਅਦ ਨਿਕਲ ਲਈ ਕਰੈਕਟਰ ਨੂੰ ਬੜਾ ਟਾਈਮ ਲੱਗਦਾ ਤੁਹਾਡੇ ਲਈ ਕਦੇ ਹੋਇਆ ਵੀ ਕਿਸੇ ਕਰੈਕਟਰ ਨੂੰ ਲੈ ਕੇ ਤੁਸੀਂ ਪਹਿਲਾਂ ਤਾਂ ਤੁਹਾਨੂੰ ਉਸ ਕਰੈਕਟਰ ਨੂੰ ਜੋਣ ਲਈ ਤੁਹਾਨੂੰ ਬੜਾ ਔਖਾ ਹੋਏ ਹੋ ਉਸ ਤੋਂ ਬਾਅਦ ਛੱਡਣ ਲਈ ਕਰੈਕਟਰ ਨੂੰ ਤੁਹਾਨੂੰ ਉਹੀ ਜਿਹਾ ਬਿਹੇਵ ਤੁਸੀਂ ਕਰਦੇ ਰਹੇ ਹੋ ਇਹ ਮੇਰੇ ਨਾਲ ਹੋਇਆ ਸੀਗਾ ਅੜਬ ਮੁਟਿਆਰਾਂ ਦੇ ਟਾਈਮ ਕਿਉਂਕਿ ਉਹ ਬੋਲੀ ਉਹ ਬੋਡੀ ਲੈਂਗੁਏਜ ਅਤੇ ਉਹਦੇ ਬਾਅਦ ਜਦੋਂ ਮੈਂ ਜਦੋਂ ਕੋਈ ਫਿਲਮ ਸੈੱਟ ਜਾਂ ਇਨਫੈਕਟ ਮੇਰੇ ਇੱਕ ਡਾਇਰੈਕਟਰ ਹੈਗੇ ਆ ਸਿਮਰ ਜਿਨ੍ਹਾਂ ਨੇ ਮੁਕਲਾਵਾ ਨਿੱਕਾ ਜੈਲਦਾਰ ਵਗੈਰਾ ਕੀਤੀ ਆ ਉਹਨਾਂ ਨੇ ਮੈਨੂੰ ਮਿਲ ਕੇ ਵੀ ਕਿਹਾ ਕਿ ਯਾਰ ਤੂੰ ਹੁਣ ਉੱਦਾਂ ਹੀ ਗੱਲ ਕਰਨ ਲੱਗ ਪਈ ਆ ਤੂੰ ਉੱਦਾਂ ਹੀ ਬੋਲਦੀ ਆ ਤੂੰ ਸਭ ਮੈਨੂੰ ਆਪਣੇ ਆਪ ਨੂੰ ਥੋੜ੍ਹਾ ਰਿਮਾਇੰਡ ਕਰਨਾ ਪੈਂਦਾ ਸੀ ਸਪੈਸ਼ਲੀ ਬੋਡੀ ਲੈਂਗੁਏਜ ਜਾਂ ਲੈਂਗੁਏਜ ਜਿੱਦਾਂ ਹੁਣ ਵੀ ਆ ਮੇ ਬੀ ਬਿਕੋਜ਼ ਇੰਨਾ ਜ਼ਿਆਦਾ ਕੰਮ ਪਹਿਲਾਂ ਨਹੀਂ ਸੀ ਕਦੇ ਜ਼ੋਰ ਨਹੀਂ ਸੀ ਲੱਗਾ ਕਿਸੇ ਕਿਰਦਾਰ ਤੇ ਹਲੇ ਵੀ ਜੇ ਤੁਸੀਂ ਮੈਨੂੰ ਇੰਪਰੋਵਾਈਜ਼ ਕਰਨ ਨੂੰ ਕਹਿ ਦੋ ਜੇ ਲੜਾਈ ਝਗੜਾ ਤੇ ਮੈਂ ਉਸੇ ਟੋਨ ਚ ਸ਼ੁਰੂ ਹੋ ਜਾਂਦੀ ਆ ਸੋ ਵਿਚ ਇਸ ਇਹ ਟ੍ਰੇਲਰ ਚ ਵੀ ਸਾਨੂੰ ਦੇਖਣ ਨੂੰ ਮਿਲਿਆ ਕਿਤੇ ਨਾ ਕਿਤੇ ਅੱਛਾ ਜਦੋਂ ਕਿਤੇ ਇਹ ਜਿੱਦਾਂ ਬੋਲੀ ਨਹੀਂ ਥੋੜਾ ਜਿਹਾ ਮੈਨੂੰ ਲੱਗਿਆ ਮੈਨੂੰ ਲੱਗਿਆ ਜਦੋਂ ਤੁਸੀਂ ਦੋਜੀ ਤੁਸੀਂ ਸਾਡਾ ਸੈਕਿੰਡ ਡਾਇਲੋਗ ਆਂਦਾ ਨਾ ਫਿਰ ਉਹਦੇ ਵਿੱਚ ਆਦਾ ਜਦੋਂ ਕੀ ਸੀਗਾ ਉਹ ਦੇਖੋ ਹੁਣ ਪੰਜਾਬੀ ਹੈਗੀ ਆ ਕਿਤੇ ਔਰ ਮੇਰੇ ਮੰਮੀ ਅੰਮ੍ਰਿਤਸਰ ਤੋਂ ਨੇ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਹੈਗੇ ਜਿਹੜੇ ਇੱਦਾਂ ਹੀ ਬੋਲਦੇ ਆ ਸੋ ਬਚਪਨ ਚ ਵੀ ਮੈਂ ਬੋਲੀ ਹੋਈ ਆ ਬਟ ਇੱਕ ਉਹ ਕਹਿੰਦੇ ਆ ਨਾ ਕਿ ਉਹ ਜਿੰਨਾ ਫਰੀਲੀ ਜਦੋਂ ਮੈਂ ਐਡਮ ਮੁਟਿਆਰਾਂ ਦੇ ਸੈੱਟ 'ਤੇ ਸੀ ਕਰ ਰਹੀ ਸੀ ਜੇ ਮੈਨੂੰ ਤੁਸੀਂ ਇੰਪਰੋਵਾਈਜ਼ ਕਰਨ ਨੂੰ ਅੱਜ ਕਹਿ ਦਿਓ ਕਿ ਇੱਕ ਪੰਜਾਬੀ ਕੁੜੀ ਉਹਦਾ ਲੜਾਈ ਹੋ ਰਹੀ ਹੈ ਇੱਕ ਮੁੰਡੇ ਦੇ ਨਾਲ ਜਾਂ ਬੋਏਫ੍ਰੈਂਡ ਦੇ ਨਾਲ ਲੜਾਈ ਹੋ ਰਹੀ ਹੈ ਤਾਂ ਮੈਂ ਸੱਚੀ ਮੇਰੀ ਟੋਨ ਜਿਹੜੀ ਆ ਨਾ ਜਾਂ ਉਹ ਕਿ ਮੈਂ ਜੁੱਤੀ ਚੱਕ ਲੈਣੀ ਆ ਜਾਂ ਯੂ ਨੋ ਕੱਲ੍ਹ ਵੀ ਇੱਕ ਸੈੱਟ 'ਤੇ ਇੱਦਾਂ ਹੀ ਹੋਇਆ ਸੋ ਉਹ ਆ ਜਾਂਦਾ ਆ ਸੋ ਉਸ ਕਿਰਦਾਰ 'ਚੋਂ ਨਿਕਲਣਾ ਵਾਪਸ ਟੂ ਬੀ ਸੋਨਮ ਵਾਜ ਲਿਟਲ ਦਿਸ ਥਿੰਗ ਤੋ ਉਹ ਐਕਚੁਲੀ ਜਿਹਨੂੰ ਕਹਿੰਦੇ ਨਾ ਕਿ ਉਹ ਕਿਰਦਾਰ ਦੇ ਕੁਛ ਕੁਛ ਚੀਜ਼ਾਂ ਮੇਰੇ ਅੰਦਰ ਰਹਿ ਗਈਆਂ ਸੋ ਉਹ ਉਸ ਫਿਲਮ 'ਚ ਹੋਇਆ ਮੈਨੂੰ ਲੱਗਦਾ ਉਹ ਤਾਂ ਉਮਰ ਤੁਹਾਡੇ ਨਾਲ ਜੁੜੀਆਂ ਰਹਿਣਗੀਆਂ ਇਹ ਜਿਹੜੀ ਤੁਸੀਂ ਬੋਲੀ ਦੀ ਗੱਲ ਕੀਤੀ ਇਹ ਖੂਨ 'ਚ ਰਵੀ ਹੋਈ ਹੈ ਕਿਤੇ ਨਹੀਂ ਜਾਂਦੀ ਹੈ ਨਾ
ਪੰਕਜ ਭਾਅ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਜਿਹੜੀ ਹਾਈ ਐਂਡ ਏਰੀਆ ਸੀਗੀ ਉਹ ਵੀ ਤੁਸੀਂ ਬਾਹਰ ਸ਼ੂਟ ਕੀਤੀ ਆ ਵੀ ਤੁਸੀਂ ਬਾਹਰ ਸ਼ੂਟ ਕੀਤੀ ਕੀ ਗੱਲ ਤੁਹਾਡਾ ਜਿਹੜਾ ਇੱਕ ਸੋਚਣ ਦਾ ਕਿ ਪ੍ਰੋਡਿਊਸਰ ਨੂੰ ਕਹਿੰਦੇ ਵੀ ਇਸ ਫਿਲਮ ਦਾ ਪ੍ਰੋਡਿਊਸਰ ਤੁਸੀਂ ਆਪ ਹੋ ਸੱਜਣ ਸਿੰਘ ਰਿਕਰੂਟ ਵੀ ਤੁਸੀਂ ਬਾਹਰ ਹੀ ਕੀਤੀ ਸੀਗੀ ਬਾਹਰ ਦਾ ਕੀ ਫਾਰਮੂਲਾ ਕੀ ਹੈ ਨਹੀਂ ਪਰ ਮੈਂ ਹਰ ਵਾਰੀ ਤੁਸੀਂ ਇਹ ਦੇਖੋ ਕਿ ਚਾਹੇ ਉਹ ਹਾਈ ਐਂਡ ਏਰੀਆ ਹੈ ਚਾਹੇ ਇਹ ਜਿੰਦੇ ਮੇਰੀ ਹੈ ਇਹ ਅੱਧੀਆਂ ਅੱਧੀਆਂ ਅੱਧੀ ਤੋਂ ਜ਼ਿਆਦਾ ਪਿਕਚਰ ਪੰਜਾਬ 'ਚ ਹੈ 20-22 ਦਿਨ ਪੰਜਾਬ ਸ਼ੂਟ ਹੋਈ ਹੈ 20-22 ਦਿਨ ਉੱਥੇ ਸ਼ੂਟ ਹੋਈ ਹੈ ਅੱਛਾ ਸੇਮ ਸੱਜਣ ਸਿੰਘ ਰੰਗਰੂਟ ਮੈਂ ਮਤਲਬ ਉਹ ਟੋਨ ਉਹ ਸਾਰਾ ਰਾਜਸਥਾਨ ਦਾ ਉਹਨੂੰ ਪੁਰਾਣਾ ਪੰਜਾਬ ਬਣਾ ਕੇ ਉਹ ਤਾਂ ਸ਼ੁਰੂ ਹੀ ਇੱਕ ਐਰਾ ਤੋਂ ਕੀਤੀ ਹੈ ਪਿਕਚਰ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਹ ਤਾਂ ਬਹੁਤ ਲਾਸਟ ਵਿੱਚ ਕਿਉਂਕਿ ਉਸ ਫਿਲਮ ਦੀ ਡਿਮਾਂਡ ਸੀਗੀ ਕਿ ਬਈ ਉਹਨੇ ਵਰਲਡ ਵਾਰ 1 ਦੀ ਫਾਈਟ ਹੈ ਸੋ ਉਹ ਜਾ ਕੇ ਯੂਰਪ 'ਚ ਹੀ ਹੋਣੀ ਸੀਗੀ ਇਸ ਫਿਲਮ ਦੀ ਵੀ ਕੁਛ ਇਸ ਤਰੀਕੇ ਦੀ ਡਿਮਾਂਡ ਹੈ ਕਿ ਵੀ ਕੈਰੇਕਟਰਸ ਉੱਥੇ ਟਰੈਵਲ ਕਰਦੇ ਹੈ ਪਰ ਸ਼ੁਰੂ ਪੰਜਾਬ ਤੋਂ ਹੋਈਆਂ ਸਾਡੀਆਂ ਜੜ੍ਹਾਂ ਪੰਜਾਬ 'ਚ ਹੀ ਹੈ ਕੋਈ ਵੀ ਪਿਕਚਰ ਹਾਈ ਐਂਡ ਏਰੀਆ ਵੀ ਪੰਜਾਬ 'ਚ ਸ਼ੂਟ ਹੋਈ ਹੈ ਦੈਨ ਕੁਛ ਬਾਹਰ ਸ਼ੂਟ ਹੋਈ ਹੈ ਸੋ ਇੱਦਾਂ ਦੀ ਗੱਲ ਨਹੀਂ ਕਿ ਪੰਜਾਬ 'ਚ ਨਹੀਂ ਸਾਰੀਆਂ ਫਿਲਮਾਂ ਪੰਜਾਬ 'ਚ ਵੀ ਹੋਈਆਂ ਚਲੋ ਮੈਂ ਕਿਹਾ ਵੀ ਬਾਹਰ ਘੁੰਮ ਫਿਰਨ ਦਾ ਮੌਕਾ ਹੁੰਦਾ ਨਾ ਵੀ ਚਲੋ ਫਿਲਮ ਦੇ ਬਹਾਨੇ ਬੰਦਾ ਘੁੰਮ ਫਿਰ ਲੈਂਦਾ ਨਹੀਂ ਅਸੀਂ ਵੈਸੇ ਬਹੁਤ ਘੁੰਮ ਲਈ ਫਿਲਮ ਦੇ ਬਹਾਨੇ ਨਹੀਂ ਚਾਹੀਦੇ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਜਿਹੜੀਆਂ ਹੁਣ ਤੱਕ ਜਦੋਂ ਆਪਾਂ ਤੁਹਾਡੀ ਜੋ ਸੋਹਣ ਬਾਜਵਾ ਦੀ ਗੱਲ ਪੰਜਾਬੀ ਇੰਡਸਟਰੀ ਦੇ ਵਿੱਚ ਚੱਲਦੀ ਹੈ ਅਤੇ ਸਾਰੀਆਂ ਫਿਲਮਾਂ ਹਿੱਟ ਦੇ ਹਿੱਟਦਾਰ ਹਿੱਟ ਫਿਲਮਾਂ ਤੁਹਾਡੀਆਂ ਆਈਆਂ ਨੇ ਅਤੇ ਜਦੋਂ ਆਪਾਂ ਗੱਲ ਸਿੰਘਮ ਦੀ ਕਰਦੀ ਹਾਂ ਉਹ ਫਿਲਮ ਉਹਨਾਂ ਨੇ ਹੀ ਚੱਲੀ ਫਲੋਪ ਰਹੀ ਹੈ ਅਤੇ ਜਦੋਂ ਉਹ ਫੇਲੀਅਰ ਜਦੋਂ ਇੱਕ ਫੇਲੀਅਰ ਬੰਦੇ ਦੇ ਨਾਲ ਜੁੜਦਾ ਅਤੇ ਤੁਸੀਂ ਉਹਦੇ ਨਾਲ ਕਿਵੇਂ ਡੀਲ ਕਰਦੇ ਹੋ ਮੈਮ ਨਹੀਂ ਮੈਨੂੰ ਐਂ ਨਹੀਂ ਲੱਗਦਾ ਵੈਸੇ ਮੈਂ ਵਿੱਚ ਇੰਟਰਵਿਊ ਕਰ ਰਿਹਾ ਕਿ ਉਹ ਫਲੋਪ ਰਹੀ ਹੈ ਫਿਲਮ ਸਮਟਾਈਮਸ ਕੀ ਹੁੰਦਾ ਕਿ ਉਹ ਇੱਕ ਥੋੜ੍ਹੀ ਜਿਹੀ ਇੰਡਸਟਰੀ ਦੀ ਪਰਸੈਪਸ਼ਨ ਹੋ ਜਾਂਦੀ ਹੈ ਕਿਉਂਕਿ ਉਹ ਬੜੇ ਸਾਰੇ ਕਮਰਸ਼ੀਅਲ ਔਰ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ ਸਮਟਾਈਮਸ ਕੀ ਹੁੰਦਾ ਕੋਈ ਫਿਲਮਾਂ ਦੇ ਕੈਰੇਕਟਰਸ ਜ਼ਿਆਦਾ ਰਿਲੇਟ ਹੋ ਜਾਂਦੇ ਕਈ ਫਿਲਮਾਂ ਦੇ ਕੈਰੇਕਟਰਸ ਘੱਟ ਰਿਲੇਟ ਹੁੰਦੇ ਆ ਉਹ ਤਾਂ ਐਜ਼ ਐਨ ਐਕਟਰ ਐਜ਼ ਐਨ ਸਟੋਰੀ ਰਾਈਟਰ ਐਜ਼ ਐਨ ਡਾਇਰੈਕਟਰ ਵੀ ਕੈਨ ਸੀ ਕਿ ਅੱਜ ਮੈਂ 10 ਫਿਲਮਾਂ ਬਣਾਈਆਂ 10 ਦੀਆਂ 10 ਸੇਮ ਨਹੀਂ ਹੋ ਸਕਦੀਆਂ ਤੁਸੀਂ 10 ਇੰਟਰਵਿਊ ਲਿੱਤੀਆਂ 10 ਦੀਆਂ 10 ਬੜੀਆਂ ਘੈਂਟ ਨਹੀਂ ਹੋ ਸਕਦੀਆਂ ਬਟ ਦੈਟ ਡਜ਼ਨਟ ਮੀਨ ਕਿ ਕੋਈ ਇੰਟਰਵਿਊ ਬੜੀ ਵਾਸ਼ ਆਊਟ ਹੋ ਗਈ ਅਤੇ ਕੋਈ ਇੱਦਾਂ ਹੋ ਗਈ ਉਹ ਇਹ ਹੈ ਕਿ ਹਾਂ ਇੱਕ ਕਨੈਕਸ਼ਨ ਸਮਟਾਈਮ ਆਡੀਅੰਸ ਦੇ ਹੁੰਦੇ ਆ ਕੁਛ ਘੱਟ ਕੁਛ ਵੱਧ ਬਟ ਮੈਨੂੰ ਲੱਗਦਾ ਕਿ ਇਹਨਾਂ ਦੋਨਾਂ ਨੂੰ ਓਵਰ ਦਾ ਟੋਪ ਪੰਜਾਬ 'ਚ ਪਿਆਰ ਮਿਲਦਾ ਐਜ਼ ਐਨ ਕੈਰੇਕਟਰਸ ਆਲਸੋ ਐਂਡ ਐਜ਼ ਐਨ ਐਕਟਰਸ ਆਲਸੋ ਚਲੋ ਮੈਮ ਇੱਧਰ ਜੇ ਮੈਂ ਪੁੱਛਣਾ ਵੀ ਇੱਕ ਫਿਲਮ ਤੋਂ ਕੋਈ ਵੀ ਸਕਸੈਸ ਮੈਂ ਕਹਿੰਦੀ ਹਾਂ ਸਕਸੈਸ ਜਾਂ ਫੇਲੀਅਰ ਪਰਸਨਲੀ ਹਰ ਇੱਕ ਦਾ ਓਪੀਨੀਅਨ ਹੋ ਸਕਦਾ ਮੈਨੂੰ ਇਹ ਲੱਗਦਾ ਕਿ ਸਿੱਖਣ ਨੂੰ ਮੈਨੂੰ ਤਾਂ ਮਿਲਦਾ ਆ ਯੂ ਨੋ ਜੇ ਫੋਰ ਐਗਜ਼ਾਮਪਲ ਉਹ ਫਿਲਮ ਓਨੀ ਨਹੀਂ ਚੱਲੀ ਜਿੰਨੀ ਬਾਕੀ ਚੱਲੀਆਂ ਸੋ ਐਟ ਦੀ ਐਂਡ ਆਫ ਦਾ ਡੇ ਤੁਸੀਂ ਤੁਹਾਡੇ ਕੋਲ ਦੋ ਆਪਸ਼ਨ ਆ ਤੁਸੀਂ ਬਹਿ ਕੇ ਸੈਡ ਹੋ ਯਾਰ ਹਰ ਵਾਰੀ ਹਿੱਟ ਹੋ ਜਾਂਦੀ ਸੀ ਐਵੇਂ ਕਿਵੇਂ ਨਹੀਂ ਹੋਈ ਨੋ 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 ਆਈ ਥਿੰਕ ਵੀ ਕੈਨ ਸਟਿਲ ਸਿਟ ਐਂਡ ਰੀਜ਼ਨ ਕਿ ਅੱਛਾ ਨਹੀਂ ਓਕੇ ਮੇ ਬੀ ਆਡੀਅੰਸਿਸ ਵਾਂਟਸ ਟੂ ਸੀ ਸਮਥਿੰਗ ਡਿਫਰੈਂਟ ਆ ਚੱਲਿਆ ਲੈਟਸ ਟਰਾਈ ਐਂਡ ਡੂ ਸਮਥਿੰਗ ਲਾਈਕ ਦੈਟ ਜਾਂ ਫਿਰ ਅੱਛਾ ਪਿਛਲੀ ਵਾਰ ਆਹ ਚੀਜ਼ ਪਸੰਦ ਨਹੀਂ ਓਕੇ ਆਪਾਂ ਹੋਰ ਕੁਛ ਇੱਦਾਂ ਕਰਦੇ ਜਿਹੜੀ ਪੰਜਾਬੀ ਆਡੀਅੰਸ ਹੋਰ ਰਿਲੇਟ ਕਰੇ ਇੰਜੋਏ ਕਰੇ ਸੋ ਹਰ ਫੇਲੀਅਰ ਹਰ ਸਕਸੈਸ ਤੋਂ ਬਾਅਦ ਆਈ ਥਿੰਕ ਆਈ ਹੈਵ ਪਰਸਨਲੀ ਟੇਕਨ ਅ ਲੈਸਨ ਔਰ ਨਹੀਂ ਉਹ ਉੱਨੀ ਜ਼ਿਆਦਾ ਆਡੀਅੰਸ ਨੂੰ ਪਸੰਦ ਨਹੀਂ ਆਈ ਕੋਈ ਗੱਲ ਨਹੀਂ ਹੋਰ ਚੀਜ਼ਾਂ ਬਹੁਤ ਪਸੰਦ ਆਈਆਂ ਆਪਾਂ ਕੁਛ ਉੱਦਾਂ ਦਾ ਜਾਂ ਉਹ ਡਿਫਰੈਂਟ ਜੋਨਰ ਕੋਈ ਹੋਰ ਐਕਸਪਲੋਰ ਕਰਾਂਗੇ ਸੋ ਆਈ ਹੈਵ ਨੋ 2019 'ਚ ਮੈਨੂੰ ਕੋਈ ਰਿਗਰੈਟ ਨਹੀਂ ਹੈਗਾ ਮੈਂ ਜਿੰਨੀ ਕੁ ਉਮੀਦ ਕੀਤੀ ਸੀ ਲੋਕਾਂ ਨੇ ਮੈਨੂੰ ਉੱਤੋਂ 50 ਗੁਣਾ ਜ਼ਿਆਦਾ ਪਿਆਰ ਦਿੱਤਾ ਅਤੇ ਮੈਨੂੰ ਕੋਈ ਰਿਗਰੈਟ ਨਹੀਂ ਆ ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਸ਼ੁਕਰਗੁਜ਼ਾਰ ਹਾਂ ਸੋਨੂੰ ਇੱਥੇ ਹੀ ਮੇਰਾ ਸਵਾਲ ਇੱਕ ਹੈ ਵੀ ਜਦੋਂ ਆਪਾਂ ਪਹਿਲਾਂ ਦੇਖਦੇ ਸੀ ਇੱਕ ਪੋਸਟਰ ਦੇਖਦੇ ਸੀਗੇ ਅੱਜ ਤੋਂ 5-6 ਸਾਲ ਪਹਿਲਾਂ ਸੋਨਮ ਤੀਜੇ ਚੌਥੇ ਨੰਬਰ 'ਤੇ ਹੁੰਦੀ ਸੀਗੀ ਅੱਜ ਸੈਂਟਰ ਦੇ ਵਿੱਚ ਸੋਨਮ ਹੁੰਦੀ ਹੈ ਸੋਨਮ ਦੇ ਦੁਆਲੇ ਫਿਲਮ ਘੁੰਮਦੀ ਹੈ ਹੀਰੋ ਅੱਜ ਪਿੱਛੇ ਰਹਿ ਗਿਆ ਸੋਨਮ ਅੱਗੇ ਹੋ ਰਹੀ ਹੈ ਅਤੇ ਕਿੱਦਾਂ ਦੇਖਦੇ ਹੋ ਸਾਰੇ ਚੀਜ਼ ਨੂੰ ਮੈਂ ਉਹੀ ਕਿਹਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਨੂੰ ਰੱਬ ਦੀ ਮਿਹਰ ਹੈ ਕਿ ਮੈਂ ਅੱਜ ਇੱਥੇ ਬੈਠੀ ਹਾਂ ਇੱਥੋਂ ਤੱਕ ਆਈ ਹਾਂ ਵਰਨਾ ਬਹੁਤ ਲੋਕ ਆ ਜੋ ਟੈਲੈਂਟਡ ਹੈਗੇ ਆ ਬਹੁਤ ਦੁਨੀਆ ਮਿਹਨਤ ਕਰ ਰਹੀ ਆ ਸੋ ਉਹ ਕਹਿੰਦੇ ਆ ਨਾ ਕਿ ਰੱਬ ਦਾ ਫੇਵਰ ਹੈਗਾ ਆ ਮੇਰੇ ਉੱਪਰ ਆਫਕੋਰਸ ਔਰ ਆਡੀਅੰਸਿਸ ਦਾ ਪਿਆਰ ਆ ਤੋ ਉਹੀ ਚੀਜ਼ ਆ ਔਰ ਟਾਈਮਸ ਹੈਵ ਚੇਂਜ ਅਤੇ ਉਹਦੇ ਲਈ ਬਹੁਤ ਵੱਡਾ ਜਿਹੜਾ ਥੈਂਕ ਯੂ ਆ ਮੈਂ ਉਹ ਆਡੀਅੰਸਿਸ ਨੂੰ ਕਹਿਣਾ ਚਾਹੂੰਗੀ ਕਿਉਂਕਿ ਉਹਨਾਂ ਦੇ ਪਿਆਰ ਤੋਂ ਬਿਨਾਂ ਤਾਂ ਕੋਈ ਚੀਜ਼ ਸਕਸੈਸ ਨਹੀਂ ਹੋ ਸਕਦੀ ਰੱਬ ਇੱਕ ਉਹ ਜਿਹੀ ਕਹਿੰਦਾ ਨਾ ਕਿ ਇੱਕ ਸਬੱਬ ਬਣਦਾ ਆ ਬਟ ਆਡੀਅੰਸ ਉਹਨੂੰ ਐਕਸੈਪਟ ਕਰਦੀ ਆ ਤਾਂ ਹੀ ਸਾਡੇ ਵਰਗੇ ਜਿਹੜੇ ਲੋਕ ਆ ਉਹ ਅੱਗੇ ਆਉਂਦੇ ਆ ਸੋ ਆਈ ਐਮ ਵੈਰੀ ਥੈਂਕਫੁਲ ਇਹੀ ਚੀਜ਼ ਮੈਨੂੰ ਮੋਟੀਵੇਟ ਕਰਦੀ ਆ ਕਿ ਯਾਰ ਅੱਛਾ ਹੁਣ ਕੁਛ ਇੱਦਾਂ ਦਾ ਕਰ ਸਕਦੇ ਹਾਂ ਤਾਂ ਇਸ 2019 ਨੇ ਇੰਨਾ ਪਿਆਰ ਦਿੱਤਾ ਤਾਂ ਕਿ ਉਸ ਕਰਕੇ ਮੇਰੇ ਅੰਦਰ ਇੰਨੀ ਐਕਸਾਈਟਮੈਂਟ ਹੈ ਕਿ ਆਹ 2020 'ਚ ਨਾ ਮੈਂ ਹੋਰ ਮਿਹਨਤ ਕਰੂੰਗੀ ਹੋਰ ਕੁਛ ਵੱਖਰਾ ਲੈ ਕੇ ਆਉਂਗੀ ਹੁਣ ਇੱਕ ਉਹ ਥੋੜ੍ਹੀ ਐਨਕਰੇਜਮੈਂਟ ਵੀ ਮਿਲ ਗਈ ਹੈ ਕਿ ਅੱਛਾ ਜੇ ਆਡੀਅੰਸ ਨੇ ਇੰਨਾ ਸਾਥ ਦਿੱਤਾ ਨਾ ਓਕੇ ਲੈਟਸ ਟਰਾਈ ਸਮਥਿੰਗ ਈਵਨ ਡਿਫਰੈਂਟ ਅਤੇ ਵੈਰੀ ਥੈਂਕਫੁਲ ਜੀ ਪੰਕਜ ਭਾਅ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਵੀ
नहीं सवाल थोड़ा जा औखा पर... नहीं औखा नहीं है थोड़ा जा बस परमीश नॉटी है ज्यादा थोड़ा जा समटाइम्स हो जाता मतलब हमेशा नहीं बट समटाइम्स की है एज एन डायरेक्टर एज एन प्रोड्यूसर थोड़ी कुछ लाइट जा रही होती है थोड़ी जल्दी होती है तो कई बार बट एज एन एक्टर समटाइम्स टाइम फ्रेम कई बार नहीं समझ पाते वो तो हो अदरवाइज परमीश इज लाइक ब्रदर बहुत सोहना काम बहुत ज्यादा ओवर द सपोर्ट दोनों का की होर भी सारे सीनियर एक्टर्स लाइक हरदीप गिल जी हैं अनीता देवगन जी हैं हॉबी धालीवाल जी हैं मलकीत रौनी जी हैं सो सब दा बहुत ज़्यादा सपोर्ट रहा फिल्म च सो ओवर द ऑल तो बहुत मज़ा आया जी सो भाजी तुहानू इंडस्ट्री दे विच 10 साल पूरे होने वाले हैं तो इंडस्ट्री दे विच तुसी इन्नी हिट फिल्मां दित्तियां चंगीआं फिल्मां दित्तियां तो हुण की सोचते हो कि किन्ने की चेंज होगी इंडस्ट्री जो तुसी शुरुआत की सी हुण इंडस्ट्री नूं कित्थे खड़ा देखदे हो हुण बहुत बैटर हो गई जदों असीं शुरुआत कीता सीगा ਤਾਂ ਅਸੀਂ ਜਦੋਂ ਬੰਬੇ ਜਾਂਦੇ ਹੁੰਦੇ ਸੀਗੇ ਸਾਨੂੰ ਮਤਲਬ ਉਹ ਇੱਕ ਰਿਐਕਸ਼ਨ ਤੇ ਹੁੰਦੇ ਸੀ ਵੀ ਕਿਆ ਕਰਤੇ ਹੋ ਅੱਛਾ ਪੰਜਾਬੀ ਫਿਲਮ ਹੈ ਅੱਛਾ 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 ਹੁਣ ਕਿਸੇ ਨੂੰ ਕਹੀਏ ਪੰਜਾਬੀ ਫਿਲਮ ਅੱਛਾ ਯਾਰ ਪੰਜਾਬੀ ਦੇਖੀ ਯਾਰ ਕੁਛ ਸਾਡੇ ਲਈ ਹੋਏ ਤਾਂ ਦੱਸੀ ਸੋ ਇਹ ਜਿਹੜਾ ਰਿਐਕਸ਼ਨ ਹੈ ਨਾ ਟੂਵਰਡਸ ਪੰਜਾਬੀ ਸਿਨੇਮਾ ਮਤਲਬ ਉਹਦੇ ਵਿੱਚ ਇੱਕ ਟੀਮ ਐਫਰਟ ਹੈ ਜਿੰਨੇ ਵੀ ਸਾਡੇ ਡਾਇਰੈਕਟਰਸ ਐਕਟਰਸ ਸਿੰਗਰਸ ਪ੍ਰੋਡਿਊਸਰਸ ਖਾਸ ਤੌਰ 'ਤੇ ਮਿਊਜ਼ਿਕ ਡਾਇਰੈਕਟਰਸ ਲਿਰਿਸਿਸਟ ਮਤਲਬ ਇੰਨਾ ਮੈਂ ਆਪਣੇ ਪੰਜਾਬ ਦੇ ਜਿੰਨੇ ਲਿਰਿਸਿਸਟ ਹੈ ਮਤਲਬ ਇੰਨਾ ਕੰਟੈਂਟ ਹੈਵੀ ਹੁੰਦੇ ਹੈ ਸਿੰਗਿੰਗ ਵਿਚ ਇਜ਼ ਵੈਰੀ ਗੁੱਡ ਸੋ ਸਿਨੇਮਾ ਨੇ ਬਹੁਤ ਗਰੋ ਕੀਤਾ ਸਿਨੇਮਾ ਨੇ ਬਹੁਤ ਰਿਸਪੈਕਟ ਲਿੱਤੀ ਹੈ ਅਸੀਂ ਬੰਬੇ ਬੈਠਦੇ ਹਾਂ ਸਾਨੂੰ ਬਹੁਤ ਸਵਾਦ ਆਉਂਦਾ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਆਪਾਂ ਇਸ ਸਿਨੇਮਾ ਨਾਲ ਜੁੜੇ ਹੋਏ ਹਾਂ ਹੁਣ ਤੱਕ ਬਿਲਕੁਲ ਅੱਜ ਜਿਹੜੇ ਗਾਣੇ ਆਪਾਂ ਦੇਖਦੇ ਹਾਂ ਪੰਜਾਬੀ ਇੱਧਰ ਜਾ ਕੇ ਵੀ ਰੀਮੇਕ ਹੋ ਰਹੇ ਨੇ ਤੁਹਾਡੀ ਫਿਲਮ ਦਾ ਗਾਣਾ ਮੈਂ ਤੈਨੂੰ ਸਮਝਾਵਾਂ ਕਿ ਜੋ ਤੁਸੀਂ 2010 ਦੇ ਵਿੱਚ ਇਹਨੂੰ ਲੈ ਕੇ ਆਏ ਸੀ ਵਿਰਸਾ ਫਿਲਮ ਦੇ ਵਿੱਚ ਜਦੋਂ ਉਹ ਬਾਲੀਵੁੱਡ ਦੇ ਵਿੱਚ ਚਲਾ ਜਾਂਦਾ ਤੁਸੀਂ ਜਦੋਂ ਉਹ ਗਾਣੇ ਨੂੰ ਲੈ ਕੇ ਆਏ ਸੀ ਰਾਤ ਫਤਿਹ ਅਲੀ ਖਾਨ ਦੇ ਨੂੰ ਪਹਿਲੀ ਵਾਰ ਤੂੰ ਸੋਚਿਆ ਸੀ ਵੀ ਗਾਣਾ ਐਡਾ ਵੱਡਾ ਹਿੱਟ ਹੋ ਜਾਏਗਾ ਨਹੀਂ ਦੇਖੋ ਮੈਂ ਹਮੇਸ਼ਾ ਹੀ ਪੋਜ਼ਿਟਿਵਿਟੀ ਨਾਲ ਹਰ ਚੀਜ਼ ਨੂੰ ਐਫਰਟ ਕਰਦਾ ਮੈਂ ਹਰ ਵਾਰ ਸੋਚਦਾ ਕਿ ਗਾਣਾ ਵੱਡਾ ਹੀ ਹਿੱਟ ਹੋਣਾ ਚਾਹੀਦਾ ਤੁਸੀਂ 10 ਵਾਰ ਸੋਚੋਗੇ ਤਾਂ 2 ਵਾਰ ਉਸ ਲੈਵਲ 'ਤੇ ਪਹੁੰਚੇਗਾ ਸੋ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਹੈ ਮੈਂ ਹਰ ਗਾਣਾ ਬਣਾਉਣ ਵੇਲੇ ਸੋਚਿਆ ਕਿ ਮੈਂ ਤੈਨੂੰ ਸਮਝਾਵਾਂ ਕਿ ਇਹਨੂੰ ਕੰਪਲੀਟ ਕਰਨਾ ਹੈ ਸਮਟਾਈਮਜ਼ ਹੋਏਗਾ ਕਦੋਂ ਹੋਏਗਾ ਨਹੀਂ ਹੋਏਗਾ ਨੈਵਰ ਨੋ ਦੈਟਸ ਫਾਈਨ ਬਟ ਬਾਕੀ ਦੇ ਗਾਣੇ ਵੀ ਤਾਂ ਹੀ ਫਿਲਮਾਂ 'ਤੇ ਚੱਲਦੇ ਕਿਉਂਕਿ ਤੁਹਾਡੀ ਇੱਕ ਐਕਸਟਰਾ ਐਫਰਟ ਐਕਸਟਰਾ ਐਜ ਹੈ ਟੂਵਰਡਸ ਮਿਊਜ਼ਿਕ ਜੀ ਸੋ ਆਪਾਂ ਥੋੜ੍ਹੀ ਜਿਹੀ ਗੇਮ ਖੇਲੀਏ ਥੋੜ੍ਹਾ ਫਨੀ ਜਿਹਾ ਕਰੀਏ ਇੰਟਰਵਿਊ ਜੀ 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 ਆ ਬੋਰਡ ਆਪਾਂ ਹਰ ਵਾਰੀ ਮੈਮ ਤੁਹਾਡੇ ਨਾਲ ਕੱਲਾ ਵੀ ਖੇਡੀ ਇਹ ਗੇਮ ਮੇਰੇ ਲਈ ਕੱਲਾ ਹੈ ਇਹ ਇਹ ਕੱਲਾ ਤੁਹਾਡੇ ਲਈ ਹੈ ਇਹ ਜੱਜ ਸਾਹਿਬ ਨੇ ਮੈਂ ਬਸ ਡਾਇਰੈਕਟਰ ਸਾਹਿਬ ਨੂੰ ਤਾਂ ਫਿਰ ਆਪਾਂ ਕੁਛ ਨਾ ਕੁਛ ਦੇਣੀ ਹੈ ਪਾਦੀ ਸੋ ਆਪਾਂ ਤੁਹਾਨੂੰ ਥੋੜ੍ਹਾ ਪੁੱਛਦੇ ਹਾਂ ਸੋ ਕੈਮਰੇ ਵੱਲ ਦਿਖਾ ਦਿਓ ਮੈਮ ਜਿਹੜਾ ਵੀ ਹੋਇਆ ਪਤਾ ਤੁਸੀਂ ਸੋ ਨੈਵਰ ਹੈਵ ਆਈ ਐਵਰ ਕਦੇ ਕਿਸੇ ਨੂੰ ਝੂਠ ਬੋਲਿਆ ਹੋਵੇ ਕਿ ਮੇਰੇ ਕੋਲ ਟਾਈਮ ਨਹੀਂ ਮੈਂ ਇਸ ਵੇਲੇ ਅਵੇਲੇਬਲ ਨਹੀਂ ਪੱਕੀ ਡਾਕਟਰ ਸਾਹਿਬ ਨੇ ਤਾਂ ਨਹੀਂ ਬੋਲਿਆ ਨਹੀਂ ਨਹੀਂ ਡਾਕਟਰ ਸਾਹਿਬ ਤੁਹਾਡੇ ਨਾਲ ਤਾਂ ਨਹੀਂ ਹੋਇਆ ਇੱਦਾਂ ਨਹੀਂ ਟੱਚ ਵੁੱਡ ਮੈਂ ਸੋਨੂੰ ਨੂੰ ਕਾਫੀ ਟਾਈਮ ਤੋਂ ਜਾਣਦਾ ਸੋ ਆਈ ਥਿੰਕ ਮੈਂ ਉਹਦਾ ਫਿਲਮਾਂ 'ਚ ਆਈ ਵੀ ਨਹੀਂ ਸੀ ਮੈਂ ਤਾਂ ਅੱਧਾ ਜਾ ਚੁੱਕਾ ਮੈਂ ਪੰਕਜ ਨੂੰ ਉਦੋਂ ਮਿਲੀ ਸੀ ਕਰੈਕਟ ਪੰਕਜ ਵੀ ਫਿਲਮ ਬਣਾ ਰਹੇ ਸੀ ਤੇ ਉਦੋਂ ਮੇਰੀ ਮੁਲਾਕਾਤ ਹੋਈ ਸੀ ਕਦੋਂ ਦੀ ਗੱਲ ਹੈ ਮੈਮ ਇਹ ਆ 2013 ਔਰ 11 12 ਦੇ ਆਸ ਪਾਸ 11th ਆਈ ਵਾਸ ਵਰਕਿੰਗ ਆਈ ਥਿੰਕ 12 ਐਂਡ ਔਰ 13 ਬਿਗਨਿੰਗ ਇਦਾਂ ਹੀ ਸੀ ਉਹ ਕੋਈ ਗੱਲ ਕੀ ਬਾਤ ਹੈ ਨਵੀਂ ਗੱਲ ਮਿਲ ਗਈ ਸਾਨੂੰ ਸੋ ਨੈਵਰ ਹੈਵ ਆਈ ਐਵਰ ਕਦੇ ਕਿਸੇ ਦੀ ਡਰੈਸ ਇੰਨੀ ਜ਼ਿਆਦਾ ਵਧੀਆ ਲੱਗੀ ਹੋਵੇ ਕਿ ਉਹ ਤੋਂ ਮੰਗੀ ਹੋਵੇ ਯਾਰ ਮੈਨੂੰ ਦੇ ਦੇ ਡਰੈਸ ਹਾਂ ਮੈਂ ਤਾਂ ਮੰਗੀ ਹੈ ਮੈਨੂੰ ਜੇ ਮੇਰੇ ਕਿਸੇ ਫਰੈਂਡ ਦੀ ਕੋਈ ਮਿਲ ਜਾਂਦੀ ਹੈ ਕੀ ਨਾਮ ਡਰੈਸ ਵਧੀਆ ਲੱਗਦੀ ਮੰਗ ਲੈਂਦੀ ਅੱਜ ਆ ਸ਼ਰਟ ਮੈਂ ਕੋਕੋ ਦੀ ਪਾਈ ਹੋਈ ਹੈ ਸੋ ਕੋਕੋ ਥੈਂਕ ਯੂ ਫੋਰ ਗਿਵਿੰਗ ਮੀ ਯੋਰ ਸ਼ਰਟ ਅਤੇ ਮੈਂ ਮੰਗ ਕੇ ਕੱਪੜੇ ਪਾ ਲੈਂਦੀ ਹਾਂ ਆਈ ਵਾਂਟਡ ਟੂ ਵੇਅਰ ਡੈਨਿਮ ਅਤੇ ਮੈਂ ਭੁੱਲ ਗਈ ਲੈ ਕੇ ਆਉਣਾ ਬੰਬੇ ਤੋਂ ਸੋ ਮੈਨੂੰ ਪਤਾ ਹੈ ਕਿ ਕੋਕੋ ਦੇ ਕੋਲ ਹੋਊਗੀ ਸੋ ਮੈਂ ਉਹਨਾਂ ਦੀ ਸ਼ਰਟ ਬੋਰੋ ਕੀਤੀ ਹੋਈ ਹੈ ਜੀ ਮੈਂ ਤੁਹਾਨੂੰ ਚੰਗੇ ਲੱਗਦੇ ਨੇ ਇੱਦਾਂ ਦੇ ਕੱਪੜੇ ਅੱਛਾ ਥੈਂਕ ਯੂ ਸੋ ਨੈਵਰ ਹੈਵ ਆਈ ਐਵਰ ਕਦੇ ਕਿਸੇ ਮੁੰਡੇ ਨੂੰ ਕਿਸੇ ਕੁੜੀ ਨੂੰ ਇਮਪ੍ਰੈਸ ਕਰਨ ਦੇ ਟਿਪ ਦਿੱਤੇ ਹੋਣ ਆਈ ਹੈਵ ਬਹੁਤ ਵਾਰ ਇਹ ਤਾਂ ਬਹੁਤ ਵਾਰ ਹੋਇਆ ਆਪਣੇ ਦੋਸਤਾਂ ਦੇ ਵਿੱਚ ਕੁੜੀਆਂ ਨੂੰ ਵੀ ਟਿਪਸ ਦਿੱਤੀ ਹੈ ਅੱਛਾ ਸੋ ਨੈਵਰ ਹੈਵ ਆਈ ਐਵਰ ਸਟਾਰ ਬਣਨ ਤੋਂ ਬਾਅਦ ਕਦੇ ਕਿਸੇ ਜਗ੍ਹਾ ਤੇ ਕਰਾਊਡ ਵਾਲੀ ਜਗ੍ਹਾ ਤੇ ਬਿਨਾਂ ਪਹਿਚਾਣ ਛੁਪਾਏ ਆਪਣੀ ਛੁਪਾਣ ਛੁਪਾ ਕੇ ਪਹਿਚਾਣ ਛੁਪਾ ਕੇ ਕਿਤੇ ਗਏ ਹੋਵੋ ਹਾਂ ਆਈ ਹੈਵ ਬਹੁਤ ਵਾਰ ਸਾਂਝਾ ਕਰ ਸਕਦੇ ਹੋ
ਫਿਲਮਸ ਇੱਕ ਅੱਧੀ ਵਾਰ ਇੱਦਾਂ ਹੋਇਆ ਕਿ ਪੰਜਾਬ 'ਚ ਫਿਲਮ ਜਦੋਂ ਦੇਖਣੀ ਆ ਉਦੋਂ ਫੁੱਲ ਕਵਰ ਕਰਕੇ ਮੈਂ ਇੱਕ ਵਾਰੀ ਬਹੁਤ ਅਰਜੈਂਟਲੀ ਮੈਨੂੰ ਹੇਅਰ ਜਦੋਂ ਇਨਫੈਕਟ ਅੜਬ ਮੁਟਿਆਰਾਂ ਦੀ ਸ਼ੂਟ ਕਰ ਰਹੇ ਸੀ ਤਾਂ ਜੇ ਤੁਸੀਂ ਦੇਖਿਆ ਜੋ ਭੇਸ ਬਦਲ ਕੇ ਜਾਂਦੀ ਆ ਉਹ ਤਾਂ ਉਹ ਲਾਸਟ ਮਿਨਟ ਉਹ ਰਿਕੁਆਇਰਮੈਂਟ ਦਿੱਤੀ ਮੇਰੇ ਡਾਇਰੈਕਟਰ ਨੇ ਕਿ ਹੁਣ ਇੱਦਾਂ ਆਪਾਂ ਨੂੰ ਇੱਕ ਵਿਗ ਚਾਹੀਦੀ ਆ ਸੋ ਹੁਣ ਬੰਬੇ 'ਚ ਕਾਫੀ ਕੁਛ ਚੀਜ਼ਾਂ ਅਵੇਲੇਬਲ ਹੋ ਜਾਂਦੀਆਂ ਬਹੁਤ ਸ਼ੋਰਟ ਨੋਟਿਸ 'ਤੇ ਅਤੇ ਉਹ ਨਹੀਂ ਸੀ ਤਾਂ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਇੱਕ ਮਾਰਕੀਟ ਆਈ ਡੋਂਟ ਰਿਮੈਂਬਰ ਇਹਨੂੰ ਪਤਾ ਹੋਣਾ ਜੋ ਵੀ ਮਾਰਕੀਟ ਆ ਅਤੇ ਇੰਨਾ ਟਾਈਮ ਨਹੀਂ ਸੀ ਕਿ ਮੈਂ ਕਿਸੇ ਨੂੰ ਬੁਲਾਵਾਂ ਕੀ ਕਰਾਂ ਉਹ ਅਤੇ ਮੈਂ ਕਿਸੇ ਦੇ ਨਾਲ ਇੱਕ ਸਾਲਾਂ 'ਚ ਸੀਗੀ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੋ ਮੈਂ ਪੂਰਾ ਮੂੰਹ ਬੰਨ ਕੇ ਅਤੇ ਬਿਲਕੁਲ ਇੱਦਾਂ ਕਰਕੇ ਪੂਰੀ ਉਹ ਮਾਰਕੀਟ ਉੱਤੇ ਚੜ੍ਹ ਕੇ ਗੋਡਾਊਨ ਟਾਈਪ ਜੋ ਵੀ ਉਹ ਸੀਗਾ ਉੱਥੇ ਜਾ ਕੇ ਸ਼ੋਪਿੰਗ ਕਰਕੇ ਵਾਪਸ ਆ ਗਏ ਚਾਹ ਕਿਆ ਬਾਤ ਹੈ ਸੋ ਨੈਵਰ ਹੈਵ ਆਈ ਐਵਰ ਕਦੇ ਕਿਸੇ ਮਾੜੀ ਫਿਲਮ ਦੀ ਪ੍ਰਮੋਸ਼ਨ ਵੇਲੇ ਤੁਹਾਨੂੰ ਲੱਗਿਆ ਹੋਵੇ ਵੀ ਫਿਲਮ ਵਧੀਆ ਕਹੀ ਹੋਵੇ ਵੀ ਯਾਰ ਮੈਂ ਫਿਲਮ ਫਿਲਮ ਚੰਗੀ ਨਾ ਹੋਵੇ ਤੁਹਾਨੂੰ ਲੱਗਿਆ ਵੀ ਫਿਲਮ ਚੰਗੀ ਨਹੀਂ ਹੈ ਪਰ ਉਹਨੂੰ ਚੰਗਾ ਕਹਿਣਾ ਪੈ ਰਿਹਾ ਮਜਬੂਰੀ ਦੇ ਵਿੱਚ ਬੋਰਡ 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 ਨਹੀਂ ਨਹੀਂ ਮੈਂ ਸੋਚ ਰਹੀ ਹਾਂ ਮਤਲਬ ਇੱਦਾਂ ਦੇਖੋ ਚੰਗੀ ਦੇਖੋ ਇਹ ਗੱਲ ਆ ਕਿ ਭਾਵੇਂ ਕੋਈ ਵੀ ਹੋਵੇ ਫਿਲਮ ਕੋਈ ਵੀ ਬੰਦਾ ਇਸ ਕਰਕੇ ਨਹੀਂ ਬਣਾਉਂਦਾ ਕਿ ਚੰਗੀ ਨਹੀਂ ਆਪਾਂ ਬਣਾ ਦਈਏ ਆਪਣੇ ਵੱਲੋਂ ਹਰ ਕੋਈ ਬਣਾਉਂਦਾ ਆਪਣੀਆਂ 20 ਫਿਲਮਾਂ ਆਪਣੀਆਂ 20 ਸੀਨਸ ਦੇਖਣ ਤੋਂ ਬਾਅਦ ਕਈ ਵਾਰੀ ਇਹ ਲੱਗਦਾ ਯਾਰ ਆਹ ਕੀ ਕਰ ਰਹੇ ਹਾਂ ਆਹ ਮੈਂ ਕਿਉਂ ਕੀਤਾ ਆਹ ਮੈਂ ਕਿਉਂ ਕਰ ਰਿਹਾ ਈਵਨ ਪਰਸਨਲੀ ਵੀ ਬਟ ਪਰ ਠੀਕ ਆ ਇਹ ਆਪਣੇ ਲਈ ਬੰਦਾ ਬਹੁਤ ਕ੍ਰਿਟੀਕਲ ਹੁੰਦਾ ਆ ਬਾਹਰਲੇ ਦਾ ਓਪੀਨੀਅਨ ਮੈਟਰ ਕਰਦਾ ਆਡੀਅੰਸ ਦਾ ਫਾਈਨਲ ਓਪੀਨੀਅਨ ਹੈ ਸੋ ਕਈ ਵਾਰੀ ਪ੍ਰੋਜੈਕਟ ਹੋਣ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ ਯਾਰ ਨਹੀਂ ਆਹ ਨਹੀਂ ਸੀ ਮੈਨੂੰ ਕਰਨਾ ਚਾਹੀਦਾ ਐਂਡ ਆਈ ਹੈਵ ਪ੍ਰਮੋਟਿਡ ਦੈਟ ਫਿਲਮ ਐਂਡ ਆਈ ਸ਼ੁੱਡ ਪ੍ਰਮੋਟ ਦੈਟ ਫਿਲਮ ਕਿਉਂਕਿ ਮੈਂ ਉਸ ਪ੍ਰੋਜੈਕਟ ਨਾਲ ਉਦੋਂ ਤੱਕ ਕਮਿਟਿਡ ਹਾਂ ਜਦੋਂ ਤੱਕ ਉਹ ਫਿਲਮ ਰਿਲੀਜ਼ ਨਹੀਂ ਹੁੰਦੀ ਅਤੇ ਉਹ ਮੇਰਾ ਕੰਮ ਹੈ ਸੋ ਇੱਕ ਅੱਧੀ ਵਾਰ ਹੋ ਚੁੱਕਿਆ ਚਲੋ ਮਾਫੀ ਇਹਨਾਂ ਨੂੰ ਨੈਵਰ ਹੈਵ ਆਈ ਐਵਰ ਕਦੇ ਕਿਸੇ ਯਾਰ ਮਿੱਤਰ ਦੇ ਜਿਹੜਾ ਕੋਈ ਕੰਜੂਸ ਹੋਵੇ ਪੈਸੇ ਕਢਵਾਉਣ ਲਈ ਆਪਾਂ ਕਹਿ ਦਿਓ ਹੋਵੇ ਯਾਰ ਅੱਜ ਪੈਸੇ ਤੇ ਏਟੀਐਮ ਦਾ ਮੈਂ ਘਰੇ ਭੁੱਲਿਆ ਯਾਰ ਮੇਰੇ ਕੋਲ ਹੈ ਨਹੀਂ ਆ ਤਾਂ ਨਹੀਂ ਕੀਤਾ ਯਾਰ ਮੇਰੇ ਫਰੈਂਡਸ ਬਲਕਿ ਬਹੁਤ ਸਵੀਟ ਆ ਪੈਸੇ ਦੇਣ ਨਹੀਂ ਦਿੰਦੇ ਅੱਛਾ ਸੋ ਨੈਵਰ ਹੈਵ ਆਈ ਐਵਰ ਕਦੇ ਕਿਸੇ ਦੋਸਤ ਮਿੱਤਰ ਦੀ ਇੰਡਸਟਰੀ ਦੇ ਵਿੱਚੋਂ ਫਿਲਮ ਵਧੀਆ ਨਾ ਲੱਗੀ ਹੋਵੇ ਤੇ ਉਹਨੂੰ ਫੋਨ ਕਰਕੇ ਕਿਹਾ ਹੋਵੇ ਕਿ ਤੇਰੀ ਫਿਲਮ ਵਧੀਆ ਲੱਗੀ ਯਾਰ ਜਾਂ ਇਹ ਚੀਜ਼ ਵਧੀਆ ਸੀ ਇਹ ਚੀਜ਼ ਵਧੀਆ ਲੱਗੀ ਹਾਂ 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 ਮੈਂ ਕਿਹਾ ਹੋਇਆ ਫਰੈਂਡਸ ਦੇ ਨਾਲ ਮੈਂ ਕਿਹਾ ਹੋਇਆ ਕਿ ਨਹੀਂ ਤੇਰੀ ਫਿਲਮ ਨਹੀਂ ਚੰਗੀ ਲੱਗੀ ਹੁਣ ਇਹ ਨਾ ਪੁੱਛੋ ਕਿਹਨੂੰ ਕਿਹਾ ਸੀ ਠੀਕ ਹੈ ਚਲੋ ਇਹ ਗੇਮ ਆਪਾਂ ਇੱਥੇ ਖਤਮ ਕਰਦੇ ਹਾਂ ਤੁਸੀਂ ਤਾਂ ਇੰਨੇ ਸੌਖੇ ਸੌਖੇ ਸਵਾਲ ਰੱਖੇ ਮੈਂ ਕਿਹਾ ਪਤਾ ਨਹੀਂ ਕੀ ਪੁੱਛੋਗੇ ਦੱਸੋ ਆਪਾਂ ਅਗਲੇ ਵਾਰ ਥੋੜ੍ਹੇ ਔਖੇ ਰੱਖਾਂਗੇ ਤੁਹਾਡੇ ਲਈ ਠੀਕ ਹੈ ਪੱਕੀ ਗੱਲ ਹੈ ਸੋ ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਪੰਕਜ ਭਾਅ ਜੀ ਤੁਹਾਨੂੰ ਥੋੜ੍ਹਾ ਜਿਹਾ ਫਿਲਮ ਬਾਰੇ ਹੋਰ ਦੱਸੋ ਵੀ ਜਿਹੜੀ ਸਾਡੀ ਆਡੀਅੰਸ ਹੈ ਉਹ ਫਿਲਮ ਲਈ ਤੁਹਾਡੇ ਲਈ ਕੀ ਖਾਸ ਹੈ ਫਿਲਮ ਲਈ ਉਹਨਾਂ ਲਈ ਇੱਕ ਤਾਂ ਤੁਸੀਂ ਕਿਹਾ ਵੀ ਪਰਮੀਸ਼ਨ ਅਟੈਚ ਹੋਏਗੀ ਉਹਦੇ ਨਾਲ ਆਡੀਅੰਸ ਕਨੈਕਟ ਕਰੇਗੀ ਪਰਮੀਸ਼ਨ ਨੂੰ ਸੋ ਉਹਨਾਂ ਨਾਲ ਅਟੈਚ ਕਰੇਗੀ ਅਤੇ ਹੋਰ ਕੀ ਹੈ ਫਿਲਮ ਦੇ ਵਿੱਚ ਫੈਮਿਲੀ ਫਿਲਮ ਹੈ ਮਤਲਬ ਮੈਨੂੰ ਲੱਗਦਾ ਹਰ ਜੋਨਰ ਨਾਲ ਕਨੈਕਟ ਹੋਏਗੀ ਤੁਸੀਂ ਪੂਰੀ ਫੈਮਿਲੀ ਨਾਲ ਆ ਕੇ ਇਹਨੂੰ ਇੰਜੋਏ ਕਰ ਸਕਦੇ ਹੋ ਕੈਰੇਕਟਰਸ ਬੜੇ ਆਪਣੇ ਰਿਲੇਟੀਬਿਲਟੀ ਬਹੁਤ ਹੈ ਮਤਲਬ ਇਹ ਕਹਾਣੀ ਇਹ ਕੈਰੇਕਟਰ ਸਾਰੇ ਐਂ ਲੱਗਦਾ ਕਿ ਸਾਡੇ ਆਸ ਪਾਸ ਹੈ ਸੋ ਕਨੈਕਸ਼ਨ ਬਹੁਤ ਸਟਰੋਂਗ ਹੈ ਮੇਰੇ ਐਕਟਰਸ ਦਾ ਵੀ ਮੇਰੀ ਕਹਾਣੀ ਦਾ ਵੀ ਔਰ ਜਿੱਦਾਂ ਕਹਾਣੀ ਟਰੈਵਲ ਕੀਤੀ ਹੈ ਉੱਦਾਂ ਵੀ ਸੋ ਮੈਨੂੰ ਲੱਗਦਾ ਕਿ ਲੋਕ ਐਂਟਰਟੇਨ ਹੋ ਕੇ ਜਾਣਗੇ ਇਸ ਵੀਕਐਂਡ ਚਲ ਕਿਆ ਬਾਤ ਹੈ ਫਿਰ ਮੈਮ ਮੈਨੂੰ ਇਹ ਲੱਗਦਾ ਵੀ ਸਾਨੂੰ ਐਂਕਰ ਦਾ ਆਪਣਾ ਕੰਮ ਬੰਦ ਕਰ ਦੇਣਾ ਚਾਹੀਦਾ ਜੀ ਇੱਕ ਅੱਧੀ ਵਾਰੀ ਬਸ ਕਿਉਂ ਪਤਾ ਲੱਗ ਗਿਆ ਤੇ ਤੁਸੀਂ ਹੁਣ ਸਾਡਾ ਕੰਮ ਸਾਂਭ ਰਹੇ ਹੋ ਅਰੇ ਨਹੀਂ ਇੰਨੀ ਹਿੰਮਤ ਨਹੀਂ ਆ ਲੇਕਿਨ ਉਹ ਇੱਕ ਸਪੈਸ਼ਲ ਰਿਕੁਐਸਟ ਤੇ ਮੈਨੂੰ ਕਿਹਾ ਗਿਆ ਸੀ ਸੋ ਮੈਂ ਉਹ ਕੀਤਾ ਬਾਕੀ ਤੁਹਾਡਾ ਕੰਮ ਹੈ ਸੋ ਦੱਸੋ ਦੀਪਿਕਾ ਪਾਡੂਕੋਨ ਨਾਲ ਤੁਹਾਡੀ ਮੁਲਾਕਾਤ ਹੋਈ ਤੁਸੀਂ ਇੰਟਰਵਿਊ ਕੀਤਾ ਕਿਵੇਂ ਦਾ ਲੱਗਿਆ ਉਹਨਾਂ ਨਾਲ ਇੰਟਰਵਿਊ ਕਰਕੇ ਬਹੁਤ ਵਧੀਆ ਮੈਂ ਤੇ ਬਸ ਉਹਨਾਂ ਵੱਲ ਦੇਖਦੀ ਗਈ ਕਿਉਂਕਿ ਉਹ ਇੰਨੇ ਸੋਹਣੇ ਆ ਸੋ ਮੈਂ ਬਸ ਉਹਨਾਂ ਦੇ ਫੇਸ ਨੂੰ ਹੀ ਦੇਖੀ ਜਾ ਰਹੀ ਸੀ ਆਈ ਵਾਜ਼ ਮੈਸਮਰਾਈਜ਼ਡ ਓਨੈਸਟਲੀ ਆਈ ਵਾਜ਼ ਤੇ ਮੈਂ ਬਲਕਿ ਆ ਕੇ ਨਾ ਆਪਣੇ ਇੱਕ ਦੋ ਦੋਸਤਾਂ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਸ਼ੀ ਇਜ਼ ਹਰ ਫੇਸ ਇਜ਼ ਟੂ ਪ੍ਰਿਟੀ ਮੈਂ ਕਿਹਾ ਮੈਂ ਕੁੜੀ ਹੋ ਕੇ ਅਗਲੇ ਦਿਨ ਤੱਕ ਉਹਦੇ ਫੇਸ ਤੇ ਫੀਚਰਸ ਹੀ ਸੋਚੀ ਜਾ ਰਹੀ ਹਾਂ ਐਂਡ ਮੁੰਡਿਆਂ ਵਿਚਾਰਿਆਂ ਦਾ ਕੀ ਹੁੰਦਾ ਹੋਣਾ ਸੋ ਸ਼ੀ ਇਜ਼ ਰੀਅਲੀ ਗੋਰਜਸ ਔਰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ ਐਂਡ ਆਈ ਵਾਜ਼ ਵੈਰੀ ਹੈਪੀ ਕਿ ਆਈ ਵਾਜ਼ ਸੋਰਟ ਆਫ ਰਿਪ੍ਰਜੈਂਟਿੰਗ ਪੰਜਾਬ ਓਵਰ ਦੇਅਰ ਕਿਉਂਕਿ ਉਹ ਪੂਰੇ ਪੰਜਾਬ ਰੀਜਨ 'ਚ ਜਾਣਾ ਸੀਗਾ ਸੋ ਦੇ ਵਾਂਟਡ ਮੀ ਟੂ ਡੂ ਇਟ ਜੀ ਸੋ ਆਈ ਵਾਜ਼ ਵੈਰੀ ਹੈਪੀ ਸੋ ਤੁਹਾਡਾ ਹੁਣੇ ਗਾਣਾ ਆਇਆ ਸੀ ਦਲਜੀਤ ਦੋਸਾਂਝ ਨਾਲ ਉਹ ਵੀ ਸਾਨੂੰ ਬਹੁਤ ਵਧੀਆ ਲੱਗਿਆ ਸੋ ਕਿੱਦਾਂ ਸੀਗਾ ਸੋ ਹੁਣ ਬੜੇ ਬੜੇ ਤਜਰਬੇ ਕਰ ਰਹੀ ਹੈ 2019 ਤੋਂ ਦੇਖ ਰਿਹਾ ਸੀ ਕਰ ਤਾਂ ਵੈਸੇ ਸ਼ੁਰੂ ਤੋਂ ਰਹੀ ਹੈ ਹੁਣ ਤਜਰਬੇ ਹੋਰ ਜ਼ਿਆਦਾ ਕਰ ਰਿਹਾ ਉਹ ਗਾਣਾ ਸੀਗਾ ਸੁਰਮਾ ਅਤੇ ਉਹਦੇ ਵਿੱਚ ਤੁਸੀਂ ਇੱਕ ਮਤਲਬ ਬੁਢਾਪੇ ਦੇ ਵਿੱਚ ਉਹ ਰੋਲ ਕਰਨਾ ਸੀਗਾ ਉਹ ਕਿੱਦਾਂ ਸੀਗਾ
ਜ਼ਿਆਦਾਤਰ ਤਾਂ ਕਹਿੰਦੇ ਨੇ ਹੀਰੋਇਨ ਕਹਿੰਦੇ ਯਾਰ ਮੈਂ ਬੁੱਢਾ ਨਹੀਂ ਹੋਣਾ ਚਾਹੁੰਦਾ, ਕੋਈ ਬੁੱਢੇ ਦਾ ਰੋਲ ਕਰਨ ਤਾਂ ਸਾਰੇ ਕਤਰਾਉਂਦੇ ਨੇ। ਨਾ ਬਟ ਆਈ ਥਿੰਕ ਉਹ ਕਿਊਟ ਸੀਗਾ ਦਿਲਜੀਤ ਅਤੇ ਅਰਵਿੰਦਰ ਖਹਿਰਾ ਜਿਹੜੇ ਸਾਡੇ ਡਾਇਰੈਕਟਰ ਆ ਉਹਨਾਂ ਦਾ ਆਈਡੀਆ ਸੀ, ਅਰਵਿੰਦਰ ਦਾ ਪਹਿਲਾਂ ਆਈਡੀਆ ਸੀ ਅਤੇ ਔਖਾ ਤਾਂ ਲੱਗਦਾ ਮੈਨੂੰ ਮੋਟੇ ਹੋਣ 'ਤੇ ਕੋਈ ਹੋ ਰਹੀ ਸੀ, ਬਟ ਉਹ ਜਿਹੜਾ ਫੇਸ 'ਤੇ ਮੇਕਅਪ ਲਾਉਂਦੇ ਆ ਨਾ ਉਹ ਮੈਨੂੰ ਥੋੜ੍ਹਾ ਜਿਹਾ ਲੱਗ ਰਿਹਾ ਸੀ ਕਿ ਯਾਰ ਇੰਨੀ ਗਰਮੀ ਆ ਔਰ ਥੋੜ੍ਹਾ ਸਕਿਨ ਦੇ ਲਈ ਥੋੜ੍ਹੀ ਜਿਹੀ ਮੈਂ ਹੈਜ਼ੀਟੈਂਟ ਸੀ, ਬਟ ਆਈ ਥਿੰਕ ਫਿਰ ਮੈਂ ਕਰ ਲਿਆ ਔਰ ਇੰਜੋਏ ਕੀਤਾ ਉਹਨੂੰ ਕਰਕੇ। ਜੀ ਸੋ ਹੁਣ ਆਪਾਂ ਰੈਪਿਡ ਫਾਇਰ ਖੇਲਦੇ ਹਾਂ, ਪਹਿਲਾਂ ਦੋ ਤਿੰਨ ਸਵਾਲ ਤੁਹਾਨੂੰ ਪੁੱਛਦੇ ਹਾਂ ਫਿਰ ਭਾਈ ਨੂੰ ਪੁੱਛਦੇ ਆਪਾਂ ਸਵਾਲ, ਠੀਕ ਹੈ ਜੀ। ਸੋ ਰੈਪਿਡ ਫਾਇਰ ਹੈ, ਪਹਿਲਾਂ ਆਪਾਂ ਸਵਾਲ ਪੁੱਛਦੇ ਤੁਹਾਨੂੰ, ਮੈਂ ਕਰੈਕਟਰ ਬੋਲੂੰਗਾ, ਇਹਨਾਂ ਨੂੰ ਤੁਸੀਂ ਰੈਂਕ ਕਰਨਾ ਹੈ ਤੁਹਾਡੇ ਜਿਹੜੇ ਆਪਣੇ ਫੇਵਰੇਟ ਦੇ ਹਿਸਾਬ ਨਾਲ, ਤੁਹਾਡੇ ਆਪਣੇ ਕਰੈਕਟਰ ਨੇ ਸਾਰੇ ਇਸੇ ਤੋਂ ਪੁੱਛਣੇ, ਮੈਂ ਤਾਂ ਪੁੱਛਣਾ ਹੀ ਨਹੀਂ। ਸੋ ਇਹਨਾਂ ਦੇ ਕਰੈਕਟਰ ਨੇ ਨਾ, ਸੋ ਬੱਬੂ ਫਰੋਮ ਅੜਬ ਮੁਟਿਆਰਾ ਅਤੇ ਦੂਜਾ ਹੈਗਾ ਕੈਸ਼ ਫੋਰ ਗੁੱਡੀਆ ਪਟੋਲੇ, ਜਿੱਤੀ ਫਰੋਮ ਪੰਜਾਬ 1984, ਮਨਰਾਜ ਫਰੋਮ ਨਿੱਕਾ ਜਲਦਰ। ਇਹ ਜਿੰਨੇ ਤੁਸੀਂ ਨਾਂ ਲਏ ਆ ਨਾ ਇਹ ਹੀ ਮੇਰੀਆਂ ਸਭ ਤੋਂ ਮੋਸਟ ਫੇਵਰੇਟ ਫਿਲਮਸ ਤੇ ਮੇਰੇ ਕਿਰਦਾਰ ਰਹੇ ਆ ਜਿੰਨਾ ਚ ਬਹੁਤ। ਮੈਂ ਕੱਲ ਪਰਸੋਂ ਕਿਸੇ ਨਾਲ ਗੱਲ ਕਰੀ ਸੀ ਕਿ ਨਿੱਕਾ ਜਲਦਰ 1 ਮੇਰੀ ਮੋਸਟ ਫੇਵਰੇਟ ਕਾਮੇਡੀ ਫਿਲਮਾਂ, ਮਤਲਬ ਮੈਂ ਉਹਨੂੰ ਕਿੰਨੀ ਵਾਰੀ ਵੀ ਦੇਖ ਲਾਂ, ਹਾਲਾਂਕਿ ਮੈਂ ਆਪਣੀ ਹਰ ਫਿਲਮ ਬਾਰ ਬਾਰ ਨਹੀਂ ਦੇਖ ਸਕਦੀ, ਬਟ ਉਹ ਇੱਕ ਇੱਦਾਂ ਦੀ ਫਿਲਮ ਆ ਕਿ ਮੈਂ ਕਿੰਨੀ ਵੀ ਵਾਰੀ ਦੇਖ ਲੈਂਦੀ ਹਾਂ। ਸੋ ਉਹ ਫਿਲਮ ਜੀਤੀ ਅਫਕੋਰਸ ਉਹ ਮੇਰੇ ਦਿਲ ਦੇ ਬਹੁਤ ਕਰੀਬ ਆ, ਗੁੱਡੀਆਂ ਪਟੋਲੇ ਐਂਡ ਅੜਬ ਮੁਟਿਆਰਾਂ ਨੂੰ ਕਿਵੇਂ ਮੈਂ ਰੇਟ ਕਰਾਂ ਬਿਕੋਜ਼ ਇੱਥੋਂ ਇੱਕ ਅਲੱਗ ਪਲੇਸਿੰਗ ਮਿਲੀ ਪੰਜਾਬੀ ਸਿਨੇਮਾ 'ਚ, ਇਹ ਰੇਟ ਕਰਨ ਨੂੰ ਨਾ ਕਹੋ ਤੁਸੀਂ। ਸੋ ਕਰਦੇ ਹੁਣ ਤੁਸੀਂ ਕਹਿੰਦੇ ਸੌਖੇ ਸਵਾਲ ਸੀ, ਹੁਣ ਥੋੜ੍ਹੇ ਔਖਾ ਪੁੱਛ ਲੈਂਦੇ ਆਪਾਂ, 1-2-3-4 ਹੀ ਕਰਨਾ। ਅੱਛਾ ਇੱਦਾਂ ਆਰਡਰ 'ਚ ਮੋਸਟ ਫੇਵਰੇਟ ਦੇ 'ਚ ਇਸੇ ਕਰਕੇ ਤੁਹਾਡੀ ਰੱਖੀ ਅੜਬ ਮੁਟਿਆਰਾਂ, ਬੱਬੂ ਬੈਂਸ, ਦੈਨ ਕੈਸ਼ ਗੁੱਡੀਆਂ ਪਟੋਲੇ, ਜੀਤੀ ਪੰਜਾਬ 1984, ਮਨਰਾਜ ਨਿੱਕਾ ਜੀ, ਮੈਂ ਇੱਦਾਂ ਹੀ ਲਿਖੇ ਸੀ। ਅੱਛਾ ਸੋ ਆਪਾਂ ਅਗਲਾ ਸਵਾਲ ਪੁੱਛਦੇ ਹਾਂ, ਇੱਦਾਂ ਹੀ ਤੁਸੀਂ ਇੱਕ ਹੋਰ ਕਰਨਾ ਰੈਂਕ ਕਰਨਾ, ਜਿਹੜੇ ਨਵੇਂ ਪੂਰ ਦੇ ਅੱਜ ਕੱਲ੍ਹ ਨਵੇਂ ਐਕਟਰ ਨੇ ਉਹਨਾਂ ਨੂੰ ਉਹਨਾਂ ਦੀ ਐਕਟਿੰਗ ਅਬਿਲਿਟੀ ਦੇ ਉੱਤੇ ਤੁਸੀਂ ਉਹਨਾਂ ਨੂੰ ਨੰਬਰ ਵਾਈਜ਼, ਇਹ ਤਾਂ ਡਾਇਰੈਕਟਰ ਸਾਹਿਬ ਦੱਸਣਗੇ ਨਾ ਐਕਟਿੰਗ, ਇਹਨਾਂ ਨੂੰ ਕਹਿੰਦੇ ਇੱਧਰ ਵੀ ਪੁੱਛਾਂਗੇ ਇੱਧਰ ਵੀ ਪੁੱਛਾਂਗੇ, 1-2-3-4, ਗੁਰਨਾਮ ਭੁੱਲਰ, ਪਰਮੇਸ਼ ਵਰਮਾ, ਅਜੇ ਸਰਕਾਰੀਆ, ਦੇਵ ਕਰੋੜ। ਯਾਰ ਦਿਸ ਇਜ਼ ਸੋ ਮੀਨ, ਹਾਊ ਕੈਨ ਆਈ ਰੈਂਕ, ਅੱਛਾ ਤੁਸੀਂ ਬੜਾ ਕਾਫੀ ਵਿਦ ਕਰਨ ਲਾਇਆ ਹੈ ਪੂਰਾ ਫੁੱਲ ਔਨ ਕੰਟਰੋਵਰਸੀ। ਨਹੀਂ ਦੇਖੋ, ਨਹੀਂ ਦੇਖੋ ਹੁਣ ਤੁਸੀਂ ਕਿਹੜਾ ਜੀ ਸੌਖੇ ਸਾਲ ਪੁੱਛੇ, ਥੋੜੇ ਔਖੇ ਮੈਂ ਹੁਣ ਔਖੇ ਵੀ ਪੁੱਛ ਲਏ ਸੀ। ਯੂਸਫ ਗੁਰਨਾਮ, ਕਿਹੜੇ ਕਿਹੜੇ ਆਪਸ਼ਨ, ਗੁਰਨਾਮ ਭੁੱਲਰ, ਪਰਮੇਸ਼ ਵਰਮਾ, ਅਜੇ ਸਰਕਾਰੀਆ, ਦੇਵ ਕਰੋੜ। ਮੈਂ ਦੇਵ ਕਰੋੜ ਨਾਲ ਕੰਮ ਨਹੀਂ ਨਾ ਕੀਤਾ, ਮੈਂ ਉਹਨਾਂ ਦਾ ਕੰਮ ਨਹੀਂ ਦੇਖਿਆ ਸੀਰੀਅਸਲੀ। ਅੱਛਾ ਅੱਛਾ, ਸੋ ਵਾਟ ਆਈ ਵਿਲ ਡੂ ਇਜ਼ ਆਈ ਵਿਲ ਮੈਂਸ਼ਨ ਮਾਈ ਮੋਸਟ ਫੇਵਰੇਟ ਆਊਟ ਆਫ ਦੀਜ਼, ਹੈ ਨਾ, ਮੈਂ ਰੇਟ ਨਹੀਂ ਕਰ ਰਹੀ, ਤੁਸੀਂ ਫਿਰ ਮੇਰੇ ਜੇ ਫਿਰ ਤੋਂ ਫਿਰ ਯਾਰ ਉਹ ਨਾ ਕਰੋ, ਦਿਸ ਇਜ਼ ਸੋ ਡਿਫਿਕਲਟ। ਆਈ ਥਿੰਕ ਇਨ ਟਰਮਸ ਆਫ ਰੇਂਜ ਐਜ਼ ਐਨ ਐਕਟਰ ਆਈ ਥਿੰਕ ਅਜੇ ਸਰਕਾਰੀਆ ਇਜ਼ ਵੈਰੀ ਗੁੱਡ, ਉਹਨਾਂ ਨੂੰ ਇੰਨਾ ਮੌਕਾ ਨਹੀਂ ਮਿਲਿਆ ਅੜਬ ਮੁਟਿਆਰਾ ਦੇ ਵਿੱਚ ਦਿਖਾਉਣ ਦਾ, ਬਟ ਕਿਉਂਕਿ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਹੋਇਆ, ਹੀ ਹੈਜ਼ ਅ ਲੋਟ ਆਫ ਰੇਂਜ ਐਜ਼ ਐਨ ਐਕਟਰ, ਅਤੇ ਐਂਡ ਗੁਰਨਾਮ ਇਜ਼ ਵੈਰੀ ਐਫਰਟਲੈਸ, ਸੋ ਮੈਨੂੰ ਇਹ ਲੱਗਦਾ ਓਕੇ ਐਵਰੀ ਵਨ ਇਜ਼ ਐਕਚੁਲੀ, ਜਿੱਦਾਂ ਹੁਣ ਪਰਮੇਸ਼ ਨੂੰ ਕੋਈ ਐਕਸ਼ਨ 'ਚ ਨਹੀਂ ਬੀਟ ਕਰ ਸਕਦਾ, ਸੋ ਹੀ ਐਵਰੀ ਵਨ ਇਜ਼ ਡਿਫਰੈਂਟ। ਜੀ ਸੋ ਭਾਅ ਜੀ ਤੁਹਾਨੂੰ ਪੁੱਛਦੇ ਹਾਂ ਇਹ ਸਵਾਲ, ਹਾਂਜੀ ਤੁਸੀਂ ਕਰੋ, ਤੋ ਚਲੋ ਆਪਾਂ ਤੁਹਾਡੀ ਫਿਲਮਾਂ ਦਾ ਪੁੱਛ ਲੈਂਦੇ ਹਾਂ, ਅਲਟੀਮੇਟ ਟੈਸਟ, ਠੀਕ ਹੈ, ਅਤੇ ਰਣਜੀਤ ਬਾਬਾ, ਨਿੰਜਾ, ਦਿਲਜੀਤ ਦੋਸਾਂਝ ਅਤੇ ਪਰਮੇਸ਼ ਸ਼ਰਮਾ। ਸੀ ਪਤਾ ਕੀ ਹੈ, ਮੈਂ ਕਰ ਦੂੰਗਾ ਰੈਂਕਿੰਗ ਕਰਨ ਨੂੰ ਕੋਈ ਨਹੀਂ ਹੈ, ਬਟ ਹਮੇਸ਼ਾ ਜਿਹੜੀ ਐਕਟਰ ਦਾ ਪੋਟੈਂਸ਼ੀਅਲ ਹੈ ਨਾ ਉਹ ਜਾਂਦਾ ਹੁੰਦਾ ਸਕ੍ਰਿਪਟ ਔਰ ਕੈਰੇਕਟਰਸ ਦੀ ਪ੍ਰੋਜੈਕਸ਼ਨ ਨਾਲ, ਸੋ ਇਹ ਜਿੰਨਿਆਂ ਨੇ ਵੀ ਮੇਰੇ ਨਾਲ ਕੰਮ ਕੀਤਾ ਉਹ ਉਸ ਟਾਈਮ 'ਤੇ ਇਸ ਲਈ ਮੇਰੀ ਫਿਲਮਸ ਸੋ ਕਾਲਡ ਕਰੈਕਟ ਸੀਗੇ ਕਿਉਂਕਿ ਉਹ ਉਸ ਕਰੈਕਟਰਸ ਨੂੰ ਬੜਾ ਸੂਟ ਕਰਦੇ ਸੀਗੇ, ਬਟ ਅਨਡਾਊਟਲੀ ਇਹਨਾਂ 'ਚੋਂ ਇੱਕ ਬੰਦੇ ਦਾ ਮੈਂ ਨਾਮ ਲੈ ਸਕਦਾ ਜੋ ਕਿ ਅਨਡਾਊਟਲੀ ਹੈ ਕਿ ਉਹ ਇੱਕ ਪੂਰੇ ਪੈਕੇਜ ਹੈ ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਵੀ ਹੈ। ਅੱਜ ਪਰਮੇਸ਼ ਵਰਮਾ ਦੀਆਂ ਸਿਰਫ 2-3 ਫਿਲਮਾਂ ਹੋਈਆਂ, ਬਾਬਾ ਭਾਜੀ ਦੀਆਂ ਵੀ ਕੋਈ ਖਾਸ ਫਿਲਮਾਂ ਨਹੀਂ ਹੋਈਆਂ ਨਾ, ਦਿਲਜੀਤ ਕੋਲ ਉਹ ਭਾਜੀ ਕੋਲ ਇੱਕ ਐਕਸਪੀਰੀਅੰਸ ਹੈਗਾ ਕੁਛ ਚੀਜ਼ਾਂ, ਅੱਜ ਤੁਸੀਂ ਕਹੋ ਜੀ ਡਾਇਰੈਕਟਰ ਰੈਂਕ ਕਰ ਲਓ, ਅੱਜ ਇੱਕ ਨਵਾਂ ਡਾਇਰੈਕਟਰ ਹੋਵੇ ਚਾਹੇ ਜਿੱਦਾਂ ਅੜਬ ਮੁਟਿਆਰਾ ਡਾਇਰੈਕਟਰ ਹੈ ਉਹਨੇ ਵਧੀਆ ਕੰਮ ਕੀਤਾ, ਬਟ ਅੱਜ ਮੇਰੀ ਰੇਂਜ ਹੈ ਜੀ ਮੈਂ 10 ਸਾਲਾਂ ਤੋਂ ਕੰਮ ਕਰ ਰਿਹਾ, ਉਹ ਸ਼ਾਇਦ ਉਸ ਗੱਲ ਦਾ ਇੱਕ ਫਰਕ ਪੈ ਸਕਦਾ ਕਿਉਂਕਿ 10 ਸਾਲਾਂ ਤੋਂ ਤੁਸੀਂ 10-12 ਫਿਲਮਾਂ ਬਣਾਈਆਂ, ਅਗਲੇ ਦੀ ਪਹਿਲੀ ਦੂਜੀ ਫਿਲਮ ਹੈ, ਪਹਿਲੀ ਦੂਜੀ ਫਿਲਮ ਦੇ ਅਕੋਰਡਿੰਗਲੀ ਮਾਇੰਡ ਬਲੋਇੰਗ ਕੰਮ ਕਰ ਰਹੇ ਉਹਨਾਂ ਦੇ ਉਹਨਾਂ ਕਿਉਂਕਿ ਉਹਨਾਂ ਦੀ ਹਜੇ ਰੇਂਜ ਹੈ। ਜਿੱਦਾਂ ਪਰਮੇਸ਼ ਵਰਮਾ ਨੂੰ ਤੁਸੀਂ ਐਕਸ਼ਨ ਫਿਲਮ ਦਿਓਗੇ ਯੂ ਕਾਂਟ ਸੇ ਕਿ ਉਸ ਤੋਂ ਬੈਟਰ ਗੁਰਨਾਮ ਭੁੱਲਰ ਕਰ ਸਕਦਾ, ਸਵੀਟ ਫਿਲਮ ਕੋਈ ਗੁਰਨਾਮ ਭੁੱਲਰ ਨੂੰ ਦਿਓਗੇ ਯੂ ਕਾਂਟ ਸੇ ਕਿ ਗੁਰਨਾਮ ਭੁੱਲਰ ਦਾ ਬੈਟਰ ਕੰਮ ਅਮਰਿੰਦਰ ਗਿੱਲ ਕਰਦਾ ਸੀਗਾ, ਯੂ ਨੋ।
ਸੋ ਉਹ ਇੱਕ ਅੱਜ ਹੁਣ ਅਮਰਿੰਦਰ ਭਾਅ ਜੀ ਕੋਲ ਇੱਕ ਰੇਂਜ ਆ ਗਈ ਹੈ ਕਿ ਉਹ ਕਾਫੀ ਚੀਜ਼ਾਂ ਨੂੰ ਕੈਰੀ ਕਰ ਸਕਦੇ ਆ, ਨਹੀਂ ਤਾਂ ਸਟਾਰਟਿੰਗ 'ਚ ਕੀ ਹੁੰਦਾ ਸੀਗਾ, ਅਮਰਿੰਦਰ ਗਿੱਲ ਨੂੰ ਕਹਿੰਦੇ ਸੀ ਸਵੀਟ ਜਿਹਾ ਕਰੈਕਟਰ ਕਰਾ ਲਓ ਯਾਰ, ਬੜਾ ਸੋਬਰ ਜਿਹਾ ਲੱਗਦਾ, ਸਹੀ ਬੰਦਾ ਹੈ, ਉਹ ਗੋਰਿਆਂ ਨੂੰ ਦਫ਼ਾ ਕਰੋ ਤੋਂ ਬਾਅਦ ਚੇਂਜ ਕੀਤਾ, ਉਹਨਾਂ ਨੇ ਹੋਰ ਅੱਗੇ ਚੇਂਜ ਕੀਤਾ, ਐਕਸਪੀਰੀਅੰਸ ਵਾਲੀ ਗੱਲ ਹੈ। ਬਟ ਇਹਨਾਂ 'ਚੋਂ ਜੇ ਵੈਸੇ, ਕਿਉਂਕਿ ਚਲੋ ਤੁਹਾਡਾ ਸਵਾਲ ਹੈ ਤੁਸੀਂ ਤਾਂ ਇਹਨਾਂ 'ਚੋਂ ਡੈਫੀਨੇਟਲੀ ਮਤਲਬ ਦਿਲਜੀਤ ਦੋਸਾਂਝ ਜੀ ਇੱਕ ਇੱਦਾਂ ਦਾ ਨਾਮ ਹੈ ਜਿਹਨਾਂ ਕੋਲ ਆਲਮੋਸਟ ਸਾਰੀ ਰੇਂਜ ਹੈਗੀ ਹੈ ਜੀ, ਉਹ ਸਭ ਕੁਛ ਕੈਰੀ ਕਰ ਸਕਦੇ ਜੀ। ਸੋ ਮੈਮ ਅਗਲਾ ਸਵਾਲ ਹੈ ਮੇਰਾ, ਆਪਾਂ ਨਾ ਤੁਹਾਨੂੰ ਨਾਮ ਦੇਵਾਂਗੇ, ਤੁਸੀਂ ਉਹਨਾਂ ਨੂੰ ਇੱਕ ਵਰਡ 'ਚ ਡਿਫਾਈਨ ਕਰਨਾ, ਠੀਕ ਹੈ? ਉਹ ਮੈਡਮ ਨੂੰ ਪੁੱਛੋ, ਦੋਨੋਂ ਕਰ ਲੈਂਦੇ ਹੁਣ, ਇਹ ਤਾਂ ਤੁਸੀਂ ਵੀ ਕਰੋ ਨਾ ਨਾਲ, ਸਾਡੇ ਸਾਥ ਦਿਓ। ਜੈਸਮੀਨ ਸੈਂਡਲਸ, ਇੱਕ ਵਰਡ ਨਾਲ ਡਿਫਾਈਨ ਕਰਨਾ, ਬੌਮ। ਸੋ ਪਰਮੇਸ਼ ਵਰਮਾ, ਪਰਮੇਸ਼ ਵਰਮਾ ਫੁੱਲ ਆਫ ਲਾਈਫ। ਸਿੱਧੂ ਮੂਸੇਵਾਲਾ, ਐਵਰਨ ਚੋੜਾ, ਸਿੱਧੂ ਮੂਸੇਵਾਲਾ ਮਾਈ ਫੇਵਰੇਟ ਐਜ਼ ਐਨ ਆਰਟਿਸਟ। ਦਿਲਜੀਤ ਦੋਸਾਂਝ, ਪਾਵਰ ਪੈਕ ਅਲਟੀਮੇਟ। ਤੁਸੀਂ ਕਿਹੋ ਦਿਲਜੀਤ ਦੋਸਾਂਝ? ਫਨੀ, ਦਿਲਜੀਤ ਬਹੁਤ ਫਨੀ ਆ। ਸੋਨਮ ਬਾਜਵਾ, ਇਹ ਮੈਂ ਥੋੜੀ ਕਰੂੰਗੀ ਯਾਰ, ਮੈਂ ਆਪਣੇ ਆਪ ਨੂੰ ਬੰਦਾ ਕੋਈ ਨਾ ਕੋਈ ਤਾਂ ਟੈਗ ਦੇ ਹੀ ਦਿੰਦਾ ਹੁੰਦਾ ਯਾ ਹੱਦ ਹੈ। ਮੈਂ ਤੁਸੀਂ ਨਹੀਂ, ਇੱਕ ਮਿੰਟ, ਜੇ ਸ਼ੀਸ਼ੇ ਮੂਹਰੇ ਖੜਦੇ ਹੋ ਤੁਸੀਂ ਕੀ ਕਰਦੇ ਹੋ, ਆਪਣੇ ਆਪਣੇ ਗੱਲਾਂ ਹੀ ਕਰਦੇ ਯਾਰ, ਲੇਕਿਨ ਬੰਦਾ ਚੰਗਾ ਨਹੀਂ ਲੱਗਦਾ ਨਾ ਆਪਣੇ ਬਾਰੇ ਜ਼ਿਆਦਾ ਬੋਲਦੇ। ਚਲੋ ਡਾਕਟਰ ਸਾਹਿਬ ਤੁਸੀਂ ਕਰ ਦਿਓ ਫਿਰ, ਕੰਪਲੀਟ ਪੈਕੇਜ, ਕੰਪਲੀਟ ਪੈਕੇਜ। ਚਲੋ ਐਮੀ ਵਿਰਕ ਤਾਂ ਕਰ ਦਿਓ ਫਿਰ, ਐਮੀ ਵਿਰਕ ਫਰੈਂਡ ਜੀ। ਸੋ ਅਗਲਾ ਸਵਾਲ ਹੈ, ਜੇ ਪੰਜਾਬ ਦੇ ਮਾਣ ਗਿਣੇ ਜਾਂਦੇ ਨੇ, ਤਿੰਨ ਮਾਣ, ਜੇ ਉਹਨਾਂ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲੇ ਤੇ ਕਿਹਨਾਂ ਨਾਲ ਕਰੋਗੇ? ਹਰਭਜਨ ਮਾਨ, ਬੱਬੂ ਮਾਨ, ਗੁਰਦਾਸ ਮਾਨ? ਮੈਂ ਸਾਰਿਆਂ ਨਾਲ ਕੰਮ ਕਰਨਾ ਚਾਹੂੰਗੀ, ਕਿਉਂਕਿ ਮੈਂ ਤਿੰਨਾਂ 'ਚੋਂ ਕਦੇ ਵੀ ਕਿਸੇ ਨਾਲ ਕੰਮ ਨਹੀਂ ਕੀਤਾ। ਸੋ ਮੈਂ ਔਰ ਤਿੰਨਾਂ ਦੀ ਮੈਂ ਫੈਨ ਹਾਂ, ਸੋ ਮੈਂ ਡੈਫੀਨੇਟਲੀ ਕੋਈ ਵੀ ਮੌਕਾ ਹੋਊਗਾ ਮੈਂ 100% ਉਹਨਾਂ ਨਾਲ ਕੰਮ ਕਰਨਾ ਚਾਹੂੰਗੀ ਜੀ। ਸੋ ਇੱਕ ਵੀਡੀਓ ਜਿਹੜੀ ਤੁਹਾਨੂੰ ਲੱਗੀ ਹੋਵੇ, ਜਿਸ 'ਚ ਤੁਸੀਂ ਸਭ ਤੋਂ ਵੱਧ ਇੰਜੋਏ ਕੀਤਾ ਹੋਵੇ? ਜੱਟੀ ਜੋੜੇ ਮੋੜ ਵਰਗੀ ਟਾਈਟਲ ਟਰੈਕ ਜੀ। ਸੋ ਅਗਲਾ ਸਵਾਲ, ਟਿਕਟੋਕ 'ਤੇ ਕਿਹੜੀ ਵੀਡੀਓ ਹੈ ਜਿਹੜੀ ਤੁਸੀਂ ਸਭ ਤੋਂ ਵੱਧ ਇੰਜੋਏ ਕਰਦੇ ਹੋ? ਟਿਕਟੋਕ 'ਤੇ ਹੈ ਹੀ ਇੰਜੋਇਮੈਂਟ ਵਾਲਾ। ਕਿਹੋ ਜਿਹੀ ਵੀਡੀਓ ਇੰਜੋਏ ਕਰਦੇ ਹੋ ਤੁਸੀਂ? ਫਨੀ ਵੀਡੀਓਜ਼ ਮੈਨੂੰ ਇੰਜੋਏ ਕਰਦੀ, ਜਿਹੜੇ ਆਮ ਲੋਕੀ ਜੋ ਬਣਾਉਂਦੇ ਆ ਨਾ, ਨੋਟ ਇਨਫਲੂਐਂਸਰਸ, ਜਿਹੜੇ ਓਬਵੀਅਸਲੀ ਇਨਫਲੂਐਂਸਰਸ ਬਹੁਤ ਐਕਸਪੀਰੀਅੰਸਡ ਆ, ਬਹੁਤ ਜ਼ਿਆਦਾ ਕ੍ਰੀਏਟਿਵਿਟੀ ਲਾਉਂਦੇ ਆ, ਬਟ ਇੱਕ ਆਮ ਜਨਤਾ ਜਦੋਂ ਬਣਾਉਂਦੀ ਆ ਨਾ, ਘਰਾਂ 'ਚ ਬੈਠੀ ਜਿਹੜੀ ਹਾਊਸ ਵਾਈਫਸ ਆ ਜਾਂ ਪਿੰਡਾਂ 'ਚ ਜਿਹੜੇ ਲੋਕ ਆ, ਉਹ ਮੈਂ ਇੰਜੋਏ ਕਰਦੀ ਹਾਂ। ਭਾਈ ਤੁਸੀਂ ਦੇਖਦੇ ਹੋ ਟਿਕਟੋਕ? ਮੈਂ ਦੇਖਦਾ, ਅਤੇ ਮੈਨੂੰ ਵੀ ਸੇਮ ਇਹ ਹੈ ਕਿ ਜਿਹੜੇ ਆਮ ਲੋਕ ਹੈ ਉਹਨਾਂ ਦੀ ਕਿਊਟਨੈਸ ਬੜੀ ਵਧੀਆ ਲੱਗਦੀ ਹੈ, ਅਮਚੂਰ ਜਿਹੇ ਹੁੰਦੇ ਆ, ਕੁਝ ਚੀਜ਼ਾਂ ਚੰਗੀਆਂ ਕਰਦੇ ਆ, ਕੁਝ ਚੀਜ਼ਾਂ ਮਾੜੀਆਂ ਕਰਦੇ ਆ, ਕੋਈ ਗਾਣਿਆਂ ਦੇ ਲਿਪਸਿੰਗ ਫੜ ਰਹੇ ਹੁੰਦੇ, ਕੋਈ ਡਾਇਲਾਗਾਂ ਦੇ ਲਿਪਸਿੰਗ ਫੜ ਰਹੇ ਹੁੰਦੇ ਆ, ਸੋ ਐਂਟਰਟੇਨਿੰਗ ਹੈ ਜੀ। ਸੋ ਤਿੰਨ ਚੀਜ਼ਾਂ ਸੋਨਮ ਬਾਜਵਾ ਦੀਆਂ ਜਿਹਨੂੰ ਕੋਈ ਨਹੀਂ ਜਾਣਦਾ, ਤੇ ਮੈਂ ਇੱਥੇ ਕਿਉਂ ਦੱਸੂਗੀ? ਜਾਣਾਂਗੇ ਤਾਂ ਤਾਂ ਹੀ ਜਾਣਾਂਗੇ ਤੂੰ। ਇਹ ਲੋਕੀ ਸ਼ਾਇਦ ਇਹ ਨਹੀਂ ਜਾਣਦੇ ਕਿ ਮੈਂ ਬਹੁਤ ਜ਼ਿਆਦਾ ਖਾਂਦੀ ਹਾਂ, ਔਰ ਮੈਨੂੰ ਜੰਕ ਫੂਡ ਬਹੁਤ ਪਸੰਦ ਆ, ਅਤੇ ਮੈਂ ਅਕਸਰ ਖਾਂਦੀ ਹਾਂ ਜੋ ਕਿ ਨਹੀਂ ਖਾਣਾ ਚਾਹੀਦਾ। ਇੱਕ ਸਾਲ ਤੋਂ ਮੈਂ ਵਰਕਆਊਟ ਨਹੀਂ ਕੀਤਾ, ਲੋਕੀ ਸ਼ਾਇਦ ਇਹ ਨਹੀਂ ਜਾਣਦੇ। ਹੋਰ ਕੀ, ਅਤੇ ਮੈਂ ਸੋਨਮ ਬਾਜਵਾ ਚਾਹੁੰਦੀ ਹਾਂ ਕਿ ਉਹ ਲਿਖੇ, ਲੇਕਿਨ ਨਹੀਂ ਹੋ ਪਾਉਂਦਾ ਲਿਖੇ, ਐਜ਼ ਇਨ ਆਈ ਵਾਂਟ ਟੂ ਰਾਈਟ ਪੋਇਟਰੀ, ਆਈ ਵਾਂਟ ਟੂ ਰਾਈਟ ਸਮਥਿੰਗ ਗੁੱਡ, ਉਹ ਮੇਰੇ ਤੋਂ ਹਾਲੇ ਤੱਕ ਨਹੀਂ ਹੋ ਪਾ ਰਿਹਾ, ਬਟ ਕੋਸ਼ਿਸ਼ ਕਰਨ ਵਾਲੇ ਕਿ ਕਦੀ ਹਾਰ ਨਹੀਂ ਹੋਤੀ। ਸੋ ਪਹਿਲੀ ਇਹ ਦੋ ਚੀਜ਼ਾਂ ਤਾਂ ਸਾਡੇ ਲਈ ਵੀ ਔਖੀਆਂ ਨੇ, ਸੋ ਹੈ ਨਾ, ਸੁਣਨੀ ਆ ਵੀ ਸੋਨਮ ਬਾਜਵਾ ਜੰਕ ਫੂਡ ਖਾਂਦੀ ਹੈ ਜਾਂ ਜਿਮ ਨਹੀਂ ਜਾਂਦੀ? ਨਹੀਂ, ਹੁਣੇ ਅੱਜ ਹੀ ਖਾਏ ਮੈਂ ਆਲੂ ਦੇ, ਨਹੀਂ ਜਿਮ ਜਾਂਦੀ ਹਾਂ, ਇੱਕ ਸਾਲ ਹੋ ਗਿਆ ਮੈਂ ਨਹੀਂ ਕੀਤਾ ਵਰਕਆਊਟ, ਬਟ ਆਈ ਵਿਲ ਸਟਾਰਟ ਵਰਕਿੰਗ ਆਊਟ। ਕੀ ਬਾਤ ਹੈ, ਕੋਈ ਚੀਜ਼ ਜਿਹੜੀ ਸੋਨਮ ਬਾਜਵਾ ਨੂੰ ਜ਼ਿਆਦਾ ਖਿੱਚੜ ਜਾਂਦੀ ਹੈ ਜਿਸ ਤੋਂ? ਜਦੋਂ ਝੂਠ ਬੋਲਦੇ ਲੋਕ। ਚਲੋ, ਸੋ ਯੈਸ ਯਾਰ ਨੋ ਦੇ ਜਵਾਬ ਦੇਣਾ, ਤੂੰ ਦੋਵਾਂ ਨੇ ਦੇਣਾ ਜਵਾਬ, ਹਾਂ ਜਾਂ ਨਾ ਦੇ ਵਿੱਚ। ਆਪਣੀ ਫਿਲਮਾਂ ਦੇ ਰਿਵਿਊ ਪੜ੍ਹਦੇ ਹੋ? ਯੈਸ। ਨੈਗੇਟਿਵ ਰਿਵਿਊਜ਼ ਨੂੰ ਕਿਵੇਂ ਲੈਂਦੇ ਹੋ? ਨੈਗੇਟਿਵ ਰਿਵਿਊਜ਼ ਨੂੰ ਬੁਰਾ ਲੱਗਦਾ ਆ ਕਦੇ ਕਦੇ, ਜਦੋਂ ਪਰਸਨਲੀ ਮੈਂ ਐਗਰੀ ਨਾ ਕਰਾਂ, ਲੇਕਿਨ ਜਦੋਂ ਪਤਾ ਹੀ ਹੁੰਦਾ ਆ, ਦੈਨ ਆਫਕੋਰਸ ਆਈ ਐਗਰੀ, ਔਰ ਇੰਟੈਂਸ਼ਨ ਇਹੀ ਹੁੰਦਾ ਕਿ ਨੈਕਸਟ ਟਾਈਮ ਉਹਦੇ 'ਤੇ ਕੰਮ ਕੀਤਾ। ਰਿਐਕਟ ਕਰਦੇ ਹੋ? ਰਿਐਕਟ ਨਹੀਂ, ਨੋ ਰਿਪਲਾਈ, ਨਥਿੰਗ। ਤੁਸੀਂ ਭਾਅ ਜੀ? ਓਕੇ, ਦੈਟਸ ਫਾਈਨ, ਕਿਉਂਕਿ ਤੁਸੀਂ ਫਿਲਮ ਬਣਾਈ ਹੈ, ਤੁਸੀਂ ਇੱਕ ਪਬਲਿਕ ਪਲੇਟਫਾਰਮ 'ਤੇ ਆਪਣੀ ਕੋਈ ਚੀਜ਼ ਰੱਖੀ ਹੈ, ਔਰ ਲੋਕਾਂ ਵਾਸਤੇ ਬਣਾਈ ਹੈ, ਲੋਕਾਂ ਦਾ ਹੱਕ ਹੈ ਉਸ 'ਤੇ ਬੋਲਣਾ, ਚੰਗਾ ਮਾੜਾ ਜੀ। ਹਾਂ ਜਾਂ ਨਾ ਦੇ ਜਵਾਬ, ਕਦੇ ਆਪਣੇ ਕੋ-ਸਟਾਰ ਨਾਲ ਗੁੱਸੇ ਹੋਏ ਹੋ? ਹਾਂ। ਤੁਸੀਂ ਗੁੱਸੇ ਨਹੀਂ, ਇਰੀਟੇਟ ਹੋਈ ਹਾਂ, ਮਤਲਬ ਜੀ, ਤੁਸੀਂ ਆਪਣੇ ਸਟਾਰ ਦੇ ਨਾਲ? ਬਿਲਕੁਲ, ਉਹ ਤਾਂ ਸ਼ੂਟਿੰਗ ਹੈ, ਜਦੋਂ ਤੁਸੀਂ 30-40 ਦਿਨ ਇਕੱਠੇ ਰਹਿੰਦੇ ਹੋ, ਸਾਡੇ ਖੜਕਦੇ। ਕਿਸੇ ਫਿਲਮ ਦਾ ਰਿਗਰੈਟ ਹੋਵੇ ਵੀ ਚੱਲੀ ਨਾ ਹੋਵੇ, ਹੈ ਕਿਸੇ ਫਿਲਮ ਦਾ ਰਿਗਰੈਟ? ਨਹੀਂ, ਹਾਂ, ਮੈਨੂੰ ਇੱਕ ਦੋ ਫਿਲਮ ਦਾ ਰਿਗਰੈਟ ਹੈ ਕਿ ਮੈਂ ਕਿਉਂ ਕੀਤਾ ਆ, ਉਹ ਚੱਲੇ ਭਾਵੇਂ ਨਾ ਚੱਲੇ, ਬਟ ਆਈ ਪਹਿਲਾਂ ਤੋਂ ਹੀ ਮੈਨੂੰ ਰਿਗਰੈਟ ਸੀ ਕਿ ਮੈਨੂੰ ਨਹੀਂ ਕਰਨੀ ਚਾਹੀਦੀ ਸੀ ਸ਼ਾਇਦ। ਸੋ ਭਾਅ ਜੀ ਤੁਹਾਨੂੰ ਨਹੀਂ ਹੈ, ਨਹੀਂ ਰਿਗਰੈਟ? ਨਾ, ਮੈਨੂੰ ਆਪਣੀ ਕਿਸੇ ਵੀ ਫਿਲਮ ਦਾ ਰਿਗਰੈਟ ਨਹੀਂ ਹੈ। ਸੋ ਚੱਕ ਦੇ ਫੱਟੇ ਹੈ।
ਸੋਨਾ ਬਾਜਵਾ ਮੈਮ, ਜਾਂਦੇ ਹੋਏ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੇ ਆਉਣ ਵਾਲੇ ਆਪਣੇ ਨਵੀਆਂ ਫਿਲਮਾਂ ਪ੍ਰੋਜੈਕਟਸ ਬਾਰੇ, ਕੋਈ ਗਾਣੇ ਬਾਰੇ ਸਾਨੂੰ ਜ਼ਰੂਰ ਦੱਸ ਕੇ ਜਾਓ? ਦੇਖੋ 2020 'ਚ ਬਹੁਤ ਕੁਛ ਆਊਗਾ ਐਂਡ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਅਤੇ ਜਿੰਨਾ ਪਿਆਰ ਤੁਸੀਂ ਸਾਰਿਆਂ ਨੇ ਮੈਨੂੰ ਦਿੱਤਾ ਆ 2019 'ਚ, ਉਹਦੇ ਲਈ ਮੈਂ ਦਿਲੋਂ ਬਹੁਤ 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 ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਬਟ ਮੁੱਦੇ ਦੀ ਗੱਲ ਇਹ ਆ ਕਿ 24 ਜਨਵਰੀ ਨੂੰ ਜਿੰਦੇ ਮੇਰੀ ਆ ਰਹੀ ਆ, ਤੁਸੀਂ ਪਲੀਜ਼ ਆਪਣੇ ਪੂਰੇ ਪਰਿਵਾਰ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸਾਡੀ ਫਿਲਮ ਦੇਖਣ ਜਾਇਓ ਸਿਨੇਮਾ ਦੇ ਵਿੱਚ 24 ਜਨਵਰੀ ਜਿੰਦੇ ਮੇਰੀ ਆ। ਸੋ ਧੰਨਵਾਦ, ਥੈਂਕ ਯੂ ਸੋ ਮੱਚ, ਸਾਨੂੰ ਸਮਾਂ ਦਿੱਤਾ, ਸ਼ੁਕਰੀਆ। ਥੈਂਕ ਯੂ, ਥੈਂਕ ਯੂ ਭਾਅ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸਰ।